ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਨਰਿੰਦਰ ਸਿੰਘ ਕਪੂਰ ਜੀ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਕਲਮਾਂ ਦੇ ਵਾਰਿਸ ਦੇ ਵਿੱਚ ਜੀ। ਸਤਿ ਸ੍ਰੀ ਅਕਾਲ ਦੇ ਸਾਰੇ ਪਾਠਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ ਸਾਡੇ ਵੱਲੋਂ ਔਰ ਸਾਰੇ ਸੁਣਨ ਵਾਲਿਆਂ ਵੱਲੋਂ ਤੁਹਾਡਾ ਨਿੱਘਾ ਸਵਾਗਤ ਹੈ ਜੀ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ ਆਪਾਂ ਤੇ ਰਮਨ ਜੀ। ਹਾਂਜੀ ਨਰਿੰਦਰ ਸਿੰਘ ਕਪੂਰ ਜੀ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਖੁੱਲੀਆਂ ਗੱਲਾਂ ਕਰਾਂਗੇ, ਤੁਹਾਡੀ ਜ਼ਿੰਦਗੀ ਦੇ ਬਾਰੇ ਚ ਜਾਣਨਾ ਚਾਹਾਂਗੇ, ਕਿਉਂਕਿ ਜਿਹੜੇ ਸਰੋਤਿਆਂ ਵੱਲੋਂ ਕਾਫੀ ਇਹੋ ਜਿਹੇ ਸਵਾਲ ਸਾਡੇ ਕੋਲ ਪਹੁੰਚੇ ਨੇ ਮੇਲ ਦੇ ਰਾਹੀਂ ਜਾਂ ਮੈਸੇਜਸ ਦੇ ਰਾਹੀਂ, ਜਿਨ੍ਹਾਂ ਦੇ ਵਿੱਚ ਕਿ ਉਹ ਤੁਹਾਡੀ ਜਿਹੜੀ ਨਿੱਜੀ ਜ਼ਿੰਦਗੀ, ਜਿਹੜੇ ਨਿੱਜੀ ਤਜਰਬੇ ਹੈ ਉਹਨਾਂ ਤੇ ਆਧਾਰਿਤ ਬਹੁਤ ਸਾਰੇ ਸਵਾਲ ਨੇ, ਤੇ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਕਪੂਰ ਸਾਹਿਬ। ਤੁਹਾਡੀ ਇੱਕ ਬੜੇ ਰਵਾਇਤੀ ਜਿਹੇ ਸਵਾਲ ਦੇ ਨਾਲ ਕਿ ਤੁਹਾਡਾ ਜਨਮ ਕਿੱਥੇ ਹੋਇਆ ਤੇ ਤੁਹਾਡਾ ਬਚਪਨ ਜਿਹੜਾ ਉਹ ਕਿੱਥੇ ਬੀਤਿਆ? ਮੇਰਾ ਜਨਮ ਅੱਜ ਕੱਲ ਜਿਹੜਾ ਪਾਕਿਸਤਾਨ ਹੈ ਉਹਦੇ ਰਾਵਲ ਪਿੰਡੀ ਜ਼ਿਲ੍ਹੇ ਵਿੱਚ ਆਦੀ ਨਾਂ ਦੇ ਪਿੰਡ ਵਿੱਚ 1946 ਵਿੱਚ ਹੋਇਆ ਸੀ। ਮੇਰੇ ਪਿਤਾ ਉੱਥੇ ਖੇਤੀ ਕਰਦੇ ਸਨ, ਬਾਅਦ ਵਿੱਚ ਉਹ ਕੋਇਟੇ ਆ ਗਏ ਤੇ 1947 ਵਿੱਚ ਅਸੀਂ ਹਿੰਦੁਸਤਾਨ ਆ ਗਏ। ਪਹਿਲਾਂ ਅੰਬਾਲੇ ਰਹੇ, ਫਿਰ ਪਟਿਆਲੇ ਰਹੇ, ਬਹੁਤ ਅਰਸਾ ਪਟਿਆਲੇ ਰਹੇ। ਮੇਰੀ ਸਾਰੀ ਐਜੂਕੇਸ਼ਨ ਜਿਹੜੀ ਹੈ ਉਹ ਪਟਿਆਲੇ ਦੀ ਹੈ। ਤੇ ਉਸ ਵੇਲੇ ਕਿਉਂਕਿ ਉੱਜੜ ਕੇ ਆਏ ਸੀ, ਇਸ ਲਈ ਜਿਸ ਨੂੰ ਜੋ ਕੰਮ ਮਿਲ ਲਿਆ ਉਹ ਕੀਤਾ। ਦੌਰਾਨ ਮੈਂ ਕੋਈ 20 ਕੰਮ ਕੀਤੇ ਕਈ ਜਗ੍ਹਾ ਤੇ, ਜੋ ਕੋਈ ਕੰਮ ਸੋਚਿਆ ਜਾ ਸਕਦਾ ਹੈ ਉਹ ਮੈਨੂੰ ਕਰਨ ਦਾ ਮੌਕਾ ਮਿਲਿਆ। ਸਿਨੇਮੇ ਵਿੱਚ ਪਾਪ ਵਿੱਚ, ਬੈਂਕਿੰਗ ਵੀ ਕੀਤੀ, ਕੰਪਾਊਂਡਰੀ ਵੀ ਕੀਤੀ, ਬੈਂਕ ਵਿੱਚ ਵੀ ਜੋਬ ਕੀਤੀ। ਸੋ ਇਸ ਤਰ੍ਹਾਂ ਭਾਂਤ ਭਾਂਤ ਦੇ ਤਜਰਬਿਆਂ ਦੇ ਨਾਲ ਅਖੀਰ ਤੇ ਮੈਂ ਜਦੋਂ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲੇ ਖੁੱਲੀ, ਉਹਦੇ ਵਿੱਚ MA ਅੰਗਰੇਜ਼ੀ ਵਿੱਚ ਦਾਖਲ ਹੋਇਆ। ਤੇ 22 ਸਾਲ ਦੀ ਉਮਰ ਦੇ ਵਿੱਚ ਮੈਂ ਕਾਲਜ ਦੇ ਵਿੱਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਾਉਣ ਲੱਗ ਪਿਆ ਸੀ। 1971 ਦੇ ਵਿੱਚ ਮੈਂ 27 ਸਾਲ ਦੀ ਉਮਰ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਆ ਗਿਆ। ਉੱਥੇ ਮੈਂ ਪੰਜਾਬੀ ਵਿਭਾਗ ਦੇ ਵਿੱਚ ਪੰਜਾਬੀ ਦਾ ਵਿਸ਼ਾ ਪੜ੍ਹਾਉਣ ਲੱਗਿਆ ਜਦੋਂ MA ਦੀਆਂ ਕਲਾਸਾਂ ਨੂੰ। ਉੱਥੇ ਮੈਨੂੰ ਮਹਿਸੂਸ ਹੋਇਆ ਕਿ ਪੰਜਾਬੀ ਦੇ ਵਿੱਚ ਜਿਹੜਾ ਸਾਹਿਤ ਹੈ ਉਹ ਬਹੁਤ ਪੁਰਾਣਾ ਹੈ, ਆਧੁਨਿਕ ਸਮੱਸਿਆਵਾਂ ਨੂੰ ਪੇਸ਼ ਕਰਨ ਵਾਲਾ ਸਾਹਿਤ ਘੱਟ ਹੈ। ਉਸ ਵੇਲੇ ਮੈਂ ਇਹ ਮਹਿਸੂਸ ਕੀਤਾ ਵੀ ਇਹ ਅਜਿਹਾ ਸਾਹਿਤ ਹੋਣਾ ਚਾਹੀਦਾ, ਲੋੜ ਹੈ, ਜਿਹੜਾ ਅੱਜ ਕੱਲ ਦੀ ਜਵਾਨ ਪੀੜ੍ਹੀ ਨੂੰ ਸਿੱਧਿਆਂ ਅਪੀਲ ਕਰੇ ਅਤੇ ਉਹਨਾਂ ਦੀਆਂ ਭਾਵਕ, ਸਮਾਜਿਕ, ਆਰਥਿਕ ਅਤੇ ਬੌਧਿਕ ਸਮੱਸਿਆਵਾਂ ਨਾਲ ਜੂਝੇ। ਮੈਂ ਉਸ ਵੇਲੇ ਫੈਸਲਾ ਕੀਤਾ ਵੀ ਇਹ ਕੰਮ ਕਿਸੇ ਹੋਰ ਨੇ ਨੀ ਕਰਨਾ, ਮੈਨੂੰ ਹੀ ਕਰਨਾ ਚਾਹੀਦਾ ਹੈ। ਤੇ ਉਹ ਕੰਮ ਸ਼ੁਰੂ ਕੀਤਾ ਤੇ ਲੇਖ ਲਿਖਣੇ ਸ਼ੁਰੂ ਕੀਤੇ, ਕਿਉਂਕਿ ਇਹ ਮੈਦਾਨ ਖਾਲੀ ਪਿਆ ਸੀ, ਇਹਦੇ ਵਿੱਚ ਕੋਈ ਕਿਸੇ ਕਿਸਮ ਦਾ ਮੁਕਾਬਲਾ ਨਹੀਂ ਸੀ। ਤੇ ਜਿਹੜੇ ਜ਼ਿੰਦਗੀ ਦੇ ਵਿੱਚ ਤਜਰਬੇ ਹੋਏ, ਲੋਕਾਂ ਦੇ ਸੰਪਰਕ ਜਾਂ ਭਾਂਤ ਭਾਂਤ ਦੇ ਤਜਰਬੇ ਹੋਏ, ਹਰ ਕਿਸਮ ਦਾ ਤਜਰਬਾ ਹੋਇਆ, ਉਹ ਮੈਂ ਆਪਣੇ ਲੇਖਾਂ ਦੇ ਵਿੱਚ ਪੇਸ਼ ਕਰਨਾ ਸ਼ੁਰੂ ਕੀਤੇ। ਚੰਗੇ ਭਾਗਾਂ ਨੂੰ ਮੇਰੇ ਪਾਠਕਾਂ ਨੇ ਉਹ ਪਸੰਦ ਕੀਤੇ ਤੇ ਉਸ ਨਾਲ ਜਿਹੜੀ ਹੈ ਕਲਮ ਜਿਹੜੀ ਹੈ ਉਹ ਲਿਖਦੀ ਗਈ। ਮੈਂ ਕਿਉਂਕਿ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਿਹਾ ਹਾਂ ਅਤੇ ਸਾਰੀ ਜ਼ਿੰਦਗੀ ਮੈਂ ਪੜ੍ਹਾਉਣ ਦਾ ਕੰਮ ਕੀਤਾ, ਇਸ ਲਈ ਲਿਖਣ ਪੜ੍ਹਾਉਣ ਇਹ ਤਿੰਨ ਮੇਰੇ ਮੁੱਖ ਕੰਮ ਸੀ। ਤੇ ਇਸ ਦੌਰਾਨ ਮੈਂ ਜੋ ਕੁਝ ਵੀ ਮੈਨੂੰ ਤਜਰਬੇ ਹੋਈ ਜਾਂਦੇ ਸੀ ਜਾਂ ਜੋ ਕੁਝ ਮੈਂ ਪੜ੍ਹਦਾ ਸੀ, ਸੁਣਦਾ ਸੀ, ਵੇਖਦਾ ਸੀ, ਸਮਝਦਾ ਸੀ, ਹੋਰਾਂ ਨਾਲ ਗੱਲਬਾਤ ਦੇ ਰਾਹੀਂ ਪਤਾ ਲੱਗਦਾ ਸੀ, ਉਹ ਮੈਂ ਆਪਣੇ ਲੇਖਾਂ ਦੇ ਵਿੱਚ ਲਿਖਦਾ ਹੈਗਾ। ਹਾਂਜੀ ਬਿਲਕੁਲ ਕਪੂਰ ਸਾਹਿਬ। ਤੇ ਇੱਕ ਜਿਹੜਾ ਅਗਲਾ ਸਵਾਲ ਮੇਰੇ ਮਨ ਦੇ ਵਿੱਚ ਪੈਦਾ ਹੋਇਆ ਵੀ ਹੈ ਕਿ ਜਦੋਂ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡਾ ਜਿਹੜਾ ਜਨਮ ਉਹ ਪਾਕਿਸਤਾਨ ਦਾ ਹੈ, ਪਰ ਤੁਹਾਡੇ ਕਹਿਣ ਦੇ ਅਨੁਸਾਰ ਮੈਨੂੰ ਲੱਗਦਾ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਜਦੋਂ ਤੁਹਾਨੂੰ ਇੱਥੇ ਜਿਹੜੀ ਵੰਡ ਦਾ ਜਿਹੜਾ ਸੰਤਾਪ ਉਹ ਤੁਹਾਡੇ ਪਰਿਵਾਰ ਨੂੰ ਹੰਢਾਉਣਾ ਪਿਆ ਹੋਊਗਾ, ਔਰ ਤੁਹਾਡੇ ਬਚਪਨ ਨੇ ਉਹ ਜਿਹੜਾ ਸੰਤਾਪ ਹੈਗਾ ਜਿਹੜਾ ਉਹ ਇੱਕ ਥਾਂ ਤੋਂ ਉੱਜੜ ਕੇ ਦੂਜੀ ਥਾਂ ਤੇ ਆ ਕੇ ਵਸਣਾ, ਜਿਹੜੀਆਂ ਸਮੱਸਿਆਵਾਂ ਨੂੰ ਜਿਹੜੀਆਂ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਦੇਖੀਆਂ, ਜਿਵੇਂ ਕਿ ਤੁਸੀਂ ਦੱਸਿਆ ਵੀ ਤੁਸੀਂ ਕਿਹੋ ਜਿਹੇ ਬਚਪਨ ਦੇ ਵਿੱਚ ਵੀ ਤੁਹਾਨੂੰ ਕੰਮ ਕਰਨੇ ਪਏ, ਤਾਂ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਸਾਹਿਤਕ ਘਾਲਣਾ ਤੁਸੀਂ ਆ ਕੇ ਆਪਣੀ ਜ਼ਿੰਦਗੀ ਦੇ ਵਿੱਚ ਬਾਅਦ ਚ ਕੀਤੀ ਹੈ, ਤਾਂ ਉਹਦਾ ਕਿੰਨਾ ਕੁ ਸੰਬੰਧ, ਕਿੰਨਾ ਕੁ ਯੋਗਦਾਨ ਉਸ ਬਚਪਨ ਦੇ ਵਿੱਚ ਝੱਲੇ ਹੋਏ ਸੰਕਟ ਦੇ ਨਾਲ ਸੀ? ਪਹਿਲੀ ਗੱਲ ਤਾਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿਹੜਾ ਦੇਸ਼ ਵੰਡ ਦਾ ਸੰਤਾਪ ਸੀ, ਹਾਂਜੀ, ਜੇ ਉਹ ਕਤਲੇਆਮ ਨਾ ਹੁੰਦਾ, ਉਹ ਹਿੰਸਾ ਨਾ ਹੁੰਦੀ, ਤਾਂ ਉਹ ਸੰਤਾਪ ਨਹੀਂ ਸੀ ਹੋਣਾ। ਮੈਂ ਆਪਣੇ ਬਚਪਨ ਵਿੱਚ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਉਹਨਾਂ ਨੂੰ ਮੈਂ ਸੰਤਾਪ ਨਹੀਂ ਗਿਣਦਾ। ਮੈਂ 9 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਮੈਨੂੰ ਨਹੀਂ ਯਾਦ ਕਿ ਮੈਂ ਆਪਣੇ ਪਿਤਾ ਤੋਂ ਕਦੇ ਪੈਸੇ ਲਏ ਹੋਣ। ਸੋ ਕਹਿਣ ਤੋਂ ਭਾਵ ਇਹ ਹੈ ਕਿ ਉਸ ਦੌਰਾਨ ਜਿਹੜੇ ਤਜਰਬੇ ਹੋਏ, ਜੋ ਕੁਝ ਮੈਂ ਮਹਿਸੂਸ ਕੀਤਾ, ਉਹਦੇ ਵਿੱਚ ਇੱਕ ਸੀ, ਮੇਰੇ ਮਾਤਾ ਪਿਤਾ ਦੋਵੇਂ ਪੜ੍ਹੇ ਲਿਖੇ ਸੀ। ਮੇਰੀ ਮਾਂ ਉਹ
ਉਸ ਜ਼ਮਾਨੇ ਦੀ ਪੰਜਵੀਂ ਪਾਸ ਸੀ ਜਦੋਂ ਤੀਜੀ ਪਾਸ ਲੜਕੀ ਦਾ ਵਿਆਹ ਤਹਿਸੀਲਦਾਰ ਦੇ ਨਾਲ ਹੋ ਜਾਂਦਾ ਸੀ। ਮੇਰੇ ਪਿਤਾ ਕੋਇਟੇ ਦੇ ਵਿੱਚ ਪੋਸਟ ਆਫਿਸ ਦੇ ਵਿੱਚ ਸਨ। ਕਹਿਣ ਤੋਂ ਭਾਵ ਇਹ ਹੈਗਾ ਕਿ ਆਮ ਤੌਰ ਤੇ ਮਜ਼ਦੂਰੀ ਵਿਰੁੱਧ ਗੱਲ ਕੀਤੀ ਜਾਂਦੀ ਹੈ, ਪਰ ਮੈਂ ਮੇਰਾ ਆਪਣਾ ਤਜਰਬਾ ਹੈ ਕਿ ਬਚਪਨ ਦੇ ਵਿੱਚ ਜਿਹੜੇ ਮੈਨੂੰ ਭਾਂਤ ਭਾਂਤ ਦੇ ਅਨੁਭਵ ਹੋਏ ਉਹ ਮੇਰੀਆਂ ਲਿਖਤਾਂ ਦਾ ਆਧਾਰ ਬਣੇ। ਇਸ ਢੰਗ ਦੇ ਨਾਲ ਕੀ ਹੋਇਆ ਕਿ ਮੈਂ ਕੰਮ ਕਰਦਾ ਸੀ, ਕੰਮ ਦੀ ਕੋਈ ਮਾਨਤਾ ਨਹੀਂ ਸੀ, ਬਹੁਤੇ ਪੈਸੇ ਵੀ ਨਹੀਂ ਸੀ ਮਿਲਦੇ, ਬਹੁਤੀਆਂ ਥਾਵਾਂ ਤੇ ਮਿਲਦੇ ਹੀ ਨਹੀਂ ਸੀ, ਤੇ ਉਸ ਵੇਲੇ ਫਿਰ ਮੈਨੂੰ ਪੜ੍ਹਨਾ ਸੌਖਾ ਲੱਗਦਾ ਸੀ। ਮੈਂ ਪੜ੍ਹਾਈ ਕੀਤੀ ਤੇ ਮੈਨੂੰ ਅਸਲ ਚ ਯੂਨੀਵਰਸਿਟੀ ਦੇ ਹਰ ਇਮਤਿਹਾਨ ਵਿਚ ਫਸਟ ਆਉਣ ਦਾ ਵੱਲ ਆ ਗਿਆ ਸੀਗਾ, ਤੰਗ ਆ ਗਿਆ ਸੀਗਾ, ਤੇ ਮੇਰੀ ਮਾਂ ਦੀ ਇਹ ਕੰਟਰੀਬਿਊਸ਼ਨ ਸੀ ਕਿ ਅਸੀਂ ਸਾਰੇ ਬੱਚੇ ਜਿਹੜੇ ਸੀ ਉਹ ਪੜ੍ਹਾਈ ਅਸੀਂ ਜਾਰੀ ਰੱਖੀ, ਪੜ੍ਹਾਈ ਦੇ ਵਿਚ ਕੋਈ ਵਿਘਨ ਨਹੀਂ ਪੈਣ ਦਿੱਤਾ ਤੇ 34 ਸਾਲ ਦੀ ਉਮਰ ਤੱਕ ਅਸੀਂ ਮੈਂ ਤਾਂ ਪੜ੍ਹਾਈ ਇਮਤਿਹਾਨ ਹੀ ਦਿੰਦਾ ਰਿਹਾ। ਐਮ ਏ ਅੰਗਰੇਜ਼ੀ ਕੀਤੀ, ਐਮ ਏ ਫਿਲੋਸਫੀ ਕੀਤੀ, ਐਮ ਏ ਪੰਜਾਬੀ ਕੀਤੀ, ਐਮ ਏ ਜਰਨਲਿਜ਼ਮ ਦੀ ਕੀਤੀ, ਐਲ ਐਲ ਬੀ ਕੀਤੀ, ਡਿਪਲੋਮਾ ਫ੍ਰੈਂਚ ਦਾ ਕੀਤਾ, ਪੀ ਐਚ ਡੀ ਕੀਤੀ। ਕਹਿਣ ਤੋਂ ਭਾਵ ਇਹ ਹੈਗਾ ਕਿ ਜੋ ਕੁਛ ਵੀ ਉਸ ਵੇਲੇ ਪੜ੍ਹਨ ਨੂੰ ਮਨ ਕਰਦਾ ਸੀ ਉਹ ਮੈਂ ਕਰਦਾ ਸੀ। ਕਈ ਵਾਰੀ ਸਾਡੇ ਮਾਤਾ ਪਿਤਾ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਅਸੀਂ ਕੀ ਪੜ੍ਹ ਰਹੇ ਹਾਂ ਜਾਂ ਕਿਹੜਾ ਇਮਤਿਹਾਨ ਦੇ ਰਹੇ ਹਾਂ। ਉਹ ਜਿਹੜੀ ਸੁਤੰਤਰਤਾ ਮਿਲੀ ਮਾਪਿਆਂ ਵੱਲੋਂ ਉਸਦਾ ਬਹੁਤ ਵੱਡਾ ਯੋਗਦਾਨ ਹੈ। ਮੇਰੇ ਇੱਕ ਬ੍ਰਦਰ ਹਨ, ਉਹ ਐਡਵੋਕੇਟ ਹਨ ਹਾਈ ਕੋਰਟ ਦੇ ਵਿੱਚ, ਉਹਨਾਂ ਨੇ ਵੀ ਸਾਰੀ ਇਸ ਕਿਸਮ ਦੀ ਜਦੋਂ ਜਹਿਦ ਕੀਤੀ। ਇਹ ਸੰਤਾਪ ਨਹੀਂ ਸੀ, ਇਹ ਵਰਦਾਨ ਸੀ। ਹਾਂਜੀ ਬਿਲਕੁਲ, ਇਹ ਤੁਹਾਡਾ ਨਜ਼ਰੀਆ ਜਿਹੜਾ ਹੀ ਇੱਥੋਂ ਹੀ ਪਤਾ ਲੱਗਦਾ ਰੋਬੀ ਜੀ ਕਿ ਜਿਹੜਾ ਇਸ ਉਸ ਚੀਜ਼ ਦੇ ਵਿੱਚੋਂ ਜਿਵੇਂ ਕਹਿੰਦੇ ਨੇ ਕਿ ਇੱਕ ਜਿਹੜਾ ਇੱਕ ਸ਼ਖਸੀਅਤ ਉਭਰ ਕੇ ਸਾਹਮਣੇ ਆਈ ਹੈ ਤਾਂ ਵਾਕਿਆ ਹੀ ਉਸ ਸ਼ਖਸੀਅਤ ਨੇ ਉਸ ਆਪਣੇ ਆਲੇ ਦੁਆਲੇ ਦੇ ਉਸ ਮਾਹੌਲ ਦੇ ਵਿੱਚੋਂ ਕਿੰਨੀ ਪੋਜ਼ਿਟਿਵਿਟੀ ਲਈ ਹੋਊਗੀ ਉਸ ਮਾਹੌਲ ਦੇ ਵਿੱਚੋਂ, ਜਿੱਥੇ ਕਿ ਅਸੀਂ ਅਕਸਰ ਇੱਕ ਬੜੀਆਂ ਦੁੱਖ ਭਰੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ, ਅਸੀਂ ਉਹਨੂੰ ਸੰਤਾਪ ਦਾ ਨਾਂ ਦਿੰਦੇ ਹਾਂ, ਪਰ ਤੁਸੀਂ ਉਹਨੂੰ ਇੱਕ ਵਰਦਾਨ ਮੰਨਦੇ ਹੋ। ਬਿਲਕੁਲ ਇੱਕ ਅਜ਼ੀਮ ਜਿਹੜੀ ਤੁਹਾਡੀ ਸ਼ਖਸੀਅਤ ਜਾਂ ਜਿਹੜੀ ਤੁਹਾਡੀ ਲੇਖਣੀ ਹੈ, ਮੈਨੂੰ ਲੱਗਦਾ ਉਹਦੀ ਸ਼ੁਰੂਆਤ ਜਿਹੜੀ ਉਹ ਇਸ ਥਾਂ ਤੋਂ ਆ ਕੇ ਹੀ ਹੋ ਜਾਂਦੀ ਹੈ। ਜੀ ਜੀ ਕਪੂਰ ਸਾਹਿਬ, ਮੈਂ ਇਹ ਸਵਾਲ ਪੁੱਛਣਾ ਚਾਹੂੰਗਾ ਤੁਹਾਨੂੰ, ਬੇਨਤੀ ਇਹ ਕਰੂੰਗਾ ਕਿ ਪੂਰਾ ਸਫ਼ਰ ਜਿਹੜਾ ਤੁਸੀਂ ਤੈਅ ਕੀਤਾ ਜ਼ਿੰਦਗੀ ਦੀ ਸ਼ੁਰੂਆਤ ਪਾਕਿਸਤਾਨ ਤੋਂ ਹੋਈ, ਉਸ ਤੋਂ ਬਾਅਦ ਚੱਲਦੇ ਆਏ, ਤੁਸੀਂ ਜਿਹੜੀ ਗੱਲ ਕਹੀ ਕਿ ਜਿਹੜੀ ਸਿਨੇਮੇ ਦੇ ਅੱਗੇ ਤੁਸੀਂ ਉਸ ਦਿਹਾੜੀ ਕਰਨ ਤੋਂ ਲੈ ਕੇ ਡਾਕਟਰ ਤੱਕ ਦੀ ਡਿਗਰੀ ਜਿਹੜੀ ਲੈਤੀ ਹੈ, ਇੱਕ ਬਹੁਤ ਲੰਬਾ ਸਫ਼ਰ, ਉਤਰਾਅ ਚੜਾਅ ਆਏ ਉਸ ਦੇ ਦੌਰਾਨ, ਲੇਖਣੀ ਤੇ ਤੁਹਾਡੀ ਤੇ ਕਿੰਨਾ ਕੁ ਆਪਾਂ ਕਹਿ ਲੈਂਦੇ ਹਾਂ ਕਿ ਕੁਛ ਲੇਖਕ ਹੁੰਦੇ ਨੇ ਜਿਹੜੇ ਆਲੇ ਦੁਆਲੇ ਦੇ ਵਿੱਚੋਂ ਜਿਹੜੀਆਂ ਘਟਨਾਵਾਂ ਫੜਦੇ ਨੇਗੇ ਔਰ ਉਹਨਾਂ ਨੂੰ ਆਪਣੀ ਲੇਖਣੀ ਦਾ ਹਿੱਸਾ ਬਣਾਉਂਦੇ ਨੇ, ਤੁਸੀਂ ਤੁਹਾਡਾ ਪੂਰੀ ਜ਼ਿੰਦਗੀ ਦੇ ਸਫ਼ਰ ਦਾ ਕਿੰਨਾ ਕੁ ਅਸਰ ਰਿਹਾ ਤੁਹਾਡੀ ਕਲਮ ਦੇ ਉੱਪਰ? ਕਿਉਂਕਿ ਮੈਂ ਹਮੇਸ਼ਾ ਹੀ ਆਸ਼ਾਵਾਦੀ ਰਿਹਾ ਹਾਂ, ਅਸਲ ਚ ਜਿਨ੍ਹਾਂ ਥਾਵਾਂ ਤੇ ਮੈਂ ਕੰਮ ਕਰਦਾ ਸੀ ਉੱਥੇ ਪਹਿਲਾਂ ਤਾਂ ਮੈਨੂੰ ਇਹ ਡਰ ਲੱਗਦਾ ਸੀ ਕਿਤੇ ਮਾਲਕ ਮੈਨੂੰ ਨੌਕਰੀ ਤੋਂ ਹਟਾ ਨਾ ਦੇਣ, ਕੱਢ ਨਾ ਦੇਣ। ਇਸ ਕਰਕੇ ਮੈਂ ਉਸ ਥਾਂ ਤੇ ਜ਼ਿੰਮੇਵਾਰੀ ਹੀ ਇੰਨੀ ਚੁੱਕ ਲੈਂਦਾ ਸੀ ਕਿ ਮਾਲਕ ਸੋਚਣ ਲੱਗ ਪੈਂਦੇ ਸੀ ਕਿਤੇ ਇਹ ਛੱਡ ਨਾ ਜਾਵੇ। ਸੋ ਜੀ 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 ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਆ ਰਹੀ ਜੀ। ਦੀ ਸਰਲ ਭਾਸ਼ਾ ਵਿੱਚ ਲਿਖਣਾ ਹੈ ਜੀ ਜੀ, ਇਹ ਕਹਿਣ ਤੋਂ ਨਵੇਂ ਤਜਰਬਿਆਂ ਨੂੰ ਜੀ ਆਇਆਂ ਨੂੰ ਕਹਿਣਾ ਹੈ। ਹਾਂ, ਨਹੀਂ ਤਾਂ ਲੋਕ ਜਿਹੜੇ ਹਨ ਨਿੱਕੀ ਜਿਹੀ ਗੱਲ ਤੇ ਉਦਾਸ ਹੋ ਜਾਂਦੇ ਹਨ, ਆਤਮਘਾਤ ਕਰਨ ਲੱਗ ਪੈਂਦੇ ਹਨ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜੋ ਮੇਰੀ ਜ਼ਿੰਦਗੀ ਵਿੱਚ ਵਾਪਰਿਆ ਉਹ ਕੋਈ ਉਸ ਗੱਲੋਂ ਮੈਨੂੰ ਕੋਈ ਕਿਸੇ ਕਿਸਮ ਦੀ ਪਛਤਾਵਾ ਜਾਂ ਕਿਸੇ ਕਿਸਮ ਦਾ ਅਫਸੋਸ ਨਹੀਂ ਹੈ, ਕਿਉਂਕਿ ਮੈਨੂੰ ਹਰ ਸਿਚੁਏਸ਼ਨ ਦੇ ਵਿੱਚੋਂ ਕੁੱਝ ਨਾ ਕੁੱਝ ਪ੍ਰਾਪਤ ਹੋਇਆ। ਮੈਂ ਇੱਕ ਵਾਰੀ ਜਦੋਂ ਬੀ ਏ ਦਾ ਇਮਤਿਹਾਨ ਦੇ ਚੁੱਕਾ ਸੀ, ਮੇਰੇ ਕੋਲ 3 ਕੁ ਮਹੀਨੇ ਵਿਹਲੇ ਸੀ ਤੇ ਮੈਂ ਇੱਕ ਬੈਂਕ ਖੁੱਲਾ ਸੀ ਉੱਥੇ ਮੈਂ ਅੰਦਰ ਚਲਾ ਗਿਆ ਤੇ ਮੈਂ ਐਮਏ ਜੁਆਇਨ ਕਰਨ ਤੋਂ ਪਹਿਲਾਂ 3 ਕੁ ਮਹੀਨੇ ਮੇਰੇ ਕੋਲ ਵਿਹਲੇ ਸੀ ਤੇ ਮੈਂ ਮੈਨੇਜਰ ਸਾਹਿਬ ਬੈਠੇ ਸੀ, ਉਹਨਾਂ ਨੂੰ ਕਿਹਾ ਜੀ ਮੈਂ ਗ੍ਰੈਜੂਏਟ ਹਾਂ, ਮੈਂ ਕੰਮ ਚਾਹੁੰਦਾ ਹਾਂ, ਕੋਈ ਕੰਮ ਜਿਹੜਾ ਤੁਸੀਂ ਕਰਾਉਣਾ ਚਾਹੁੰਦੇ ਹੋ ਤੂੰ ਕੋਈ ਕਰਨ ਵਾਸਤੇ ਤਿਆਰ ਨਹੀਂ, ਮੈਂ ਉਹ ਕਰਨ ਵਾਸਤੇ ਤਿਆਰ। ਪਹਿਲਾਂ ਤਾਂ ਉਹਨਾਂ ਨੇ ਮੈਨੂੰ ਧਿਆਨ ਨਾਲ ਵੇਖਿਆ, ਫਿਰ ਉਹਨਾਂ ਨੇ ਮੈਨੂੰ ਉੱਥੇ ਰੱਖ ਲਿਆ। ਉਸ ਵੇਲੇ ਜਿਹੜੇ ਬੈਂਕ ਦੇ ਮੈਨੇਜਰ ਸੀ ਉਹਨਾਂ ਕੋਲ ਅਧਿਕਾਰ ਸੀ ਕਿਸੇ ਨੂੰ ਉੱਥੇ ਰੱਖਣ ਦਾ, ਉਹਨਾਂ ਨੇ ਮੈਨੂੰ ਕੰਮ ਤੇ ਰੱਖਿਆ। ਮੈਂ 2.5-3 ਮਹੀਨੇ ਕੰਮ ਕੀਤਾ
ਤੇ ਮੈਂ ਬਿਜਲੀ ਬੋਰਡ ਦੇ ਵਿੱਚ ਪਹਿਲਾਂ ਕੰਮ ਕਰਦਾ ਸੀ, ਉੱਥੇ 90 ਰੁਪਏ ਤਨਖਾਹ ਮਿਲਦੀ ਸੀ, ਉਹਨੂੰ ਕਲਰਕ ਦੀ ਤਨਖਾਹ 100 ਰੁਪਏ ਹੁੰਦੀ ਸੀ ਤੇ ਬੈਂਕ ਦੇ ਵਿੱਚ ਮੇਰੀ ਤਨਖਾਹ 270 ਰੁਪਏ ਹੋ ਗਈ, ਜਦੋਂ ਕਿ ਡਿਪਟੀ ਕਮਿਸ਼ਨਰ ਦੀ ਤਨਖਾਹ ਉਸ ਵੇਲੇ 250 ਰੁਪਏ ਹੁੰਦੀ ਸੀ। ਸੋ ਕਹਿਣ ਤੋਂ ਭਾਵ ਹੈ ਉਹ ਕੰਮ ਜਿਹੜਾ ਸੀਗਾ ਮੈਂ ਤਾਂ ਇਸ ਕਰਕੇ ਜ਼ਿਆਦਾ ਕਰਦਾ ਸੀ ਕਿਉਂਕਿ ਮੇਰੀ ਤਨਖਾਹ 3 ਗੁਣਾ ਹੋ ਗਈ ਸੀ ਜੀ। ਉਹ ਕੰਮ ਜ਼ਿਆਦਾ ਕਰਨ ਕਰਕੇ ਉਸ ਮੈਨੇਜਰ ਸਾਹਿਬ ਨੇ ਮੈਨੂੰ ਆਪਣਾ ਜਵਾਈ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਹਨਾਂ ਨੂੰ ਕਿਹਾ ਨਹੀਂ ਮੈਂ ਐਮ ਏ ਕਰਨੀ ਹੈਗੀ ਹੈ, ਮੈਂ ਐਮ ਏ ਕਰਨ ਤੋਂ ਬਾਅਦ ਦੇਖਾਂਗਾ ਵਿਆਹ ਕਿੱਥੇ ਕਰਨਾ ਇਹਦਾ, ਕਰਨਾ ਹੈ ਕਿੱਥੇ ਨਹੀਂ ਕਰਨਾ ਵਗੈਰਾ ਵਗੈਰਾ। ਕਹਿਣ ਤੋਂ ਭਾਵ ਇਹ ਹੈਗਾ ਕਿ ਜੇ ਧੱਕੇ ਖਾਣ ਦੀ ਜਾਂਚ ਆਉਂਦੀ ਹੋਵੇ ਨਾ ਜੀ, ਬੰਦਾ ਧੱਕੇ ਖਾ ਕੇ ਜਾਂਦਾ ਅੱਗੇ ਹੀ ਹੈ। ਬਿਲਕੁਲ ਜੀ, ਅਕਲ ਜਾਂ ਕਹਿ ਲਈਏ ਸਮਝ ਬਦਾਮ ਖਾ ਕੇ ਨਹੀਂ ਆਉਂਦੀ ਜੀ, ਧੱਕੇ ਖਾ ਕੇ ਆਉਂਦੀ ਹੈ ਜੀ। ਜੇ ਜੀ ਇਹ ਜਿਹੜੀ ਤੁਸੀਂ ਕਹੀ ਹੈ ਜੀ, ਇਹ ਮੇਰੇ ਦੋਸਤ ਹਨ ਪ੍ਰੋਫੈਸਰ ਅਛਰੂ ਸਿੰਘ ਜੀ, ਉਹਨਾਂ ਦੇ ਵਾਪਸੀ ਆਮਦਨ ਨਹੀਂ ਸੀ ਜੀ, ਤੇ ਕਿਸੇ ਨੇ ਕਿਹਾ ਤੁਹਾਡੇ ਬੱਚੇ ਪੜ੍ਹਦੇ ਨੇ ਇਹਨਾਂ ਨੂੰ ਬਦਾਮ ਖਵਾਇਆ ਕਰੋ, ਹਾਂਜੀ ਇਹਨਾਂ ਦਾ ਦਿਮਾਗ ਜਿਹੜਾ ਤਗੜਾ ਹੋਊਗਾ ਹਾਂਜੀ। ਉਸ ਵੇਲੇ ਫਿਰ ਉਸ ਬੰਦੇ ਨੇ ਇਹ ਜਵਾਬ ਦਿੱਤਾ ਸੀ ਅਕਲ ਬਦਾਮ ਖਾ ਕੇ ਨਹੀਂ ਆਉਂਦੀ, ਧੱਕੇ ਖਾ ਕੇ ਜੀ ਜੀ ਬਿਲਕੁਲ। ਅਸਲ ਚ ਉਹਨੇ ਕਿਹਾ ਸੀ ਇਹ ਆਪਣੀ ਵਾਈਫ ਨੂੰ ਕਿਹਾ ਸੀ ਕਿ ਇਹਨਾਂ ਨੂੰ ਜਿੰਨਾ ਦਬਲ ਸਕਦੀਆਂ ਦਬਲ ਜੀ, ਜਿੰਨਾ ਦਬਲੇਗੀ ਉਹਨੇ ਇਹ ਸਖਤ ਹੋਣਗੇ ਜੀ ਜੀ ਬਿਲਕੁਲ। ਮਾਂ ਜਿਹੜੀ ਹੈ ਨਾ ਉਹ ਬੱਚੇ ਨੂੰ ਸਿਖਾਉਂਦੀ ਹੈ ਕਿ ਦੁਨੀਆਂ ਨਾਲ ਵਰਤਣਾ ਹੈ, ਪਿਤਾ ਸਿਖਾਉਂਦਾ ਹੈ ਕਿ ਦੁਨੀਆਂ ਨੂੰ ਵਰਤਣਾ ਕਿਵੇਂ ਹੈ। ਕਹਿਣ ਤੋਂ ਪਾਵੇ ਉਹਨਾਂ ਦੋਹਾਂ ਦਾ ਆਪਣਾ ਆਪਣਾ ਰੋਲ ਹੁੰਦਾ ਹੈਗਾ। ਮੈਂ ਆਪ ਇਸ ਗੱਲ ਇਸ ਵਿਸ਼ਵਾਸ ਦਾ ਧਾਰਨੀ ਹਾਂ ਕਿ ਬੱਚਿਆਂ ਨੂੰ ਸਖਤ ਜਾਨ ਬਣਾਓ, ਉਹਨਾਂ ਦੇ ਕਰੋ ਕਿ ਉਹ ਜ਼ਿੰਦਗੀ ਦੀ ਹਰ ਹਨੇਰੀ ਅਤੇ ਹਰ ਝੱਖੜ ਦਾ ਮਜ਼ਬੂਤੀ ਨਾਲ ਟਕਰਾ ਕਰ ਸਕਣ, ਸਾਹਮਣਾ ਕਰ ਸਕਣ ਅਤੇ ਹੋਰਾਂ ਵਾਸਤੇ ਵੀ ਮਾਹੌਲ ਬਣੇ। ਉਹਦੇ ਲੋਕ ਹੁੰਦੇ ਹਨ ਉਹ ਆਪਣੀਆਂ ਸਮੱਸਿਆਵਾਂ ਨਹੀਂ ਸੁਲਝਾ ਸਕਦੇ, ਪਰੰਤੂ ਮੈਂ ਚਾਹੁੰਦਾ ਹਾਂ ਕਿ ਬੰਦੇ ਕੋਲ ਇਤਨਾ ਗਿਆਨ ਹੋਣਾ ਚਾਹੀਦਾ ਕਿ ਉਹ ਆਪਣੀਆਂ ਸਮੱਸਿਆਵਾਂ ਤਾਂ ਸੁਲਝਾਏ ਹੀ ਉਹ ਹੋਰਾਂ ਦੀਆਂ ਸਮੱਸਿਆਵਾਂ ਵੀ ਸੁਲਝਾਏ ਜੀ। ਜੀ ਤੇ ਨਰਿੰਦਰ ਸਿੰਘ ਕਪੂਰ ਜੀ, ਅਗਲਾ ਸਵਾਲ ਜਿਹੜਾ ਮੇਰੇ ਦਿਮਾਗ ਚ ਪੈਦਾ ਹੋਇਆ ਉਹ ਇਹ ਹੈ ਕਿ ਜਿਵੇਂ ਕਿ ਤੁਸੀਂ ਜਦੋਂ ਸਾਹਿਤ ਦੇ ਵੱਲ ਪਰਤੇ, ਜਦੋਂ ਤੁਹਾਨੂੰ ਇਹ ਲੋੜ ਮਹਿਸੂਸ ਹੋਈ ਕਿ ਸਾਡੇ ਸਾਹਿਤ ਦੇ ਵਿੱਚ ਇਹ ਕੁਝ ਵਿਸ਼ੇ ਨੇ ਜਿਹੜੇ ਸਮਕਾਲੀ ਵਿਸ਼ੇ ਜਿਨ੍ਹਾਂ ਤੇ ਲਿਖਿਆ ਜਾਣਾ ਜ਼ਰੂਰੀ ਹੈ, ਤਾਂ ਤੁਸੀਂ ਉਸ ਵੇਲੇ ਜਿਹੜਾ ਲੇਖਾਂ ਨੂੰ ਆਪਣੀ ਲੇਖਣੀ ਦਾ ਜਿਹੜੀ ਵਿਧਾ ਬਣਾਇਆ, ਤੇ ਇਹ ਤੁਸੀਂ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਜਾਂ ਤੁਹਾਨੂੰ ਲੱਗਿਆ ਕਿ ਇਹੀ ਸਾਹਿਤ ਦੀ ਵਿਧਾ ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਚੰਗੀ ਤਰ੍ਹਾਂ ਐਕਸਪ੍ਰੈਸ ਕਰ ਸਕਦੇ ਹੋ? ਇਹਦੇ ਬਾਰੇ ਇਹ ਹੈ ਕਿ ਮੈਂ ਇਹ ਸੋਚ ਕੇ ਲਿਖਣਾ ਸ਼ੁਰੂ ਕੀਤਾ ਸੀ ਕਿ ਉਹਨਾਂ ਵਿਸ਼ਿਆਂ ਉੱਤੇ ਲਿਖਾਂਗਾ ਜਿਨ੍ਹਾਂ ਉੱਤੇ ਲਿਖਿਆ ਹੋਇਆ ਨਹੀਂ ਮਿਲਦਾ, ਹਾਂਜੀ, ਤੇ ਉਹਨਾਂ ਵਿਸ਼ਿਆਂ ਤੇ ਲਿਖਾਂਗਾ ਜਿਸ ਬਾਰੇ ਹਰ ਕੋਈ ਸੋਚੇ ਵੀ ਇਹ ਤੇ ਮੈਂ ਵੀ ਲਿਖ ਸਕਦਾ ਹਾਂ, ਪਰੰਤੂ ਉਹ ਦੋ ਵਾਕ ਲਿਖਣ ਤੋਂ ਬਾਅਦ ਰੁਕ ਜਾਵੇ, ਅੱਗੇ ਨਾ ਚੱਲ ਸਕੇ। ਮੈਂ ਉਹਨਾਂ ਵਿਸ਼ਿਆਂ ਤੇ ਹੁਣ ਸਭ ਤੋਂ ਉੱਤੇ ਚਿਹਰੇ ਉੱਤੇ ਲੇਖ ਲਿਖਣਾ, ਤੁਰਨਾ, ਫੜਾਂ, ਗਾਲਾਂ, ਪਿਆਰ, ਸੁੰਦਰਤਾ, ਮਤਲਬ ਕਿ ਇਹ ਜਿਹੜੇ ਇੱਕ ਇੱਕ ਸ਼ਬਦ ਵਾਲੇ ਵਿਸ਼ੇ ਹੈਗੇ ਆ, ਇਹਨਾਂ ਦੇ ਵਿੱਚ ਪਹਿਲਾਂ ਤਾਂ ਉਹ ਥੋੜਾ ਜਿਹਾ ਉਸਨੂੰ ਡਿਫਾਈਨ ਕਰਨ ਦੀ ਲੋੜ ਪੈਂਦੀ ਹੈ। ਹੁਣ ਚਿਹਰਾ ਜਿਹੜਾ ਹੈ ਉਸਦਾ ਪਹਿਲਾ ਵਾਕ ਹੀ ਇਹ ਸੀ ਕਿ ਸੁੰਦਰ ਉਹ ਹੈ ਜਿਸਦੀ ਸੌਂਕਣ ਵੀ ਤਾਰੀਫ ਕਰੇ, ਉਹ ਹੈ ਜਿਸਦੀ ਸੌਂਕਣ ਵੀ ਤਾਰੀਫ ਕਰੇ। ਹੁਣ ਇਸ ਤਰੀਕੇ ਨਾਲ ਇੱਕ ਲੇਖ ਹੈ ਮੇਰਾ, ਉਹਦੀਆਂ ਸ਼ੁਰੂ ਦੀਆਂ ਲਾਈਨਾਂ ਹਨ, ਗਿਆਨ ਕੀ ਕਰਦਾ ਮਿਸਾਲ ਦੇ ਤੌਰ ਤੇ, ਗਿਆਨ ਬੰਦੇ ਦੀ ਜ਼ਿੰਦਗੀ ਵਿੱਚ ਕੀ ਤਬਦੀਲੀ ਲਿਆਉਂਦਾ ਹੈ। ਜਦੋਂ ਅਰਜਨ ਨੂੰ ਗਿਆਨ ਹੋ ਗਿਆ ਤਾਂ ਕੁਰਕਸ਼ੇਤਰ ਦੇ ਮੈਦਾਨ ਵਿੱਚ ਉਸਨੇ ਸੁੱਟੇ ਹੋਏ ਹਥਿਆਰ ਚੁੱਕ ਲਏ ਸੀ ਜੀ। ਅਸ਼ੋਕ ਨੂੰ ਗਿਆਨ ਹੋ ਗਿਆ ਤਾਂ ਉਸਨੇ ਚੁੱਕੇ ਹੋਏ ਹਥਿਆਰ ਸੁੱਟ ਦਿੱਤੇ ਸੀ ਜੀ। ਸੋ ਕਹਿਣ ਤੋਂ ਭਾਵ ਹੈਗਾ ਗਿਆਨ ਜਿਹੜਾ ਹੈ ਉਹ ਕਾਇਆ ਕਲਪ ਕਰਦਾ। ਸੋ ਕਿੰਨ ਚੀਜ਼ਾਂ ਹਨ ਅਸੀਂ ਜ਼ਿੰਦਗੀ ਦੇ ਵਿੱਚ ਗੁਜ਼ਾਰਾ ਜਿਹੜਾ ਹੈ ਉਹ ਅਕਲ, ਗਿਆਨ ਅਤੇ ਸਿਆਣਪ ਦੇ ਸਿਰ ਤੇ ਕਰਦੇ ਹਾਂ। ਅਕਲ ਦਾ ਸੰਬੰਧ ਜਿਹੜਾ ਹੈ ਉਮਰ ਦੇ ਨਾਲ ਹੈ, 12 ਸਾਲ ਦੇ ਬੱਚੇ ਦੀ ਅਕਲ ਹੋਰ ਹੁੰਦੀ ਹੈ, 20 ਸਾਲ ਦੀ ਹੋਰ ਹੁੰਦੀ ਹੈ, 40 ਸਾਲ ਦੇ ਬੰਦੇ ਦੀ ਅਕਲ ਹੋਰ ਹੁੰਦੀ ਹੈ। ਅਕਲ ਅਸੀਂ ਦੂਜਿਆਂ ਤੋਂ ਪ੍ਰਾਪਤ ਕਰਦੇ ਹਾਂ ਵੇਖ ਕੇ, ਆਪਣੇ 5 ਜਿਹੜੇ ਗਿਆਨ ਇੰਦਰੀ ਹਨ, ਅੱਖਾਂ, ਕੰਨ, ਨੱਕ, ਜੀਭ, ਚਮੜੀ, ਇਹਨਾਂ ਦੇ ਅਨੁਭਵ ਦੇ ਨਾਲ ਅਸੀਂ ਅਕਲ ਪ੍ਰਾਪਤ ਕਰਦੇ ਹਾਂ। ਅਕਲ ਦੇ ਪੱਖੋਂ ਪੁਰਸ਼ ਅਤੇ ਇਸਤਰੀ ਵਿੱਚ ਕੋਈ ਅੰਤਰ ਨਹੀਂ ਹੈ, ਪੁਰਸ਼ ਕੋਲ
ਇਹ ਜਾਣਕਾਰੀ ਜਾ ਰਹੀ ਹੁੰਦੀ ਹੈ। ਔਰਤ ਦੇ ਕੋਲ ਘਰ ਦੀ ਅੰਦਰਲੀ ਜਾਣਕਾਰੀ ਜਾ ਰਹੀ ਹੁੰਦੀ ਹੈ। ਜਿਹੜਾ ਗਿਆਨ ਹੁੰਦਾ ਉਹ ਅਸੀਂ ਪੁਸਤਕਾਂ ਅਤੇ ਅਧਿਆਪਕਾਂ ਤੋਂ ਪ੍ਰਾਪਤ ਕਰਦੇ ਹਾਂ। ਉਹਦੇ ਵਾਸਤੇ ਸਕੂਲ, ਕਾਲਜ, ਯੂਨੀਵਰਸਿਟੀ ਜਾਣਾ ਪੈਂਦਾ। ਗਿਆਨ ਦੇ ਫਾਰਮੂਲੇ ਹੁੰਦੇ ਹਨ, ਫਾਰਮੂਲੇ ਹੁੰਦੇ ਹਨ। ਕਹਿਣ ਤੋਂ ਭਾਵ ਹੈਗਾ ਕਿ ਜਦੋਂ ਕਿਸੇ ਗੱਲ ਨੂੰ ਮੈਂ ਪੇਸ਼ ਕਰਨਾ ਚਾਹਾਂਗਾ ਤਾਂ ਉਸਦੇ ਵੱਧ ਤੋਂ ਵੱਧ ਪੱਖਾਂ ਨੂੰ ਪੇਸ਼ ਕਰਾਂਗਾ ਤਾਂ ਕਿ ਉਸਨੂੰ ਪੜ੍ਹਨ ਵਾਲਾ ਇਹ ਸਮਝੇ ਕਿ ਹੁਣ ਇਸ ਵਿਸ਼ੇ ਉੱਤੇ ਮੈਂ ਵੀ ਗੱਲ ਕਰ ਸਕਦਾ ਹਾਂ। ਜੀ ਜੀ। ਸੋ ਇਸ ਢੰਗ ਦੇ ਨਾਲ ਮੈਂ ਵਿਸ਼ਿਆਂ ਦੇ ਪੱਖੋਂ ਮੈਂ ਉਸ ਵਿਸ਼ੇ ਤੇ ਲਿਖਣਾ ਹੀ ਨਹੀਂ ਪਸੰਦ ਕਰਦਾ ਜਿਸ ਉੱਤੇ ਪਹਿਲਾਂ ਲਿਖਿਆ ਗਿਆ ਹੋਵੇ। ਜੀ। ਜਾਂ ਜੇ ਮੈਂ ਉਸ ਵਿਸ਼ੇ ਤੇ ਲਿਖਾਂਗਾ ਤਾਂ ਉਸ ਨੂੰ ਦ੍ਰਿਸ਼ਟੀਕੋਣ ਤੋਂ ਲਿਖਾਂਗਾ। ਮਿਸਾਲ ਦੇ ਤੌਰ ਉੱਤੇ ਹੁਣ ਅੱਜ ਮੇਰਾ ਇੱਕ ਲੇਖ ਛਪਿਆ ਹੈਗਾ ਦਿਲ ਦਾ ਟੁੱਟਣਾ। ਹੁਣ ਦਿਲ ਦਾ ਟੁੱਟਣਾ ਬਹੁਤ ਲੋਕ ਜਿਹੜੇ ਨੇ ਵਿਰਲਾਪ ਦੇ ਰੂਪ ਵਿੱਚ ਲੈਂਦੇ ਹਨ। ਜੀ। ਪਿਆਰ ਦੇ ਮੁਕੰਮਲ ਅਤੇ ਡੂੰਘੇ ਅਨੁਭਵ ਵਾਸਤੇ ਦਿਲ ਦਾ ਟੁੱਟਣਾ ਬੜਾ ਜ਼ਰੂਰੀ ਹੁੰਦਾ ਹੈ। ਦਿਲ ਦੇ ਟੁੱਟਣ ਨਾਲ ਹੀ ਕੋਈ ਕਵੀ ਬਣਦਾ, ਕੋਈ ਕਲਾਕਾਰ ਬਣਦਾ, ਕਿਰਤਕਾਰ ਬਣਦਾ, ਸੋ ਕੋਈ ਗੀਤਕਾਰ ਬਣਦਾ, ਕੋਈ ਸੰਗੀਤਕਾਰ ਬਣਦਾ। ਕਹਿਣ ਤੋਂ ਭਾਵੇ ਜਿਹਨਾਂ ਦਿਲ ਨਹੀਂ ਟੁੱਟਦੇ ਤੇ ਉਹਨਾਂ ਦੇ ਵਿਆਹ ਹੋ ਜਾਂਦੇ ਆ, ਸਫਲ ਪਿਆਰ ਵਿੱਚੋਂ ਕੇਵਲ ਬੱਚੇ ਪੈਦਾ ਹੁੰਦੇ ਆ, ਸਫਲ ਪਿਆਰ ਦੇ ਵਿੱਚੋਂ ਕਲਾ ਪੈਦਾ ਹੁੰਦੀ। ਜੀ। ਸੋ ਉਹ ਭਾਵੇ ਹੈਗਾ ਨਵੇਂ ਦ੍ਰਿਸ਼ਟੀਕੋਣ ਤੋਂ ਕੋਈ ਗੱਲ ਕਹਿਣੀ, ਇਹ ਮੇਰਾ ਸ਼ੌਕ ਹੈ। ਜੀ, ਬਾਖੂਬੀ ਤੁਸੀਂ ਆਪਣਾ ਸ਼ੌਕ ਨਿਭਾ ਰਹੇ ਹੋ। ਤੁਹਾਡੀ ਪੂਰਾ ਜਿਹੜਾ ਤੁਸੀਂ ਜਵਾਬ ਪਿਛਲੀ ਗੱਲਬਾਤ ਦੇ ਦੌਰਾਨ ਦਿੱਤਾ ਉਹਦੇ ਤੇ ਇੱਕ ਮੈਂ ਸਵਾਲ ਤੁਹਾਨੂੰ ਅੱਗੇ ਜਾ ਕੇ ਕਰਨਾ ਚਾਹੁੰਦਾ ਸੀਗਾ, ਪਰ ਮੈਂ ਉਹ ਸਵਾਲ ਦੁਆਰਾ ਫਿਰ ਤੁਹਾਡੇ ਅੱਗੇ ਲੈ ਕੇ ਆਊਂਗਾ ਤੇ ਉਸਨੂੰ ਹੋਰ ਰੂਪ ਦੇ ਵਿੱਚ ਤੁਹਾਡੇ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਜੀ, ਮੈਂ ਪੁੱਛਣਾ ਚਾਹ ਰਿਹਾ ਸੀ ਕਿ ਉਮਰ ਦੇ ਬਦਲਦੇ ਆ ਜਿਹੜਾ ਇਨਸਾਨ ਦੀ ਸੋਚ ਬਦਲਦੀ ਆ, ਉਹਦੇ ਵਿੱਚ ਤਬਦੀਲੀ ਆਉਂਦੀ ਹੈਗੀ, ਤਾਂ ਕੁਛ ਇੱਦਾਂ ਦੇ ਲੇਖਕ ਨੇ ਜਦੋਂ ਆਪਾਂ ਹੁਣ ਚਲੋ ਲੇਖਕਾਂ ਦੀ ਗੱਲ ਕਰ ਲਈਏ, ਸ਼ੁਰੂ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਰੋਮਾਂਚਕ ਸਾਹਿਤ ਰਚਦੇ ਨੇ ਗੇ, ਜਿਉਂ ਜਿਉਂ ਉਹਨਾਂ ਦੀ ਉਮਰ ਵੱਧਦੀ ਜਾਂਦੀ ਆ ਤਾਂ ਉਹਨਾਂ ਦੀ ਜਿਹੜੀ ਲੇਖਣੀ ਦੇ ਵਿੱਚ ਜਿਹੜੀ ਚੇਂਜ ਆਉਂਦੀ ਜਾਂਦੀ ਆ, ਪਰ ਕੁਛ ਇੱਦਾਂ ਦੇ ਲੇਖਕ ਵੀ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ, ਗੁਲਜ਼ਾਰ ਜੀ ਹੋਰਾਂ ਦੀ ਗੱਲ ਕਰ ਲਈਏ, ਹੁਣ ਤੱਕ ਰੋਮਾਂਟਿਕ ਸੌਂਗ ਹੀ ਲਿਖਦੇ ਨੇ ਉਹ, ਤਾਂ ਤੁਸੀਂ ਇਸ ਪੂਰੀ ਜਿਹੜਾ ਇਹ ਸਬਜੈਕਟ ਆ, ਜੇ ਅਸੀਂ ਕਹਿ ਦਈਏ ਕਿ ਉਮਰ ਦੇ ਬਦਲਦੇ ਆ ਜਾਂ ਸਾਡੀ ਸੋਚ ਤੇ ਕੀ ਅਸਰ ਪੈਂਦਾ ਤੇ ਕਿੱਦਾਂ ਦੀ ਝਾਤ ਮਾਰਦੇ ਹੋ ਤੁਸੀਂ ਆਪਣੇ ਵੱਲੋਂ ਆਪਣੀ ਸੋਚ ਦੇ ਨਾਲ? ਹਾਂਜੀ, ਇਉਂ ਹੈ ਕਿ ਇੱਕ ਸ਼ਕਲ ਸਾਨੂੰ ਆਪਣੇ ਮਾਪਿਆਂ ਤੋਂ ਮਿਲਦੀ। ਜੀ। ਇੱਕ ਸ਼ਕਲ ਸਾਨੂੰ ਆਪਣੇ ਤਜਰਬੇ ਤੋਂ ਮਿਲਦੀ ਹੈ। 40 ਸਾਲ ਦੀ ਉਮਰ ਤੱਕ ਜਿਹੜੀ ਸਾਡੀ ਸ਼ਕਲ ਹੁੰਦੀ ਹੈ ਨਾ ਮਾਪਿਆਂ ਦੀ ਮਿਲੀ ਹੋਈ ਹੈ, ਉਹ 40 ਸਾਲ ਦੀ ਉਮਰ ਤੱਕ ਸਾਡੇ ਕੋਲ ਰਹਿੰਦੀ ਹੈ। 40 ਸਾਲ ਦੀ ਉਮਰ ਤੋਂ ਬਾਅਦ ਸਾਡੀ ਸ਼ਕਲ ਬਦਲ ਜਾਂਦੀ ਹੈ। ਸਾਡੀ ਸ਼ਕਲ ਜਿਹੜੀ ਹੈ ਉਹ ਸਾਡੀ ਆਪਣੀ ਜ਼ਿੰਦਗੀ ਦੇ ਤਜਰਬਿਆਂ ਦੇ ਆਧਾਰ ਉੱਤੇ ਪੈਦਾ ਹੋ ਜਾਂਦੀ ਹੈ, ਜਾਂ ਦੂਜੇ ਸ਼ਬਦਾਂ ਚ ਕਹੋ ਜਦੋਂ ਸਾਡੇ ਬੱਚੇ ਹੋ ਜਾਂਦੇ ਆ ਉਦੋਂ ਸਾਡੀ ਸ਼ਕਲ ਬਦਲ ਜਾਂਦੀ ਹੈ। ਜੀ। ਸੋ ਇਸ ਪਹਿਲੇ ਨਾਲ ਕੀ ਹੁੰਦਾ ਕਿ ਜਿਹੜੇ ਲੋਕ ਸਾਡੀ ਜ਼ਿੰਦਗੀ ਵਿੱਚ ਆਉਂਦੇ ਹਨ ਉਹਨਾਂ ਸਾਰਿਆਂ ਤੋਂ ਅਸੀਂ ਕੁਝ ਸਿੱਖਦੇ ਹਾਂ। ਜਿੱਥੇ 20 ਬੰਦੇ ਹੋਣਗੇ ਨਾ ਉੱਥੇ ਮਨੁੱਖ ਦੀ ਹਰ ਪ੍ਰਕਾਰ ਦੀ ਵੰਨਗੀ ਮਿਲ ਜਾਏਗੀ, ਉੱਥੇ ਉਹਦੇ ਵਿੱਚ ਕੋਈ ਕਮੀਨਾ ਵੀ ਹੋਏਗਾ, ਕੋਈ ਸ਼ਾਹ ਦਿਲ ਵੀ ਹੋਏਗਾ, ਕੋਈ ਕੁਰਬਾਨੀ ਕਰਨ ਵਾਲਾ ਵੀ ਹੋਏਗਾ, ਕੋਈ ਚੋਰੀ ਕਰਨ ਵਾਲਾ ਵੀ ਹੋਏਗਾ, ਕੋਈ ਝੂਠ ਬੋਲਣ ਵਾਲਾ ਹੋਏਗਾ, ਕੋਈ ਸੱਚ ਤੇ ਪਹਿਰਾ ਦੇਣ ਵਾਲਾ ਵੀ ਹੋਏਗਾ। ਕਹਿਣ ਤੋਂ ਭਾਵ ਇਹ ਹੈ ਕਿ ਪਾਂਤ ਪਾਂਤ ਦੇ ਜਿਹੜੇ ਹਨ, ਜਿਹੜੀਆਂ ਮਨੁੱਖ ਦੀਆਂ ਵੰਨਗੀਆਂ ਹਨ, ਉਹ ਸਾਰੀਆਂ ਜਿਹੜੀਆਂ ਹਨ ਸਾਡੇ ਸੰਪਰਕ ਵਿੱਚ ਆਉਂਦੇ ਹਨ, ਉਸ ਆਧਾਰ ਉੱਤੇ ਅਸੀਂ ਆਪਣੀ ਜ਼ਿੰਦਗੀ ਦੀਆਂ ਤਰਜੀਹਾਂ ਬਦਲਦੇ ਹਾਂ। ਮਿਸਾਲ ਦੇ ਤੌਰ ਤੇ ਜਦੋਂ ਬੱਚਾ ਬਚਪਨ ਵਿੱਚ ਉਹਦੀ ਦਿਲਚਸਪੀ ਖਾਣ ਪੀਣ ਵਿੱਚ ਹੁੰਦੀ ਆ, ਜਵਾਨੀ ਦੇ ਵਿੱਚ ਕੋਈ ਬੰਦਾ ਪਲਾਟ ਖਰੀਦਣ ਬਾਰੇ ਜਾਂ ਕੋਈ ਜਾਇਦਾਦ ਬਣਾਉਣ ਬਾਰੇ ਨਹੀਂ ਸੋਚਦਾ। ਜਵਾਨੀ ਦੇ ਵਿੱਚ ਦਿਲਚਸਪੀ ਜਿਹੜੀ ਹੈ ਔਰਤ ਵਾਸਤੇ ਪੁਰਸ਼ ਦੇ ਸਾਥ ਦੀ ਹੁੰਦੀ ਹੈ ਤੇ ਪੁਰਸ਼ ਵਾਸਤੇ ਔਰਤ ਦੇ ਸਾਥ ਦੀ ਹੁੰਦੀ ਹੈ। ਜਦੋਂ ਅਸੀਂ 40 ਸਾਲ ਦੀ ਉਮਰ ਵਿੱਚ ਪਹੁੰਚਦੇ ਹਾਂ ਉਸ ਵੇਲੇ ਸਾਡੀ ਦਿਲਚਸਪੀ ਅਹੁਦੇ ਵਿੱਚ ਹੁੰਦੀ ਹੈ ਵੀ ਮੇਰਾ ਅਹੁਦਾ ਕੀ ਹੈ। ਜੇਕਰ 40 ਸਾਲ ਦੀ ਉਮਰ ਤੱਕ ਕਿਸੇ ਦੇ ਨਾਂ ਦੀ ਤਖ਼ਤੀ ਨਹੀਂ ਲੱਗੀ ਤਾਂ ਇਹਦਾ ਮਤਲਬ ਕਿ ਉਸ ਆਪਣੀ ਜ਼ਿੰਦਗੀ ਚ ਆਪਣੇ ਪ੍ਰੋਫੈਸ਼ਨ ਦੀ ਚੋਣ ਠੀਕ ਨਹੀਂ ਕੀਤੀ। ਤੇ 60 ਸਾਲ ਦੀ ਉਮਰ ਵਿੱਚ ਜਾਂ ਬੁਢਾਪੇ ਦੇ ਵਿੱਚ ਸਾਡੇ ਕੋਲ ਸਾਡੀ ਜਿਹੜੀ ਪਕੜ ਹੁੰਦੀ ਹੈ ਉਹ ਜਾਇਦਾਦ ਦੀ ਹੁੰਦੀ ਹੈ। ਅਸੀਂ ਜਾਇਦਾਦ ਨੂੰ ਦੇਖਦੇ ਹਾਂ ਵੀ ਅਸੀਂ ਕਿੰਨਾ ਬਣਾਇਆ। ਕਹਿਣ ਤੋਂ ਪਿਆ 40 ਸਾਲ ਦੀ ਉਮਰ ਤੱਕ ਬੰਦੇ ਨੂੰ ਆਪਣੀ ਜ਼ਿੰਦਗੀ ਬਾਰੇ ਪਤਾ ਲੱਗ ਜਾਂਦਾ ਕਿ ਮੈਂ ਕਾਮਯਾਬ ਹਾਂ ਕਿ ਨਹੀਂ ਹਾਂ। ਬਾਕੀ ਦੀ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਵਾਪਰੇਗੀ, ਉਹ ਜਿਸ ਵਹਿਣ ਦੇ ਵਿੱਚ ਜ਼ਿੰਦਗੀ ਪਈ ਹੁੰਦੀ ਹੈ ਉਸ ਵਹਿਣ ਦੇ ਵਿੱਚ ਹੀ ਰਹੇਗੀ। ਸੋ ਇਸ ਢੰਗ ਦੇ ਨਾਲ ਜਿਹੜੇ ਹਨ, ਕਿਉਂਕਿ ਮੈਂ ਲਿਖਦਾ ਹਾਂ, ਮੈਂ ਬਹੁਤ ਸਾਰੇ ਤਜਰਬਿਆਂ ਨੂੰ, ਬਹੁਤ ਸਾਰੀਆਂ ਚੀਜ਼ਾਂ ਨੂੰ ਲਿਖਣ ਦੀ ਦ੍ਰਿਸ਼ਟੀ ਤੋਂ ਵੇਖਦਾ ਹਾਂ। ਜਿਸ ਕਿਸੇ ਨੇ ਗਾਉਣਾ ਹੁੰਦਾ ਨਾ ਉਹ ਗਾਉਣ ਦੀ ਦ੍ਰਿਸ਼ਟੀ ਤੋਂ ਵੇਖਦਾ, ਜਿਸ ਨੇ ਕੋਈ ਚਿੱਤਰ ਬਣਾਉਣਾ ਹੁੰਦਾ ਉਹ ਚਿੱਤਰ ਬਣਾਉਣ ਦੀ ਦ੍ਰਿਸ਼ਟੀ ਨਾਲ ਵੇਖਦਾ,
ਜਿਵੇਂ ਮਿਸਾਲ ਦੇ ਤੌਰ ਤੇ ਦੁਕਾਨਦਾਰ ਹਰ ਇੱਕ ਵਿਅਕਤੀ ਨੂੰ ਗਾਹਕ ਦੀ ਦ੍ਰਿਸ਼ਟੀ ਦੇਖਦਾ। ਸੋ ਇਸ ਤਰ੍ਹਾਂ ਬੰਦੇ ਦਾ ਇੱਕ ਖੇਤਰ ਹੁੰਦਾ ਹੈਗਾ, ਉਸ ਖੇਤਰ ਦੇ ਹਿਸਾਬ ਨਾਲ ਮੇਰੇ ਪਾਠਕ ਕੌਣ ਹਨ। ਮੇਰੇ ਪਾਠਕ ਆਮ ਤੌਰ ਉੱਤੇ ਉਹ ਹਨ ਜਿਹੜੇ ਗ੍ਰੈਜੂਏਟ ਹਨ, ਮਿਨੀਮਮ ਲਿਖਦਾ ਸੌਖਾ ਹਾਂ, ਜਿਸ ਨੂੰ ਪੰਜਵੀਂ ਪਾਸ ਵੀ ਸਮਝ ਸਕਦਾ ਹੈਗਾ। ਜੇ ਮੈਂ ਸੋਚ ਕੇ ਲਿਖਣਾ ਸ਼ੁਰੂ ਕੀਤਾ ਸੀ ਕਿ ਪੰਜਵੀਂ ਪਾਸ ਵਿਅਕਤੀ ਵੀ ਮੇਰੀ ਲਿਖਤ ਨੂੰ ਸਮਝ ਸਕੇ, ਅਤੇ ਇਹ ਲਿਖਤ ਪੰਜਵੀਂ ਪਾਸ ਤੋਂ ਲੈ ਕੇ ਵਿਦਵਾਨ ਨੂੰ ਵੀ ਪ੍ਰਭਾਵਿਤ ਕਰਨ ਵਾਲੀ ਹੋਵੇ। ਜਦੋਂ ਕਈ ਵਾਰੀ ਮੈਨੂੰ ਇਹ ਦੁਬਿਧਾ ਹੁੰਦੀ ਹੈ ਕਿ ਇਹ ਗੱਲ ਮੈਂ ਸਪਸ਼ਟ ਕਰ ਸਕਿਆ ਹਾਂ ਕਿ ਨਹੀਂ, ਮੈਂ ਉਸ ਵੇਲੇ ਸੋਚਦਾ ਹਾਂ ਜੇ ਮੇਰੀ ਮਾਂ ਮੇਰੀ ਲਿਖਤ ਪੜ੍ਹੇ, ਉਹ ਪੜ੍ਹਦੀ ਹੁੰਦੀ ਸੀ, ਕਿ ਉਸ ਨੂੰ ਇਹ ਸਮਝ ਆ ਜਾਏਗੀ। ਉਸ ਹਿਸਾਬ ਨਾਲ ਮੈਂ ਉਸਨੂੰ, ਜੇ ਮੈਨੂੰ ਲੱਗੇ ਕਿ ਔਖੀ ਹੈ, ਉਸਨੂੰ ਆਪਣੀ ਮਾਂ ਨੂੰ ਸਾਹਮਣੇ ਰੱਖ ਕੇ ਫਿਰ ਮੈਂ ਉਸਨੂੰ ਸਰਲ ਬਣਾ ਦਿੰਦਾ ਸੀ ਤਾਂ ਕਿ ਉਸਨੂੰ ਸਮਝ ਆ ਜਾਵੇ। ਕਿਆ ਖੂਬ ਆ ਜੀ। ਇੱਕ ਇਸੇ ਤਰ੍ਹਾਂ ਹੀ ਇਸੇ ਸਵਾਲ ਦੇ ਵਿੱਚ, ਗੱਲਬਾਤ ਦੇ ਵਿੱਚ ਜਿਹੜੇ ਮੇਰੇ ਦਿਮਾਗ ਦੇ ਵਿੱਚ ਸਵਾਲ ਪੈਦਾ ਹੋ ਰਿਹਾ, ਉਹ ਇਹੀ ਕਿ ਬਹੁਤ ਸਾਰੇ ਜਦੋਂ ਅਸੀਂ ਲੇਖਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦਾ ਇੱਕ ਜਵਾਬ ਹੁੰਦਾ ਜੀ ਕਿ ਸੁਭਾਵਿਕ ਜੀ, ਇਹ ਨੈਚੁਰਲੀ ਆ ਜੀ, ਅਸੀਂ ਕੁਛ ਨਹੀਂ। ਤੁਸੀਂ ਜਿਸ ਤਰ੍ਹਾਂ ਇਸ ਦਾ ਖੁਲਾਸਾ ਵੀ ਕੀਤਾ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚੋਂ ਤੁਸੀਂ ਹੁਣ ਤੱਕ ਪੂਰਾ ਇੱਕ ਪਲੈਨ ਦੇ ਨਾਲ ਚੱਲ ਰਹੇ ਹੋ, ਤਾਂ ਉਹ ਪਲੈਨ ਜਿਹੜਾ ਇੱਕ ਇਹ ਉਹ ਤੁਹਾਡੀ ਆਪਣਾ ਆਪ ਨੂੰ ਕਾਮਯਾਬ ਕਰਨ ਦਾ ਜਾਂ ਇੱਕ ਗਿਆਨ ਦਾ ਜਿਹੜਾ ਚਾਨਣਾ ਉਹ ਸਾਰਿਆਂ ਤੱਕ, ਜਿਹੜਾ ਆਪਣਾ ਅੰਦਰ ਇੱਕ ਤੁਹਾਡੇ ਇੱਕ ਰੂਹ ਦੇ ਵਿੱਚ ਬਸੀ ਹੁੰਦੀ ਆ ਕਿ ਕੋਈ ਰੋਸ਼ਨੀ, ਉਹ ਚਾਹੁੰਦੇ ਹੋ ਕਿ ਸਾਰਿਆਂ ਦੇ ਪਿੱਛੇ ਖਿਲਾਰੀ ਜਾਵੇ, ਉਸ ਨੂੰ ਮੁੱਖ ਰੱਖਿਆ ਹੋਇਆ ਤੁਸੀਂ? ਹਾਂਜੀ, ਇਉਂ ਹੈ ਕਿ ਬਹੁਤ ਸਾਰੇ ਲੇਖਕ ਹੁੰਦੇ ਆ, ਉਹ ਕਵਿਤਾ ਵੀ ਲਿਖਣ ਲੱਗ ਜਾਂਦੇ ਆ, ਕਹਾਣੀ ਵੀ ਲਿਖਣ ਲੱਗ ਜਾਂਦੇ ਆ, ਨਾਟਕ ਵੀ ਲਿਖਣ ਲੱਗ ਜਾਂਦੇ ਆ, ਨਾਵਲ ਵੀ ਲਿਖਣ ਲੱਗ ਜਾਂਦੇ ਆ ਜੀ। ਸੋ ਮੈਂ ਪਹਿਲਾਂ ਤਾਂ ਇਹ ਫੈਸਲਾ ਕੀਤਾ ਸੀ ਕਿ ਮੈਂ ਕੇਵਲ ਵਾਰਤਕ ਕਹਾਵਾਂ ਅਤੇ ਲੇਖ ਲਿਖਾਂਗਾ, ਕੋਈ ਕਹਾਣੀ ਕਵਿਤਾ ਜਿਹੜੀ ਹੈ ਉਹ ਵੱਖਰੇ ਫੀਲਡ ਹਨ। ਕਹਿਣ ਤੋਂ ਭਾਵ ਹੈਗਾ ਕਿ ਮੇਰੀ ਇਹ ਧਾਰਨਾ ਹੈ ਕਿ ਕਿਸ ਖੇਤਰ ਕੋਈ ਹੋਵੇ, ਜਦੋਂ ਤੱਕ ਤੁਸੀਂ ਉਹਦੇ ਵਿੱਚ 40 ਸਾਲ ਨਹੀਂ ਲਾਉਂਦੇ, ਤੁਹਾਡਾ ਨੌ ਥਾਂ ਨਹੀਂ ਬਣਦਾ। ਸੰਗੀਤ ਦੇ ਖੇਤਰ ਵਿੱਚ ਜਾਂ ਪੇਂਟਿੰਗ ਦੇ ਖੇਤਰ ਦੇ ਵਿੱਚ ਕੋਈ ਕਲਾਕਾਰ ਦੁਨੀਆ ਦਾ ਮਸ਼ਹੂਰ ਨਹੀਂ ਹੋਇਆ ਜਿਸ ਨੇ ਉਹਦੇ ਵਿੱਚ ਇੱਕਦਾ ਸਮਾਂ ਨਹੀਂ ਲਾਇਆ। ਸੋ ਇਸ ਢੰਗ ਦੇ ਨਾਲ, ਕਿਉਂਕਿ ਪਹਿਲੀ ਗੱਲ ਤਾਂ ਮੈਂ ਚੋਣ ਹੀ ਕਰ ਲਈ ਕਿ ਮੈਂ ਕੇਵਲ ਲੇਖ ਲਿਖਾਂਗਾ। ਸੋ ਲੇਖ ਜਿਹੜਾ ਹੈ ਉਹਦੇ ਵਿੱਚ ਫਿਲੋਸਫੀ ਹੁੰਦੀ ਹੈ, ਉਹਦੇ ਵਿੱਚ ਲੌਜਿਕ ਹੁੰਦਾ। ਸੋ ਮੈਨੂੰ ਫ੍ਰੈਂਚ ਲਿਟਰੇਚਰ ਜਿਹੜਾ ਹੈ ਚੰਗਾ ਲੱਗਦਾ, ਮੈਂ ਦੁਨੀਆ ਦਾ ਭਾਂਤ ਭਾਂਤ ਦਾ ਲਿਟਰੇਚਰ ਪੜ੍ਹਿਆ, ਕਿਉਂਕਿ ਮੇਰੀ ਬੈਕਗਰਾਉਂਡ ਜਿਹੜੀ ਹੈ ਉਹ ਇੰਗਲਿਸ਼ ਲਿਟਰੇਚਰ ਦੀ ਹੈਗੀ ਹੈ। ਮੈਂ ਫ੍ਰੈਂਚ ਦਾ ਡਿਪਲੋਮਾ ਵੀ ਕੀਤਾ ਹੋਇਆ, ਮੈਂ ਸਾਰੀ ਦੁਨੀਆ ਵੀ ਘੁੰਮਿਆ ਹੋਇਆ ਹੈਗਾ। ਸੋ ਦੁਨੀਆ ਦੇ 20-25 ਜਿਹੜੇ ਵੱਡੇ ਦੇਸ਼ ਹਨ ਉਹ ਸਾਰੇ ਮੈਂ ਘੁੰਮੇ ਹੋਏ ਹਨ। ਕਹਿਣ ਤੋਂ ਭਾਵ ਹੈਗਾ ਕਿ ਮੇਰਾ ਜਿਹੜਾ ਦ੍ਰਿਸ਼ਟੀਕੋਣ ਹੈ ਜ਼ਿੰਦਗੀ ਪ੍ਰਤੀ ਉਹ ਯੂਰੋਪੀਅਨ ਹੈਗਾ, ਯੂਰੋਪੀਅਨ ਡਿਸਿਪਲਨ ਵਾਲਾ ਹੈਗਾ। ਤੇ ਡਿਸਿਪਲਨ ਤੋਂ ਬਿਨਾਂ ਤੁਸੀਂ, ਮੈਂ ਦੱਸਣਾ ਚਾਹੁੰਦਾ ਹੈਗਾ ਕਿ ਮੈਂ 40 ਸਾਲਾਂ ਦੀ ਆਪਣੀ ਅਧਿਆਪਕੀ ਦੇ ਦੌਰਾਨ ਮੈਂ ਇੱਕ ਵੀ ਛੁੱਟੀ ਨਹੀਂ ਲਈ। ਜ਼ਿੰਦਗੀ ਦੇ ਵਿੱਚ ਮੈਂ ਹਮੇਸ਼ਾ ਹੀ, ਬਹੁਤ ਸਾਰੇ ਲੋਕ ਜਿਹੜੇ ਹਨ ਉਹ ਪਹਿਲਾ ਪੀਰੀਅਡ ਲੈਣ ਤੋਂ ਘਬਰਾਉਂਦੇ ਹਨ, ਮੈਂ ਸਾਰੀ ਜ਼ਿੰਦਗੀ ਪਹਿਲਾ ਪੀਰੀਅਡ ਲਿਆ। ਕਹਿਣ ਤੋਂ ਭਾਵ ਇਹ ਹੈਗਾ ਕਿ ਜਿਸ ਨੂੰ ਲੋਕ ਔਖਾ ਸਮਝਦੇ ਹਨ ਮੈਂ ਉਸ ਨੂੰ ਕਰਨਾ ਪਸੰਦ ਕਰਦਾ ਹਾਂ। ਇਹ ਮੇਰੀ ਮਾਂ ਨੇ ਕਿਹਾ ਸੀ ਕਿ ਸੌਖੇ ਕੰਮ ਸਾਰੇ ਕਰ ਲੈਣਗੇ, ਔਖਾ ਕੰਮ ਕਰੋ। ਔਖੇ ਕੰਮ ਦੇ ਵਿੱਚ ਕੋਈ ਮੁਕਾਬਲਾ ਨਹੀਂ ਹੋਵੇਗਾ, ਔਖੇ ਕੰਮ ਦੇ ਵਿੱਚ ਤੁਸੀਂ ਜੋ ਕੁਝ ਕਰੋਗੇ ਉਸ ਦੇ ਨਾਲ ਨਵੇਂ ਮਿਆਰ ਸਥਾਪਿਤ ਹੋਣਗੇ। ਸੋ ਇਸ ਦ੍ਰਿਸ਼ਟੀ ਤੋਂ ਮੈਂ ਪਹਿਲਾਂ ਹੀ ਮਿਥ ਲਿਆ ਕਿ ਮੈਂ ਇੱਕ ਇਸ ਸੜਕ ਤੇ ਚੱਲਣਾ ਹੈ। ਸੋ ਉਹ ਮੇਰਾ ਕੰਮ ਆਪੇ ਹੀ ਸੌਖਾ ਹੋ ਗਿਆ। ਦੂਜੀ ਗੱਲ, ਮੈਨੂੰ ਲੰਮੇ ਗੁੰਝਲਦਾਰ ਵਾਕ ਲਿਖਣੇ ਹੀ ਨਹੀਂ ਆਉਂਦੇ। ਸੋ ਮੈਂ ਆਪਣੀ ਇੱਕ ਤਰੀਕੇ ਨਾਲ, ਮੇਰੀ ਅਯੋਗਤਾ ਹੈ ਕਿ ਮੈਂ ਲੰਮੇ ਵਾਕ ਨਹੀਂ ਲਿਖ ਸਕਦਾ, ਉਸ ਨੂੰ ਮੈਂ ਆਪਣੀ ਯੋਗਤਾ ਬਣਾ ਲਿਆ, ਛੋਟੇ ਸਰਲ ਸਿੱਧੇ ਵਾਕ, ਪਰੰਤੂ ਉਹਨਾਂ ਦੇ ਵਿੱਚ ਅਰਥ ਹੋਣਾ ਚਾਹੀਦਾ ਹੈ। ਕਹਿਣ ਤੋਂ ਭਾਵ ਜੇ ਮੈਂ ਮੌਤ ਤੇ ਲੇਖ ਲਿਖ ਰਿਹਾ ਤਾਂ ਉਸਦੀ ਪਹਿਲੀ ਲਾਈਨ ਹੈ, ਕੋਈ ਭੂਮਿਕਾ ਬਣਨ ਦੀ ਲੋੜ ਹੈ, ਪਹਿਲੀ ਲਾਈਨ ਨਾਲ ਹੀ ਲੇਖ ਸ਼ੁਰੂ ਹੋ ਜਾਣਾ ਚਾਹੀਦਾ ਹੈਗਾ ਕਿ ਅਸੀਂ ਮਰਨ ਮੌਤ ਤੋਂ ਨਹੀਂ ਡਰਦੇ, ਅਸੀਂ ਮਰਨ ਤੋਂ ਡਰਦੇ ਹਾਂ। ਮੌਤ ਬਾਰੇ ਅਸੀਂ ਸਾਰੇ ਉਦਾਰ ਹੈਗੇ ਆ ਵੀ ਹਰ ਇੱਕ ਨੇ ਮਰਨਾ ਹੈਗਾ। ਕਹਿਣ ਤੋਂ ਭਾਵ ਹੈਗਾ ਕਿ ਸੰਖੇਪ ਹੋਵੇ, ਸਰਲ ਹੋਵੇ, ਉਹਦੇ ਵਿੱਚ ਕਿਸੇ ਕਿਸਮ ਦਾ ਆਡੰਬਰ ਨਾ ਹੋਵੇ, ਕਿਸੇ ਕਿਸਮ ਦੀ ਸ਼ਬਦ ਜਿਹੜੀ ਹੈ ਉਹਦਾ ਢੇਰ ਨਹੀਂ ਹੋਣਾ ਚਾਹੀਦਾ, ਸਰਲ ਗੱਲ ਕਰਨ ਦੀ ਲੋੜ ਜਿਹੜੀ ਹੈਗੀ ਆ ਉਹ ਸੀ। ਸੋ ਉਸ ਦ੍ਰਿਸ਼ਟੀ ਤੋਂ ਮੈਨੂੰ ਦੁਨੀਆਂ ਦੇ ਸਾਹਿਤ ਦੇ ਜਿਹਨਾਂ ਲੇਖਕਾਂ ਨੇ ਪ੍ਰਭਾਵਿਤ ਕੀਤਾ ਉਹਨਾਂ ਦੇ ਪ੍ਰਭਾਵ ਨੂੰ ਮੈਂ ਸਤਿਕਾਰ ਸਹਿਤ ਕਬੂਲਿਆ ਹੈ। ਗੁਰਬਖਸ਼ ਸਿੰਘ ਹੋਰਾਂ ਦਾ ਇਹ ਸੀ ਕਿ ਗੁਰਬਖਸ਼ ਸਿੰਘ ਹੋਰਾਂ ਨੇ ਤਕਰੀਬਨ 2 ਪੀੜ੍ਹੀਆਂ ਨੂੰ ਕੁਰਾਹੇ ਪੈਣ ਤੋਂ ਰੋਕਿਆ। ਉਹਨਾਂ ਨੇ
ਉਹਨਾਂ ਨੂੰ ਇੱਕ ਆਦਰਸ਼ ਦਿੱਤਾ। ਆਦਰਸ਼, ਲਕਸ਼, ਨਿਸ਼ਾਨਾ ਇਹ ਜ਼ਿੰਦਗੀ ਨੂੰ ਅੱਗੇ ਲਿਜਾਣ ਵਾਲੀਆਂ ਗੱਲਾਂ ਹਨ। ਇਸ ਦੇ ਨਾਲ ਕੀ ਹੁੰਦਾ ਹੈਗਾ ਕਿ ਉਸ ਬੰਦੇ ਨੂੰ ਆਪਣੀ ਜ਼ਿੰਦਗੀ ਅਰਥਪੂਰਨ ਲੱਗਣ ਲੱਗ ਜਾਂਦੀ ਹੈਗੀ ਹੈ। ਉਹ ਆਪਣੇ ਆਪ ਨੂੰ ਮਹੱਤਵਪੂਰਨ ਸਮਝਣ ਲੱਗ ਪੈਂਦੇ। ਜਦੋਂ ਤੱਕ ਮਨੁੱਖ ਆਪਣੇ ਆਪ ਦਾ ਸਤਿਕਾਰ ਕਰਨਾ ਨਹੀਂ ਸਿੱਖਦਾ, ਉਹ ਕਿਸੇ ਦਾ ਸਤਿਕਾਰ ਵੀ ਲਏਗਾ। ਸੋ ਇਸ ਦ੍ਰਿਸ਼ਟੀ ਤੋਂ ਮੈਂ ਸਪਸ਼ਟ ਹਾਂ, ਇਸ ਦੇ ਪੱਖੋਂ ਮੇਰੇ ਮਨ ਦੇ ਵਿੱਚ ਕੋਈ ਦੁਬਿਧਾ ਨਹੀਂ ਹੈ। ਮੇਰੀਆਂ ਦੋ ਕਿਤਾਬਾਂ ਜਿਹੜੀਆਂ ਮਾਲਾ ਮਣ ਕੇ ਜਿਹੜੀ ਤਕਰੀਬਨ 1.5 ਲੱਖ ਵਿਕ ਚੁੱਕੀ ਹੈਗੀ ਹੈ ਜੀ, ਤੇ ਕੱਲਿਆਂ ਦਾ ਕਾਫਲਾ, ਇਹਨਾਂ ਦੀ ਨੇਚਰ ਇਸ ਕਿਸਮ ਦੀ ਸੀ। ਬਾਕੀ ਮੈਂ ਭਲਾ ਅਖਬਾਰ ਚ ਛਪਾਉਂਦਾ ਹਾਂ, ਅਖਬਾਰ ਵਿੱਚ ਜਦੋਂ ਲੇਖ ਛਪ ਜਾਂਦਾ ਫਿਰ ਮੈਨੂੰ ਲੋਕਾਂ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਕਿਹੜੀ ਗੱਲ ਜਿਹੜੀ ਹੈ ਉਹ ਕਿਵੇਂ ਸਮਝੀ ਹੈ। ਉਸ ਤੋਂ ਅੱਜ ਮੈਂ ਦਿਲ ਦਾ ਟੁੱਟਣਾ ਬਾਰੇ ਲੇਖ ਹੈ ਮੇਰਾ ਪੰਜਾਬੀ ਟ੍ਰਿਬਿਊਨ ਦੇ ਵਿੱਚ, ਇੱਕ ਬੰਦੇ ਦਾ ਮੈਨੂੰ ਫੋਨ ਆਇਆ, ਜਦੋਂ ਦਿਲ ਟੁੱਟਿਆ ਹੋਵੇ ਤਾਂ ਖੁਰਾਕ ਕਿਹੜੀ ਖਾਣੀ ਚਾਹੀਦੀ ਹੈ। ਮੈਂ ਕਿਹਾ ਜੀ ਜਦੋਂ ਦਿਲ ਟੁੱਟਿਆ ਹੋਵੇ ਤਾਂ ਭੁੱਖ ਹੀ ਨੀ ਲੱਗਦੀ ਹੈਗੀ, ਤੇ ਖੁਰਾਕ ਖਾਣ ਦੀ ਇੱਛਾ ਪੈਦਾ ਹੋ ਗਈ ਹੈ, ਇਹਦਾ ਮਤਲਬ ਤੁਹਾਡਾ ਦਿਲ ਜਿਹੜਾ ਹੈ ਉਹਦੀ ਮੁਰੰਮਤ ਵੀ ਹੋਣ ਲੱਗ ਪਈ ਹੈ। ਕਹਿਣ ਤੋਂ ਭਾਵ ਇਹ ਹੈਗਾ ਕਿ ਜਦੋਂ ਕਈ ਵਾਰੀ ਡਾਕਟਰ ਕਿਸੇ ਦਾ ਓਪਰੇਸ਼ਨ ਕਰਦੇ ਨੇ, ਮੇਰੇ ਇੱਕ ਦੋਸਤ ਸਨ, ਉਹ ਦੱਸ ਰਹੇ ਸਨ ਕਿ ਅਸੀਂ ਜਦੋਂ ਗੇੜਾ ਲਾਉਣ ਜਾਂਦੇ ਹੈਗੇ ਆ ਵਾਰਡਸ ਦੇ ਵਿੱਚ, ਤਾਂ ਤੀਜੇ ਚੌਥੇ ਦਿਨ ਸਾਨੂੰ ਮਰੀਜ਼ ਜਿਹੜਾ ਹੈ ਆਪ ਸਤਾਲ ਕਹਿ ਕੇ ਬੁਲਾਉਂਦਾ, ਸਾਡੇ ਹਾਲ ਪੁੱਛਣ ਦੀ ਉਹ ਉਡੀਕ ਨਹੀਂ ਕਰਦਾ, ਉਸਦੇ ਸਤਿ ਸ੍ਰੀ ਅਕਾਲ ਕਹਿਣ ਤੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੁਣ ਇਹ ਛੁੱਟੀ ਦੇਣ ਯੋਗ ਹੋ ਗਿਆ ਹੈ। ਸੋ ਕਹਿਣ ਤੋਂ ਭਾਵ ਹੈਗਾ ਕਿ ਮਨੁੱਖੀ ਮਨ ਵਿੱਚ ਪੈਦਾ ਹੋਣ ਵਾਲੇ ਪ੍ਰਸ਼ਨਾਂ ਨੂੰ ਧਿਆਨ ਵਿੱਚ ਰੱਖ ਕੇ ਕੋਈ ਗੱਲ ਕਹਿਣੀ, ਉਸ ਦੇ ਨਾਲ ਅਗਲੇ ਨੂੰ ਸੰਤੁਸ਼ਟਤਾ ਮਿਲਦੀ ਹੈ। ਸੋ ਇਹ ਕੁਝ ਗੱਲਾਂ ਸਨ ਜਿਨ੍ਹਾਂ ਨੂੰ ਮੈਂ ਧਿਆਨ ਵਿੱਚ ਰੱਖ ਕੇ ਜੀ। ਦਿਲ ਦਾ ਟੁੱਟਣਾ ਜਿਹੜੀ ਤੁਸੀਂ ਲਿਖਿਆ ਜੀ, ਉਸ ਦੇ ਬਾਰੇ ਫੋਨ ਵੀ ਆਇਆ, ਤਾਂ ਜਦੋਂ ਤੁਸੀਂ ਏਦਾਂ ਦੀ ਕੋਈ ਰਚਨਾ ਰਚਦੇ ਹੋਗੇ ਤਾਂ ਤੁਸੀਂ ਆਪਣੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਹੋ ਜਾਂ ਅੱਜ ਦੇ ਨੌਜਵਾਨਾਂ ਦੇ ਤੇ ਝਾਤ ਮਾਰਦੇ ਹੋ ਜਾਂ ਉਹਨਾਂ ਨੂੰ ਘੋਖਣ ਦੀ ਕੋਸ਼ਿਸ਼ ਕਰਦੇ ਹੋਗੇ? ਜੇ ਤੁਸੀਂ ਅੱਜ ਦੇ ਨੌਜਵਾਨਾਂ ਦੀ ਗੱਲ ਕਰੋਗੇ ਕਿ ਹਾਂ ਉਹਨਾਂ ਨੂੰ ਘੋਖਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇੱਕ ਉਮਰ ਦੇ ਵਕਫੇ ਦੇ ਨਾਲ ਤੁਸੀਂ ਕਿੱਦਾਂ ਉਹਨਾਂ ਨਾਲ ਰਾਬਤਾ ਬਣਾਉਣੇ ਹੋਗੇ? ਆਲੇ ਦੁਆਲੇ ਦੇ ਅਖਬਾਰਾਂ ਦੇ ਵਿੱਚ ਖਬਰਾਂ ਦੇ ਜ਼ਰੀਏ ਜਾਂ ਉਹ ਅੱਜ ਦੀ ਪੀੜ੍ਹੀ ਦੇ ਨਾਲ ਦੋਸਤਾਨਾ ਜਿਹੜਾ ਬਿਹੇਵੀਅਰ ਆ ਤੁਹਾਡਾ ਉਹ ਤੁਹਾਨੂੰ ਹੈਲਪ ਕਰਦਾ? ਵੈਸੇ ਤਾਂ ਮਨੋਵਿਗਿਆਨਿਕ ਤੌਰ ਉੱਤੇ ਮੈਂ ਯੂਨੀਵਰਸਿਟੀ ਦਾ ਪ੍ਰੋਫੈਸਰ ਹਾਂ ਨਾ ਜੀ, ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ ਆ ਜੀ, ਉਹਨਾਂ ਨੂੰ ਗੱਲ ਕਰਨੀ ਵੀ 22 ਸਾਲ ਦੇ ਮੁੰਡੇ ਕੁੜੀਆਂ ਨਾਲ ਹੀ ਆਉਂਦੀ ਹੈ। ਉਹ ਜਦੋਂ ਕਿਸੇ ਹੋਰ ਨਾਲ ਗੱਲ ਕਰਦੇ ਆ ਤਾਂ ਉਹਨਾਂ ਨਾਲ ਵੀ ਉਹ ਇਉਂ ਬੋਲਣ ਲੱਗ ਪੈਂਦੇ ਜਿਵੇਂ ਕਲਾਸ ਦਾ ਲੈਕਚਰ ਦੇ ਰਹੇ ਹੁੰਦੇ ਆ ਜੀ। ਸੋ ਕਹਿਣ ਤੋਂ ਭਾਵ ਹੈ ਕਿਉਂਕਿ ਸਾਨੂੰ ਉਹ ਸੰਪਰਕ ਵਿੱਚ ਆਉਂਦੇ ਆ। ਪਿਛਲੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੇ ਲੜਕੇ ਤੇ ਲੜਕੀਆਂ ਜਿਹੜੀਆਂ ਮੈਂ ਯੂਨੀਵਰਸਿਟੀ ਸੈਰ ਕਰਨ ਜਾਣਾ ਤੇ ਉਹਨਾਂ ਨੂੰ ਪਤਾ ਹੈਗਾ ਕੋਈ ਨਾ ਕੋਈ ਨਾਲ ਤੁਰਨ ਲੱਗ ਜਾਂਦਾ, ਆਪਣੀ ਸਮੱਸਿਆ ਦੱਸਣ ਲੱਗ ਜਾਂਦਾ। ਉਹਨਾਂ ਨੇ ਬਹੁਤਿਆਂ ਦੀ ਸਮੱਸਿਆ ਜਿਹੜੀ ਸੀ ਇਹ ਦਿਲ ਟੁੱਟਣ ਦੀ ਸੀਗੀ। ਉਸ ਤੋਂ ਮੈਨੂੰ ਇੱਕ ਆਈਡੀਆ ਮਿਲਿਆ, ਮੈਂ ਕਿਹਾ ਇਸ ਬਾਰੇ ਲਿਖਣਾ ਚਾਹੀਦਾ ਹੈਗਾ ਤਾਂ ਕਿ ਉਹਨਾਂ ਦਾ ਜਦੋਂ ਦਿਲ ਟੁੱਟੇ ਤਾਂ ਉਹਨਾਂ ਨੂੰ ਆਤਮਘਾਤ ਕਰਨ ਬਾਰੇ ਖਿਆਲ ਨਾ ਆਉਣ, ਸਗੋਂ ਉਹ ਇਸ ਨੂੰ ਇੱਕ ਭਾਵਕ ਵਿਕਾਸ ਦੇ ਇੱਕ ਪੜਾਅ ਵਜੋਂ ਲੈਣ ਤੇ ਇਸ ਨੂੰ ਇੱਕ ਪੋਜ਼ਿਟਿਵ ਐਕਸਪੀਰੀਅੰਸ ਦੇ ਤੌਰ ਸਵੀਕਾਰ ਕਰਨ ਤੇ ਇਸ ਵਿੱਚੋਂ ਕੁਝ ਸਿੱਖਣ, ਕੁਝ ਕੱਢਣ, ਕੁਝ ਬਣਨ ਦਾ ਯਤਨ ਕਰਨ, ਲਿਖਣ ਦਾ ਯਤਨ ਕਰਨ, ਸਾਹਿਤਕਾਰ ਬਣਨ ਦਾ ਯਤਨ ਕਰਨ, ਕਵੀ ਬਣਨ ਦਾ ਯਤਨ ਕਰਨ ਜੀ। ਬਿਲਕੁਲ, ਲੋਕਾਂ ਨੂੰ ਮਿਲਦੇ ਹਨ ਜੀ ਜੀ, ਉਹਨਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ ਜੀ। ਇੱਕ ਮੈਂ ਲੇਖ ਪਲਾਨ ਕੀਤਾ, ਭੇਜਿਆ ਹੋਇਆ ਛਪੇਗਾ, ਪੈਸਾ ਅਤੇ ਪ੍ਰਸੰਨਤਾ। ਲੋਕਾਂ ਕੋਲ ਪੈਸਾ ਹੁੰਦਾ ਪਰੰਤੂ ਉਹ ਪ੍ਰਸੰਨ ਨਹੀਂ ਹੁੰਦੇ ਹੈਗੇ। ਬਹੁਤੇ ਲੋਕ ਜਿਹੜੇ ਹਨ ਨਾ ਉਹ ਚੀਜ਼ਾਂ ਖਰੀਦਣ ਤੇ ਲੱਗ ਪੈਂਦੇ ਹਨ, ਜਦੋਂ ਕਿ ਲੋੜ ਹੈ ਅਨੁਭਵ ਨੂੰ ਖਰੀਦਣ ਦੀ, ਨਵੀਆਂ ਥਾਵਾਂ ਤੇ ਜਾਣ ਦੀ, ਛੋਟੇ ਛੋਟੇ ਅਨੁਭਵਾਂ ਨੂੰ ਖਰੀਦਣ ਦੀ, ਜਿੱਥੇ ਰੌਣਕ ਹੋਵੇ ਉੱਥੇ ਜਾਣ ਦੀ। ਕਹਿਣ ਤੋਂ ਭਾਵ ਹੈਗਾ ਕਿ ਜਦੋਂ ਆਲੇ ਦੁਆਲੇ ਵਿੱਚ ਆਪਾਂ ਦੇਖਦੇ ਹਾਂ ਤਾਂ ਉਸ ਦੇ ਵਿੱਚ ਬਹੁਤ ਸਾਰੇ ਵਿਸ਼ੇ ਜਿਹੜੇ ਹਨ ਉਹ ਮਿਲ ਜਾਂਦੇ ਹਨ। ਹਾਂਜੀ, ਨਰਿੰਦਰ ਸਿੰਘ ਕਪੂਰ ਜੀ, ਇੱਕ ਹੋਰ ਜਿਹੜਾ ਸਵਾਲ ਮੇਰੇ ਮਨ ਚ ਪੈਦਾ ਹੋਇਆ ਇਹ ਹੈ ਕਿ ਜੇ ਆਪਾਂ ਤੁਹਾਡੀ ਜਿਹੜਾ ਸਾਹਿਤਕ ਸਫ਼ਰ ਤੇ ਇੱਕ ਨਜ਼ਰ ਮਾਰਦੇ ਹਾਂ ਤਾਂ ਉਹਦੇ ਚ ਇਹ ਨਜ਼ਰ ਆਉਂਦਾ ਵੀ ਤੁਸੀਂ ਜਿਹੜਾ ਟਰਾਂਸਲੇਸ਼ਨ ਦਾ ਕੰਮ, ਜਿਹੜਾ ਅਨੁਵਾਦ ਦਾ ਕੰਮ ਹੈ, ਉਹ ਲਿਖਣ ਤੋਂ ਪਹਿਲਾਂ ਸ਼ੁਰੂ ਕੀਤਾ ਜਾਂ ਉਹ ਛਪਣ ਤੋਂ ਪਹਿਲਾਂ? ਮੈਂ ਕਹਾਂਗੀ ਕਿਉਂਕਿ ਮੇਰੇ ਕੋਲ ਜਿਹੜੀ ਜਾਣਕਾਰੀ ਉਹ ਤੁਹਾਡੀ ਛਪਣ ਕਿਤਾਬਾਂ ਦੇ ਛਪਣ ਦੀ ਹੈ, ਤਾਂ ਉਹਦੇ ਅਨੁਸਾਰ ਇਹਦੇ ਬਾਰੇ ਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਤੁਸੀਂ ਪਹਿਲਾਂ ਜਿਹੜਾ ਆਪਣੇ ਆਪ ਨੂੰ ਟਰਾਂਸਲੇਸ਼ਨ ਦੇ ਉੱਤੇ, ਅਨੁਵਾਦ ਦੇ ਉੱਤੇ ਕੇਂਦਰਿਤ ਕੀਤਾ ਤੇ ਫੇਰ ਲੇਖਣੀ ਵੱਲ ਆਏ, ਜਾਂ ਇਹ ਇੱਕ ਤਰ੍ਹਾਂ ਦੀ ਸੁਚੇਤ ਜਿਹੜੀ ਕੋਸ਼ਿਸ਼ ਸੀ ਤੁਹਾਡੀ ਕਿ ਪਹਿਲਾਂ ਅਨੁਵਾਦ ਕੀਤਾ ਜਾਏ ਤੇ ਫੇਰ ਜਿਹੜੇ ਆਪਣੇ ਵਿਸ਼ੇ ਉਹ ਉਹਨਾਂ ਵੱਲ ਪਰਤਿਆ ਜਾਏ? ਹਾਂ, ਉਹਦਾ ਮੈਡਮ ਇਸ ਤਰ੍ਹਾਂ ਹੈ
ਕਿ ਮੈਂ ਪੜ੍ਹਿਆ ਸੀ ਕਿਸੇ ਵੇਲੇ ਕਿ ਪੁਰਾਣੇ ਚੀਨ ਵਿੱਚ 40 ਸਾਲ ਤੋਂ ਪਹਿਲਾਂ ਕਿਸੇ ਨੂੰ ਪੁਸਤਕ ਛਾਪਣ ਦੀ ਆਗਿਆ ਨਹੀਂ ਸੀ ਤੇ ਉਸ ਵੇਲੇ ਇੱਕ ਜਿਹੜਾ ਸ਼ੁਰੂ ਦਾ ਪੀਰੀਅਡ ਹੁੰਦਾ ਹੁੰਦਾ ਨਾ ਉਹਦੇ ਵਿੱਚ ਅਪ੍ਰੈਂਟਿਸਸ਼ਿਪ ਦੀ ਲੋੜ ਪੈਂਦੀ ਹੈ ਅੰਮ੍ਰਿਤਾ ਪ੍ਰੀਤਮ ਦੇ ਪਿਤਾ ਦਾ ਆਪਣਾ ਮੈਗਜ਼ੀਨ ਸੀ ਅਤੇ ਅੰਮ੍ਰਿਤਾ ਪ੍ਰੀਤਮ ਨੇ ਕਵਿਤਾਵਾਂ ਲਿਖਣ ਦੀ ਜਿਹੜੀ ਸਿਖਲਾਈ ਸੀ ਨਾ ਉਹ ਬਚਪਨ ਵਿੱਚ ਜਦੋਂ ਲਈ ਤਾਂ ਉਹਦੀਆਂ ਮੁੱਢਲੀਆਂ ਕਵਿਤਾਵਾਂ ਉਸਨੇ ਆਪਣੇ ਪਿਤਾ ਦੇ ਉਸ ਮੈਗਜ਼ੀਨ ਉਹਦਾ ਨਾਮ ਹਿਤਕਾਰੀ ਸੀ ਉਹਦੇ ਵਿੱਚ ਛਪਵਾਈਆਂ ਇਹ ਜਿਹੜਾ ਟ੍ਰਾਂਸਲੇਸ਼ਨ ਦਾ ਕੰਮ ਸੀ ਉਸ ਵੇਲੇ ਲੋੜ ਵੀ ਸੀ ਉਸ ਵੇਲੇ ਜਿਹੜੇ ਸੀ ਬੰਦੇ ਦੇ ਕੋਲ ਤਾਕਤ ਵੀ ਹੁੰਦੀ ਹੈ ਸਮਾਂ ਵੀ ਹੁੰਦਾ ਉਸ ਨੂੰ ਮੈਂ ਕਰਨਾ ਚਾਹੁੰਦਾ ਸਾਂ ਉਹ ਇੱਕ ਮੁਹਾਰਤ ਸੀ ਲਿਖਣ ਦੀ ਹੁਣ ਦਿਲਚਸਪ ਗੱਲ ਇਹ ਹੈ ਮੈਨੂੰ ਲਿਖਣ ਦੀ ਯਾਦ ਕਿਵੇਂ ਪਈ ਮੈਂ ਬਿਜਲੀ ਬੋਰਡ ਦੇ ਵਿੱਚ ਕੰਮ ਕਰਦਾ ਸੀ ਤੇ ਉੱਥੇ ਮੇਰਾ ਜਿਹੜਾ ਅਫਸਰ ਸੀ ਉਹ ਵੀ ਅਜੇ ਵਿਆਹ ਨਹੀਂ ਸੀ ਹੋਇਆ ਤੇ ਉਸਦਾ ਕਿਸੇ ਲੜਕੀ ਜਾਂ ਇਸਤਰੀ ਦੇ ਨਾਲ ਪਿਆਰ ਚੱਲ ਰਿਹਾ ਸੀ ਉਹ ਉਸਨੂੰ ਚਿੱਠੀ ਲਿਖਦੀ ਸੀ ਤੇ ਉਸਦਾ ਹੈਂਡ ਰਾਈਟਿੰਗ ਬਹੁਤਾ ਅੱਛਾ ਨਹੀਂ ਸੀ ਇੱਕ ਵਾਰੀ ਉਸਨੇ ਕੀ ਕੀਤਾ ਕਿ ਆਪ ਜਵਾਬ ਤਾਂ ਲਿਖ ਲਿਆ ਪਰੰਤੂ ਉਹਨੇ ਉਹ ਹੈਂਡ ਰਾਈਟਿੰਗ ਉਹਦਾ ਅੱਛਾ ਨਹੀਂ ਸੀ ਮੇਰਾ ਕੁਝ ਉਹਦੇ ਨਾਲੋਂ ਬੈਟਰ ਸੀ ਤੇ ਉਸਨੇ ਮੈਨੂੰ ਕਿਹਾ ਵੀ ਤੂੰ ਆਪਣੇ ਹੈਂਡ ਰਾਈਟਿੰਗ ਦੇ ਵਿੱਚ ਨਾ ਇਸ ਨੂੰ ਸੋਹਣਾ ਸੋਹਣਾ ਕਰਕੇ ਲਿਖਦਾ ਮੈਂ ਜਦੋਂ ਲਿਖ ਕੇ ਲਿਆਂਦਾ ਤੇ ਮੈਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਣੇ ਕੋਲੋਂ ਪਾ ਦਿੱਤੀਆਂ ਜਿਹੜੀਆਂ ਇੱਕ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ ਨੂੰ ਕਹਿਣੀਆਂ ਚਾਹੀਦੀਆਂ ਤੇ ਉਹ ਗੱਲਾਂ ਜਿਹੜੀਆਂ ਸੀ ਉਹਨੂੰ ਪਸੰਦ ਆਈਆਂ ਤੇ ਉਸ ਤੋਂ ਬਾਅਦ ਮੇਰੀ ਅਸਲ ਡਿਊਟੀ ਜਿਹੜੀ ਸੀ ਇਹੀ ਬਣ ਗਈ ਕਿ ਉਸਦੀ ਪ੍ਰੇਮ ਤੇ ਪੱਤਰਾਂ ਦਾ ਉੱਤਰ ਲਿਖਣਾ ਸੋ ਉਹ ਦੋਨੋਂ ਪਿਆਰ ਚੱਲਿਆ ਉਸ ਦੌਰਾਨ ਮੈਂ ਜਿਹੜਾ ਸੀ ਮਤਲਬ ਪ੍ਰੇਮਿਕਾ ਉਸਦੀ ਸੀ ਪਰੰਤੂ ਉਹਦੇ ਖਤਾਂ ਦੇ ਜਵਾਬ ਮੈਂ ਦਿੰਦਾ ਸੀ ਕਈ ਵਾਰੀ ਕੀ ਹੁੰਦਾ ਸੀ ਕਿ ਉਹ ਆਪ ਆ ਜਾਂਦੀ ਸੀ ਉੱਥੇ ਤੇ ਉਸਨੂੰ ਪੁੱਛਦੇ ਸੀ ਕਿ ਇਹ ਜਿਹੜੀ ਲਾਈਨ ਲਿਖੀ ਹੋਈ ਹੈ ਇਹਦਾ ਕੀ ਮਤਲਬ ਹੈ ਤੇ ਉਹ ਕਿਉਂਕਿ ਉਸਨੇ ਲਿਖੀ ਤਾਂ ਹੁੰਦੀ ਨੀ ਸੀ ਇਸ ਕਰਕੇ ਉਹ ਮੇਰੇ ਵੱਲ ਜਦੋਂ ਧਿਆਨ ਨਾਲ ਵੇਖਦਾ ਸੀ ਮੈਨੂੰ ਆਪਣੇ ਆਪ ਤੇ ਰੋਕਣਾ ਔਖਾ ਹੋ ਜਾਂਦਾ ਸੀ ਦੱਸਣਾ ਵੀ ਮੈਂ ਦੱਸਣ ਦੀ ਕਾਲ ਹੁੰਦੀ ਸੀ ਮੈਂ ਦੱਸਾਂ ਇਹਨੂੰ ਵੀ ਇਹਦਾ ਮਤਲਬ ਇਹ ਹੈਗਾ ਮੈਂ ਨਾਲੇ ਵੀ ਜਵਾਬ ਦੇਣਾ ਸੀ ਕਿ ਮੈਨੂੰ ਚੁੱਪ ਰਹਿਣਾ ਸੀ ਉਸਨੇ ਇੱਕ ਬੜੀ ਅਜੀਬ ਜਿਹੀ ਸਿਚੁਏਸ਼ਨ ਸੀ ਉਸ ਤੋਂ ਮੈਨੂੰ ਜਿਹੜਾ ਸੀ ਨਾ ਲਿਖਣ ਦੀ ਇੱਕ ਵੀ ਮੈਨੂੰ ਲੱਗਿਆ ਕਿ ਮੈਂ ਲਿਖ ਸਕਦਾ ਪ੍ਰੇਮ ਪੱਤਰ ਸ਼ੁਰੂ ਕੀਤਾ ਉਹ ਵੀ ਦੂਜੇ ਬੰਦੇ ਤੇ ਜੀ ਜੀ ਬਹੁਤ ਸਾਰੇ ਜਿਹੜੇ ਨਾ ਦਿਮਾਗ ਦੇ ਵਿੱਚ ਤੁਹਾਡੇ ਨਾਲ ਗੱਲ ਕਰਦੇ ਆ ਇੰਨੇ ਸਵਾਲ ਪੈਦਾ ਹੋ ਰਹੇ ਨੇ ਔਰ ਜੀਕਰ ਦਾ ਬਹੁਤ ਸਾਰੇ ਸਵਾਲ ਜਿਹੜੇ ਲਿਖ ਕੇ ਰੱਖੇ ਸੀ ਮੈਂ ਤੁਹਾਡੇ ਤੋਂ ਪੁੱਛਣ ਵਾਸਤੇ ਉਹ ਤਾਂ ਕਿਤੇ ਦੂਰ ਹੀ ਰਹਿ ਗਏ ਔਰ ਤੁਹਾਡੀਆਂ ਗੱਲਾਂ ਬਾਤਾਂ ਦੇ ਵਿੱਚੋਂ ਹੋਰ ਹੀ ਵਿਸ਼ੇ ਪੈਦਾ ਹੋਈ ਜਾਂਦੇ ਨੇ ਇੱਕ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਤੁਹਾਡੇ ਵਿਚਾਰ ਕਿ ਸਵੈ ਪੜਚੋਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਆਪਣੇ ਆਪ ਨੂੰ ਘੋਖਣਾ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰਨਾ ਕਿ ਅਸੀਂ ਕਿੱਥੇ ਸਟੈਂਡ ਕਰਦੇ ਹਾਂਗੇ ਚਾਹੇ ਉਹ ਸਮਾਜ ਦੇ ਨਜ਼ਰੀਏ ਨਾਲ ਹੋਵੇ ਚਾਹੇ ਪਰਿਵਾਰ ਦੇ ਨਜ਼ਰੀਏ ਦੇ ਨਾਲ ਹੋਵੇ ਚਾਹੇ ਆਪਣੇ ਆਪ ਦੇ ਨਜ਼ਰੀਏ ਨਾਲ ਹੋਵੇ ਕਿਹੜੇ ਫਾਰਮੂਲੇ ਅਪਣਾਉਣੇ ਚਾਹੀਦੇ ਇਨਸਾਨ ਨੂੰ ਹਾਂਜੀ ਇਸ ਤਰ੍ਹਾਂ ਹੈ ਪਹਿਲੀ ਗੱਲ ਤਾਂ ਕਿ ਆਪਣੇ ਆਪ ਨੂੰ ਇੱਕ ਸਾਧਾਰਨ ਮਨੁੱਖ ਸਮਝਣ ਦੀ ਦਲੇਰੀ ਪੈਦਾ ਕਰੋ ਜੀ ਇੱਕ ਵਿਅਕਤੀ ਨਾਲ ਸਮਝਣਾ ਆਪਣੇ ਆਪ ਨੂੰ ਵਿਸ਼ੇਸ਼ ਹੈ ਪਰੰਤੂ ਉਹ ਹੁੰਦਾ ਸਾਧਾਰਨ ਹੈ ਜਿਹੜੇ ਦੁਨੀਆਂ ਦੇ ਮਾਨ ਵਿਅਕਤੀ ਵੀ ਹੋਏ ਹਨ ਨਾ ਉਹ ਵੀ ਸਾਧਾਰਨ ਵਿਅਕਤੀ ਸਨ ਹੁਣ ਸਪੋਜ਼ ਕਰ ਲਓ ਮੈਂ ਪ੍ਰੋਫੈਸਰ ਹਾਂ ਮੈਂ ਪ੍ਰੋਫੈਸਰ ਕਲਾਸ ਰੂਮ ਦੇ ਵਿੱਚ ਹਾਂ ਜੀ ਮੈਂ ਸਬਜ਼ੀ ਮੰਡੀ ਵਿੱਚ ਸਬਜ਼ੀ ਖਰੀਦਦੇ ਹੋਏ ਪ੍ਰੋਫੈਸਰ ਨਹੀਂ ਹਾਂ ਮੈਂ ਰੇਲਵੇ ਸਟੇਸ਼ਨ ਉੱਤੇ ਗੱਡੀ ਚੜ੍ਹਨ ਵਾਲੇ ਪ੍ਰੋਫੈਸਰ ਨਹੀਂ ਹਾਂ ਉਸ ਵੇਲੇ ਮੈਂ ਸਾਧਾਰਨ ਮਨੁੱਖ ਹਾਂ ਜੀ ਮਿਸਾਲ ਦੇ ਤੌਰ ਤੇ ਮੈਨੂੰ ਹੋਰਾਂ ਲੋਕਾਂ ਦੇ ਨੁਕਸ ਦਿਖਾਈ ਦਿੰਦੇ ਹਨ ਮੈਨੂੰ ਨਾਲ ਇਹ ਵੀ ਆਉਂਦਾ ਕਿ ਮੇਰੇ ਨੁਕਸ ਵੀ ਉਹਨਾਂ ਨੂੰ ਦਿਖਾਈ ਦਿੰਦੇ ਹੋਣਗੇ ਬਿਲਕੁਲ ਹਾਂਜੀ ਜਿਵੇਂ ਮਿਸਾਲ ਦੇ ਤੌਰ ਤੇ ਮੈਂ ਕਿਸੇ ਦੀ ਸ਼ਕਲ ਜਿਹੜੀ ਵੇਖਦਾ ਬਈ ਇਹ ਵੀ ਕੋਈ ਸ਼ਕਲ ਹੈ ਮੈਨੂੰ ਸ਼ਕਲ ਕਿਸੇ ਦੀ ਨਹੀਂ ਚੰਗੀ ਲੱਗਦੀ ਪਰੰਤੂ ਫਿਰ ਮੈਂ ਸੋਚਦਾ ਕਿ ਮੇਰੀ ਸ਼ਕਲ ਵੀ ਹੋ ਸਕਦਾ ਇਹੋ ਜਿਹੀ ਹੋਵੇ ਜਿਹੜੀ ਕਿਸੇ ਨੂੰ ਨਾ ਸਮਝ ਪੈਂਦੀ ਹੋਵੇ ਨਾ ਚੰਗੀ ਲੱਗਦੀ ਹੋਵੇ ਸੋ ਕਹਿਣ ਤੋਂ ਭਾਵੇ ਸਭ ਤੋਂ ਪਹਿਲੀ ਗੱਲ ਤਾਂ ਸਵੈ ਪੜਚੋਲ ਦੀ ਇਹ ਹੈ ਕਿ ਆਪਣੇ ਆਪ ਨੂੰ ਇੱਕ ਸਾਧਾਰਨ ਵਿਅਕਤੀ ਸਮਝੋ ਸਾਧਾਰਨ ਵਿਅਕਤੀ ਸਮਝਣ ਦੇ ਨਾਲ ਜਿਹੜਾ ਹੈ ਬਹੁਤ ਕੁਛ ਸੌਖਾ ਹੋ ਜਾਂਦਾ ਹੈ ਦੂਜੀ ਗੱਲ ਜ਼ਿੰਦਗੀ ਦੇ ਵਿੱਚ ਅਸੀਂ ਨਾ ਹਰ ਜਿਹੜਾ ਸਤਿਕਾਰ ਹੀ ਪਾਲਦੇ ਹਾਂ ਹਰ ਜਿਹੜਾ ਸਤਿਕਾਰ ਨਹੀਂ ਮਿਲੇਗਾ ਕੁਝ ਜਿਹੜੇ ਆ ਕੇ ਪ੍ਰਸ਼ੰਸਾ ਕਰਨਗੇ ਪਰੰਤੂ ਕੁਝ ਐਸੇ ਵੀ ਹੋਣਗੇ ਜਿਹੜੇ ਗਾਲਾਂ ਕੱਢਣਗੇ ਸੋ ਥੋੜ੍ਹੀ ਜਿਹੀ ਬੇਇੱਜ਼ਤੀ ਬਰਦਾਸ਼ਤ ਕਰਨੀ ਸਿੱਖ ਲੈਣੀ ਚਾਹੀਦੀ ਜੇ ਅਸੀਂ ਹਰ ਇੱਕ ਨਾਲ ਝਗੜਨ ਲੱਗ ਜਾਵਾਂਗੇ ਹਰ ਇੱਕ ਨਾਲ ਲੜਨ ਲੱਗ ਕਿਉਂਕਿ ਹਰ ਬੰਦਾ ਜਿਹੜਾ ਨਾ ਉਹ ਇਕੱਲਾ ਨਹੀਂ ਹੁੰਦਾ ਹੈ ਉਹਦੇ ਵਿੱਚ ਕਈ ਬੰਦੇ ਵੜੇ ਹੋਏ ਹੁੰਦੇ ਹਨ
ਇੱਕ ਬੰਦਾ ਸੀ ਉਸ ਨੂੰ ਕੁੱਟ ਰਹੇ ਸੀ, ਉਹ ਵਾਰ ਵਾਰ ਕਹੀ ਜਾ ਰਿਹਾ ਸੀ ਕਿ ਮੈਨੂੰ ਕੱਲੇ ਨੂੰ ਕਿਉਂ ਕੁੱਟੀ ਜਾ ਰਹੇ ਹੋ, ਮੈਂ ਕੋਈ ਕੱਲੇ ਨੇ ਥੋੜਾ ਇਹ ਕੰਮ ਕੀਤਾ, ਮੇਰੇ ਇਸ ਕੰਮ ਪਿੱਛੇ ਮੇਰੇ ਮਾਪੇ ਜ਼ਿੰਮੇਵਾਰ ਹਨ, ਮੇਰਾ ਸਮਾਜ ਜ਼ਿੰਮੇਵਾਰ ਹੈ, ਮੇਰੇ ਅਧਿਆਪਕ ਜ਼ਿੰਮੇਵਾਰ ਹਨ, ਮੇਰੇ ਰਿਸ਼ਤੇਦਾਰ ਜ਼ਿੰਮੇਵਾਰ ਹਨ, ਮੇਰੇ ਦੋਸਤ ਜ਼ਿੰਮੇਵਾਰ ਹਨ. ਕਹਿਣ ਤੋਂ ਭਾਵ ਇਹ ਹੈਗਾ ਕਿ ਅਸੀਂ ਜਦੋਂ ਕਿਸੇ ਫੀਲਡ ਦੇ ਵਿੱਚ ਸਫਲ ਹੁੰਦੇ ਹਾਂ ਤਾਂ ਅਸੀਂ ਸਾਰਾ ਕ੍ਰੈਡਿਟ ਆਪ ਲੈਣ ਦਾ ਯਤਨ ਕਰਦੇ ਹਾਂ, ਤੇ ਜਦੋਂ ਅਸਫਲ ਹੁੰਦੇ ਹਾਂ ਫਿਰ ਸਾਰਾ ਡਿਸ ਕ੍ਰੈਡਿਟ ਜਿਹੜਾ ਨਾ ਸਾਰਾ ਬਲੇਮ ਦੂਜੇ ਨੂੰ ਦੇ ਦਿੰਦੇ ਹਾਂ. ਮੈਂ ਆਪਣੇ ਵਿਦਿਆਰਥੀਆਂ ਨੂੰ ਕਹਿੰਦਾ ਹੁੰਦਾ ਜੇਕਰ ਤੁਸੀਂ ਮਿਹਨਤ ਨਹੀਂ ਕਰੋਗੇ ਤਾਂ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਅਸਫਲ ਹੋਏ ਤਾਂ ਅਸਫਲਤਾ ਦੀ ਜ਼ਿੰਮੇਵਾਰੀ ਚੁੱਕਣ ਦੀ ਦਲੇਰੀ ਕਰਨਾ ਜੀ ਜੀ. ਉਸ ਵੇਲੇ ਤੁਸੀਂ ਕਿਸੇ ਹੋਰ ਨੂੰ ਬਲੇਮ ਨਾ ਦੇਣਾ, ਤੁਹਾਨੂੰ ਮੌਕਾ ਮਿਲਿਆ ਹੋਇਆ ਮਿਹਨਤ ਕਰਨ ਦਾ, ਤੁਹਾਨੂੰ ਕੋਈ ਨੀ ਰੋਕੇਗਾ ਕਿ ਤੁਸੀਂ ਸਵੇਰੇ ਨਾ ਉੱਠੋ, ਕੋਈ ਨੀ ਤੁਹਾਨੂੰ ਕਹੇਗਾ ਕਿ ਤੁਸੀਂ ਮਿਹਨਤ ਨਾ ਕਰੋ. ਸਮਾਜ ਨੇ ਤੁਹਾਨੂੰ ਮੌਕਾ ਦਿੱਤਾ, ਸਮਾਜ ਜਿਹੜਾ ਹੈ ਨਾ ਉਹ ਸਾਡੇ ਵਾਸਤੇ ਅਵਸਰ ਹੀ ਪੈਦਾ ਕਰਦਾ, ਸਮਾਜ ਸਾਨੂੰ ਬਣਿਆ ਬਣਾਇਆ ਕੁੱਝ ਨੀ ਦਿੰਦਾ, ਉਹ ਅਵਸਰ ਜਿਹੜੇ ਮਿਲਦੇ ਹਨ ਉਹਨਾਂ ਤੋਂ ਲਾਭ ਉਠਾਉਣ ਵਾਲੇ ਕਾਮਯਾਬ ਹੋ ਜਾਂਦੇ ਹਨ, ਜਿਹੜੇ ਉਸ ਵੇਲੇ ਵਕਤ ਆਪਣਾ ਵਿਅਰਥ ਗਵਾਉਂਦੇ ਹਨ ਉਹ ਮਗਰੋਂ ਪਛਤਾਉਂਦੇ ਹਨ. ਗੱਲ ਬੜੀ ਸਿੱਧੀ ਹੈ, ਅਬ ਸੁੱਖ ਫੇਰ ਦੁੱਖ. ਤੁਸੀਂ ਆਪਣੀ ਜਵਾਨੀ ਚ ਮਿਹਨਤ ਕਰ ਲਓਗੇ ਬੁਢਾਪਾ ਸੌਖਾ ਹੋ ਜਾਵੇਗਾ, ਜਵਾਨੀ ਵਿੱਚ ਲਾਪਰਵਾਹੀ ਕਰੋਗੇ ਬੁਢਾਪੇ ਵਿੱਚ ਰੁਲਦੇ ਫਿਰੋਗੇ. ਕਹਿਣ ਤੋਂ ਭਾਵ ਹੈ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਬਹੁਤ ਥੋੜੀ ਹੈ, ਇਸ ਨੂੰ ਢੰਗ ਤਰੀਕੇ ਨਾਲ ਗੁਜ਼ਾਰਨ ਦੇ ਬੰਦਾ ਜਿਹੜਾ ਹੈ ਉਹ ਪਰ ਉਪਕਾਰੀ ਹੋ ਜਾਂਦਾ ਹੈਗਾ. ਦੁਨੀਆਂ ਵਿੱਚ ਦੋ ਕਿਸਮ ਦੇ ਲੋਕ ਹਨ, ਇੱਕ ਉਹ ਹਨ ਜਿਹੜੇ ਸਮੱਸਿਆਵਾਂ ਪੈਦਾ ਕਰਦੇ ਹਨ, ਇੱਕ ਉਹ ਹਨ ਜਿਹੜੇ ਸਮੱਸਿਆਵਾਂ ਹੱਲ ਕਰਦੇ ਹਨ, ਇੱਕ ਉਹ ਹਨ ਜਿਹਨਾਂ ਨੂੰ ਮਿਲ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਇੱਕ ਉਹ ਹਨ ਜਿਹੜੇ ਅੱਧੇ ਘੰਟੇ ਵਿੱਚ ਸਾਰਾ ਸਿਰ ਦੁਕਣ ਲਾ ਦਿੰਦੇ ਹਨ. ਤੁਸੀਂ ਦੇਖਿਆ ਹੋਣਾ ਰਿਸ਼ਤੇਦਾਰ ਸਾਡੇ ਦੋ ਕਿਸਮ ਦੇ ਹੁੰਦੇ ਹਨ, ਇੱਕ ਉਹ ਹੁੰਦੇ ਹਨ ਜਿਹਨਾਂ ਨੂੰ ਅਸੀਂ ਉਡੀਕਦੇ ਰਹਿੰਦੇ ਹਾਂ, ਜਿਹਨਾਂ ਨਾਲ ਇੱਕ ਸਿੰਪਲ ਚਾਹ ਦਾ ਕੱਪ ਜਿਹੜਾ ਹੈ ਬੜੀ ਵਧੀਆ ਗੱਲਬਾਤ ਬਣ ਜਾਂਦਾ ਹੈ. ਕਈ ਉਹ ਹੁੰਦੇ ਹਨ ਜਿਹਨਾਂ ਵਾਸਤੇ ਅਸੀਂ ਦੋ ਤਿੰਨ ਦਿਨ ਤੋਂ ਤਿਆਰੀ ਕਰਦੇ ਰਹਿੰਦੇ ਹਾਂ, ਪਲੇਟਾਂ ਭਰ ਭਰ ਕੇ ਰੱਖਦੇ ਹਾਂ, ਪਰੰਤੂ ਸਾਡਾ ਮਨ ਉਹਨਾਂ ਨਾਲ ਭਿੱਜਦਾ ਨਹੀਂ ਹੈ. ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਦੂਜਿਆਂ ਦੀਆਂ ਤਕਲੀਫਾਂ, ਦੂਜਿਆਂ ਦੀ ਪਰਸਨੈਲਿਟੀ, ਉਹਨਾਂ ਦੀਆਂ ਇੱਛਾਵਾਂ, ਉਹਨਾਂ ਦੇ ਸੁਪਨੇ, ਉਹਨਾਂ ਸਾਰੀਆਂ ਗੱਲਾਂ ਨੂੰ ਜੇਕਰ ਧਿਆਨ ਚ ਅਸੀਂ ਵਿਹਾਰ ਕਰਾਂਗੇ ਤਾਂ ਉਸ ਨਾਲ ਸਾਰਾ ਕੁਝ ਚੰਗਾ ਹੋਵੇਗਾ. ਪਰੰਤੂ ਸਭ ਤੋਂ ਪਹਿਲੀ ਲੋੜ ਹੈ ਆਪਣੇ ਆਪ ਨੂੰ ਇੱਕ ਸਾਧਾਰਨ ਵਿਅਕਤੀ ਸਮਝੋ ਅਤੇ ਦੁਨੀਆਂ ਦੇ ਹੋਰ ਲੋਕਾਂ ਨੂੰ ਵੀ ਉਤਨਾ ਹੀ ਮਹੱਤਵ ਦਿਓ ਜਿੰਨਾ ਤੁਸੀਂ ਆਪਣੇ ਆਪ ਨੂੰ ਦਿੰਦੇ ਹੋ. ਜੀ ਬਿਲਕੁਲ ਜੀ, ਬਹੁਤ ਤੁਹਾਡੀ ਜਿਹੜੀ ਹਰ ਗੱਲ, ਜਿਹੜਾ ਹਰ ਸ਼ਬਦ ਹੈ ਉਹਦੇ ਵਿੱਚ ਬਹੁਤ ਹੀ ਵੱਡਾ ਇੱਕ ਸੱਚਾਈ ਔਰ ਇੱਕ ਨਸੀਹਤ ਛੁਪੀ ਹੋਈ ਹੈ. ਤੇ ਨਰਿੰਦਰ ਸਿੰਘ ਕਪੂਰ ਜੀ, ਹੁਣ ਇਸ ਵੇਲੇ ਸਟੂਡੀਓ ਦੇ ਵਿੱਚ ਇੱਕ ਫੋਨ ਕਾਲ ਪਹੁੰਚੀ ਹੋਈ ਹੈ ਜੀ, ਸਾਡੇ ਨਾਲ ਰਾਬਤਾ ਬਣਾਇਆ ਕਿਸੇ ਸਰੋਤੇ ਨੇ, ਤੇ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ. ਹਾਂਜੀ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ. ਜੀ 781 ਜੀ, ਤੁਹਾਡੇ ਤੱਕ ਸਾਡੀ ਆਵਾਜ਼ ਆ ਰਹੀ ਹੈ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ. ਥੈਂਕ ਯੂ ਜੀ. ਜਿਨ੍ਹਾਂ ਦੇ ਨੰਬਰ ਦੇ ਪਿੱਛੇ 781 ਹੈ ਜੀ, ਤੁਸੀਂ ਔਨ ਏਅਰ ਹੋ ਜੀ, ਸਵਾਲ ਪੁੱਛ ਸਕਦੇ ਹੋ ਜੀ. ਮੇਰੇ ਖਿਆਲ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੀ ਆਵਾਜ਼ ਉਹਨਾਂ ਤੱਕ ਜਾ ਰਹੀ ਹੈ ਜੀ, ਫੋਨ ਦੁਬਾਰਾ ਲਗਾਉਣ ਦੀ ਕੋਸ਼ਿਸ਼ ਕਰਨ. ਤੇ ਹਾਂਜੀ ਕਪੂਰ ਸਾਹਿਬ, ਅਗਲਾ ਜਿਹੜਾ ਮੇਰੇ ਬੜੇ ਗੁੰਝਲਾਂ, ਅਸਲ ਚ ਤੁਹਾਡੀਆਂ ਗੱਲਾਂ ਬਾਤਾਂ ਸੁਣਦੇ ਸੁਣਦੇ ਇੰਨਾ ਕੁਛ ਦਿਮਾਗ ਦੇ ਵਿੱਚ ਚੱਲ ਰਿਹਾ ਹੈਗਾ ਕਿ ਇਹ ਵੀ ਪੁੱਛ ਲਵਾਂ, ਇਹ ਵੀ ਪੁੱਛ ਲਵਾਂ. ਇੱਕ ਤੁਸੀਂ ਪਿੱਛੇ ਗੱਲ ਕਰ ਰਹੇ ਸੀਗੇ ਹੁਣ ਤੋਂ ਕੁਛ ਮਿੰਟ ਪਹਿਲਾਂ, ਤਾਂ ਉਹਦੇ ਵਿੱਚ ਪਹਿਲੀ ਕਲਾਸ ਜਾਂ ਪਹਿਲੇ ਪੀਰੀਅਡ ਦੀ ਗੱਲ ਕਰ ਰਹੇ ਸੀ. ਫਿਰ ਮੇਰੇ ਇੱਕ ਦਿਮਾਗ ਦੇ ਵਿੱਚ ਉਹ ਸੀਨ ਯਾਦ ਆਇਆ ਕਿ ਜਦੋਂ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ, ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਲਾਈਨ 'ਚ ਪਿੱਛੇ ਬੈਠੀਏ, ਤਾਂ ਹਾਂਜੀ ਤਾਂ ਬੱਚਾ ਜਿਹੜਾ ਲਾਈਨ 'ਚ ਪਿੱਛੇ ਬੈਠਣ ਦੀ, ਕਿਉਂਕਿ ਉਹਦੇ ਵਿੱਚ ਕੋਈ ਹੀ ਬੱਚਾ ਹੁੰਦਾ ਜਿਹੜਾ ਟੀਚਰ ਦੇ ਕੋਲ ਨੂੰ ਹੋ ਕੇ ਬੈਠਦਾ, ਸਾਰੇ ਪਿੱਛੇ ਨੂੰ ਬੈਠਦੇ ਨੇ, ਤਾਂ ਉਹ ਜਿਹੜੀ ਉਦਾਂ ਦੀ ਬੌਧਿਕਤਾ ਜਾਂ ਉਦਾਂ ਦੀ ਸੋਚ ਆ, ਉਹ ਕੀ ਸਾਈਨ ਦਿੰਦੀ ਆ ਸਾਨੂੰ ਕਿ ਉਸ ਬੱਚੇ ਦੀ ਜਿਹੜੀ ਸੋਚ ਆ ਉਹ ਕਿਸ ਸਾਈਡ ਵੱਲ ਨੂੰ ਜਾ ਰਹੀ ਆ, ਕੀ ਅਸੀਂ ਗੈਸ ਕਰਾਂਗੇ ਉਸ ਤੋਂ? ਹਾਂਜੀ, ਇਉਂ ਹੁੰਦਾ ਕਿ ਵਿਦਿਆਰਥੀਆਂ ਦੀਆਂ ਵੀ ਪੀੜ੍ਹੀਆਂ ਹੁੰਦੀਆਂ ਜੀ, ਅਧਿਆਪਕਾਂ ਦੀਆਂ ਵੀ ਪੀੜ੍ਹੀਆਂ ਹੁੰਦੀਆਂ. ਜਿਹੜਾ ਪਰਿਵਾਰ ਅਨਪੜ੍ਹ ਹੈ ਨਾ, ਉਹਨਾਂ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਪੁੱਤਰ ਸਕੂਲ ਦੀ ਪੜ੍ਹਾਈ ਕਰੇ, ਕਿਉਂਕਿ ਘਰ ਦੇ ਵਿੱਚ ਮਾਹੌਲ ਨਹੀਂ ਹੁੰਦਾ, ਉਸ ਦੇ ਵਿੱਚ ਟਿਕ ਕੇ ਬੈਠਣ ਦੀ ਬਿਰਤੀ ਨਹੀਂ ਹੁੰਦੀ. ਹੁਣ ਪਿੰਡਾਂ ਦੇ ਬੱਚੇ ਅੱਜ ਕੱਲ੍ਹ ਤਾਂ ਨਹੀਂ, ਪਹਿਲਾਂ ਕੀ ਹੁੰਦਾ ਸੀ ਉਹ ਸਾਰਾ ਦਿਨ ਮੱਝਾਂ ਚਰਾਉਣ ਵਾਸਤੇ ਤਾਂ ਧੁੱਪੇ ਘੁੰਮਦੇ ਰਹਿਣਗੇ, ਪਰੰਤੂ ਸਕੂਲ ਛੱਤ ਦੇ ਥੱਲੇ ਛਾਂ ਵਿੱਚ ਬੈਠ ਕੇ ਪੜ੍ਹਨ ਨੂੰ ਤਿਆਰ ਨਹੀਂ ਸੀ ਹੁੰਦੇ.
ਸੋ ਕਹਿਣ ਤੋਂ ਭਾਵ ਹੈਗਾ ਇਹ ਦੂਜੀ ਤੀਜੀ ਪੀੜ੍ਹੀ ਜਿਹੜੀ ਹੁੰਦੀ ਹੈ ਜਿਹੜਾ ਜਿਹੜਾ ਬੱਚਾ ਦਸਵੀਂ ਕਰ ਜਾਂਦਾ ਨਾ ਉਸਦੀ ਇੱਛਾ ਹੁੰਦੀ ਹੈ ਕਿ ਉਸਦੇ ਬੱਚੇ ਕਾਲਜ ਜਾਣ ਇੱਛਾ ਉਹਦੀ ਆਪਣੀ ਵੀ ਸੀ ਕਾਲਜ ਜਾਣ ਦੀ ਪਰੰਤੂ ਉਹ ਇੱਕ ਸੁਪਨਾ ਸੀ ਜਿਹੜਾ ਪੂਰਾ ਨਹੀਂ ਹੋਇਆ ਉਸਦੇ ਬੱਚੇ ਕਾਲਜ ਜਾਂਦੇ ਹਨ ਕਾਲਜ ਜਾਣ ਵਾਲੇ ਦੇ ਬੱਚੇ ਯੂਨੀਵਰਸਿਟੀ ਜਾਂਦੇ ਹਨ ਜਿਹੜਾ ਯੂਨੀਵਰਸਿਟੀ ਵਿੱਚ ਪੜਿਆ ਹੋਇਆ ਹੋਏਗਾ ਉਸਦੇ ਬੱਚੇ ਅੱਗੇ ਬੈਠਣਗੇ ਕਿਉਂਕਿ ਉਹਨਾਂ ਨੂੰ ਵਿਦਿਆ ਦੇ ਮਹੱਤਵ ਦਾ ਪਤਾ ਲੱਗ ਗਿਆ ਪਹਿਲੀ ਗੱਲ ਤਾਂ ਇਹ ਜਿਹੜੇ ਪਛੜੇ ਹੋਏ ਦੇਸ਼ ਹਨ ਉਹਨਾਂ ਦੇ ਵਿੱਚ ਵਿਦਿਆ ਦਾ ਕੋਈ ਮਹੱਤਵ ਨਹੀਂ ਹੈ ਉਹ ਮਹੱਤਵ ਸਮਝਦੇ ਹੀ ਨਹੀਂ ਹੈਗੇ ਉਹ ਸਮਝਦੇ ਹਨ ਕਿ ਇੱਥੇ 4 ਘੰਟੇ ਗੁਜ਼ਾਰਨੇ ਹਨ ਜਿਵੇਂ ਕਿਵੇਂ ਹੈ ਲੁਕ ਛਿਪ ਕੇ ਜਿਹੜਾ ਹੈ ਪਿੱਛੇ ਬੈਠ ਕੇ ਨਾ ਤਾਂ ਉੱਥੇ ਤੱਕ ਆਵਾਜ਼ ਪਹੁੰਚਦੀ ਹੈ ਉਹ ਆਪਸ ਵਿੱਚ ਕੁਝ ਕਰਦੇ ਰਹਿੰਦੇ ਹਨ ਸੋ ਕਹਿਣ ਤੋਂ ਪਾਵੇਗਾ ਬੜੀ ਹਿੰਮਤ ਚਾਹੀਦੀ ਹੈ ਅਗਲੇ ਬੈਂਚ ਤੇ ਬੈਠਣ ਦੀ ਜਿਸ ਨੂੰ ਅਗਲੇ ਬੈਂਚ ਤੇ ਬੈਠਣ ਦਾ ਹਿੰਮਤ ਪੈਦਾ ਹੋ ਗਈ ਉਹ ਵਿਦਿਆਰਥੀ ਨਹੀਂ ਰਹਿੰਦਾ ਉਹ ਵਿਦਵਾਨ ਬਣ ਜਾਂਦਾ ਕੀ ਬਾਤ ਹੈ ਜੀ ਬਹੁਤ ਖੂਬ ਜੀ ਕਾਫੀ ਅਸੀਂ ਨਾ ਪ੍ਰੋਗਰਾਮ ਕਰਦੇ ਰਹਿੰਦੇ ਉਹਦੇ ਵਿੱਚ ਕਾਫੀ ਸਾਡੇ ਕੋਲ ਜਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇਗੀਆਂ ਔਰ ਉਹਨਾਂ ਦੇ ਉੱਪਰ ਕਈ ਸਵਾਲ ਸਾਡੇ ਗੁੰਝਲਦਾਰ ਰਹਿ ਜਾਂਦੇ ਨੇ ਬਿਲਕੁਲ ਇੱਕ ਹੋਰ ਜਿਹੜੀ ਗੱਲ ਮੈਂ ਜਿਹੜੀ ਮੇਰੇ ਦਿਮਾਗ ਦੇ ਵਿੱਚ ਪੈਦਾ ਹੋਈ ਹੈ ਮੈਂ ਰੋਬੀ ਜੀ ਨੂੰ ਕਹਿਤਾ ਕਿ ਪਹਿਲਾਂ ਮੈਨੂੰ ਪੁੱਛ ਲੈਣ ਦਿਓ ਹਾਂਜੀ ਉਹ ਇਹ ਹੈ ਕਿ ਮੈਂ ਅਸੀਂ ਅਕਸਰ ਇੱਥੇ ਜਦੋਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਤਾਂ ਅਸੀਂ ਅਕਸਰ ਜਦੋਂ ਸਾਡੇ ਕੋਲ ਦੋ ਸਿਸਟਮ ਨੇ ਕੰਪੇਅਰ ਕਰਨ ਦੇ ਲਈ ਸਾਡੇ ਕੋਲ ਇੰਡੀਆ ਦਾ ਸਿਸਟਮ ਵੀ ਹੈ ਸਾਰਾ ਜਿਹਦੇ ਚ ਪੋਲੀਟੀਕਲ ਜਾਂ ਸਮਾਜਿਕ ਜਿਹੜਾ ਸਾਰਾ ਉੱਥੋਂ ਦਾ ਜਿਹੜਾ ਵਰਤਾਰਾ ਉਹ ਆ ਜਾਂਦਾ ਤੇ ਸਾਡੇ ਕੋਲ ਵਿਦੇਸ਼ਾਂ ਦਾ ਵੀ ਹੈ ਤਾਂ ਅਕਸਰ ਅਸੀਂ ਜਿਹੜਾ ਬਲੇਮ ਕਰਦੇ ਹਾਂ ਜਾਂ ਇੱਕ ਤਰ੍ਹਾਂ ਦੀ ਨਾ ਇੱਕ ਜਿਹੜਾ ਦੋਸ਼ ਲਾਉਣ ਵਾਲੀ ਜਿਹੜੇ ਸੋਰੋ ਕਾਫੀ ਉੱਚੀ ਹੁੰਦੀ ਹੈ ਸਾਡੀ ਸਾਰਿਆਂ ਦੀ ਤੇ ਜਿਹਦੇ ਚ ਅਸੀਂ ਇਹ ਕਹਿੰਦੇ ਕਿ ਉਹ ਜਿਹੜਾ ਸਿਸਟਮ ਹੈ ਉਹ ਸਿਸਟਮ ਖਰਾਬ ਹੈ ਉਹਦੇ ਕਰਕੇ ਹੀ ਜਿਹੜੀਆਂ ਸਮੱਸਿਆਵਾਂ ਨੇ ਜਾਂ ਜਿਹੜੀਆਂ ਵਿਅਕਤੀਗਤ ਸਮੱਸਿਆਵਾਂ ਵੀ ਉਸ ਸਿਸਟਮ ਦੀ ਦੇਣ ਨੇ ਤਾਂ ਇਹਦੇ ਬਾਰੇ ਚ ਮੈਨੂੰ ਮੇਰੇ ਮਨ ਚ ਬੜੀ ਕਿਉਰਿਓਸਿਟੀ ਜੀ ਪੈਦਾ ਹੋਈ ਹੈ ਕਿ ਤੁਹਾਡੇ ਤੋਂ ਇਹ ਗੱਲ ਮੈਂ ਜ਼ਰੂਰ ਪੁੱਛਾਂ ਕਿ ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਹਰ ਸਮਾਜ ਜਿਹੜਾ ਹੁੰਦਾ ਨਾ ਉਸਦੇ ਵਿੱਚ ਇੱਕ ਕੇਂਦਰੀ ਸੰਸਥਾ ਹੁੰਦੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੀ ਕੇਂਦਰੀ ਸੰਸਥਾ ਹੈ ਨਾ ਉਹ ਧਾਰਮਿਕ ਸਥਾਨ ਹੈ ਧਾਰਮਿਕ ਸਥਾਨ ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਦੇ ਸੰਗਤ ਬੈਠੀ ਹੋਈ ਹੈ ਕੀਰਤਨ ਹੋ ਰਿਹਾ ਕੋਈ ਕਿਸੇ ਕਿਸਮ ਦਾ ਮੁਲਾਂਕਣ ਨਹੀਂ ਹੈ ਕਿ ਸੁਣਨ ਵਾਲਿਆਂ ਨੇ ਕੀਰਤਨ ਠੀਕ ਸੁਣਿਆ ਜਾਂ ਕੀਰਤਨ ਕਰਨ ਵਾਲਿਆਂ ਨੇ ਕੀਰਤਨ ਠੀਕ ਕੀਤਾ ਕਹਿਣ ਤੋਂ ਭਾਵ ਇਹ ਹੈਗਾ ਕਿ ਉਹ ਜਿਹੜਾ ਨਾ ਸਿਸਟਮ ਇਸ ਕਿਸਮ ਦਾ ਹੈਗਾ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਹੈ ਇਵੇਂ ਹੀ ਸਾਡੇ ਦੇਸ਼ ਦੇ ਵਿੱਚ ਪਿਆਰ ਕਰਨ ਦਾ ਵੀ ਸੰਕਲਪ ਨਹੀਂ ਹੈ ਸਾਡੇ ਕੋਲ ਕਿਉਂਕਿ ਪਹਿਲਾਂ ਛੋਟੀ ਉਮਰ ਦੇ ਵਿੱਚ ਹੀ ਵਿਆਹ ਹੋ ਜਾਂਦੇ ਸੀ ਸਾਡੇ ਦੇਸ਼ ਦੇ ਵਿੱਚ ਜਦੋਂ ਕਿਸੇ ਲੜਕੇ ਲੜਕੀ ਦਾ ਪਿਆਰ ਹੁੰਦਾ ਨਾ ਉਹ ਅਸਲ ਵਿੱਚ ਬਣਨ ਵਾਲੇ ਪਤੀ ਪਤਨੀ ਦੇ ਤੌਰ ਤੇ ਵਿਹਾਰ ਕਰਨ ਲੱਗ ਪੈਂਦੇ ਹਨ ਇਵੇਂ ਸਾਡੇ ਦੇਸ਼ ਵਿੱਚ ਕੋਈ ਮਹਿਮਾਨ ਦਾ ਵੀ ਸੰਕਲਪ ਨਹੀਂ ਹੈ ਜਦੋਂ ਮਹਿਮਾਨ 3-4 ਆਉਂਦੇ ਹਨ ਉਹਨਾਂ ਨੂੰ ਅਸੀਂ ਛੋਟੀ ਜਿਹੀ ਬਰਾਤ ਸਮਝ ਕੇ ਉਹਨਾਂ ਦੀ ਸੇਵਾ ਵਿੱਚ ਜੁੜ ਜਾਂਦੇ ਹਾਂ ਤੇ ਮਹਿਮਾਨ ਵੀ ਬਿਮਾਰਾਂ ਵਾਂਗੂ ਵਿਹਾਰ ਕਰਦੇ ਹਨ ਉਹ ਮਾਲਕ ਜਿਹੜੇ ਹਨ ਘਰ ਵਾਲੇ ਹੋਸਟ ਉਹ ਪੁੱਛੀ ਜਾਣਗੇ ਪਾਣੀ ਲਿਆਈਏ ਜੀ ਚਾਹ ਲਿਆਈਏ ਜੀ ਇਹ ਚੀਜ਼ ਖਾਓਗੇ ਉਹ ਚੀਜ਼ ਖਾਓਗੇ ਕਹਿਣ ਤੋਂ ਭਾਵ ਹੈਗਾ ਬੜੇ ਹੈਲਦੀ ਬੰਦੇ ਹਨ ਉਹਨਾਂ ਨੂੰ ਪਾਰਟੀਸਪੇਟ ਕਰਨਾ ਚਾਹੀਦਾ ਹੈ ਯੂਰਪ ਦੇ ਵਿੱਚ ਜਾਂ ਵਰਲਡ ਦੇ ਜਿਹੜੇ ਵਿਕਸਿਤ ਦੇਸ਼ ਹਨ ਨਾ ਇਸ ਵੇਲੇ ਦੁਨੀਆਂ ਦੇ ਵਿੱਚ ਵਿਕਸਿਤ ਦੇਸ਼ ਉਹੀ ਹਨ ਜਿਹੜੇ ਈਸਾਈ ਹਨ ਈਸਾਈ ਦੇਸ਼ ਵਿਕਸਿਤ ਹਨ ਇਹਨਾਂ ਦੇਸ਼ਾਂ ਵਿੱਚ ਹੀ ਪੰਕਚੁਐਲਿਟੀ ਹੈ ਇਹਨਾਂ ਦੇਸ਼ਾਂ ਵਿੱਚ ਹੀ ਵਰਕ ਕਲਚਰ ਹੈ ਇਹਨਾਂ ਦੇਸ਼ਾਂ ਵਿੱਚ ਹੀ ਖੁਸ਼ਹਾਲੀ ਹੈ ਇਹਨਾਂ ਦੇਸ਼ਾਂ ਵਿੱਚ ਹੀ ਵਿਗਿਆਨ ਹੈ ਇਹਨਾਂ ਦੇਸ਼ਾਂ ਵਿੱਚ ਹੀ ਪ੍ਰੋਸਪੈਰਿਟੀ ਹੈ ਇਹਨਾਂ ਦੇਸ਼ਾਂ ਵਿੱਚ ਹੀ ਤਾਕਤ ਹੈ ਕਹਿਣ ਤੋਂ ਭਾਵ ਹੈਗਾ ਇਸ ਵੇਲੇ ਦੁਨੀਆਂ ਉੱਤੇ ਰਾਜ ਜਿਹੜਾ ਨਾ ਇਹ ਲੋਕ ਕਰ ਰਹੇ ਹਨ ਇਹ ਦੇਸ਼ ਕਰ ਰਹੇ ਹਨ ਦੁਨੀਆਂ ਦਾ ਹਰ ਮੁਲਕ ਅਮਰੀਕਾ ਜਿੰਨਾ ਖੁਸ਼ਹਾਲ ਹੋਣਾ ਚਾਹੁੰਦਾ ਅਮਰੀਕਾ ਜਿੰਨਾ ਅਮੀਰ ਹੋਣਾ ਚਾਹੁੰਦਾ ਯੂਰਪ ਵਰਗੀ ਜ਼ਿੰਦਗੀ ਜਿਉਣੀ ਚਾਹੁੰਦਾ ਸੋ ਸਾਡਾ ਸਿਸਟਮ ਜਿਹੜਾ ਹੈ ਉਹ ਧਰਮ ਕੇਂਦਰਿਤ ਹੈ ਜਿਹੜਾ ਯੂਰਪ ਦਾ ਸਿਸਟਮ ਹੈ ਉਹ ਜੀਵਨ ਕੇਂਦਰਿਤ ਹੈ ਮਨੁੱਖ ਕੇਂਦਰਿਤ ਹੈ ਸਾਡਾ ਇੱਥੇ ਅਗਲੇ ਜਨਮ ਦਾ ਜਿਹੜਾ ਨਾ ਉਸ ਨੂੰ ਸਵਾਰਨ ਤੇ ਲੱਗੇ ਹੋਏ ਹਨ ਸਾਰੇ ਇਸ ਜਨਮ ਨੂੰ ਤਾਂ ਜੀ ਨਹੀਂ ਰਹੇ ਉਸ ਜਨਮ ਨੂੰ ਸਵਾਰਨ ਤੇ ਲੱਗੇ ਹੋਏ ਹਨ ਇਹ ਸਿਸਟਮਸ ਵੱਖਰੇ ਹਨ ਹੁਣ ਪ੍ਰਭਾਵ ਜਿਹੜਾ ਹੈ ਉਹ ਬਦਲ ਰਿਹਾ ਗਲੋਬਲਾਈਜੇਸ਼ਨ ਹੋ ਰਹੀ ਹੈ ਸਾਰੀ ਦੁਨੀਆਂ ਦੀਆਂ ਚੀਜ਼ਾਂ ਇੱਕੋ ਜਿਹੀਆਂ ਹੋਣਗੀਆਂ ਇਹਦੇ ਨਾਲ ਹੋਏਗਾ ਕਿ ਅਗਲਾ ਯੁੱਧ ਹੋਏਗਾ ਹੀ ਨਹੀਂ ਯੁੱਧ ਕਾਹਦੇ ਵਾਸਤੇ ਹੋਏਗਾ ਹੁਣ ਇਲਾਕੇ ਮੰਨਣਾ ਜਿਹੜਾ ਹੈ ਉਹ ਯੁੱਧ ਦਾ ਉਦੇਸ਼ ਨਹੀਂ ਰਿਹਾ ਹੈ ਜਦੋਂ ਇਕਨੋਮਿਕ ਢੰਗ ਦੇ ਨਾਲ ਦੁਨੀਆਂ ਉੱਤੇ ਯੂਰਪ ਜਾਂ ਅਮਰੀਕਾ ਵਗੈਰਾ ਜਿਹੜੇ ਹਨ ਜਾਂ ਵਿਕਸਿਤ ਦੇਸ਼ ਜਿਹੜੇ ਹਨ ਉਹ ਡੋਮੀਨੇਟ ਕਰ ਰਹੇ ਹਨ ਤਾਂ ਉਹਨਾਂ ਨੂੰ ਯੁੱਧ ਕਰਨ ਦੀ ਲੋੜ ਨਹੀਂ ਪਏਗੀ ਕਹਿਣ ਤੋਂ ਭਾਵ ਇਹ ਹੈਗਾ ਕਿ ਸਾਨੂੰ ਸਿਸਟਮ ਦੇ ਵਿੱਚ ਬੁਨਿਆਦੀ ਤਬਦੀਲੀਆਂ ਲਿਆਉਣੀਆਂ ਪੈਣਗੀਆਂ ਸੋ ਸਾਡੇ ਜ਼ਿੰਦਗੀ ਨੂੰ ਕੰਟਰੋਲ ਕੌਣ ਕਰ ਰਹੇ ਹਨ ਕੰਟਰੋਲ ਉਹ ਕਰ ਰਹੇ ਹਨ ਜਿਹੜੇ ਧਰਮ ਦੇ ਖੇਤਰ ਵਿੱਚ ਹਨ
ਉਹ ਸਾਨੂੰ ਵਿਕਾਸ ਹੀ ਨਹੀਂ ਕਰਨ ਦੇ ਰਹੇ, ਸਾਨੂੰ ਅੱਗੇ ਹੀ ਨਹੀਂ ਜਾਣ ਦੇ ਰਹੇ। ਸਾਡਾ ਜਿਹੜਾ ਸਿਸਟਮ ਹੈ ਉਹ ਸਟੇਟਸ ਕੋ ਵਾਲਾ ਸਿਸਟਮ ਹੈ, ਪਰੰਪਰਾ ਵਾਲਾ ਸਿਸਟਮ ਜਿਹੜਾ ਹੁੰਦਾ ਉਹ ਪਰਿਵਰਤਨ ਵਿਰੋਧੀ ਹੁੰਦਾ ਹੁੰਦਾ। ਇਹਦੇ ਵਿੱਚ ਜਦੋਂ ਵੀ ਕੋਈ ਬੰਦਾ ਨਵਾਂ ਕੰਮ ਕਰੇਗਾ ਸਾਰੇ ਵਿਰੋਧ ਕਰਨਗੇ। ਇੱਕ ਵਾਰੀ ਕੀ ਹੋਇਆ, ਇੱਕ ਪਿੰਡ ਸੀ ਉੱਥੇ ਇੱਕ ਗੁਰਦੁਆਰਾ ਸੀ, ਗੁਰਦੁਆਰਾ ਜਦੋਂ ਵੀ ਕਿਸੇ ਬੰਦੇ ਨੇ ਆਪਣਾ ਨਵਾਂ ਚਵਾਰਾ ਪਾਉਣ ਦੀ ਯਤਨ ਕਰਨਾ, ਕੁਦਰਤੀ ਹੋਇਆ ਕਿ ਦੋ ਤਿੰਨ ਬੰਦਿਆਂ ਨੇ ਯਤਨ ਕੀਤਾ ਤੇ ਉਹਨਾਂ ਦੀ ਮੌਤ ਹੋ ਗਈ। ਤੇ ਉੱਥੇ ਇਹ ਗੱਲ ਸੁਣ ਗਈ ਕਿ ਜਿਹੜਾ ਵੀ ਚਵਾਰਾ ਪਾਏਗਾ ਉਹ ਮਰ ਜਾਏਗਾ। ਇੱਕ ਫੌਜੀ ਰਿਟਾਇਰ ਹੋ ਕੇ ਆਇਆ ਤੇ ਉਸ ਨੇ ਚਵਾਰਾ ਪਾਉਣਾ ਸ਼ੁਰੂ ਕੀਤਾ। ਸਾਰਾ ਪਿੰਡ ਗੱਲਾਂ ਕਰੀ ਜਾਵੇ, ਦੇਖੋ ਜੀ ਯੁੱਧ ਵਿੱਚੋਂ ਤਾਂ ਬਚ ਕੇ ਆ ਗਿਆ, ਹੁਣ ਚਵਾਰੇ ਨੇ ਇਹਨੂੰ ਮਾਰ ਦੇਣਾ। ਜਦੋਂ ਉਹਨੇ ਚਵਾਰਾ ਪਾ ਲਿਆ ਤਾਂ ਇੱਕ ਸਾਲ ਦੇ ਵਿੱਚ ਸਾਰੇ ਪਿੰਡ ਨੇ ਚਵਾਰੇ ਪਾ ਲਏ। ਮਤਲਬ ਸਾਡਾ ਇਹ ਵਿਹਾਰ ਹੈ, ਇਹ ਸਾਡਾ ਸਿਸਟਮ ਹੈ। ਇੱਥੇ ਪਹਿਲ ਕੋਈ ਨੀ ਕਰਦਾ, ਜਿਹੜਾ ਪਹਿਲ ਕਰਦਾ ਉਹਦੀ ਨਿੰਦਾ ਹੁੰਦੀ ਹੈ, ਜਦੋਂ ਉਹ ਪਹਿਲ ਕਰਕੇ ਕਾਮਯਾਬ ਹੋ ਜਾਂਦਾ ਫਿਰ ਸਾਰੇ ਉਹਦੇ ਮਗਨ ਮਗ ਜਾਂਦੇ। ਬਿਲਕੁਲ। ਇਸ ਦ੍ਰਿਸ਼ਟੀ ਤੋਂ ਜਿਹੜਾ ਯੂਰਪ ਹੈ ਜਾਂ ਜਿਹੜਾ ਦੁਨੀਆਂ ਦਾ ਵਿਕਸਿਤ ਇਲਾਕਾ ਹੈ ਜਿਵੇਂ ਆਸਟ੍ਰੇਲੀਆ ਹੈ ਤੁਹਾਡਾ, ਉਹਦੇ ਸਿਸਟਮ ਹੈ, ਉੱਥੇ ਕਾਨੂੰਨ ਹਨ, ਮਿਸਾਲ ਦੇ ਤੌਰ ਤੇ ਕਾਨੂੰਨ ਹਨ, ਉਹਨਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਂਦੀ ਹੈ। ਪੰਜਾਬ ਦੇ ਵਿੱਚ ਇਸ ਵੇਲੇ 25,000 ਗੁਰਦੁਆਰਾ ਹੈ, ਕਦੇ ਇਹ ਨੀ ਹੋਇਆ ਕਿ ਗੁਰਦੁਆਰੇ ਦੇ ਵਿੱਚ ਅਰਦਾਸ ਨਾ ਹੋਈ ਹੋਵੇ ਸਵੇਰੇ ਸ਼ਾਮ, ਕਦੀ ਇਹ ਨੀ ਹੋਇਆ ਕੀਰਤਨ ਨਾ ਹੋਇਆ ਹੋਵੇ। ਮਤਲਬ ਅਸੀਂ ਧਰਮ ਦੇ ਪੱਖੋਂ ਜਿਹੜਾ ਨਾ ਉਹ ਸਿੰਸੀਅਰ ਹਾਂ, ਬਾਕੀ ਹਰ ਗੱਲ ਪ੍ਰਤੀ ਅਸੀਂ ਫਾਡੀ ਹਾਂ, ਪਿੱਛੇ ਹਾਂ, ਪਛੜੇ ਹੋਏ ਹਾਂ, ਲਾਪਰਵਾਹ ਹਾਂ, ਬੇਪਰਵਾਹ ਹਾਂ, ਅਸੀਂ ਆਪਣਾ ਜੀਵਨ ਸੁਧਾਰਨ ਬਾਰੇ ਸੋਚਦੇ ਹੀ ਨੀ। ਹਾਂਜੀ, ਤੇ ਨਰਿੰਦਰ ਸਿੰਘ ਹਾਂਜੀ, ਤੇ ਕਪੂਰ ਸਾਹਿਬ ਅਗਲੀ ਜਿਹੜੀ ਗੱਲ ਮੇਰੇ ਦਿਮਾਗ ਦੇ ਵਿੱਚ ਪੈਦਾ ਹੋਈ ਇਹ ਹੈ ਕਿ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਇੰਡੀਆ ਦੀ ਜਦੋਂ ਮੈਂ ਗੱਲ ਕਰਦੀ ਹਾਂ, ਸਾਡੇ ਭਾਰਤੀ ਸਾਡੇ ਖਾਸ ਕਰਕੇ ਪੰਜਾਬੀ ਸਮਾਜ ਦੀ ਜਦੋਂ ਗੱਲ ਕਰਦੇ ਹਾਂ, ਤਾਂ ਉੱਥੇ ਕੀ ਹੈ ਕਿ ਜਿਹੜੀ ਇੱਕ ਇਸ ਤਰ੍ਹਾਂ ਦੀ ਸਥਿਤੀ ਨਜ਼ਰ ਆਉਂਦੀ ਹੈ ਸਾਨੂੰ ਇੱਥੇ ਬੈਠ ਕੇ ਜਦੋਂ ਦੇਖੋ ਤਾਂ ਜ਼ਿਆਦਾ ਹੀ ਕੁਝ ਇਸ ਤਰ੍ਹਾਂ ਦੀ ਨਜ਼ਰ ਆਉਂਦੀ ਹੈ ਕਿ ਲੱਗਦਾ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਕੋਈ ਖਾਸ ਦਿਸ਼ਾ ਨਿਰਦੇਸ਼ ਨਹੀਂ ਹੈ ਉਹਦੇ ਕੋਲੇ ਕਿ ਉਹਨੇ ਕਿਸ ਪਾਸੇ ਵੱਲ ਨੂੰ ਜਾਣਾ ਜਾਂ ਕੁਝ ਨਵਾਂ ਕੀ ਕਰਨਾ। ਇੱਕ ਇਹੋ ਜਿਹਾ ਦਿਖਾਵਾ ਕਲਚਰ ਜਾਂ ਇੱਕ ਬਾਹਰਲੇ ਦੇਸ਼ਾਂ ਨੂੰ ਭੱਜਣ ਵਾਲੀ ਦੌੜ ਵਾਲਾ ਕਲਚਰ ਜਾਂ ਗੁਆਂਢੀ ਤੋਂ ਜਿਹੜਾ ਚੰਗੇ ਮਾਡਲ ਦਾ ਮੋਟਰਸਾਈਕਲ ਲੈਣ ਵਾਲਾ ਜਾਂ ਚੰਗੇ ਮਾਡਲ ਦੀ ਕਾਰ ਲੈਣ ਵਾਲਾ ਕਲਚਰ ਉਹ ਸਾਡੇ ਤੇ ਹਾਵੀ ਹੁੰਦਾ ਜਾ ਰਿਹਾ, ਤਾਂ ਜਦੋਂ ਅਸੀਂ ਵਿਦੇਸ਼ਾਂ ਚੋਂ ਜਾਂਦੇ ਹਾਂ ਵਾਪਸ ਤਾਂ ਉੱਥੇ ਜਾ ਕੇ ਬਹੁਤ ਹੀ ਇੱਕ ਨਿਰਾਸ਼ਾ ਹੁੰਦੀ ਹੈ, ਬਹੁਤ ਹੀ ਦੁੱਖ ਹੁੰਦਾ ਇਹੋ ਜਿਹੀਆਂ ਗੱਲਾਂ ਦੇਖ ਕੇ ਕਿ ਸਾਨੂੰ ਲੱਗਦਾ ਕਿ ਨਹੀਂ ਜ਼ਿੰਦਗੀ ਜਿਹੜੀ ਉਹ ਇੱਥੋਂ ਤੱਕ ਹੀ ਨਹੀਂ ਹੈ, ਉਸ ਤੋਂ ਅੱਗੇ ਵੀ ਬਹੁਤ ਕੁਝ ਹੈ। ਤਾਂ ਉਹਦੇ ਬਾਰੇ ਚ ਤੁਹਾਡਾ ਕੀ ਖਿਆਲ ਹੈ ਕਿ ਉਸ ਨੌਜਵਾਨ ਪੀੜ੍ਹੀ ਨੂੰ ਕਿਸ ਪਾਸੇ ਨੂੰ ਮੂਵ ਕਰਨਾ ਚਾਹੀਦਾ, ਕਿਸ ਪਾਸੇ ਉਹਦੀ ਦਿਸ਼ਾ ਹੋਵੇ? ਇੱਕ ਤਾਂ ਇਹ ਹੈ ਕਿ ਜਿਹੜੀ ਨਿਰਾਸ਼ਾ ਹੈ ਉਹ ਕੇਵਲ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਨਹੀਂ ਹੈ, ਉਹ ਦੁਨੀਆਂ ਭਰ ਦੀ ਨੌਜਵਾਨ ਪੀੜ੍ਹੀ ਵਿੱਚ ਹੈ। ਉਹਦਾ ਕਾਰਨ ਇਹ ਹੈ ਕਿ ਸਾਡੇ ਕੋਲ ਵਿਸ਼ਵ ਪੱਧਰ ਤੇ ਦੇਸ਼ ਦੀ ਪੱਧਰ ਤੇ ਕੋਈ ਅਜਿਹਾ ਨੇਤਾ ਹੀ ਨਹੀਂ ਹੈ ਜਿਸ ਨੂੰ ਸਾਰੇ ਆਪਣਾ ਨੇਤਾ ਸਵੀਕਾਰ ਕਰਨ। ਜੇ ਉਹ ਸਵੀਕਾਰ ਕਰ ਲੈਂਦੇ ਹੈਗੇ ਆ ਉਹ ਕਰਪਟ ਨਿਕਲੇ ਆਉਂਦਾ, ਦੁਨੀਆਂ ਭਰ ਦੇ ਵਿੱਚ ਹੈਗਾ, ਦੁਨੀਆਂ ਦੇ ਹਰ ਦੇਸ਼ ਵਿੱਚ ਹੈਗਾ। ਜਿਹੜੇ ਬਹੁਤ ਸਾਰੇ ਗਦਾਫੀ ਵਗੈਰਾ ਵਗੈਰਾ ਮਾਰੇ ਗਏ, ਉਹ ਜਦੋਂ ਉਹਨਾਂ ਦੀ ਜ਼ਿੰਦਗੀ ਬਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਜਿਹੜਾ ਉਹ ਸੀ ਨਾ ਉਹਨਾਂ ਦੇ ਮਹਾਨ ਹੋਣ ਦਾ, ਸ਼ਕਤੀਸ਼ਾਲੀ ਹੋਣ ਦਾ, ਉਹ ਸਾਰਾ ਟੁੱਟ ਗਿਆ। ਇਸ ਵੇਲੇ ਦੁਨੀਆਂ ਭਰ ਦੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਭਟਕ ਰਹੀ ਹੈ, ਉਹਦੇ ਸਾਹਮਣੇ ਕੋਈ ਉਦੇਸ਼ ਨਹੀਂ ਹੈ, ਕੋਈ ਆਦਰਸ਼ ਨਹੀਂ ਹੈ। ਉਦੇਸ਼ ਨਾਲੋਂ ਵੀ ਜ਼ਿਆਦਾ ਆਦਰਸ਼ ਦੀ ਲੋੜ ਹੁੰਦੀ। ਮਿਸਾਲ ਦੇ ਤੌਰ ਤੇ 1947 ਤੋਂ ਪਹਿਲਾਂ ਸਾਡੇ ਕੋਲ ਇੱਕ ਆਦਰਸ਼ ਸੀ ਹਿੰਦੁਸਤਾਨ ਨੂੰ ਆਜ਼ਾਦ ਵੇਖਣ ਦਾ ਦਰਦ। ਉਸ ਵੇਲੇ ਹਿੰਦੂ ਮੁਸਲਮਾਨ ਤੇ ਸਿੱਖ ਸਾਰੇ ਰਲ ਕੇ ਉਸ ਵੇਲੇ ਅੰਦੋਲਨ ਦੇ ਵਿੱਚ ਲੱਗੇ ਹੋਏ ਸੀ, ਔਰ ਆਮ ਸਧਾਰਨ ਬੰਦੇ ਜਿਹੜੇ ਸੀਗੇ ਉਹ ਬੜੀਆਂ ਵੱਡੀਆਂ ਕੁਰਬਾਨੀਆਂ ਕਰ ਰਹੇ ਸੀ। ਦੇਸ਼ ਦੇ ਵਿੱਚ ਗਰੀਬੀ ਸੀ ਪਰੰਤੂ ਵਾਤਾਵਰਣ ਉਤਸ਼ਾਹ ਵਾਲਾ ਸੀ ਕਿਉਂਕਿ ਆਦਰਸ਼ ਸੀ। ਆਦਰਸ਼ ਜਦ ਤੱਕ ਨਾ ਹੋਵੇ ਉਦੋਂ ਤੱਕ, ਹੁਣ ਮਿਸਾਲ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਤੁਸੀਂ ਦੇਖੋ, ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਵਿੱਚ ਕੀ ਨਹੀਂ ਵਾਪਰਿਆ, ਪਰ ਉਹਨਾਂ ਦੇ ਸਾਹਮਣੇ ਇੱਕ ਉੱਚਾ ਆਦਰਸ਼ ਸੀ। ਗੁਰੂ ਗੋਬਿੰਦ ਸਿੰਘ ਦਾ ਉਦੇਸ਼ ਇਲਾਕੇ ਮਰਨਾ ਨਹੀਂ ਸੀ, ਵਿਰੋਧਤਾ ਕਰਨਾ ਨਹੀਂ ਸੀ, ਉਹਨਾਂ ਦਾ ਉਦੇਸ਼ ਇੱਕ ਨਵਾਂ ਮਨੁੱਖ ਸਿਰਜਣਾ ਸੀ। ਉਹ ਨਵਾਂ ਮਨੁੱਖ ਉਹਨਾਂ ਨੇ ਸਿਰਜਿਆ, ਪਰੰਤੂ ਉਹ ਨਵਾਂ ਸਿਰਜਿਆ ਹੋਇਆ ਮਨੁੱਖ ਗੁਰੂ ਗੋਬਿੰਦ ਸਿੰਘ ਦੇਸ਼ ਨੂੰ ਕਹਿਣ ਤੋਂ ਭਾਵ ਹੈਗਾ ਆਦਰਸ਼ ਅਤੇ ਉਦੇਸ਼ ਇਹ ਦੋ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਮਨੁੱਖ ਨੂੰ ਜਿਉਂਦਾ ਰੱਖਦੀਆਂ ਹਨ, ਉਸਦੀ ਨਜ਼ਰ ਨੂੰ ਉੱਚਾ ਰੱਖਦੀਆਂ ਹਨ, ਉਸਦੇ ਹੌਸਲੇ ਨੂੰ ਬੁਲੰਦ ਰੱਖਦੀਆਂ ਹਨ ਅਤੇ ਉਸਦੇ ਵਿੱਚ ਹਿੰਮਤ ਭਰਦੀਆਂ ਹਨ। ਸੋ ਇਹ ਕਾਰਨ ਹੈ ਤੇ ਉਸ ਹਾਲਤ ਦੇ ਵਿੱਚ ਪੰਜਾਬ ਦਾ ਨੌਜਵਾਨ ਜਿਹੜਾ ਹੈ
ਉਹ ਅੰਨਿਆਂ ਵਾਂਗੂ ਬਿਹੇਵ ਕਰ ਰਿਹਾ, ਜਿੱਧਰ ਉਹਨੂੰ ਜਿੱਧਰ ਉਹਦਾ ਮੂੰਹ ਹੁੰਦਾ ਉੱਧਰ ਤੁਰ ਜਾਂਦਾ। ਮਤਲਬ ਉਹ ਇਸ ਭੁਲੇਖੇ ਦਾ ਦੇਣ ਹੈਗਾ ਕਿ ਮੈਂ ਅਮਰੀਕਾ ਜਾ ਕੇ ਜਾਂ ਇੰਗਲੈਂਡ ਜਾ ਕੇ ਜਾਂ ਆਸਟ੍ਰੇਲੀਆ ਜਾ ਕੇ ਉੱਥੇ ਮੈਂ ਅਮਰੀਕਾ ਜਾਂ ਯੂਰਪ ਦੇ ਵਿੱਚ ਕੁਝ ਵੀ ਬਣਨਾ ਬੜਾ ਮੁਸ਼ਕਿਲ ਹੈ। ਜਿਵੇਂ ਯੂਪੀ ਬਿਹਾਰ ਦਾ ਕੋਈ ਭਈਆ ਪੰਜਾਬ ਚ ਆ ਕੇ ਨਾ ਅਮੀਰ ਨਹੀਂ ਕਹਾ ਸਕਦਾ ਆਪਣੇ ਆਪ ਨੂੰ, ਅਸੀਂ ਉਹਨੂੰ ਅਮੀਰ ਮੰਨਦੇ ਹੀ ਨਹੀਂ ਭਾਵੇਂ ਉਹਦੇ ਕੋਲ ਸਕੂਲ ਰੁਪਏ ਹੋਣ। ਇਵੇਂ ਜਿਹੜਾ ਹਿੰਦੁਸਤਾਨ ਤੋਂ ਅਮਰੀਕਾ ਚਲਾ ਜਾਂਦਾ ਭਾਵੇਂ ਉਹ ਕੁਝ ਬਣ ਜਾਵੇ, ਉੱਥੇ ਪਹਿਲੀ ਗੱਲ ਤਾਂ ਇਹ ਹੈ ਕਿ ਵਿਲੱਖਣ ਹੋਣ ਦੀ ਸੰਭਾਵਨਾ ਹੀ ਨਹੀਂ ਹੈ ਕੋਈ, ਉੱਥੇ ਹਰ ਵਨਗੀ ਦੇ ਬੰਦੇ ਜਿਹੜੇ ਨਾ ਤੁਹਾਡੇ ਤੋਂ ਪਰੇ ਮਿਲ ਜਾਣਗੇ। ਇਸ ਕਰਕੇ ਸਾਡਾ ਜਿਹੜਾ ਪੰਜਾਬ ਦਾ ਯੂਥ ਹੈ ਉਹ ਸੌਖੀਆਂ ਜਿੱਤਾਂ ਦਾ ਆਦੀ ਹੈ, ਉਹ ਬਿਨਾਂ ਕੁਝ ਕਿਤੇ ਕਾਮਯਾਬ ਹੋਣਾ ਚਾਹੁੰਦਾ ਹੈ। ਇਸ ਨੂੰ ਨਿਰਾਸ਼ਤਾ ਹੀ ਮਿਲੇਗੀ ਭਾਵੇਂ ਉਹ ਅਮਰੀਕਾ ਚਲਾ ਜਾਵੇ ਭਾਵੇਂ ਕਿਧਰੇ ਚਲਾ ਜਾਵੇ। ਸੋ ਇਸ ਸਾਰੀ ਗੱਲ ਨੂੰ ਜਿਹੜਾ ਹੈ ਠੀਕ ਕਰਨ ਵਾਸਤੇ ਐਜੂਕੇਸ਼ਨ ਏਮ ਓਰੀਐਂਟਡ ਹੋਣੀ ਚਾਹੀਦੀ ਹੈ, ਉਹਦੇ ਸਾਹਮਣੇ ਆਦਰਸ਼ ਹੋਣਾ ਚਾਹੀਦਾ। ਇਹ ਜਿਹੜਾ ਵੈਸਟ ਦਾ ਪ੍ਰਭਾਵ ਪੈ ਰਿਹਾ ਹੈ ਨਾ, ਵੈਸਟ ਦੇ ਵਿੱਚ ਕੰਜ਼ਿਊਮਰਿਜ਼ਮ ਹੈ, ਚੀਜ਼ਾਂ ਖਰੀਦਣ ਦੀ ਜਿਹੜੀ ਹੈ ਨਾ ਪਾਗਲਪਣ ਹੈ, ਚੀਜ਼ਾਂ ਕਦੇ ਵੀ ਬੰਦੇ ਨੂੰ ਪ੍ਰਸੰਨ ਨਹੀਂ ਕਰਦੀਆਂ ਹੁੰਦੀਆਂ, ਤੇ ਜਿਹੜੀਆਂ ਚੀਜ਼ਾਂ ਬੰਦੇ ਨੂੰ ਪ੍ਰਸੰਨ ਕਰਦੀਆਂ ਹਨ ਉਹ ਚੀਜ਼ਾਂ ਨਹੀਂ ਹੁੰਦੀਆਂ, ਉਹ ਰਿਸ਼ਤੇ ਹੁੰਦੇ ਹਨ, ਉਹ ਆਦਰਸ਼ ਹੁੰਦੇ ਹਨ। ਬਿਲਕੁਲ ਜੀ, ਜੇ ਆਦਰਸ਼ ਹੋਵੇ ਤਾਂ ਬੰਦਾ ਪੁੱਠਾ ਚੱਲ ਕੇ ਵੀ ਪਹੁੰਚ ਜਾਏਗਾ ਜੀ। ਜੇਕਰ ਆਦਰਸ਼ ਨਹੀਂ ਹੈ ਭਾਵੇਂ ਉਹ ਜਿਤਨਾ ਮਰਜ਼ੀ ਤੇਜ਼ ਦੌੜੇ ਕਿਧਰੇ ਨਹੀਂ ਆਪਣੇਗਾ ਜੀ, ਉਹ ਚਪੂਆਂ ਦੇ ਬੇੜੀ ਵਾਂਗ ਉੱਥੇ ਹੀ ਘੁੰਮਦਾ ਰਹੇਗਾ। ਸੋ ਇਹ ਪੰਜਾਬ ਦੇ ਯੂਥ ਦੀ ਹੀ ਨਹੀਂ ਦੁਨੀਆਂ ਭਰ ਦੇ ਯੂਥ ਦੀ ਇਹ ਟ੍ਰੈਜਡੀ ਹੈ ਕਿ ਉਹਨਾਂ ਦੇ ਸਾਹਮਣੇ ਆਦਰਸ਼ ਦੀ ਅਣਹੋਂਦ ਹੈ। ਇਹ ਜਿਹੜਾ ਮੀਡੀਆ ਹੈ ਨਾ, ਇਸਨੇ ਮੀਡੀਆ ਦੇ ਸਾਹਮਣੇ ਚੈਲੰਜ ਹੈ, ਮੀਡੀਆ ਕਿਸੇ ਨੂੰ ਪ੍ਰਸਿੱਧ ਨਹੀਂ ਹੋਣ ਦਿੰਦਾ, ਮੀਡੀਆ ਕਿਸੇ ਨੂੰ ਮਹਾਨ ਨਹੀਂ ਬਣਨ ਦਿੰਦਾ। ਜਦੋਂ ਕੋਈ ਮਹਾਨ ਬਣਨ ਦਾ ਯਤਨ ਕਰਦਾ ਮੀਡੀਆ ਉਸ ਨੂੰ ਉਦੇੜ ਕੇ ਰੱਖ ਦਿੰਦਾ ਜੀ। ਜੀ, ਇਹ ਨਵੀਂ ਕਿਸਮ ਦੀ ਦੁਨੀਆ ਪੈਦਾ ਹੋ ਗਈ ਹੈ, ਨਵੀਂ ਕਿਸਮ ਦੀ ਦੁਨੀਆ ਦੇ ਅਨੁਸਾਰ ਅਸੀਂ ਅਜੇ ਜੀਣਾ ਨਹੀਂ ਸਿੱਖਿਆ ਹੈਗਾ, ਅਸੀਂ ਪੁਰਾਣੇ ਢੰਗਾਂ ਨਾਲ ਜੀਣਾ ਚਾਹੁੰਦੇ ਹੈਗੇ ਹਾਂ ਜਿਹੜਾ ਕਿ ਨਵੀਆਂ ਪਰਿਸਥਿਤੀਆਂ ਦੇ ਵਿੱਚ ਸੰਭਵ ਨਹੀਂ ਹੈ। ਸੰਭਵ ਨਹੀਂ ਜੀ। ਜੀ ਕਪੂਰ ਸਾਹਿਬ, ਤੁਸੀਂ ਹਾਂਜੀ ਤੁਸੀਂ ਗੱਲ ਕੀਤੀ ਸਮਾਜਵਾਦ ਦੀ, ਤੁਸੀਂ ਗੱਲਬਾਤ ਦੇ ਦੌਰਾਨ ਕੰਜ਼ਿਊਮਰਿਜ਼ਮ ਦੀ ਗੱਲ ਕੀਤੀ ਹੈ, ਤਾਂ ਉਸ ਦੇ ਵਿੱਚ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਪੈਦਾ ਹੋਇਆ ਕਿ ਪੂੰਜੀਵਾਦੀ ਤੇ ਸਮਾਜਵਾਦੀ ਜਿਹੜਾ ਯੁੱਗ ਆ, ਇੱਕ ਤਾਂ ਸਾਨੂੰ ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਕਿ ਜਿਹੜਾ ਭਾਰਤ ਹੈਗਾ ਉਹ ਪੂੰਜੀਵਾਦ ਹੋ ਚੁੱਕਿਆ ਜਾਂ ਅਜੇ ਉਸ ਦੌੜ ਦੇ ਵਿੱਚ ਆ, ਜਾਂ ਅਸੀਂ ਆਲਰੇਡੀ ਪੂੰਜੀਵਾਦੀ ਹੋ ਹਾਂ, ਸਮਾਜਵਾਦ ਸਾਡੇ ਚ ਕਦੇ ਆਇਆ ਹੀ ਨਹੀਂ। ਇਹ ਜਿਹੜਾ ਇਹਨੂੰ ਥੋੜਾ ਜਿਹਾ ਕਨਸੈਪਟ ਨੂੰ ਕਲੀਅਰ ਕਰੋਗੇ ਸਾਡੇ ਸੁਣਨ ਵਾਲੇ ਵਾਸਤੇ, ਤੁਸੀਂ ਕੀ ਸੋਚਦੇ ਇਹਦੇ ਬਾਰੇ ਚ? ਦੇਖੋ, ਕੋਈ ਜ਼ਮਾਨਾ ਸੀ ਜੀ ਜਦੋਂ ਇੰਗਲੈਂਡ ਦਾ ਰਾਜ ਲਗਭਗ ਦੋ ਤਿਹਾਈ ਦੁਨੀਆ ਉੱਤੇ ਸੀ ਜੀ, ਕੁਝ ਨਹੀਂ ਸੀ ਇਹਨਾਂ ਦਾ ਡੁੱਬਦਾ। ਜਿਹੜੇ ਇਹਨਾਂ ਦੇ ਥੱਲੇ ਦੇਸ਼ ਸੀ ਉਹ ਹੁਣ 71 ਇੰਡੀਪੈਂਡੈਂਟ ਕੰਟਰੀਜ਼ ਬਣੇ ਹੋਏ ਹੈ ਜੀ। ਹੁਣ ਇੰਗਲੈਂਡ ਦੇ ਕੋਲ ਉਤਨਾ ਇਲਾਕਾ ਜਿਹੜਾ 16ਵੀਂ ਸਦੀ ਕੋਲ ਇਹਦੇ ਕੋਲ ਸੀ ਜੀ, ਮਤਲਬ ਕਿ ਜਿਹੜੀ ਉਹਨਾਂ ਦੀ ਸਾਰੀ ਸ਼ਾਨ ਸ਼ੌਕਤ ਸੀ ਜੀ ਉਹ ਦੁਨੀਆਂ ਨੂੰ ਲੁੱਟ ਕੇ ਬਣਾਈ ਹੋਈ ਸੀ ਜੀ ਜੀ। ਸੋ ਜਿਹੜਾ ਤਾਂ ਸਮਾਜਵਾਦ ਹੈ ਉਹ ਮਨੁੱਖੀ ਵਿਹਾਰ ਨੂੰ ਜਾਂ ਮਨੁੱਖੀ ਸੋਚ ਨੂੰ ਇਗਨੋਰ ਕਰਦਾ। ਹੁਣ ਅਸੀਂ ਆਮ ਤੌਰ ਤੇ ਸਮਾਜਵਾਦ ਦੀ ਗੱਲ ਕਰਦੇ ਹਾਂ ਵੀ ਦੁਨੀਆਂ ਦੇ ਵਿੱਚ ਪੈਸੇ ਦੀ ਕਾਣੀ ਵੰਡ ਹੈ, ਧਨ ਦੀ ਕਾਣੀ ਵੰਡ ਹੈ ਜੀ। ਜੇ ਤੁਸੀਂ ਮਾਹੌਲ ਵੇਖੋ, ਜੇ ਮੰਨ ਲਓ ਦੁਨੀਆਂ ਦਾ ਸਾਰਾ ਧਨ ਦੁਨੀਆਂ ਦੇ ਸਾਰੇ ਲੋਕਾਂ ਵਿੱਚ ਬਰਾਬਰ ਵੰਡ ਦਿੱਤਾ ਜਾਵੇ ਜੀ, ਪ੍ਰਸ਼ਨ ਪੁੱਛੇਗਾ ਕਿ ਕੌਣ ਕੰਮ ਕਰੇਗਾ, ਕਿਉਂ ਕਰੇਗਾ ਜਦੋਂ ਸਾਰਿਆਂ ਕੋਲ ਬਰਾਬਰ ਹੈ? ਪਰੰਤੂ ਹੋਏਗਾ ਕਿ ਜਿਹਨਾਂ ਨੂੰ ਅਕਲ ਜ਼ਿਆਦਾ ਹੈ ਉਹ ਘਾਟਾ ਅਕਲ ਵਾਲਿਆਂ ਤੋਂ ਜੋ ਵੀ ਉਹਨਾਂ ਕੋਲ ਹੋਏਗਾ ਉਹ ਸ਼ਾਮ ਤੱਕ ਖੋ ਲੈਣਗੇ। ਬਿਲਕੁਲ ਜੀ, ਲੋਕ ਜਿਹੜੇ ਹਨ ਨਾ ਇੱਕ ਦੁਨੀਆਂ ਭਰ ਦੇ ਵਿੱਚ ਇੱਕ ਰਾਜ ਕਰਨ ਵਾਲੀ ਸ਼੍ਰੇਣੀ ਪੈਦਾ ਹੋ ਗਈ ਹੈ ਜੀ ਜੀ। ਹਿੰਦੁਸਤਾਨ ਦੇ ਵਿੱਚ ਵੀ ਇਸ ਵੇਲੇ 60 ਕੁ ਪਰਿਵਾਰ ਹਨ ਜਿਹੜੇ ਹਿੰਦੁਸਤਾਨ ਉੱਤੇ ਰਾਜ ਕਰ ਰਹੇ ਹਨ ਜੀ, ਰਾਜ ਉਹ 60 ਪਰਿਵਾਰ ਕਰ ਰਹੇ ਹਨ, ਉਹਦੇ 5 ਸਾਲਾਂ ਬਾਅਦ ਵੋਟਾਂ ਵੀ ਪਾ ਲੈਂਦੇ ਹਨ ਜੀ, ਉਹਦਾ ਕੋਈ ਫਰਕ ਨਹੀਂ ਪੈਂਦਾ ਹੈ ਜੀ। ਸਮਾਜਵਾਦ ਦੇ ਵਿੱਚ ਇੱਕ ਅਲੀਟ ਜਿਹੜੀ ਹੈ ਉਹ ਵਰਗ ਪੈਦਾ ਹੋ ਜਾਂਦਾ ਹੈ ਜਿਹੜਾ ਕਿ ਹਕੂਮਤ ਉੱਤੇ ਕਾਬਜ਼ ਹੋ ਜਾਂਦਾ ਹੈ ਤੇ ਉਹ ਛੱਡਦੇ ਨਹੀਂ ਹੈਗੇ। ਜਿਹੜੇ ਸਮਾਜਵਾਦੀ ਦੇਸ਼ਾਂ ਦੇ ਵਿੱਚ ਕਿਸੇ ਨੂੰ ਹਕੂਮਤ ਤੋਂ ਹਟਾਉਣਾ ਜਿਹੜਾ ਹੈ ਉਹ ਸੰਭਵ ਹੀ ਨਹੀਂ ਹੈ। ਮਤਲਬ ਇਹਦੇ ਵਿੱਚ ਕਮਿਊਨਿਸਟ ਪਾਰਟੀ ਕਦੇ ਵੀ ਕੋਈ ਅਜਿਹਾ ਗੱਲ ਨਹੀਂ ਕਰੇਗੀ ਜਿਸ ਨਾਲ ਪਾਰਟੀ ਦੀ ਪਕੜ ਜਿਹੜੀ ਹੈ ਕੰਟਰੀ ਉੱਤੇ ਢਿੱਲੀ ਪੈਂਦੀ ਹੋਵੇ। ਇਸੇ ਤਰੀਕੇ ਨਾਲ ਪੂੰਜੀਵਾਦ ਮਨੁੱਖ ਜਿਹੜਾ ਹੈ ਨਾ ਉਹ ਅਜੇ ਇਵੋਲਵ ਹੋ ਰਿਹਾ, ਮਨੁੱਖ ਅਜੇ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਇਆ।
ਇਸ ਕਰਕੇ ਇਹ ਸਾਰੇ ਜਿੰਨੀਆਂ ਪ੍ਰੋਬਲਮਸ ਆ ਰਹੀਆਂ ਨਾ, ਇਹ ਵੈਸੇ ਤਾਂ ਉਸਦੇ ਵਿਕਾਸ ਦੇ ਪੜਾਅ ਹਨ। ਕੋਈ ਵੀ ਵਿਵਸਥਾ ਮਨੁੱਖ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰੇਗੀ। ਹੁਣ ਅਜੋਕੀ ਦੁਨੀਆਂ ਦੇ ਵਿੱਚ ਕੋਈ ਵੀ ਦੋ ਬੰਦੇ ਇਕੱਠੇ ਨਹੀਂ ਰਹਿ ਸਕਦੇ ਜੀ। ਜੇ ਉਹ ਰਹਿਣਗੇ ਉਹਨਾਂ ਵਿੱਚ ਟਕਰਾਓ ਪੈਦਾ ਹੋਏਗਾ। ਇਹ ਇਸ ਨਿਸ਼ਾਨੀ ਹੈਗੀ ਕਿ ਡਾਈਵੋਰਸ ਰੇਟ ਵੱਧ ਰਿਹਾ ਜੀ। ਦੂਜੇ ਪਾਸੇ ਜੇਕਰ ਵੇਖਿਆ ਜਾਵੇ, ਜੇਕਰ ਉਹ ਨਹੀਂ ਰਹਿ ਸਕਦੇ ਤਾਂ ਉਹਨਾਂ ਨੂੰ ਇਕੱਠੇ ਰਹਿਣ ਦਾ ਜ਼ਬਰਦਸਤੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਉਹ ਜੇ ਨਹੀਂ ਰਹਿ ਸਕਦੇ ਉਹਨਾਂ ਨੂੰ ਵਾਪਰ ਦੀਆਂ ਸਹੂਲਤਾਂ ਦੇ ਦਿੱਤੀਆਂ ਜਾਣੀਆਂ ਚਾਹੀਦੀਆਂ। ਸੋ ਕਹਿਣ ਤੋਂ ਪਾਵੇਗਾ ਓਵਰਆਲ ਜਿਹੜਾ ਮੇਰੀ ਦ੍ਰਿਸ਼ਟੀ ਦੇ ਵਿੱਚ, ਮੈਂ ਜ਼ਰੂਰੀ ਨਹੀਂ ਕਿ ਸਾਰੇ ਮੇਰੇ ਨਾਲ ਸਹਿਮਤ ਹੋਣ, ਪੂੰਜੀਵਾਦੀ ਵਿਵਸਥਾ ਜਿਹੜੀ ਹੈ ਉਹ ਸਮਾਜਵਾਦੀ ਵਿਵਸਥਾ ਨਾਲੋਂ ਬੈਟਰ ਹੈ, ਪਰੰਤੂ ਪੂੰਜੀਵਾਦੀ ਵਿਵਸਥਾ ਦੇ ਵਿੱਚ ਲੁੱਟ ਖਸੁੱਟ ਜਿਹੜੀ ਹੈ ਉਸ ਨੂੰ ਜ਼ਰੂਰ ਕੰਟਰੋਲ ਕਰਨ ਦੀ ਲੋੜ ਹੈ ਜੀ। ਜਿਹੜਾ ਬੰਦਾ ਜਿਹੜਾ ਹੈ ਉਹ ਯਤਨ ਕਰੇਗਾ, ਉਸਦੀ ਯੋਗਤਾ ਦਾ ਮੁੱਲ ਪੈਣਾ ਚਾਹੀਦਾ ਹੈ। ਪੂੰਜੀਵਾਦ ਦੇ ਵਿੱਚ ਜਿਹਨਾਂ ਦੀ ਯੋਗਤਾ ਹੋਏਗੀ ਉਹਨਾਂ ਦਾ ਮੁੱਲ ਪਏਗਾ, ਜਦੋਂ ਕਿ ਸਮਾਜਵਾਦ ਦੇ ਵਿੱਚ ਯੋਗਤਾ ਹੋਵੇ ਨਾ ਹੋਵੇ ਤੁਹਾਨੂੰ ਜਿਹੜਾ ਹੈ ਉਸ ਸਿਸਟਮ ਦੇ ਵਿੱਚ ਇੱਕ ਪੁਰਜ਼ੇ ਦੇ ਤੌਰ ਤੇ ਜਿਹੜਾ ਹੈ ਬਣਾ ਦਿੱਤਾ ਜਾਵੇਗਾ। ਉਹਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਜਿਉਂਦੇ ਨਹੀਂ ਹੈਗੇ। ਬੰਦਾ ਜਿਹੜਾ ਹੈ ਉਹ ਵਿਲੱਖਣ ਹੋਣਾ ਚਾਹੁੰਦਾ, ਉਹਦੀ ਇੱਛਾ ਹੈਗੀ ਹੈ ਕਿ ਹੋਰਾਂ ਨਾਲੋਂ ਵੱਖਰਾ ਹੋਵੇ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਥੈਂਕ ਯੂ ਜੀ। ਮੈਂ ਰਾਣਾ ਬੋਲ ਰਿਹਾ ਜੀ ਸਿਡਨੀ ਤੋਂ। ਮੇਰਾ ਸਰ ਲਈ ਇੱਕ ਕੁਐਸਚਨ ਸੀ। ਐਕਚੁਅਲੀ ਨਾ ਮੈਂ ਇੱਥੇ ਰੇਡੀਓ ਨਿਊਜ਼ ਨਾਲ ਬਹੁਤ ਸੁਣਦਾ ਰਹਿੰਦਾ, ਰੇਡੀਓ ਵੀ ਸੁਣਦੇ, ਜਿੰਨੇ ਵੀ ਐਪਲੀਕੇਸ਼ਨ ਹੈਗੀਆਂ ਨੇ ਰੇਡੀਓ ਦੀਆਂ ਤੇ ਉਦਾਂ ਇੰਡੀਆ ਮੀਡੀਆ ਨਾਲ ਵੀ ਅਟੈਚ ਆ। ਇੱਕ ਮੈਨੂੰ ਗੱਲ ਨੀ ਸਮਝ ਆਉਂਦੀ ਵੀ ਜਿਹੜਾ ਆਪਣਾ ਬਾਹਰਲਾ ਮੀਡੀਆ ਜਿਹੜੇ ਪੰਜਾਬੀ ਬਾਹਰੇ ਆ ਕੇ ਰੇਡੀਓ ਚਲਾਉਂਦੇ ਆ ਜਾਂ ਚੈਨਲ ਚਲਾਉਂਦੇ ਹੈਗੇ, ਉਹੀ ਕਿਉਂ ਸੱਭਿਆਚਾਰ ਦਾ ਢਿੰਡੋਰਾ ਪਿੱਟਦੇ ਹੈਗੇ? ਜਿਹੜਾ ਉੱਥੇ ਦਾ ਪੰਜਾਬ ਚ ਜਿਹੜੇ ਲੋਕ ਐਗਜਿਸਟ ਕਰਦੇ ਹੈਗੇ ਉਹ ਸੱਭਿਆਚਾਰ ਬਾਰੇ ਕੁਛ ਨੀ ਬੋਲਦੇ, ਕੋਈ ਕਿਸੇ ਸਿੰਗਰ ਬਾਰੇ ਨੀ ਬੋਲਦੇ, ਕਿਸੇ ਬਾਰੇ ਕੁਛ ਨੀ ਬੋਲਦੇ, ਸਿਰਫ ਬਾਹਰਲੇ ਹੀ ਲੋਕ ਜਿਹੜੇ ਪੰਜਾਬ ਤੋਂ ਭੱਜ ਕੇ ਆਏ ਹੋਏ ਨੇ ਲੋਕ, ਜਿਹੜੇ ਬੁਲਜ਼ਲ ਨੇ ਮੈਂ ਖੁਦ ਵੀ ਭੱਜ ਕੇ ਆਇਆ ਹੋਇਆ ਇੱਥੇ, ਮਤਲਬ ਕਿ ਇੱਕ ਤੇ ਆਪਾਂ ਸਿਰਫ ਬਾਹਰੇ ਬੈਠੇ ਲੋਕਾਂ ਨੂੰ ਹੀ ਕਿਉਂ ਖਿਆਲ ਆਉਂਦਾ ਗਾ ਵੀ ਇਹ ਸੱਭਿਆਚਾਰ ਦੇ ਬਾਰੇ ਗਲਤ ਗਾਣੇ ਆ ਰਹੇ ਆ ਜਾਂ ਆਹ ਗਲਤ ਹੋ ਰਿਹਾ ਗਾ, ਇਹਦੇ ਬਾਰੇ ਵਿਚਾਰ ਕੁਛ ਤੁਸੀਂ ਥੋੜੇ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਲੋਕ ਹਿੰਦੁਸਤਾਨ ਤੋਂ ਵਿਦੇਸ਼ਾਂ ਵਿੱਚ ਗਏ, ਮਿਸਾਲ ਦੇ ਤੌਰ ਤੇ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਇੰਗਲੈਂਡ, ਇੱਕ ਗੱਲ ਸਮਝ ਲਵੋ ਕਿ ਪੰਜਾਬ ਦਾ ਗੁਆਂਢ ਹਰਿਆਣਾ, ਹਿਮਾਚਲ ਜਾਂ ਰਾਜਸਥਾਨ ਨਹੀਂ ਹੈ। ਪੰਜਾਬ ਦਾ ਗੁਆਂਢ ਇੰਗਲੈਂਡ, ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਹੈ। ਜਦੋਂ ਇਹ ਲੋਕ ਬਾਹਰ ਜਾਂਦੇ ਹਨ, ਬਾਹਰ ਜਾਂਦੇ ਤਾਂ ਇਹ ਅਮੀਰ ਹੋਣ ਵਾਸਤੇ ਹਨ, ਬਾਹਰ ਜਾਂਦੇ ਤਾਂ ਇਹ ਹਨ ਤਾਂ ਕਿ ਹਿੰਦੁਸਤਾਨ ਨਾਲੋਂ ਇਹ ਚੰਗਾ ਜੀਵਨ ਜੀ ਸਕਣ। ਸੋ ਪਹਿਲੀ ਗੱਲ ਇਹ, ਇਹਨਾਂ ਦਾ ਇਹ ਸੋਚਣਾ ਹੀ ਕਿ ਹਿੰਦੁਸਤਾਨ ਅਮਰੀਕਾ ਚਲੇ ਜਾਈਏ, ਇਹ ਆਪਣੇ ਸੱਭਿਆਚਾਰ ਪ੍ਰਤੀ ਪਿੱਠ ਕਰਨ ਵਾਲੀ ਗੱਲ ਹੈਗੀ ਹੈ। ਅਮਰੀਕਾ ਦੇ ਲੋਕ ਜਾਂ ਇੰਗਲੈਂਡ ਦੇ ਲੋਕ ਬੰਗਲਾਦੇਸ਼ ਨਹੀਂ ਜਾਣਾ ਪਸੰਦ ਕਰਦੇ। ਅਸਲ ਚ ਦੁਨੀਆਂ ਭਰ ਦੇ ਵਿੱਚ ਇਹ ਟੈਂਡੈਂਸੀ ਹੁੰਦੀ ਹੈ ਕਿ ਅਸੀਂ ਚੰਗੇਰੀ ਥਾਂ ਤੇ ਜਾਣਾ ਚਾਹੁੰਦੇ ਆ। ਹਿੰਦੁਸਤਾਨ ਦਾ ਕੋਈ ਵੀ ਬੰਦਾ ਜਿਹੜਾ ਹੈ ਉਹ ਬੰਗਲਾਦੇਸ਼ ਜਾ ਕੇ ਸੈਟਲ ਹੋਣਾ ਨਹੀਂ ਪਸੰਦ ਕਰੇਗਾ ਜਾਂ ਅਫਰੀਕਾ ਦੇ ਕਿਸੇ ਦੇਸ਼ ਜਾ ਕੇ ਜਾਣਾ ਪਸੰਦ ਨਹੀਂ ਕਰੇਗਾ। ਕਹਿਣ ਤੋਂ ਪਾ ਦੇਗਾ ਜਦੋਂ ਪੰਜਾਬੀਆਂ ਨੂੰ ਜਿੱਥੇ ਉਹ ਗਏ ਉੱਥੇ ਜਿਹੜੇ ਤਾਂ ਡਾਕਟਰ ਤੇ ਇੰਜੀਨੀਅਰ ਹਨ ਉਹ ਤਾਂ ਉਸ ਸੋਸਾਇਟੀ ਦੇ ਵਿੱਚ ਜਜ਼ਬ ਹੋ ਗਏ, ਅਸਿਮੀਲੇਟ ਹੋ ਗਏ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਉਹਨਾਂ ਨੂੰ ਹੈ ਜਿਹੜੇ ਇੱਥੋਂ ਗਏ ਤੇ ਉਹਨਾਂ ਨੇ ਇਹ ਸੋਚ ਕੇ ਗਏ ਕਿ ਉੱਥੇ ਜਾ ਕੇ ਝੰਡੇ ਕੱਢ ਦੇਵਾਂਗੇ, ਤੇ ਜਦੋਂ ਉਹਨਾਂ ਨੂੰ ਉੱਥੇ ਸਟਰਗਲ ਕਰਨੀ ਪਈ ਤੇ ਉਹਨਾਂ ਨੂੰ ਉਹ ਮਾਨਤਾ ਨਹੀਂ ਮਿਲੀ ਜਿਹੜੀ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਮਿਲੀ ਹੋਈ ਸੀ ਜਾਂ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਨੂੰ ਇੱਕ ਰੱਜ ਆਉਂਦਾ ਸੀ ਜਿਉਣ ਦਾ, ਉਹ ਉੱਥੋਂ ਨਹੀਂ ਆਉਂਦਾ। ਉੱਥੋਂ ਜਦੋਂ ਨਹੀਂ ਉਹ ਪਿਛਲੇ ਵਾਲੇ ਪਾਸੇ ਝਾਕਦੇ ਹਨ। ਜੇ ਤਾਂ ਬੰਦੇ ਨੂੰ ਬੰਦਾ ਤਰੱਕੀ ਕਰਦਾ ਉਹ ਅੱਗੇ ਹੀ ਜਾਂਦਾ, ਅੱਗੇ ਹੀ ਦੇਖਦਾ ਹੈਗਾ। ਜਿਵੇਂ ਸਪੋਜ਼ ਕਰ ਲਓ ਇੰਗਲੈਂਡ ਵਾਲੇ ਆਏ ਤਾਂ ਉਹਨਾਂ ਨੇ ਹਿੰਦੁਸਤਾਨ ਤੇ ਕਬਜ਼ਾ ਹੀ ਕਰ ਲਿਆ, ਆਏ ਤਾਂ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਥੇ ਲੁੱਟਣ ਨਾਲੋਂ ਵਪਾਰ ਕਰਨਾ ਜ਼ਿਆਦਾ ਫਾਇਦੇਮੰਦ ਹੈ।
ਤੇ ਉਹ ਇੱਥੇ ਵਪਾਰ ਕਰਨ ਦੀ ਨੀਅਤ ਨੂੰ ਲਾਏ ਅਤੇ ਹਿੰਦੁਸਤਾਨ ਦੇ ਉੱਤੇ ਕਾਬਜ਼ ਹੋ ਗਏ। ਜਦੋਂ ਪੰਜਾਬ ਤੋਂ ਗਏ ਹੋਏ ਲੋਕ ਕੈਨੇਡਾ ਉੱਤੇ ਕਾਬਜ਼ ਹੋ ਜਾਣਗੇ, ਉਹ ਪਿਛਲੇ ਸੱਭਿਆਚਾਰ ਨੂੰ ਨਹੀਂ ਭੁੱਲਣਗੇ, ਉਹ ਉਸ ਦੇਸ਼ ਨੂੰ ਬਦਲਣ ਦਾ ਯਤਨ ਕਰਨਗੇ, ਉਸ ਨੂੰ ਆਪਣੀਆਂ ਲੋੜਾਂ ਅਨੁਸਾਰ ਢਾਲਣਗੇ, ਕਿਉਂਕਿ ਉਹ ਸਮਾਜ ਉਹਨਾਂ ਨੂੰ ਤਸੱਲੀ ਨਹੀਂ ਦਿੰਦਾ ਹੈ, ਉਸ ਸਮਾਜ ਦੇ ਵਿੱਚ ਉਹਨਾਂ ਨੂੰ ਮਾਨਤਾ ਨਹੀਂ ਮਿਲਦੀ ਹੈ। ਮੈਂ ਇਹ ਦਾਅਵੇ ਨਾਲ ਕਹਿੰਦਾ ਹੈਗਾ ਕਿ ਜਿਹੜੇ ਲੋਕ ਪੰਜਾਬ ਛੱਡ ਕੇ, ਆਮ ਲੋਕ ਜਿਹੜੇ ਹਨ, ਡਾਕਟਰ ਇੰਜੀਨੀਅਰ ਨੂੰ ਛੱਡ ਕੇ, ਉਹਨਾਂ ਦੀ ਬੌਧਿਕ ਤਸੱਲੀ ਨਹੀਂ ਹੈ, ਉਹਨਾਂ ਦੀ ਮਾਨਸਿਕ ਸੰਤੁਸ਼ਟੀ ਨਹੀਂ ਹੈ, ਉਹਨਾਂ ਦਾ ਜਿਹੜਾ ਵਿਹਾਰ ਹੈ ਉਹ ਪੈਸਾ ਜ਼ਰੂਰ ਉਹਨਾਂ ਕੋਲ ਆ ਗਿਆ ਪਰੰਤੂ ਵਿਹਾਰ ਥੱਲੇ ਗਈ ਹੈ। ਮੈਂ ਇੱਕ ਵਾਰੀ ਜਦੋਂ ਕੈਲੀਫੋਰਨੀਆ ਵਿੱਚ ਸੀ ਤਾਂ ਉੱਥੇ ਇੱਕ 30 ਸਾਲਾਂ ਤੋਂ ਰਹਿ ਰਿਹਾ ਬੰਦਾ ਜਿਹੜਾ ਪੈਟਰੋਲ ਪੰਪ ਚਲਾਉਂਦਾ ਸੀ, ਮੈਂ ਜਦੋਂ ਉਸਨੂੰ ਮਿਲਿਆ ਤਾਂ ਮੈਂ ਉਸਨੂੰ ਦੱਸਿਆ ਕਿ ਨਿਊਯਾਰਕ ਦੀ ਗੱਲ ਹੈ, ਨਿਊਯਾਰਕ ਨਿਊਜਰਸੀ ਦੇ ਵਿੱਚ ਉਹ ਪੈਟਰੋਲ ਪੰਪ ਚਲਾਉਂਦਾ ਸੀ ਤੇ ਮੈਂ ਕੈਲੀਫੋਰਨੀਆ ਤੋਂ ਗਿਆ ਸੀ। ਉਹ ਮੈਨੂੰ 30 ਸਾਲ ਉੱਥੇ ਰਹਿਣ ਤੋਂ ਬਾਅਦ ਪੁੱਛਦਾ ਕਿ ਕੈਲੀਫੋਰਨੀਆ ਕਿਹੋ ਜਿਹਾ, ਕਹਿਣ ਤੋਂ ਪਾ ਵਿਆ ਕਿ ਉਹ 30 ਸਾਲਾਂ ਵਿੱਚ ਨਿਊਯਾਰਕ ਤੋਂ ਨਿਊਜਰਸੀ ਤੋਂ ਕੈਲੀਫੋਰਨੀਆ ਨਹੀਂ ਜਾ ਸਕਿਆ। ਕਹਿਣ ਤੋਂ ਪਾ ਵਿਆ ਕਿ ਜਿਹੜੇ ਬਾਹਰ ਜਾਂਦੇ ਆ ਨਾ, ਉਹ ਜੋ ਪੰਜਾਬ ਆ ਕੇ ਉਹ ਜਿਹੜਾ ਪ੍ਰਭਾਵ ਦਿੰਦੇ ਆ ਨਾ, ਉਹ ਪ੍ਰਭਾਵ ਜਿਹੜਾ ਹੈ ਝੂਠਾ ਹੁੰਦਾ, ਉਹ ਪ੍ਰਭਾਵ ਅਸਲੀ ਨਹੀਂ ਹੁੰਦਾ, ਉਹ ਇਤਨੇ ਮਹੱਤਵਪੂਰਨ ਨਹੀਂ ਬਣੇ ਹੁੰਦੇ ਜਿੰਨੇ ਉਹ ਆ ਕੇ ਦੱਸਦੇ ਹੈਗੇ। ਜਿਵੇਂ ਪੰਜਾਬ ਦਾ ਕੋਈ ਭਈਆ ਜਿਹੜਾ ਨਾ, ਪੰਜਾਬ ਤੋਂ ਜਾਂਦਾ ਆਪਣੇ ਪਿੰਡ ਦੇ ਵਿੱਚ, ਉਹ ਇੱਕ ਨਵਾਂ ਟਰੰਕ ਖਰੀਦ ਲੈਂਦਾ, ਕੁਝ ਨਵੇਂ ਕੱਪੜੇ ਖਰੀਦ ਲੈਂਦਾ, ਕੁਝ ਨਵੇਂ ਭਾਂਡੇ ਖਰੀਦ ਲੈਂਦਾ। ਮਤਲਬ ਪੰਜਾਬ ਜਿਹੜਾ ਹੈ ਯੂਪੀ ਬਿਹਾਰ ਵਾਸਤੇ ਇੰਗਲੈਂਡ ਤੇ ਕੈਨੇਡਾ ਹੈ। ਕਹਿਣ ਤੋਂ ਭਾਵ ਹੈਗਾ ਕਿ ਪੰਜਾਬੀ ਸੱਭਿਆਚਾਰ ਦਾ ਉਹਨਾਂ ਨੂੰ ਮਾਨਤਾ ਨਹੀਂ ਮਿਲਦੀ ਹੈ, ਇਸ ਕਰਕੇ ਉਹ ਚਾਹੁੰਦੇ ਹੈਗੇ ਕਿ ਅਸੀਂ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਆਪਣਾ ਝੰਡਾ ਅਜੇ ਬੁਲੰਦ ਰੱਖੀਏ। ਸੋ ਇਹ ਉਹਨਾਂ ਦੀ ਇੱਕ ਤਰੀਕੇ ਨਾਲ ਨਿਰਾਸ਼ਤਾ ਹੈ। ਮੇਰਾ ਇੱਕ ਵਿਦਿਆਰਥੀ ਆਇਆ ਕੈਨੇਡਾ ਤੋਂ, ਕਹਿੰਦੇ ਇੱਥੇ ਕਾਰਾਂ ਬੜੀਆਂ ਬੜੀਆਂ ਵੱਡੀਆਂ ਹੋ ਗਈਆਂ, ਬੜੀਆਂ ਵੱਡੀਆਂ ਕਾਰਾਂ ਚੱਲ ਰਹੀਆਂ। ਮੈਂ ਕਿਹਾ ਇਹ ਤੂੰ ਦੁੱਖ ਨਾਲ ਕਹਿ ਰਿਹਾ ਕਿ ਸੁੱਖ ਨਾਲ ਕਹਿ ਰਿਹਾ? ਕਹਿੰਦਾ ਕਹਿ ਤੈਨੂੰ ਦੁੱਖ ਨਾਲ ਰਿਹਾ, ਅਸੀਂ ਸਮਝਦੇ ਸੀ ਕਿ ਸਾਡੇ ਕੋਲ ਹੀ ਵੱਡੀਆਂ ਵੱਡੀਆਂ ਕਾਰਾਂ, ਇੱਥੇ ਤਾਂ ਹਰ ਬੰਦੇ ਕੋਲ ਵੱਡੀ ਕਾਰ ਹੈਗੀ। ਉਹ ਕਹਿਣ ਤੋਂ ਬਾਅਦ ਕਹਿੰਦਾ ਸਾਨੂੰ ਇਉਂ ਲੱਗਦਾ ਜਿਹੜਾ ਅਸੀਂ ਫੈਸਲਾ ਕੀਤਾ ਸੀ ਉਹ ਹੁਣ ਤਾਂ ਸਾਨੂੰ ਪਛਤਾਵਾ ਹੋਣ ਲੱਗ ਪਿਆ ਹੈਗਾ। ਜਿਹੜੇ ਕਈ ਦੋਸਤ ਡਾਕਟਰ ਗਏ ਹਨ ਉੱਥੇ, ਉੱਥੇ ਜਦੋਂ ਗਏ ਨਾ ਉਹਨਾਂ ਦੇ ਜਿਹੜੇ ਜਮਾਤੀ ਸੀ ਉਹਨਾਂ ਨੇ ਇੱਥੇ ਆਪਣੇ ਹਸਪਤਾਲ ਬਣਾ ਲਏ ਹੈਗੇ, ਉਹ ਅਜੇ ਉੱਥੇ ਨੌਕਰੀ ਕਰਦੇ ਹੈਗੇ ਆ। ਸੋ ਕਹਿਣ ਤੋਂ ਪਾਵੇਗਾ ਜਿੱਥੇ ਮਾਨਤਾ ਮਿਲੇਗੀ ਉੱਥੇ ਬੰਦਾ ਅੱਗੇ ਜਾਏਗਾ, ਜਿੱਥੇ ਮਾਨਤਾ ਨਹੀਂ ਮਿਲਦੀ ਉਸਨੂੰ ਬੌਧਿਕ ਮਾਨਸਿਕ ਮਨੋਵਿਗਿਆਨਕ ਸੰਤੁਸ਼ਟੀ ਨਹੀਂ ਹੁੰਦੀ, ਇਸ ਕਰਕੇ ਉਹ ਪਿਛਲੀਆਂ ਗੱਲਾਂ ਕਰਦਾ ਰਹਿੰਦਾ ਹੈਗਾ, ਪਿਛਲੇ ਪਾਸੇ ਦੀਆਂ ਗੱਲਾਂ ਕਰਦਾ ਰਹਿੰਦਾ ਹੈਗਾ, ਉਹਨੂੰ ਛੱਡਣਾ ਵੀ ਚਾਹੁੰਦਾ ਤੇ ਉਹਦੇ ਵਿੱਚ ਖੁੱਭਣਾ ਵੀ ਚਾਹੁੰਦਾ। ਇਹ ਇੱਕ ਬੜੀ ਮਾਨਸਿਕ ਸਥਿਤੀ ਹੈ ਜਿਸ ਦੇ ਵਿੱਚੋਂ ਨਿਰਾਸ਼ਤਾ ਪੈਦਾ ਹੁੰਦੀ ਹੈ, ਜਿਸ ਦੇ ਵਿੱਚੋਂ ਅਸੰਤੁਸ਼ਟਤਾ ਪੈਦਾ ਹੁੰਦੀ ਹੈ। ਜੀ ਸ਼ੁਕਰੀਆ ਜੀ, ਰਾਣਾ ਜੀ ਨੇ ਸਵਾਲ ਪੁੱਛਿਆ ਜੀ। ਦੋਸਤੋ ਨਰਿੰਦਰ ਸਿੰਘ ਕਪੂਰ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ, ਡਾਕਟਰ ਨਰਿੰਦਰ ਸਿੰਘ ਕਪੂਰ, ਤੁਸੀਂ ਵੀ ਆਪਣਾ ਕੋਈ ਸਵਾਲ ਕੋਈ ਆਪਣੀ ਗੱਲਬਾਤ ਤੁਸੀਂ ਉਹਨਾਂ ਨਾਲ ਸਾਂਝੀ ਕਰ ਸਕਦੇ ਹੋ, ਆਪਣੇ ਵਿਚਾਰ ਪਾਠਕ ਉਹਨਾਂ ਦੇ ਫੀਡਬੈਕ ਦੇ ਸਕਦੇ ਹੋ। 0881 8131 ਦੇ ਉੱਪਰ ਤੁਸੀਂ ਡਾਇਲ ਕਰਨਾ ਹੋਗਾ, ਜਾਂ ਫਿਰ ਰਾਬਤਾ ਰੇਡੀਓ ਦੀ ਜਿਹੜੀ ਸਕਾਈਪ ਆਈ ਡੀ ਆ ਉਹ ਵੀ ਤੁਸੀਂ ਵਰਤ ਸਕਦੇ ਹੋ ਜੇ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਕਿਸੇ ਹੋਰ ਮੁਲਕ ਦੇ ਵਿੱਚ ਬੈਠੇ ਸਾਡੇ ਨਾਲ ਰਾਬਤਾ ਬਣਾਇਆ ਹੋਇਆ। ਇਸੇ ਤਰ੍ਹਾਂ ਕੁਛ ਸਵਾਲ ਸਾਡੇ ਨਾਲ ਸਤਿੰਦਰ ਸੰਘਾ ਜੀ ਨੇ ਸਾਂਝੇ ਕੀਤੇ ਨੇ, ਉਹ ਵੀ ਮੈਂ ਇਹਨਾਂ ਨਾਲ ਸਾਂਝੇ ਕਰੂੰਗਾ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਣ ਲੱਗਿਆ ਜੀ, ਬ੍ਰੇਕ ਤੋਂ ਬਾਅਦ ਹੁਣੇ ਹਾਜ਼ਰ ਹੁੰਦੇ ਹਾਂ ਜੀ। ਇਸੇ ਤਰ੍ਹਾਂ ਰਾਬਤਾ ਨਾਲ ਰਾਬਤਾ ਬਣਾਈ ਰੱਖੋ, ਸੁਣੋ ਸੁਣਾਓ ਜੀ, ਰਾਬਤਾ ਬਣਾਓ ਜੀ। ਮੰਜ਼ਿਲ ਦੇ ਸੋਹਣੇ ਸੁਪਨਿਆਂ ਦੇ ਨਾਲ ਕੰਢਿਆਂ ਲੱਦੇ ਰਾਹਾਂ ਦਾ ਰਾਬਤਾ, ਬੀਤ ਗਏ ਦੀਆਂ ਯਾਦਾਂ ਦਾ ਤੇ ਆਉਣ ਵਾਲੇ ਦੀਆਂ ਚਾਹਵਾਂ ਦਾ ਰਾਬਤਾ, ਇੱਧਰ ਰੋਂਦੇ ਪੁੱਤਰਾਂ ਦੇ ਨਾਲ ਉੱਧਰ ਰੋਂਦੀਆਂ ਮਾਵਾਂ ਦਾ ਰਾਬਤਾ, ਇਸ ਫੋਨ ਤੇ ਇੰਟਰਨੈਟ ਤੋਂ ਚੰਗਾ ਚੂਰੀ ਖਾਂਦੇ ਕਾਵਾਂ ਦਾ ਰਾਬਤਾ, ਚੂਰੀ ਖਾਂਦੇ ਕਾਵਾਂ ਦਾ ਰਾਬਤਾ। ਦੋਸਤੋ ਸੁਣਦੇ ਰਹੋ ਰਾਬਤਾ ਰੇਡੀਓ, ਸੁਣੋ ਸੁਣਾਓ ਰਾਬਤਾ ਬਣਾਓ। ਵਾਪਸ ਆ ਗਏ ਜੀ ਪ੍ਰੋਗਰਾਮ ਕਲਮਾਂ ਦੇ ਵਾਰਿਸ ਦੇ ਵਿੱਚ, ਮੈਂ ਰੋਬੀ ਬੈਨੀਪਾਲ ਤੇ ਮੇਰੇ ਨਾਲ ਨੇ ਜੀ ਰਮਨਪ੍ਰੀਤ ਕੌਰ, ਤੇ ਨਾਲ ਸਾਡੇ ਜੁੜੇ ਨੇ ਜੀ ਨਰਿੰਦਰ ਸਿੰਘ ਕਪੂਰ ਜੀ। ਨਰਿੰਦਰ ਸਿੰਘ ਕਪੂਰ ਜੀ ਨੇ ਰਾਬਤਾ ਬਣਾਇਆ ਹੋਇਆ ਜੀ ਇੰਡੀਆ ਤੋਂ ਸਾਡੇ ਨਾਲ, ਤੇ ਗਿਆਨ ਦੇ ਸਮੁੰਦਰ ਦੇ ਵਿੱਚ ਟੁੱਬੀਆਂ ਲਾ ਰਹੇ ਨੇ ਸਾਰੇ ਸੁਣਨ ਵਾਲੇ ਸਰੋਤੇ ਜਿਹੜੇ ਜਗ੍ਹਾ ਜਗ੍ਹਾ ਤੇ, ਤੇ ਉਹਨਾਂ ਦੇ ਜਿਹੜੇ ਮੈਸੇਜ ਸਾਡੇ ਤੱਕ ਬੜੇ ਕੀਮਤੀ ਆ ਰਹੇ ਨੇ, ਸਾਨੂੰ ਫੀਡਬੈਕ ਮਿਲ ਰਹੀ ਹੈ ਜੀ। ਕੈਮ ਗਿੱਲ ਜੀ ਜੁੜੇ ਨੇ, ਜਸਦੀਪ ਸਿੰਘ ਭੰਗੂ ਜੀ ਸਾਡੇ ਨਾਲ ਜੁੜੇ ਨੇ, ਸਤਿੰਦਰ ਜੀ ਜੁੜੇ ਨੇਗੇ, ਸਾਰੇ ਆਪਣੀ ਆਪਣੀ ਜਗ੍ਹਾ ਤੇ ਸਾਡੇ ਨਾਲ ਮੈਸੇਜ ਦੇ ਜ਼ਰੀਏ ਆਪਣਾ ਜਿਹੜੀ ਫੀਡਬੈਕ ਦੇ ਰਹੇ ਨੇ, ਬਹੁਤ ਇੰਜੋਏ ਕਰ ਰਹੇ ਨੇ। ਕਹਿੰਦੇ ਜੀ ਸਾਡੇ ਕੋਲ ਕੋਈ ਸਵਾਲ ਹੀ ਨਹੀਂ ਰਿਹਾ, ਉਹਨਾਂ ਦੇ ਹਰ ਇੱਕ ਗੱਲ ਦੇ ਵਿੱਚ 100-100 ਜਿਹੜਾ ਜਵਾਬ ਛੁਪਿਆ ਹੁੰਦਾ, ਔਰ
ਇਸੇ ਤਰ੍ਹਾਂ ਹੀ ਸਾਡੇ ਨਾਲ ਕਾਲਰ ਵੀ ਜੁੜਦੇ ਨੇ ਜੀ, ਉਹਨਾਂ ਨੇ ਵੀ ਆਪਣੇ ਵੱਲੋਂ ਗੱਲਬਾਤ ਕੀਤੀ ਆ। ਤੁਸੀਂ ਵੀ ਕਾਲ ਕਰਕੇ 08-8-81-81-31 ਦੇ ਉੱਪਰ ਡਾਇਲ ਕਰੋ ਔਰ ਰਾਬਤਾ ਬਣਾਓ ਜੀ ਆਪਣੇ ਵਿਚਾਰਾਂ ਦਾ। ਜੀ ਕਪੂਰ ਸਾਹਿਬ, ਹੁਣ ਆਪਾਂ ਆਈਏ ਥੋੜੀਆਂ ਜਿਹੀਆਂ ਸਮਾਜਿਕ ਬੁਰਾਈਆਂ ਵੱਲ, ਉਹਨਾਂ ਦੇ ਉੱਪਰ ਮੈਂ ਤੁਹਾਡੇ ਵਿਚਾਰ ਲੈਣ ਦੀ ਕੋਸ਼ਿਸ਼ ਕਰਦਾ ਜੀ। ਜੀ, ਸਭ ਤੋਂ ਵੱਡੀ ਜਿਹੜੀ ਸਮੱਸਿਆ ਸਾਡੇ ਮੁਲਕ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਉਹ ਆ ਗਈ ਨਸ਼ੇ ਦੀ, ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ? ਨਸ਼ੇ ਬਣਨ ਦਾ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿੱਚ ਨਸ਼ੇ ਮਹਿੰਗੇ ਬਹੁਤ ਹੈ ਜੀ। ਤੇ ਹੁਣ ਨਾਰਵੇ ਸਵੀਡਨ ਦੇ ਵਿੱਚ ਜਿਹੜੀ ਹੀਰੋਇਨ ਵਗੈਰਾ ਹੈਗੀ ਹੈ ਉਹ ਵਿਆਹ ਦੇ ਵਿੱਚ ਆਮ ਢੰਗ ਦੇ ਨਾਲ ਸਰਵ ਕੀਤੀ ਜਾਂਦੀ ਹੈ ਜਿਵੇਂ ਹੋਰ ਚੀਜ਼ਾਂ ਸਰਵ ਕੀਤੀਆਂ ਜਾਂਦੀਆਂ ਜੀ। ਕਹਿਣ ਤੋਂ ਭਾਵ ਹੈਗਾ ਕਿ ਜਿਸ ਚੀਜ਼ ਤੇ ਪਾਬੰਦੀ ਲਾਓਗੇ ਤੇ ਉਸ ਦੀ ਕਰਪਸ਼ਨ ਹੋਏਗੀ ਜੀ, ਤੇ ਜਿਹੜੀ ਚੀਜ਼ ਤੇ ਪਾਬੰਦੀ ਲਾਓਗੇ ਉਹਦੀ ਅਟ੍ਰੈਕਸ਼ਨ ਵਧੇਗੀ ਜੀ। ਸੋ ਸਮਾਜ ਦੀ ਜਿਹੜੀ ਉਸਾਰੀ ਹੋਈ ਹੈ ਨਾ ਉਹ ਮਨੁੱਖ ਦੀ ਕਾਮ ਇੱਛਾ ਉੱਤੇ ਪਾਬੰਦੀਆਂ ਲਾ ਕੇ ਹੋਈ ਹੈ ਜੀ। ਉਹ ਉਸ ਢੰਗ ਦੇ ਨਾਲ ਹੋਇਆ ਇਹ ਹੈ ਕਿ ਮਨੁੱਖ ਦੀ ਆਜ਼ਾਦੀ ਨੂੰ ਕੁਚਲ ਕੇ ਸਮਾਜ ਹੋਂਦ ਵਿੱਚ ਆਇਆ ਜੀ। ਪਸ਼ੂ ਜਗਤ ਜਿਹੜਾ ਨਾ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ, ਜਦੋਂ ਉਹਨਾਂ ਦੀ ਕਾਮ ਇੱਛਾ ਜਾਗਦੀ ਆ ਉਹ ਉਸ ਨੂੰ ਸੰਤੁਸ਼ਟ ਕਰ ਲੈਂਦੇ ਹਨ ਜੀ। ਇਸੇ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਜਿਹੜਾ ਮਨੁੱਖ ਦਾ ਸੁਤੰਤਰ ਵਿਹਾਰ ਹੈ ਜੀ ਉਸ ਉੱਤੇ ਪਾਬੰਦੀਆਂ ਲੱਗੀਆਂ ਹਨ ਜੀ। ਮਨੁੱਖ ਜਿਹੜਾ ਨਾ ਕੰਮ ਨਹੀਂ ਕਰਨਾ ਚਾਹੁੰਦਾ ਹੈ। ਮਨੁੱਖ ਜਿਹੜਾ ਹੈ ਜੇਕਰ ਕਿਸੇ ਨੇ ਖੀਰ ਵੀ ਖਾਣੀ ਹੋਵੇ ਜੀ ਤੇ ਕੰਮ ਵੀ ਕਰਨਾ ਹੋਇਆ ਸੁਭਾਵਕ ਉਹ ਖੀਰ ਪਹਿਲਾਂ ਖਾਏਗਾ ਤੇ ਕੰਮ ਬਾਰੇ ਬਾਅਦ ਚ ਸੋਚੇਗਾ ਜੀ। ਸੋ ਦੋ ਕਿਸਮ ਦੇ ਪ੍ਰਿੰਸੀਪਲ ਚੱਲਦੇ ਹਨ ਸਾਈਕੋਲੋਜੀ ਦੇ ਵਿੱਚ, ਇੱਕ ਨੂੰ ਕਹਿੰਦੇ ਹਨ ਪਲੇਜ਼ਰ ਪ੍ਰਿੰਸੀਪਲ, ਇੱਕ ਨੂੰ ਕਹਿੰਦੇ ਹਨ ਰਿਐਲਿਟੀ ਪ੍ਰਿੰਸੀਪਲ ਜੀ। ਬਹੁਤ ਸਾਰੇ ਲੋਕ ਜਿਹੜੇ ਹਨ ਵਿੱਚ ਪਰਿਵਰਤਨ ਵਾਪਰਦਾ ਹੈ, ਉਹ ਪਰਿਵਰਤਨ ਦੇ ਨਾਲ ਇੱਕ ਨਹੀਂ ਹੁੰਦੇ ਜੀ, ਉਹ ਉਹਨਾਂ ਬਦਲ ਨਹੀਂ ਸਕਦੇ। ਘਰ ਦੇ ਵਿੱਚ ਮੰਜੇ ਦੀ ਜਗ੍ਹਾ ਤੇ ਪਲਕ ਲਿਆਉਣ ਵਾਸਤੇ 30 ਸਾਲ ਦੀ ਮਿਹਨਤ ਚਾਹੀਦੀ ਹੈ ਜੀ, 30 ਸਾਲ ਦੀ। ਤੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਹਨ ਜਿਹੜੇ ਨਵੀਂ ਵਿਵਸਥਾ ਦੇ ਵਿੱਚ ਫਿੱਟ ਨਹੀਂ ਬੈਠ ਰਹੇ ਜੀ, ਤੇ ਉਹ ਜਿਹੜੇ ਹਨ ਉਹ ਕਿਸੇ ਨਾ ਕਿਸੇ ਅਜਿਹੀ ਕਾਰਵਾਈ ਦੇ ਵਿੱਚ ਉਲਝੇ ਹੋਏ ਹਨ ਜਿਸ ਨਾਲ ਉਹ ਇਹ ਸੰਦੇਸ਼ ਦਿੰਦੇ ਹਨ ਕਿ ਮੈਂ ਕੀ ਪਰਵਾਹ ਕਰਦਾ ਇਸ ਗੱਲ ਦੀ, ਮੈਂ ਇਸ ਜ਼ਿੰਦਗੀ ਦੀ ਕੀ ਪਰਵਾਹ ਕਰਦਾ, ਮੈਂ ਦੁਨੀਆਂ ਦੀ ਕੀ ਪਰਵਾਹ ਕਰਦਾ, ਮੈਂ ਤਾਂ ਆਨੰਦ ਲੈ ਰਿਹਾ, ਮੈਂ ਤਾਂ ਉਡਾਰੀਆਂ ਮਾਰ ਰਹੇ ਹਾਂ, ਤੁਸੀਂ ਤਾਂ ਆਹ ਜਿਹੜਾ ਹੈ ਗੈਰ ਭੋਗ ਰਹੇ ਹੋ, ਇਹ ਕਰ ਰਹੇ ਹੋ। ਸਾਧਨ ਉਸ ਕੋਲ ਹਨ ਨਹੀਂ ਜੀ, ਆਦਤ ਉਸਨੇ ਪਾ ਲਈ ਹੈ। ਸਰੀਰ ਨੂੰ ਜੋ ਕੁਝ ਵੀ ਤੁਸੀਂ 40 ਦਿਨ ਕਰੋਗੇ ਨਾ, ਸਰੀਰ ਨੂੰ ਉਸ ਚੀਜ਼ ਦੀ ਅਡਿਕਸ਼ਨ ਹੋ ਜਾਏਗੀ। ਜੇ ਤੁਸੀਂ 40 ਦਿਨ ਲਗਾਤਾਰ ਸੈਰ ਕਰੋ ਨਾ, ਉਸ ਤੋਂ ਬਾਅਦ ਤੁਹਾਨੂੰ ਸੈਰ ਨਾ ਕਰਨ ਦਾ ਦੁੱਖ ਹੋਏਗਾ ਜੀ। ਜੇ ਤੁਸੀਂ 30 ਦਿਨ ਕੋਈ ਚੀਜ਼ ਖਾਂਦੇ ਰਹੋਗੇ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਚੀਜ਼ ਨਾ ਦਿੱਤੀ ਜਾਵੇ, ਤੁਹਾਨੂੰ ਉਹ ਚੀਜ਼ ਨਾ ਮਿਲਣ ਦਾ ਦੁੱਖ ਹੋਏਗਾ, ਤੁਸੀਂ ਆਲੇ ਦੁਆਲੇ ਹੱਥ ਪੈਰ ਮਾਰੋਗੇ। ਪਿੰਡਾਂ ਦੇ ਵਿੱਚ ਖੇਤ ਛੋਟੇ ਹੋ ਗਏ ਹਨ ਪਰੰਤੂ ਉਹਨਾਂ ਦੀਆਂ ਕੀਮਤਾਂ ਵੱਧ ਗਈਆਂ ਹਨ। ਹਾਂਜੀ ਹਾਂਜੀ, ਉਦੇਸ਼ ਹੈ ਨਹੀਂ, ਆਦਰਸ਼ ਹੈ ਨਹੀਂ, ਕੋਈ ਨਿਸ਼ਾਨਾ ਹੈ ਨਹੀਂ, ਪੜ੍ਹਨ ਪੜ੍ਹਾਉਣ ਦਾ ਕਲਚਰ ਹੈ ਨਹੀਂ, ਉਹਨਾਂ ਨੂੰ ਵਿਗਿਆਨ ਸਮਝ ਹੀ ਨਹੀਂ ਆਉਂਦਾ। ਇਸ ਸਥਿਤੀ ਦੇ ਵਿੱਚ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹ ਕੁਰਾਹੇ ਪਈ ਹੋਈ ਹੈ। ਕੇਵਲ ਹਿੰਦੁਸਤਾਨ ਦੀ ਨਹੀਂ, ਦੁਨੀਆਂ ਭਰ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਇਸ ਸੰਤਾਪ ਨੂੰ ਜਿਹੜੀ ਹੈ ਉਹਦੇ ਵਿੱਚੋਂ ਗੁਜ਼ਰ ਰਹੀ ਹੈ। ਦੂਜੇ ਪਾਸੇ ਇਹ ਚੀਜ਼ਾਂ ਮਹਿੰਗੀਆਂ ਹਨ ਕਿਉਂਕਿ ਇਹਨਾਂ ਉੱਤੇ ਸਭ ਜਗ੍ਹਾ ਤੇ ਪਾਬੰਦੀ ਹੈ। ਮਹਿੰਗੀਆਂ ਹੋਣ ਕਰਕੇ ਇਹ ਵਪਾਰ ਦਾ ਇੱਕ ਬੜਾ ਵੱਡਾ ਵਸੀਲਾ ਬਣ ਗਈਆਂ ਹਨ। ਦੁਨੀਆਂ ਦੇ ਵਿੱਚ ਉਹ ਲੋਕ ਬਹੁਤ ਹਨ ਜਿਨ੍ਹਾਂ ਦਾ ਲੋਕਾਂ ਦੇ ਇਖਲਾਕ ਨਾਲ, ਉਹਨਾਂ ਦੀ ਇੱਜ਼ਤ ਨਾਲ, ਉਹਨਾਂ ਦੀ ਜ਼ਿੰਦਗੀ ਦੇ ਨਾਲ ਕੋਈ ਵਾਸਤਾ ਨਹੀਂ ਹੈ। ਉਹਨਾਂ ਨੂੰ ਪੈਸਾ ਚਾਹੀਦਾ। ਦੁਨੀਆਂ ਲਾਸ ਵੇਗਸ ਦੇ ਵਿੱਚ, ਮਕਾਊ ਦੇ ਵਿੱਚ ਜੋ ਕੁਝ ਬਣਿਆ ਤੁਸੀਂ ਵੇਖਦੇ ਹੋ ਇਹ ਇਸ ਡਰੱਗਸ ਦੇ ਪੈਸੇ ਦਾ ਬਣਿਆ ਹੋਇਆ ਹੈ ਜੀ ਜੀ। ਸੋ ਇਸ ਸਥਿਤੀ ਦੇ ਵਿੱਚ ਇੱਕ ਆਮ ਭੋਲਾ ਭਾਲਾ ਜੋ ਨੌਜਵਾਨ ਮੁੰਡਾ ਜਿਹੜਾ ਪਰੰਪਰਾਗਤ ਸਮਾਜ ਦੇ ਵਿੱਚ ਪਲਿਆ ਵੱਡਾ ਹੋਇਆ ਉਹ ਫਿੱਟ ਨਹੀਂ ਬੈਠ ਰਿਹਾ ਤੇ ਉਹ ਆਪਣੇ ਆਪ ਨੂੰ ਖਾਰਜ ਕਰਨ ਤੇ ਲੱਗਾ ਹੋਇਆ। ਉਹ ਸੁਸਤ ਚਾਲ ਵਾਲਾ ਆਤਮਘਾਤ ਕਰ ਰਿਹਾ ਜੀ। ਇਹ ਨਸ਼ੇ ਜਿਹੜੇ ਹਨ ਸੁਸਤ ਚਾਲ ਦਾ ਆਤਮਘਾਤ ਹਨ।
ਤੇ ਜਿਹੜੇ ਇਹ ਨਸ਼ੇ ਕਰਦੇ ਹਨ ਨਾ, ਜੇ ਇਹ ਨਸ਼ੇ ਨਾ ਵੀ ਕਰਨ ਨਾ ਜੀ, ਤਾਂ ਵੀ ਇਹ ਕੋਈ ਅਸ਼ੁਸ਼ ਪੁਰਸ਼ ਨਹੀਂ ਸਾਬਤ ਹੋਣਗੇ ਜੀ। ਇਹ ਜਿਹੜੇ ਹਨ ਇਹ ਕੁਝ ਵੀ ਕਰਨ ਯੋਗ ਨਹੀਂ ਹਨ। ਇਹਨਾਂ ਦਾ ਮੂੰਹ ਜਿਹੜਾ ਨਾ ਉਹ ਲੈਟਰ ਬਾਕਸ ਵਾਂਗੂ ਜਿਹਦੇ ਵਿੱਚ ਪਾਈ ਜਾਓ, ਇਹਦੇ ਚੋਂ ਨਿਕਲੇਗਾ ਕੁਛ ਜੀ। ਸੋ ਇਸ ਢੰਗ ਦੇ ਨਾਲ ਜਦੋਂ ਤੱਕ ਇਹ ਕਿਸੇ ਠੀਕ ਰਾਹ ਤੇ ਨਹੀਂ ਚੱਲਦੇ, ਨਵੀਂ ਐਜੂਕੇਸ਼ਨ ਨਹੀਂ ਲੈਂਦੇ, ਕੋਈ ਉਦੇਸ਼ ਆਦਰਸ਼ ਨਹੀਂ ਸਿਰਜਦੇ, ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਹੈ ਹੀ ਨਹੀਂ, ਲੀਡਰ ਹੀ ਨਹੀਂ ਹੈ ਸਾਡਾ ਕੋਈ ਜੀ, ਕੋਈ ਇਹੋ ਜਿਹਾ ਹੈ ਹੀ ਨਹੀਂ ਜਿਹੜਾ ਉਹਨਾਂ ਦਾ ਮਾਰਗ ਦਰਸ਼ਨ ਕਰ ਸਕੇ, ਕੋਈ ਅਜਿਹਾ ਹੈ ਹੀ ਨਹੀਂ ਜਿਹੜਾ ਭਵਿੱਖ ਦੀ ਸਕੀਮ ਦੇ ਸਕੇ, ਵਿਉਂਤ ਇਹਨਾਂ ਸਾਹਮਣੇ ਪੇਸ਼ ਕਰ ਸਕੇ। ਸੋ ਇਹ ਕੁਰਾਹੇ ਪਏ ਹੋਏ ਹਨ, ਭਟਕੇ ਹੋਏ ਹਨ, ਅੰਨੀ ਗਲੀ ਵਿੱਚ ਗੁੰਮ ਰਹੇ ਹਨ, ਦੌੜ ਰਹੇ ਹਨ, ਅੱਖਾਂ ਬੰਦ ਕਰਕੇ ਰੇਸ ਲਾ ਰਹੇ ਹਨ। ਮਤਲਬ ਇਹਨਾਂ ਦਾ ਹਾਲ ਜਿਹੜਾ ਹੈ ਇਹ ਜਿਵੇਂ ਹੋ ਰਿਹਾ, ਇਹ ਦੇਸ਼ ਦੁਨੀਆਂ ਭਰ ਦੇ ਯੂਥ ਦੀ ਕੋਈ ਨਾ ਕੋਈ ਪ੍ਰੋਬਲਮ ਹੈ, ਤੇ ਪ੍ਰੋਬਲਮ ਸਾਡੇ ਇਹ ਹੈ, ਇਹ ਚਾਲੂ ਜਿਹਾ ਹੈ, ਇਹਦੇ ਨਾਲੋਂ ਵੀ ਵੱਡੀਆਂ ਸਮੱਸਿਆਵਾਂ ਸਾਡੇ ਕੋਲ ਹਨ। ਸਮੱਸਿਆਵਾਂ ਤੋਂ ਕਦੀ ਵੀ ਕੋਈ ਸਮਾਜ ਮੁਕਤ ਨਹੀਂ ਹੁੰਦਾ ਹੁੰਦਾ ਜੀ ਜੀ। ਦੀ ਸਮੱਸਿਆ ਹੈ, ਜਾਤ ਪਾਤ ਦੀ ਸਮੱਸਿਆ ਹੈ, ਅਨਪੜ੍ਹਤਾ ਦੀ ਸਮੱਸਿਆ ਹੈ, ਗਰੀਬੀ ਦੀ ਸਮੱਸਿਆ ਹੈ। ਜਿਹੜੇ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਉਹ ਕਿਉਂ ਗਰੀਬ ਹਨ? ਹੋਇਆ ਇਹ ਕਿ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਇਆ ਉਸ ਵੇਲੇ ਕਿਸਾਨਾਂ ਤੇ ਸਾਰਿਆਂ ਲੋਕਾਂ ਦੀ ਹਾਲਤ ਲਗਭਗ ਇੱਕੋ ਜਿਹੀ ਸੀ। ਜਦੋਂ ਇੰਡਸਟਰੀ ਬਣਨ ਲੱਗ ਪਈ, ਇੰਡਸਟਰੀ ਵਾਲੇ ਜਿਹੜੇ ਸੀ ਨਾ ਉਹਨਾਂ ਦਾ ਕੱਦ ਉੱਚਾ ਹੋਣ ਲੱਗ ਪਿਆ, ਉਹਨਾਂ ਕੋਲ ਵਸੀਲੇ ਵਗੈਰਾ ਵਧਣ ਲੱਗ ਪਏ, ਤੇ ਕਿਸਾਨ ਉੱਥੇ ਹੀ ਰਿਹਾ, ਕਿਸਾਨ ਉੱਥੇ ਹੀ ਰਿਹਾ, ਤੇ ਜਿਹੜੇ ਇੰਡਸਟਰੀ ਵਿੱਚ ਗਏ ਉਹ ਥੱਲੋਂ ਉੱਠ ਕੇ ਹੋਰ ਉੱਚੇ ਹੁੰਦੇ ਗਏ ਤੇ ਉਹਨਾਂ ਦੇ ਸਾਹਮਣੇ ਕਿਸਾਨ ਸਾਨੂੰ ਛੋਟਾ ਲੱਗਣ ਲੱਗ ਪਿਆ ਜੀ। ਉਹਨਾਂ ਦੇ ਵਿੱਚ ਇਸ ਵੇਲੇ ਉਹ ਲੋਕ ਕਾਮਯਾਬ ਹੋਣਗੇ ਜਿਹੜੇ ਭਵਿੱਖ ਦੇ ਧੰਦਿਆਂ ਵਿੱਚ ਪੈਣਗੇ। ਕੋਈ ਧੰਦੇ ਹਨ ਜਿਹਨਾਂ ਦਾ ਭਵਿੱਖ ਨਹੀਂ ਹੈ। ਜੇਕਰ ਅੱਜ ਕੱਲ ਦੇ ਜ਼ਮਾਨੇ ਵਿੱਚ ਕੋਈ ਸਿਨੇਮਾ ਖੋਲੇਗਾ ਉਹਦਾ ਭਵਿੱਖ ਨਹੀਂ ਹੈ ਜੀ, ਉਹਦਾ ਭਵਿੱਖ ਨਹੀਂ ਹੈ। ਭਵਿੱਖ ਜਿਹੜਾ ਹੈ ਉਹ ਇਸ ਵੇਲੇ ਐਜੂਕੇਸ਼ਨ ਦੇ ਵਿੱਚ ਹੈ, ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਹੈ, ਬਾਇਓਟੈਕਨੋਲੋਜੀ ਦੇ ਵਿੱਚ ਹੈ, ਮੈਡੀਸਨ ਦੇ ਵਿੱਚ ਹੈ, ਮੈਡੀਕਲ ਸਾਇੰਸ ਦੇ ਵਿੱਚ ਹੈ। ਕਹਿਣ ਤੋਂ ਭਾਵ ਹੈਗਾ ਇਹ ਜਿਹੜੇ BA ਵਗੈਰਾ ਜਾਂ 10ਵੀਂ ਵਗੈਰਾ ਸਕੂਲਾਂ ਚ ਕਰਵਾਉਂਦੇ ਹੈਗੇ ਆ, ਇਹ ਇੱਕ ਨਵੀਂ ਕਿਸਮ ਦੇ ਅਨਪੜ੍ਹ ਪੈਦਾ ਕਰ ਰਹੇ ਹਨ। ਸੋ ਇਹ ਟ੍ਰੈਜਡੀ ਹੈ, ਸਾਡੇ ਪੰਜਾਬ ਦੀ ਟ੍ਰੈਜਡੀ ਹੈ ਕਿ ਸਾਡੇ ਯੂਥ ਦੇ ਸਾਹਮਣੇ ਕੋਈ ਪ੍ਰੋਗਰਾਮ ਨਹੀਂ। ਪਹਿਲਾਂ ਪੰਜਾਬ ਦਾ ਯੂਥ ਫੌਜ ਵਿੱਚ ਭਰਤੀ ਹੁੰਦਾ ਸੀ ਜੀ, ਵਿਦੇਸ਼ ਜਾਂਦਾ ਸੀ, ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਯੂਥ ਦੀ ਲੋੜ ਸੀ, ਪੰਜਾਬ ਦੀ ਕਣਕ ਜਿਹੜੀ ਸੀ ਉਹਦਾ ਮੁੱਲ ਪੈਂਦਾ ਸੀ ਸਾਰੇ ਦੇਸ਼ ਦੇ ਵਿੱਚ। ਹੁਣ ਹਰ ਸੂਬਾ ਆਪਣੀ ਕਣਕ ਆਪ ਪੈਦਾ ਕਰਨ ਲੱਗ ਪਿਆ, ਪੰਜਾਬ ਦੀ ਕਣਕ ਜਿਹੜੀ ਉਹਨੂੰ ਚੁੱਕਣਾ ਹੀ ਸੰਭਵ ਨਹੀਂ ਹੋਏਗਾ, ਜਿਹੜਾ ਹੈ ਉਹ ਲੈਂਡਲੌਕਡ ਹੈ, ਇਹਦੇ ਨਾਲ ਸਮੁੰਦਰ ਨਹੀਂ ਲੱਗਦਾ ਹੈ। ਹੁਣ ਸਾਡੇ ਦੇਸ਼ ਦੀਆਂ ਉਹ ਸੂਬੇ ਤਰੱਕੀ ਕਰਨਗੇ ਜਿਹਨਾਂ ਦੇ ਨਾਲ ਸਮੁੰਦਰ ਲੱਗਦਾ। ਕਈ ਲੋਕ ਇਹ ਸੁਝਾਅ ਦਿੰਦੇ ਹਨ ਕਿ ਕਣਕ ਐਕਸਪੋਰਟ ਕੀਤੀ ਜਾਏ, ਪੰਜਾਬ ਤੋਂ ਕਣਕ ਨੂੰ ਬੰਬਈ ਲਿਜਾਣ ਵਾਸਤੇ ਜਿੰਨਾ ਖਰਚ ਹੋਏਗਾ ਉਸ ਖਰਚ ਨਾਲ ਸਾਡੀ ਕਣਕ ਦੁਨੀਆਂ ਦੇ ਮਾਰਕੀਟ ਦੇ ਵਿੱਚ ਕੰਪੀਟੀਟਿਵ ਰਹਿੰਦੀ ਨਹੀਂ ਹੈ, ਵਿਕ ਨਹੀਂ ਸਕਦੀ ਹੈ। ਸਹੀ ਕਰ ਰਹੇ ਹੋ, ਤੁਸੀਂ ਦੇਖੋ ਵੱਡੀ ਬੋਰੀ ਕਣਕ ਦੀ ਉਹਦੀ ਕੀਮਤ ਕਿੰਨੀ, 1000 ਰੁਪਏ। ਦੂਜੇ ਪਾਸੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਕੋਈ 83 ਕਰੋੜ ਮੋਬਾਈਲ ਫੋਨ ਹੈ, ਮੋਬਾਈਲ ਫੋਨ ਸਾਰੇ ਬਾਹਰੋਂ ਆ ਰਹੇ ਹਨ, ਇੱਕ ਸੂਟਕੇਸ ਦੇ ਵਿੱਚ 10 ਲੱਖ ਦੇ ਮੋਬਾਈਲ ਫੋਨ ਆ ਜਾਂਦੇ ਹਨ, ਤੇ ਸਾਡੀ ਜਿਹੜੀ ਬੋਰੀ ਹੈਗੀ ਹੈ ਜਿਹੜੀ 1 ਕੁਇੰਟਲ ਦੀ ਹੈਗੀ ਹੈ ਉਹਦੀ ਕੀਮਤ ਕੀ ਹੈ, 1000 ਰੁਪਏ। ਸੋ ਕਹਿਣ ਤੋਂ ਭਾਵ ਹੈ ਜਦੋਂ ਤੱਕ ਅਸੀਂ ਇਹ ਫਸਲ ਜਿਹੜੀ ਹੈ ਕਣਕ ਤੇ ਚਾਵਲ ਨੂੰ ਛੱਡਦੇ ਨਹੀਂ, ਅਸੀਂ ਪੰਜਾਬ ਦੇ ਵਿੱਚ ਲੋਕ ਕੀ ਕਰਦੇ ਹਨ, ਕੋਈ ਸੜਕ ਨੀ ਬਣ, ਕੋਈ ਸ਼ਹਿਰ ਨੀ ਬਣ ਬਸਣ ਦਿੰਦੇ, ਇਹਨਾਂ ਨੂੰ ਪਤਾ ਨੀ ਕਦੋਂ ਸਮਝ ਆਏਗੀ ਇੱਕ ਸੜਕ ਜੇਕਰ ਬਣ ਜਾਵੇ ਉਹਦੇ ਆਲੇ ਦੁਆਲੇ ਜਿਤਨੀ ਜ਼ਮੀਨ ਹੈ ਉਹਦੀ ਕੀਮਤ 5 ਗੁਣਾ ਹੋ ਜਾਂਦੀ ਹੈ। ਇਹ ਬਣਨ ਨੀ ਦਿੰਦੇ, ਕੋਈ ਇੰਡਸਟਰੀ ਨੀ ਲੱਗਣ ਦਿੰਦੇ, ਇੰਡਸਟਰੀ ਲੱਗਦੀ ਆ ਉਹਦੇ ਆਲੇ ਦੁਆਲੇ ਕਸਬਾ ਬਣਦਾ, ਕਸਬੇ ਦਾ ਸ਼ਹਿਰ ਬਣਦਾ। ਇਸ ਤਰ੍ਹਾਂ ਪਿੰਡ ਜਿਹੜੇ ਸੀ ਉਹ ਕਸਬਿਆਂ ਨਾਲ, ਕਸਬੇ ਸ਼ਹਿਰਾਂ ਨਾਲ, ਸ਼ਹਿਰ ਰਾਜਧਾਨੀ ਨਾਲ, ਰਾਜਧਾਨੀ ਬੰਦਰਗਾਹ ਨਾਲ, ਬੰਦਰਗਾਹ ਸਾਰੀ ਦੁਨੀਆਂ ਨਾਲ ਜੁੜਦੀ ਹੈਗੀ ਹੈ। ਸੋ ਕਹਿਣ ਤੋਂ ਭਾਵ ਇਹ ਕਿ ਪੰਜਾਬ ਦੇ ਲੋਕਾਂ ਨੂੰ ਉਹ ਲੀਡਰਸ਼ਿਪ ਨਹੀਂ ਮਿਲ ਰਹੀ ਜਿਹੜੀ ਇਹਨਾਂ ਨੂੰ ਭਵਿੱਖਵਾਦੀ ਬਣਾ ਸਕੇ। ਇੱਕ ਵਰਗ ਪੈਦਾ ਹੋਇਆ ਹੋਇਆ ਜਿਸਦਾ ਕੰਮ ਆਪਣੀ ਹਕੂਮਤ ਕਰਨਾ ਹੈਗਾ। ਪੰਜਾਬ ਦੇ ਵਿੱਚ ਜਿਹੜੇ ਹਕੂਮਤ ਤੇ ਕਾਬਜ਼ ਹੋ ਜਾਂਦੇ ਹਨ ਉਹ ਕਦੇ ਵੀ ਲੋਕਾਂ ਦੀ ਕੋਈ ਸਮੱਸਿਆ ਨਾ ਹੱਲ ਕਰ ਸਕਦੇ ਹਨ, ਨਾ ਉਹਨਾਂ ਕੋਲ ਕਰਨ ਦੇ ਵਸੀਲੇ ਹਨ, ਨਾ ਕਰਨ ਦੀ ਸੋਚੀ ਹੈ, ਨਾ ਉਹ ਕਰ ਸਕਣਗੇ।
ਜੀ ਜੀ ਕਪੂਰ ਸਾਹਿਬ, ਸਵਾਲਾਂ ਦੀ ਕਾਫੀ ਝੜੀ ਲੱਗ ਚੁੱਕੀ ਹੈਗੀ ਸਾਡੇ ਸੁਣਨ ਵਾਲਿਆਂ ਵੱਲੋਂ, ਸਕਰੀਨ ਦੇ ਉੱਪਰ ਕਾਫੀ ਜਿਹੜੇ ਸਵਾਲ ਆ ਚੁੱਕੇ ਨੇ ਤੁਹਾਡੇ ਲਈ। ਮੈਂ ਕੁਛ ਸਵਾਲ ਪੁੱਛਣੇ ਚਾਹੁੰਦਾ ਸੀ ਉਹਨਾਂ ਨੂੰ, ਮੈਂ ਥੋੜਾ ਡਿਲੇ ਕਰੂੰਗਾ ਪਰ ਉਹਨਾਂ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜੋ ਸਰੋਤੇ ਪੁੱਛਣਾ ਚਾਹ ਰਹੇ ਨੇ ਜੀ। ਸਤਿੰਦਰ ਸਿੰਘਾ ਸਾਡੇ ਨਾਲ ਜੁੜੇ ਨੇ ਜੀ, ਉਹਨਾਂ ਨੇ ਟਾਰਗੇਟ ਕੀਤਾ ਨੈਗੇਟਿਵ ਐਟੀਟਿਊਡ ਨੂੰ। ਕਹਿੰਦੇ ਕੁਛ ਲੋਕ ਹੁੰਦੇ ਨੇ ਜਿਨ੍ਹਾਂ ਦੇ ਹਰ ਗੱਲ ਜਦੋਂ ਵੀ ਕੋਈ ਆਪਾਂ ਗੱਲ ਕਰਦੇ ਹਾਂ, ਓਬਵੀਅਸਲੀ ਜਿੱਦਾਂ ਖਾਣ ਪੀਣ ਦੇ ਵਿੱਚ ਹਰ ਤਰ੍ਹਾਂ ਦਾ ਮਸਾਲਾ ਹੁੰਦਾ, ਮਿਠਾਸ ਵੀ ਹੁੰਦੀ ਹੈ, ਨਮਕੀਨ ਵੀ ਹੁੰਦਾ, ਤਾਂ ਉਸੇ ਤਰ੍ਹਾਂ ਉਹਦੇ ਵਿੱਚ ਨੈਗੇਟਿਵ ਗੱਲਾਂ ਵੀ ਹੁੰਦੀਆਂ, ਪੋਜ਼ਿਟਿਵ ਵੀ ਹੁੰਦੀਆਂ, ਤਾਂ ਕੁਛ ਲੋਕ ਹੁੰਦੇ ਨੇ ਹਮੇਸ਼ਾ ਨੈਗੇਟਿਵ ਹੀ ਪਿੱਕ ਕਰਦੇ ਨੇ ਉਸਦਾ, ਤਾਂ ਇੱਦਾਂ ਦੇ ਜਿਹੜੇ ਐਟੀਟਿਊਡ ਵਾਲੇ ਲੋਕ ਨੇ ਉਹਨਾਂ ਨੂੰ ਕੀ ਇੱਦਾਂ ਦਾ ਅਪਣਾਉਣਾ ਚਾਹੀਦਾ ਕਿ ਜਾਂ ਉਹ ਸਮਾਜ ਨੂੰ ਉਹਨਾਂ ਨਾਲ ਕਿੱਦਾਂ ਦਾ ਬਿਹੇਵ ਕਰਨਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਪੋਜ਼ਿਟਿਵ ਚ ਚੇਂਜ ਕਰ ਸਕਦੇ ਹਾਂ ਉਸ ਨੈਗੇਟਿਵ ਐਟੀਟਿਊਡ ਨੂੰ? ਪਹਿਲੀ ਗੱਲ ਤਾਂ ਇਹ ਹੈ ਕਿ ਲੋਕ ਨੈਗੇਟਿਵ ਹੁੰਦੇ ਕਿਵੇਂ ਹਨ ਜੀ? ਨੈਗੇਟਿਵ ਹੋਣ ਦੇ ਕੁਝ ਕਾਰਨ ਹਨ ਪੰਜਾਬ ਦੇ ਸੰਦਰਭ ਵਿੱਚ। ਜਿਹੜੇ ਨੀਵੀਂ ਜ਼ਾਤ ਦੇ ਹਨ ਉਹ ਨੈਗੇਟਿਵ ਹੋਣਗੇ, ਜਿਹੜਾ ਜਵਾਨੀ ਵਿੱਚ ਬਿਮਾਰ ਹੋਏਗਾ ਉਹ ਨੈਗੇਟਿਵ ਹੋਏਗਾ, ਜਿਸ ਨੂੰ ਬਚਪਨ ਅਤੇ ਜਵਾਨੀ ਦੇ ਵਿੱਚ ਖਾਣ ਪੀਣ ਦੀ ਘਾਟ ਦਾ ਸਾਹਮਣਾ ਕਰਿਆ ਹੋਏਗਾ ਉਹ ਨੈਗੇਟਿਵ ਹੋਏਗਾ ਜੀ। ਜਿਸ ਕੋਲ ਕੁਆਲੀਫਿਕੇਸ਼ਨ ਜ਼ਿਆਦਾ ਹੋਏਗੀ ਤੇ ਛੋਟੀ ਨੌਕਰੀ ਤੇ ਲੱਗਦਾ ਹੋਏਗਾ ਉਹ ਨੈਗੇਟਿਵ ਹੋਏਗਾ। ਕਹਿਣ ਤੋਂ ਭਾਵ ਇਹ ਹੈ ਕਿ ਨੈਗੇਟਿਵ ਹੋਣ ਦੇ ਆਰਥਿਕ ਅਤੇ ਸਮਾਜਿਕ ਕਾਰਨ ਹਨ। ਜਿਹੜੇ ਨੈਗੇਟਿਵ ਹੋਣਗੇ ਉਹ ਕਿਸੇ ਨਾ ਕਿਸੇ ਲੜਾਈ ਵਿੱਚ ਉਲਝੇ ਹੁੰਦੇ ਹਨ। ਚਾਰ ਕਿਸਮ ਦੀਆਂ ਲੜਾਈਆਂ ਮੰਨੀਆਂ ਗਈਆਂ ਹਨ। ਸਭ ਤੋਂ ਭੈੜੀ ਲੜਾਈ ਹੁੰਦੀ ਹੈ ਪਤੀ ਪਤਨੀ ਦੀ ਲੜਾਈ, ਦੂਜੀ ਭੈੜੀ ਲੜਾਈ ਹੁੰਦੀ ਹੈ ਗੁਆਂਢੀ ਦੇ ਨਾਲ ਲੜਾਈ, ਤੀਜੀ ਭੈੜੀ ਲੜਾਈ ਹੁੰਦੀ ਹੈ ਬੌਸ ਦੇ ਨਾਲ ਲੜਾਈ, ਚੌਥੀ ਭੈੜੀ ਹੁੰਦੀ ਹੈ ਲੜਾਈ ਕੁਲੀਗ ਦੇ ਨਾਲ, ਦੋਸਤ ਦੇ ਨਾਲ, ਭਰਾ ਦੇ ਨਾਲ। ਸੋ ਇਹ ਕਿਸੇ ਨਾ ਕਿਸੇ ਉਸ ਦੇ ਵਿੱਚ ਉਲਝੇ ਹੁੰਦੇ ਹਨ। ਹੁਣ ਮੈਂ ਤੁਹਾਡੇ ਸਾਹਮਣੇ ਇੱਕ ਲਾਈਨ ਬੋਲਾਂਗਾ, 10 ਸਾਲ ਦਾ ਅਨਪੜ ਜਿਸਨੂੰ 10 ਸਾਲ ਦੀ ਉਮਰ ਤੱਕ ਪੜ੍ਹਨ ਦੀ ਆਦਤ ਨਹੀਂ ਪਈ ਉਹ ਕਦੇ ਨਹੀਂ ਪੜ੍ਹੇਗਾ ਜੀ। ਉਹ ਨਕਲਾਂ ਮਾਰੇਗਾ, ਠੱਗੀਆਂ ਠੋਰੀਆਂ ਕਰੇਗਾ, ਲੜਾਈ ਝਗੜਾ ਕਰੇਗਾ, ਚੇਨੀ ਲੋਕਾਂ ਦੇ ਪਰਸ ਖੋਵੇਗਾ ਵਗੈਰਾ ਵਗੈਰਾ, ਕਾਰਾਂ ਚੋਰੀ ਕਰੇਗਾ। 10 ਸਾਲ ਦਾ ਅਨਪੜ੍ਹ, 20 ਸਾਲ ਦਾ ਬਿਮਾਰ, ਜਿਹੜਾ 20 ਸਾਲ ਦੀ ਉਮਰ ਵਿੱਚ ਬਿਮਾਰ ਹੈ ਉਹ ਕਦੇ ਵੀ ਤੰਦਰੁਸਤ ਨਹੀਂ ਹੋਏਗਾ ਜੀ। 20 ਸਾਲ ਦਾ ਵਿਹਲਾ ਜਿਸਨੂੰ 30 ਸਾਲ ਦੀ ਉਮਰ ਤੱਕ ਕੰਮ ਕਰਨ ਦੀ ਆਦਤ ਨਹੀਂ ਪਈ ਉਹ ਕਦੇ ਕੰਮ ਨਹੀਂ ਕਰੇਗਾ, ਉਹ ਠੱਗੀਆਂ ਠੋਰੀਆਂ ਦੇ ਨਾਲ ਜ਼ਿੰਦਗੀ ਗੁਜ਼ਾਰੇਗਾ, ਜੂਆ ਖੇਡੇਗਾ, ਸਮਗਲਿੰਗ ਕਰੇਗਾ, ਨਸ਼ੇ ਕਰੇਗਾ, ਨਸ਼ੇ ਵੇਚੇਗਾ। 40 ਸਾਲ ਦਾ ਕੁਆਰਾ ਜਿਸਦਾ 40 ਸਾਲ ਦੀ ਉਮਰ ਤੱਕ ਵਿਆਹ ਨਹੀਂ ਹੋਇਆ ਉਸਦਾ ਵਿਆਹ ਕਦੀ ਸਫਲ ਨਹੀਂ ਹੋਏਗਾ। 50 ਸਾਲ ਦਾ ਨਿਰਸੰਤਾਨ ਜਿਹਦੇ 50 ਸਾਲ ਦੀ ਉਮਰ ਤੱਕ ਸੰਤਾਨ ਨਹੀਂ ਹੋਈ, ਹੋ ਵੀ ਜਾਵੇ ਸੰਤਾਨ ਮਾਪਿਆਂ ਤੋਂ ਪਰੇਸ਼ਾਨ ਹੋਏਗੀ, ਮਾਪੇ ਸੰਤਾਨ ਤੋਂ ਪਰੇਸ਼ਾਨ ਹੋਣਗੇ। ਜੇ 60 ਸਾਲ ਦਾ ਬਿਨ ਮਕਾਨ ਜਿਸਨੂੰ 60 ਸਾਲ ਦੀ ਉਮਰ ਤੱਕ ਮਕਾਨ ਨਹੀਂ ਜੁੜਿਆ ਉਹ ਮਾਲਕ ਮਕਾਨ ਨਾਲ ਮੁਕੱਦਮੇਬਾਜ਼ੀ ਵਿੱਚ ਪਏਗਾ, ਕਿਰਾਇਆ ਨਹੀਂ ਦੇਵੇਗਾ। ਮਤਲਬ ਇਹ ਜਿਹੜੇ ਨਾ 10 ਸਾਲ ਦਾ ਅਨਪੜ੍ਹ, 20 ਸਾਲ ਦਾ ਬਿਮਾਰ, 30 ਸਾਲ ਦਾ ਵਿਹਲਾ, 40 ਸਾਲ ਦਾ ਕੁਆਰਾ, 50 ਸਾਲ ਦਾ ਨਿਰਸੰਤਾਨ, 60 ਸਾਲ ਦਾ ਬਿਨ ਮਕਾਨ, ਇਹ ਸਾਰੀ ਜ਼ਿੰਦਗੀ ਨੈਗੇਟਿਵ ਰਹਿੰਦੇ ਜੀ। ਨੈਗੇਟਿਵ ਬੰਦਾ ਪੋਜ਼ਿਟਿਵ ਹੋ ਸਕਦਾ? ਸਵਾਲ ਇਹ ਹੈਗਾ ਜੀ, ਨੈਗੇਟਿਵ ਬੰਦਾ ਜਿਹੜਾ ਹੈ ਪੋਜ਼ਿਟਿਵ ਤਾਂ ਹੋਏਗਾ ਜੇਕਰ ਉਸਦੀ ਜ਼ਿੰਦਗੀ ਵਿੱਚ ਕੋਈ ਬਹੁਤ ਵੱਡੀ ਗੱਲ ਵਾਪਰੀ ਹੋਵੇ। ਇੱਕ ਔਰਤ ਸੀ, ਉਹ ਬੈਂਕ ਦੇ ਵਿੱਚ ਲੱਗੀ ਹੋਈ ਸੀ, ਉਸਦਾ ਪਤੀ ਕਿਸੇ ਚੰਗੇ ਅਹੁਦੇ ਤੇ ਸੀ, ਉਹ ਕਿਸੇ ਗਾਹਕ ਨਾਲ ਠੀਕ ਤਰ੍ਹਾਂ ਗੱਲ ਹੀ ਨਹੀਂ ਸੀ ਕਰਦੀ, ਲੜ ਪੈਂਦੀ ਸੀ ਯਾਰ ਕਿਸੇ ਨਾਲ ਜੀ, ਕਿਉਂਕਿ ਉਹਦੀ ਬਦਲੀ ਕਰਨ ਦੀ ਵੀ ਕਈ ਵਾਰੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਪਤੀ ਜਿਹੜਾ ਸੀ ਉਹ ਬੜੇ ਵੱਡੇ ਅਹੁਦੇ ਤੇ ਲੱਗਿਆ ਸੀ, ਇਸ ਕਰਕੇ ਉਹਦੀ ਬਦਲੀ ਵੀ ਨਹੀਂ ਸੀ ਹੁੰਦੀ। ਹੋਇਆ ਕੀ ਕਿ ਉਹਦੇ ਪਤੀ ਦੀ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ। ਫਿਰ ਉਸ ਔਰਤ ਨੂੰ ਸਮਝ ਆਈ ਕਿ ਇਹ ਨੌਕਰੀ ਹੀ ਹੈ ਜਿਸ ਦੇ ਕਾਰਨ ਮੈਂ ਘਰੋਂ ਬਾਹਰ ਨਿਕਲ ਸਕਦੀ ਹਾਂ, ਇਹ ਨੌਕਰੀ ਹੀ ਹੈ ਜਿਸ ਦੇ ਨਾਲ ਮੇਰਾ ਗੁਜ਼ਾਰਾ ਹੋਵੇਗਾ, ਇਸ ਨੌਕਰੀ ਦੇ ਕਾਰਨ ਹੀ ਸਮਾਜ ਦੇ ਵਿੱਚ ਮੇਰੀ ਮਾਣ ਮਰਿਆਦਾ ਹੋਏਗੀ, ਮੇਰਾ ਸਤਿਕਾਰ ਹੋਏਗਾ, ਇਸ ਨੌਕਰੀ ਦੇ ਕਾਰਨ ਹੀ ਮੈਨੂੰ ਲੋਕ ਜਾਣਨਗੇ। ਉਸ ਤੋਂ ਬਾਅਦ ਉਹਦਾ ਐਟੀਟਿਊਡ ਜਿਹੜਾ ਸੀ ਉਹ ਪੋਜ਼ਿਟਿਵ ਹੋਇਆ। ਇਸ ਤਰ੍ਹਾਂ ਇੱਕ ਬੰਬਈ ਦੇ ਵਿੱਚ ਇੱਕ ਬਿਲਡਿੰਗ ਸੀ ਜਿਹਦੀ ਹਰ ਫਲੋਰ ਉੱਤੇ 10 ਮਕਾਨ ਸੀ ਜੀ, ਤੇ ਉਹਦੇ ਵਿੱਚ ਕੀ ਕੀਤਾ ਗਿਆ ਕਿ 100 ਮਕਾਨ ਸੀ, ਇੱਕ ਕਮੇਟੀ ਬਣ ਗਈ, ਉਹਨੇ ਕਿਹਾ ਕਿ ਸਾਰੀ ਹਰ ਇੱਕ ਫੈਮਿਲੀ ਜਿਹੜੀ ਹੈ 80 ਮਕਾਨ ਬਈ ਹਰ ਫੈਮਿਲੀ 200 ਰੁਪਏ ਦੇਵੇਗੀ, 100 ਰੁਪਇਆ ਜਿਹੜਾ ਹੈਗਾ ਉਸ ਦੇ ਨਾਲ ਅਸੀਂ ਚੌਕੀ ਦਾ ਇੱਕ ਲਿਫਟ ਵਾਲਾ ਰੱਖਾਂਗੇ ਜਿਹੜਾ ਲਿਫਟ ਨੂੰ ਚਲਦੀ ਰੱਖੇਗਾ, ਜਿਹਦੇ 100 ਦੇ ਨਾਲ ਅਸੀਂ ਕਮਾਉਂਦੀ ਰੱਖਾਂਗੇ, ਆਲੇ ਦੁਆਲੇ ਨੂੰ ਸੁਹਾਵਣਾ ਬਣਾਏਗਾ ਜੀ। ਨੈਗੇਟਿਵ ਬੰਦੇ ਹਰ ਜਗ੍ਹਾ ਹੋਣਗੇ, ਨੈਗੇਟਿਵ ਹੋਣ ਦਾ ਅਮੀਰੀ ਗਰੀਬੀ ਦੇ ਨਾਲ ਸੰਬੰਧ ਨਹੀਂ ਹੈ ਜੀ। ਜਿਹੜੇ ਗਰਾਊਂਡ ਫਲੋਰ ਤੇ ਰਹਿੰਦੇ ਸੀ ਉਹ ਕਹਿੰਦੇ ਅਸੀਂ ਤਾਂ ਨੀ ਲਿਫਟ ਤੇ ਪੈਸੇ ਦਿੰਦੇ, ਅਸੀਂ ਕਿਹੜਾ ਲਿਫਟ ਵਰਤਣੀ ਹੈ ਜੀ। ਜਿਹੜੇ ਉੱਪਰਦੇ ਸੀ ਉਹ ਕਹਿੰਦੇ ਅਸੀਂ ਨੀ ਮਾਲੀ ਦੇ ਪੈਸੇ ਦਿੰਦੇ, ਅਸੀਂ ਕਿਹੜਾ ਗਰਾਊਂਡ ਵਰਤਣੀ ਹੈ। ਸੋ ਕਹਿਣ ਤੋਂ ਭਾਵ ਇਹ ਕਿ ਇਸ ਕਿਸਮ ਦੇ ਬੰਦੇ ਹਰ ਜਗ੍ਹਾ ਹੁੰਦੇ ਹਨ ਜੀ। ਨੈਗੇਟਿਵ ਬੰਦੇ ਜਿਹੜੇ ਹਨ ਉਹ ਸਾਨੂੰ ਮਿਲਣਗੇ, ਪਰੰਤੂ ਸਾਨੂੰ ਪੋਜ਼ਿਟਿਵ ਹੋਣਾ ਚਾਹੀਦਾ।
ਜਿਸ ਪਰਿਵਾਰ ਨੇ ਵੀ ਨੂੰਹ ਨੂੰ ਆਪਣੇ ਘਰ ਦਾ ਜੀ ਬਣਾਇਆ, ਨੂੰਹ ਦਾ ਸਤਿਕਾਰ ਕੀਤਾ, ਉਹ ਪਰਿਵਾਰ ਖੁਸ਼ ਹੋਇਆ। ਨਹੀਂ ਤਾਂ ਨੂੰਹ ਤੇ ਸੱਸ ਆਪਸ ਵਿਚ ਲੜ ਲੜ ਕੇ ਆਪਣਾ ਸਮਾਂ, ਆਪਣੀ ਸਾਰੀ ਊਰਜਾ ਸ਼ਕਤੀ ਜਿਹੜੀ ਹੈ ਉਹ ਇੱਕ ਦੂਜੇ ਨਾਲ ਲੜਨ ਦੇ ਵਿੱਚ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਵਿੱਚ ਲਾ ਦਿੰਦੀਆਂ ਹੈਗੀਆਂ। ਜਿਹੜਾ ਬੰਦਾ ਤੁਹਾਨੂੰ ਮਿਲਦਾ ਉਹ ਤੁਹਾਡਾ ਸਹਿਯੋਗੀ ਬਣਦਾ ਜਾਂ ਤੁਹਾਡਾ ਵਿਰੋਧੀ ਬਣਦਾ, ਇਹ ਤੁਹਾਡੇ ਤੇ ਨਿਰਭਰ ਕਰਦਾ। ਸੋ ਦੁਨੀਆਂ ਵਿੱਚ ਦੋ ਕਿਸਮ ਦੇ ਬੰਦੇ ਹੋਣਗੇ। ਜਦੋਂ ਅਸੀਂ ਕਿਸੇ ਨੂੰ ਮਿਲਦੇ ਹੈਗੇ ਹਾਂ ਪਹਿਲਾਂ ਅਸੀਂ ਦੇਖਦੇ ਹਾਂ ਇਸਨੇ ਮੇਰਾ ਕਿਹਾ ਮੰਨਣਾ ਕਿ ਮੈਂ ਇਸਦਾ ਕਿਹਾ ਮੰਨਣਾ। ਮਿਸਾਲ ਦੇ ਤੌਰ ਤੇ ਜੇਕਰ ਕਿਸੇ ਦੀ ਪਤਨੀ ਸਿਆਣੀ ਹੈ ਤਾਂ ਉਸਨੂੰ ਪਤਨੀ ਦੇ ਫੈਸਲੇ ਨੂੰ ਮੰਨਣ ਵਿੱਚ ਇਤਰਾਜ਼ ਕੀ ਹੈਗਾ? ਉਹ ਇਸ ਹੈਂਕੜ ਚ ਪਿਆ ਰਹੇ ਕਿ ਮੈਂ ਪਤੀ ਹੈ, ਮੈਂ ਮਰਦ ਹੈ, ਮੈਂ ਹੀ ਫੈਸਲੇ ਕਰਨੇ ਹਨ, ਇਹ ਗਲਤ ਹੈ। ਇਸ ਕਰਕੇ ਕਹਿੰਦੇ ਹਨ ਹਿੰਦੁਸਤਾਨ ਦੇ ਵਿੱਚ ਸੋਨਾ ਜਿੱਥੋਂ ਵੀ ਮਿਲੇ ਜ਼ਾਤ ਪੁੱਛਣ ਦੀ ਲੋੜ ਨਹੀਂ ਹੈ ਜੀ। ਗਿਆਨ ਜਿੱਥੋਂ ਵੀ ਮਿਲੇ, ਚੰਗੀ ਚੀਜ਼ ਜਿੱਥੋਂ ਵੀ ਮਿਲੇ, ਜੇਕਰ ਇੱਕ ਵਿਅਕਤੀ ਜਿਹੜਾ ਨਾ ਸਕੂਲ ਤੇ ਕਾਲਜ ਦੀ ਪੜ੍ਹਾਈ ਨੂੰ ਸਿੰਸੈਰਿਟੀ ਨਾਲ ਕਰਨ, ਮੈਂ ਗਰੰਟੀ ਹੈਗਾ ਕਿ ਉਸਦਾ ਜ਼ਿੰਦਗੀ ਪ੍ਰਤੀ ਐਟੀਚਿਊਡ ਪੋਜ਼ਿਟਿਵ ਹੋ ਜਾਏਗਾ ਜੀ। ਮਾਪਿਆਂ ਦਾ ਕੰਮ ਹੈ ਕਿ ਉਹ ਬੱਚਿਆਂ ਨੂੰ ਮਿਹਨਤ ਕਰਨੀ ਸਿਖਾਉਣ, ਉਹਨਾਂ ਵਾਸਤੇ ਜਾਇਦਾਦ ਛੱਡਣ ਦੀ ਲੋੜ ਨਹੀਂ ਹੈ ਜੀ। ਜਾਇਦਾਦ ਛੱਡਣਗੇ ਜੇਕਰ ਬੱਚੇ ਲਾਇਕ ਹੋਣਗੇ, ਉਹਨਾਂ ਨੂੰ ਜਾਇਦਾਦ ਦੀ ਲੋੜ ਨਹੀਂ ਪਏਗੀ, ਆਪਣੀ ਜਾਇਦਾਦ ਆਪੇ ਬਣਾ ਲੈਣਗੇ। ਜੇਕਰ ਨਲਾਇਕ ਹੋਣਗੇ ਤੇ ਜਿੰਨੀ ਮਰਜ਼ੀ ਛੱਡ ਦੇਣ, ਸਾਰੀ ਰੋੜ ਦੇਣਗੇ ਜੀ। ਸੋ ਇਹ ਬਹੁਤ ਸਾਰੇ ਇਹਦੇ ਪਿੱਛੇ ਕਾਰਨ ਹੁੰਦੇ ਹਨ। ਬਚਪਨ ਦੇ ਵਿੱਚ ਅਸੀਂ ਬੱਚੇ, ਕਈ ਪੇਰੈਂਟਸ ਆਪਣੇ ਧੀਆਂ ਪੁੱਤਰਾਂ ਦੇ ਰਸਤੇ ਵਿੱਚ ਆਪ ਰੋੜੇ ਅਟਕਾਉਂਦੇ ਹਨ ਤੇ ਫਿਰ ਜਦੋਂ ਉਹ ਅਸਫਲ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਕਹਿੰਦੇ ਹਨ ਮੈਨੂੰ ਪਤਾ ਸੀ ਤੂੰ ਇਹੀ ਚੰਨ ਚਾੜੇਗਾ ਜੀ। ਕਹਿਣ ਤੋਂ ਪਾਵੇਗਾ ਕਿ ਉਹਨਾਂ ਵਿੱਚ ਬਰਦਾਸ਼ਤ ਕਰਨ ਦੀ ਹਿੰਮਤ ਹੀ ਨਹੀਂ ਹੈ ਕਿਸੇ ਨੂੰ ਸਫਲ ਹੁੰਦਾ ਵੇਖ ਕੇ। ਇਸ ਵੇਲੇ ਸਮਾਜ ਦੇ ਵਿੱਚ ਸਾੜਾ, ਈਰਖਾ, ਨਿੰਦਾ, ਚੁਗਲੀ, ਬਦਨਾਮੀ ਇਹ ਜਿਹੜੀਆਂ ਹਨ ਇਹਨਾਂ ਦਾ ਦੌਰ ਚੱਲ ਰਿਹਾ ਕਿਉਂਕਿ ਇਹ ਨੈਗੇਟਿਵ ਐਟੀਚਿਊਡ ਦੀਆਂ ਪੈਦਾ ਕੀਤੀਆਂ ਹੋਈਆਂ ਅਲਾਮਤਾਂ ਹਨ। ਸਹੀ ਕਹਿ ਰਹੇ ਹੋ ਜੀ। ਦੇ ਵਿੱਚ ਉਹੀ ਦੇਸ਼ ਜਿਹੜੇ ਹਨ ਕਾਮਯਾਬ ਹਨ ਜਿਹਨਾਂ ਦਾ ਐਟੀਚਿਊਡ ਪੋਜ਼ਿਟਿਵ ਹੈ ਜੀ। ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਵਕਤ ਦਾ ਪਤਾ ਹੀ ਨਹੀਂ ਲੱਗ ਰਿਹਾ ਜੀ ਕਿਸ ਤਰ੍ਹਾਂ ਤੇਜ਼ੀ ਨਾਲ ਜਾ ਰਿਹਾ, ਔਰ ਦੋ ਕਾਲਰ ਵੀ ਜੁੜੇ ਆ ਜੀ, ਉਹਨਾਂ ਦੀ ਵੀ ਗੱਲਬਾਤ ਸੁਣਨੀ ਚਾਹੁੰਦਾ, ਦੋ ਤਿੰਨ ਮੈਸੇਜ ਵੀ ਆਏ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ। ਗੁਰਿੰਦਰਪਾਲ ਜੀ ਜੁੜੇ ਨੇ, ਉਹਨਾਂ ਨੂੰ ਬੇਨਤੀ ਕਰੂੰਗਾ ਥੋੜੀ ਦੇਰ ਹੋਰ ਹੋਲਡ ਤੇ ਰਹਿਣ ਜੀ। ਉਹਨਾਂ ਤੋਂ ਪਹਿਲੇ ਕਾਲਰ ਸਾਡੇ ਨਾਲ 932 ਉਹ ਜੁੜੇ ਨੇ ਜੀ, ਉਹਨਾਂ ਦੀ ਮੈਂ ਗੱਲਬਾਤ ਸੁਣਨੀ ਚਾਹੁੰਗਾ ਜੀ। 932 ਜੀ, ਉਸ ਤੋਂ ਬਾਅਦ ਗੁਰਿੰਦਰਪਾਲ ਜੀ। 932 ਜੀ, ਸਵਾਗਤ ਹੈ ਪ੍ਰੋਗਰਾਮ ਕਲਮਾਂ ਦੇ ਵਾਰਸ ਦੇ ਵਿੱਚ ਜੀ। ਸਤਿ ਸ੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ। ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਸਾਂਝਾ ਕਰੋ। ਮੈਂ ਕੈਮਗਿੱਲ ਬੋਲਦਾ ਜੀ, ਕੇਂਜ਼ ਤੋਂ। ਕੈਮਗਿੱਲ ਜੀ, ਜੀ ਆਇਆਂ ਨੂੰ ਜੀ, ਪੁੱਛੋ ਜੀ ਸਵਾਲ ਕਪੂਰ ਸਾਹਿਬ ਨੂੰ ਜੀ। ਕਪੂਰ ਸਾਹਿਬ, ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਹੀ ਵੱਡਾ ਫੈਨ ਹਾਂ ਤੇ ਮੈਂ ਬਣਿਆ ਪਿਛਲੇ ਇੱਕ ਸਾਲ ਤੋਂ ਹੀ ਹਾਂ। ਮੇਰੇ ਦੋ ਤਿੰਨ ਸਵਾਲ ਨੇ ਤੇ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸਮਝਦਾ ਸੁਣ ਰਿਹਾ, ਬਟ ਮੇਰੇ ਸਵਾਲ ਥੋੜੇ ਹਟ ਕੇ ਨੇ ਇਹਨਾਂ ਗੱਲਾਂ ਤੋਂ। ਮੇਰਾ ਪਹਿਲਾ ਸਵਾਲ ਇਹ ਹੈ ਕਿ ਆਪਣੇ ਇਕੱਲੇ ਪੰਜਾਬ ਦੇ ਵਿੱਚ ਨੀ ਜਾਂ ਇੰਡੀਆ ਦੇ ਵਿੱਚ ਨੀ, ਇੱਕ ਇੱਕ ਯੂਥ ਨੂੰ ਕਿਸੇ ਵੀ ਕਿਤੇ ਵੀ ਹੈ ਉਹ ਇਸ ਟਾਈਮ ਤੇ ਇਸ ਚੀਜ਼ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਉਹਨਾਂ ਨੂੰ ਬੁੱਕਸ ਨੂੰ ਪੜ੍ਹਨ ਦੇ ਲਈ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਕਿ ਤੁਸੀਂ ਕਿਤਾਬਾਂ ਪੜ੍ਹੋ। ਪਹਿਲਾ ਸਵਾਲ ਮੇਰਾ ਇਹ ਹੈ। ਇਹਦੇ ਲਈ ਮੈਨੂੰ ਲੱਗਦਾ ਨਹੀਂ ਹਜੇ ਤੱਕ ਇੰਡੀਆ ਦੇ ਵਿੱਚ ਕੁਛ ਕੀਤਾ ਜਾ ਰਿਹਾ ਹੈ ਜਾਂ ਨਹੀਂ, ਪਰ ਮੇਰੀ ਉਮਰ ਵੀ ਬਹੁਤ ਘੱਟ ਹੈ, ਮੈਂ ਸਿਰਫ 25 ਸਾਲ ਦਾ। ਤੇ ਦੂਸਰੀ ਗੱਲ ਇਹ ਹੈ ਕਿ ਸੋਸ਼ਲ ਸਰਵਿਸਿਸ ਦੀ ਹਜੇ ਤੱਕ ਇੰਡੀਆ ਦੇ ਵਿੱਚ ਬਹੁਤ ਹੀ ਘੱਟ ਮਤਲਬ ਵਧੀਆ ਮੰਨਿਆ ਜਾਂਦਾ ਹੈ, ਬਟ ਹਾਲਾਂਕਿ ਉਹਨਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਜਿਹੜਾ ਕੋਈ ਮਾਨਸਿਕ ਰੋਗੀ ਹੋਵੇ ਉਹ ਉਸ ਬੰਦੇ ਨੂੰ ਪਤਾ ਹੁੰਦਾ, ਜਿਹੜਾ ਮਾਨਸਿਕ ਰੋਗੀ ਹੋਵੇ ਜਿਹਨਾਂ ਨੂੰ ਉਹਨੂੰ ਠੀਕ ਕੀਤਾ ਹੁੰਦਾ ਸੋਸ਼ਲ ਸਰਵਿਸ ਨੂੰ ਬੰਦੇ ਨੂੰ। ਇਹਦੇ ਬਾਰੇ ਜੇ ਕੁਛ ਕੀਤਾ ਜਾ ਰਿਹਾ ਹੈ ਹਜੇ ਤੱਕ, ਜੇ ਆਪਾਂ ਕੁਛ ਕਰ ਸਕਦੇ ਹਾਂ ਇਹਦੇ ਬਾਰੇ, ਅਸੀਂ ਘਰੋਂ ਹੀ ਸਟਾਰਟ ਕਰਨਾ ਹੈ, ਸਾਨੂੰ ਇੰਨਾ ਤਾਂ ਪਤਾ ਹਰੇਕ ਕੰਮ ਨੂੰ, ਪਰ ਇਹਦੇ ਬਾਰੇ ਤੁਸੀਂ ਸਾਨੂੰ ਪਲੀਜ਼ ਜ਼ਰੂਰ ਦੱਸੋ। ਜਿਹੜਾ ਪਹਿਲਾ ਸਵਾਲ ਹੈ ਕਿ ਬੁੱਕਸ ਪੜ੍ਹਨ ਨੂੰ ਪ੍ਰਮੋਟ ਕਰਨਾ ਚਾਹੀਦਾ, ਇਸ ਤਰ੍ਹਾਂ ਹੈ ਕਿ ਜਿਹੜੀ ਤਾਂ ਗੱਲਾਂ ਬਹੁਤ ਹੁੰਦੀਆਂ ਨਾ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਦੁਨੀਆਂ ਦੇ ਵਿੱਚ ਕੋਈ ਔਰਤ ਫਿਲਾਸਫਰ ਨਹੀਂ ਹੋਈ ਹੈ। ਇਹ ਫਿਲਾਸਫੀ ਦੇ ਜਿੰਨੇ ਵੀ ਦੁਨੀਆਂ ਦੇ ਵਿੱਚ ਇਸ ਵੇਲੇ ਡਿਪਾਰਟਮੈਂਟ ਖੁੱਲੇ ਹੋਏ ਯੂਨੀਵਰਸਿਟੀਆਂ ਦੇ ਵਿੱਚ ਜਾਂ ਪ੍ਰੋਫੈਸਰ ਹਨ, ਮੇਰੇ ਖਿਆਲ ਇਸ ਵੇਲੇ ਸਾਰੀ ਦੁਨੀਆਂ ਦੇ ਵਿੱਚ 5000 ਬੰਦੇ ਵੀ ਨਹੀਂ ਹੋਣਗੇ ਜਿਹੜੇ ਫਿਲਾਸਫੀ ਦਾ ਵਿਸ਼ਾ ਪੜ੍ਹ ਰਹੇ ਹੋਣ। ਜੇ ਤੁਸੀਂ ਕੋਈ ਭਾਸ਼ਣ ਰੱਖੋਗੇ ਨਾ, ਉਹਦੇ ਚ 100 ਕੁ ਬੰਦੇ ਆਉਣਗੇ। ਜੇਕਰ ਅੱਧ ਨੰਗੇ ਨਾਚ ਰੱਖੋਗੇ, ਉੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਜਾਣਗੇ ਲੋਕ ਜਿਹੜੇ ਹਨ ਉਹ
ਪਹਿਲੀ ਗੱਲ ਤਾਂ ਕਿ ਉਹ ਵਿਕਾਸ ਚਾਹੁੰਦੇ ਹਨ, ਉਹ ਵਿਕਾਸ ਚਾਹੁੰਦੇ ਹੀ ਨਹੀਂ, ਵਿਕਾਸ ਚਾਹੁੰਦੇ ਹਨ ਉਹਨਾਂ ਦੀ ਗਿਣਤੀ ਬਹੁਤੀ ਨਹੀਂ ਹੁੰਦੀ ਹੁੰਦੀ। ਅਮਰੀਕਾ ਨੂੰ ਚਲਾ 5% ਲੋਕ ਹੀ ਰਹੇ ਹਨ, ਬਾਕੀ ਤਾਂ ਚੱਲ ਰਹੇ ਹਨ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿੱਥੇ ਵੀ ਅਕਲ ਦੀ ਗੱਲ ਕੀਤੀ ਜਾਏਗੀ ਉੱਥੇ ਉਸ ਨੂੰ ਸੁਣਨ ਵਾਲੇ, ਸਮਝਣ ਵਾਲੇ, ਪੜ੍ਹਨ ਵਾਲੇ ਗਿਣਤੀ ਦੇ ਹੀ ਹੋਣਗੇ। ਇਹ ਅੱਜ ਨਹੀਂ ਹੋਇਆ, ਇਹ ਹਮੇਸ਼ਾ ਹੀ ਇਵੇਂ ਰਿਹਾ। ਵੇਦ ਪੜ੍ਹਨ ਵਾਲੇ ਵੇਦਾਂ ਦੀ ਗੱਲ ਸਾਰੇ ਕਰਦੇ ਹਨ, ਪਰੰਤੂ ਪੜ੍ਹੇ ਕਿਹਨਾਂ ਨੇ ਹਨ ਉਹ ਬਹੁਤ ਘੱਟ। ਹੁਣ ਪੰਜਾਬੀ ਦੇ ਵਿੱਚ ਹੀਰ ਵਾਰਸ ਦੀ ਸਾਰੇ ਗੱਲ ਕਰਦੇ ਹਨ, ਹੀਰ ਵਾਰਸ ਪੜ੍ਹੀ ਕਿਹਨਾਂ ਨੇ ਹੈ? ਕਹਿਣ ਤੋਂ ਭਾਵ ਹੈਗਾ ਕਿ ਸੁਣੀਆਂ ਸੁਣਾਈਆਂ ਗੱਲਾਂ ਦੇ ਨਾਲ ਆਮ ਲੋਕਾਂ ਨੂੰ ਜੀਵਨ ਗੁਜ਼ਾਰਨ ਦੀ ਆਦਤ ਹੁੰਦੀ ਹੈ। ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਨੀਹਾਂ ਵਿੱਚ ਲੱਗ ਜਾਂਦੇ ਹਨ, ਜਿਹੜੇ ਸੋਚਦੇ ਹਨ, ਜਿਹੜੇ ਸਮਾਜ ਦੇ ਵਿੱਚ ਪਰਿਵਰਤਨ ਲਿਆਉਣ ਦੇ ਫਾਰਮੂਲੇ ਸਿਰਜਦੇ ਹਨ, ਉਹ ਹੁੰਦੇ ਹਨ ਜਿਹੜੇ ਪੜ੍ਹਦੇ ਹਨ। ਇਹਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਜਿਹਨਾਂ ਨੂੰ ਲੋੜ ਹੈ ਉਹ ਪੜ੍ਹਨਗੇ, ਜਿਹਨਾਂ ਨੂੰ ਨਹੀਂ ਪੜ੍ਹਨ ਦੀ ਆਦਤ ਉਹਨਾਂ ਨੂੰ ਤੁਸੀਂ ਜਿਹਨਾਂ ਪੜ੍ਹਾਉਣ ਦਾ ਯਤਨ ਕਰੋਗੇ ਉਹ ਤੁਹਾਡੇ ਵਿਰੋਧੀ ਹੋ ਜਾਣਗੇ, ਤੁਹਾਡੇ ਦੁਸ਼ਮਣ ਬਣ ਜਾਣਗੇ। ਸੋ ਇਹ ਸਮੱਸਿਆ ਜਿਹੜੀ ਹੈ। ਦੂਜੀ ਗੱਲ ਇਹ ਹੈ ਕਿ ਸਮਾਜ ਦੇ, ਮੈਂ ਥੋੜਾ ਦੂਜਾ ਪ੍ਰਸ਼ਨ ਜਿਹੜਾ ਸੀ ਪੂਰੀ ਤਰ੍ਹਾਂ ਕਲੀਅਰ ਨਹੀਂ ਹੋਇਆ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਵਿੱਚ। ਉਹਦੇ ਵਿੱਚ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਇਸ ਟਾਈਮ ਦੁਨੀਆ, ਅੱਧੀ ਨਾਲੋਂ ਜ਼ਿਆਦਾ ਦੁਨੀਆ, ਜਿਹੜੇ ਬੰਦੇ ਨੂੰ ਨਹੀਂ ਪਤਾ ਲੋਕਾਂ ਨੂੰ ਕਿ ਉਹ ਮਾਨਸਿਕ ਰੋਗੀ ਹੋ ਚੁੱਕੇ ਹਨ। ਜਿਹੜੀ ਬਰਦਾਸ਼ਤ ਦੀ ਹੱਦ ਤਾਂ ਉੱਥੇ ਹੀ ਖਤਮ ਹੁੰਦੀ ਹੈ ਜਦੋਂ ਬੰਦਾ ਮਾਨਸਿਕ ਰੋਗੀ ਹੋ ਜਾਂਦਾ, ਜਦੋਂ ਲੋੜ ਤੋਂ ਵੱਧ ਕਿਸੇ ਚੀਜ਼ ਬਾਰੇ ਸੋਚਣ ਲੱਗ ਜਾਂਦਾ ਹੈ। ਉਦੋਂ ਇੱਥੇ ਜਿਵੇਂ ਸਾਈਕੋਥੈਰੇਪਿਸਟ ਦੀ ਲੋੜ ਪੈਂਦੀ ਹੈ ਜਾਂ ਜਿੱਦਾਂ ਵੀ ਬਾਹਰਲੇ ਦੇਸ਼ਾਂ ਜਿੱਦਾਂ, ਪਰ ਇੰਡੀਆ ਦੇ ਵਿੱਚ ਵੀ ਬਹੁਤ ਇਹੋ ਜਿਹੀਆਂ ਸੋਸ਼ਲ ਸਰਵਿਸਿਸ ਨੇ, ਬਟ ਉਹਨਾਂ ਨੂੰ ਬੰਦਿਆਂ ਵਿੱਚ ਹੀ ਨਹੀਂ ਗਿਣਦੇ ਪਹਿਲੀ ਗੱਲ ਆ ਲੋਕ। ਹਾਂਜੀ ਹਾਂਜੀ, ਮੈਂ ਤੁਹਾਡੀ ਗੱਲ ਸਮਝ ਕੇ ਮੈਂ ਇਹਦਾ ਜਵਾਬ ਇਹਨੇ ਦਿੰਦਾ ਹੈ। 1850 ਤੱਕ ਦੁਨੀਆਂ ਦੇ ਵਿੱਚ ਅਮੀਰ ਗਰੀਬ ਦਾ ਪਾੜਾ ਨਹੀਂ ਸੀ, ਸਾਰੇ ਲੋਕਾਂ ਦਾ ਜੀਵਨ ਲਗਭਗ ਇੱਕੋ ਜਿਹਾ ਸੀ। ਜਿਸ ਘਰ ਦੇ ਵਿੱਚ 15-20 ਜੀ ਸੀ ਉਹਨਾਂ ਨੂੰ, ਉਹਨਾਂ ਦੇ 3-4 ਮੱਝਾਂ ਬੰਨੀਆਂ ਹੁੰਦੀਆਂ ਸੀ, ਜਿਹਨਾਂ ਜਿਸ ਘਰ ਦੇ ਵਿੱਚ 5-7 ਹੁੰਦੇ ਸੀ ਉਹਨਾਂ ਦੇ 1 ਜਾਂ 2 ਬੰਨੀਆਂ ਹੁੰਦੀਆਂ। ਕਹਿਣ ਤੋਂ ਭਾਵ ਹੈਗਾ ਕਿ ਸਾਰਿਆਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਸੀ। ਉਦਯੋਗਿਕ ਯੁੱਗ ਦੇ ਆਉਣ ਦੇ ਨਾਲ ਨਾ ਜ਼ਿੰਦਗੀ ਦੇ ਪੜਾਅ ਵੱਧ ਗਏ ਹੈਗੇ ਆ। ਇਸ ਵੇਲੇ ਮੈਸਲੋ ਦਾ ਇੱਕ ਫਾਰਮੂਲਾ ਹੈ, ਉਸ ਅਨੁਸਾਰ 5 ਪੜਾਅ ਹਨ ਜ਼ਿੰਦਗੀ ਦੇ। ਸਭ ਤੋਂ ਨੀਵੇਂ ਪੜਾਅ ਤੇ ਉਹ ਲੋਕ ਹਨ ਜਿਹੜਿਆਂ ਦੀ, ਜਿਹਨਾਂ ਦੀ ਸਮੱਸਿਆ ਹੈ ਹੋਂਦ ਬਣਾਈ ਰੱਖਣਾ। ਮੰਗਤ ਜਿਹਨਾਂ ਨੂੰ ਤੁਸੀਂ ਆਪਣੇ ਪੁਰਾਣੇ ਬੂਟ ਦਿਓਗੇ ਪਾ ਲੈਣਗੇ, ਪੁਰਾਣੀ ਕਮੀਜ਼ ਦਿਓਗੇ ਪਾ ਲੈਣਗੇ। ਦੂਜੇ ਉਹ ਹੁੰਦੇ ਹਨ ਜਿਹਨਾਂ ਨੂੰ, ਜਿਹੜੇ ਰੇਹੜੀਆਂ ਵਗੈਰਾ ਲਾਉਂਦੇ ਹਨ ਜਾਂ ਨਿੱਕੇ ਮੋਟੇ ਕੰਮ ਕਰਦੇ ਹਨ, ਉਹਨਾਂ ਦਾ ਜਿਹੜਾ ਹੈ ਇਹ ਹੈ ਕਿ ਮੇਰੇ ਕੋਲ ਸਰਦੀ ਤੋਂ ਬਚਣ ਵਾਸਤੇ ਸਵੈਟਰ ਹੋਣੀ ਚਾਹੀਦੀ ਹੈ ਵਗੈਰਾ ਵਗੈਰਾ, ਤੇ ਭੋਜਨ ਮੇਰੇ ਕੋਲ ਹੋਣਾ ਚਾਹੀਦਾ। ਉਹ ਮਤਲਬ ਹਰ ਵਾਰੀ ਭੋਜਨ ਦੀ ਚਿੰਤਾ ਨਹੀਂ ਕਰਨ ਦੀ ਪੈਂਦੀ ਹੈ। ਤੀਜੇ ਦਰਜੇ ਤੇ ਉਹ ਆਉਂਦੇ ਹਨ ਜਿਹੜੇ ਸਮਾਜਿਕ ਜੀਵ ਹੁੰਦੇ ਹਨ। ਮੈਂ ਸਾਰੇ ਜਿਹੜੇ ਅਸੀਂ ਤੀਜੇ ਪੜਾਅ ਤੇ ਹੈਗੇ ਹਾਂ, ਅਸੀਂ ਚਾਹੁੰਦੇ ਹਾਂ ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਈਏ, ਕੋਈ ਸਾਡੇ ਘਰ ਮਹਿਮਾਨ ਬਣ ਕੇ ਆਵੇ, ਅਸੀਂ ਬੱਚੇ ਦਾ ਜਨਮ ਦਿਨ ਮਨਾਈਏ, ਅਸੀਂ ਆਪਣਾ ਜਨਮ ਦਿਨ ਮਨਾਈਏ, ਧੀ ਪੁੱਤਰ ਦਾ ਵਿਆਹ ਕਰੀਏ ਤੇ ਉਹਦੇ ਵਿੱਚ ਸਮਾਗਮ ਕਰੀਏ, ਮਤਲਬ ਕਿ ਸਮਾਨਤਾ ਦੀ ਲੋੜ ਪੈਂਦੀ ਹੈ ਸਾਨੂੰ। ਇਸ ਤੋਂ ਉੱਪਰ ਹੁੰਦਾ ਜਿਹਨਾਂ ਕੋਲ ਸਭ ਕੁਛ ਹੁੰਦਾ, ਮਤਲਬ ਸਭ ਤੋਂ ਪਹਿਲੀ ਜਿਹੜੀ ਭੁੱਖ ਹੁੰਦੀ ਹੈ ਨਾ ਉਹ ਭੋਜਨ ਦੀ ਭੁੱਖ ਹੁੰਦੀ ਹੈ। ਭੋਜਨ ਦੀ ਭੁੱਖ ਸ਼ਾਂਤ ਹੋ ਜਾਂਦੀ ਹੈ ਫਿਰ ਕਾਮ ਦੀ ਭੁੱਖ ਜਾਗ ਪੈਂਦੀ ਹੈ, ਕਾਮ ਦੀ ਭੁੱਖ ਸ਼ਾਂਤ ਹੋ ਜਾਵੇ ਫਿਰ ਪੈਸੇ ਦੀ ਭੁੱਖ ਪੈਦਾ ਹੋ ਜਾਂਦੀ ਹੈ, ਪੈਸੇ ਦੀ ਭੁੱਖ ਪੈਦਾ ਹੋ ਜਾਵੇ ਸ਼ਾਂਤ ਹੋ ਜਾਵੇ ਤਾਂ ਫਿਰ ਪ੍ਰਸਿੱਧੀ ਦੀ ਭੁੱਖ ਪੈਦਾ ਹੋ ਜਾਂਦੀ ਹੈ, ਪ੍ਰਸਿੱਧੀ ਦੀ ਭੁੱਖ ਵੀ ਸ਼ਾਂਤ ਹੋ ਜਾਵੇ ਫਿਰ ਹਕੂਮਤ ਦੀ ਭੁੱਖ ਪੈਦਾ ਹੋ ਜਾਂਦੀ ਹੈ। ਦੁਨੀਆਂ ਦੇ ਵਿੱਚ ਕੋਈ ਵੀ ਬੰਦਾ ਐਸਾ ਨਹੀਂ ਹੈ ਜਿਹੜਾ ਪੂਰੀ ਤਰ੍ਹਾਂ ਸੰਤੁਸ਼ਟ ਹੈ। ਸਾਡੇ ਪ੍ਰਧਾਨ ਮੰਤਰੀ ਵੀ ਸੋਚਦੇ ਹੋਣਗੇ ਮੈਂ ਕਿਹੋ ਜਿਹੇ ਦੇਸ਼ ਦਾ ਪ੍ਰਧਾਨ ਮੰਤਰੀ ਹਾਂ, ਅਮਰੀਕਾ ਦਾ ਰਾਸ਼ਟਰਪਤੀ ਸੋਚਦਾ ਹੋਣਾ ਮੈਨੂੰ ਇਹ ਉਸਾਮਾ ਬਿਨ ਲਾਦਨ ਹੀ ਨਹੀਂ ਆਰਾਮ ਕਰਨ ਦਿੰਦਾ, ਟਿਕਣ ਦਿੰਦਾ। ਕਹਿਣ ਤੋਂ ਭਾਵ ਹੈਗਾ ਕਿ ਹਰ ਬੰਦਾ ਕੁਝ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਤੇ ਹਰ ਬੰਦਾ ਜਿਹੜਾ ਹੈ ਉਸਨੇ ਆਪਣੀ ਵਿੱਤ ਨਾਲੋਂ ਵੱਡਾ ਖਲਾਰਾ ਪਾਇਆ ਹੋਇਆ। ਇਸ ਵੇਲੇ ਸਮੱਸਿਆ ਕੀ ਹੈ ਬੰਦੇ ਦੀ? ਬੰਦਾ ਜੋ ਕੁਛ ਹੈ ਉਸ ਨਾਲੋਂ ਵੱਡਾ, ਜ਼ਿਆਦੇ ਅਮੀਰ, ਜ਼ਿਆਦੇ ਸਮਰਥਾਵਾਨ, ਜ਼ਿਆਦੇ ਸਿਆਣਾ, ਜ਼ਿਆਦੇ ਸੋਹਣਾ ਬਣਨ ਦੇ ਯਤਨ ਵਿੱਚ ਲੱਗਿਆ ਹੋਇਆ, ਜਦੋਂ ਕਿ ਹੈ ਨਹੀਂ ਉਹ। ਇਸ ਦੇ ਵਿੱਚੋਂ ਜਿਹੜੀ ਹੈ ਨਾ ਉਹ ਇੱਕ ਐਂਗਜ਼ਾਇਟੀ ਪੈਦਾ ਹੁੰਦੀ ਹੈ, ਤੌਖਲਾ ਪੈਦਾ ਹੁੰਦਾ, ਚਿੰਤਾ ਪੈਦਾ ਹੁੰਦੀ ਹੈ। ਇਹ ਜਦੋਂ ਚਿੰਤਾ, ਬੰਦੇ ਆਪਣੀ ਚਿੰਤਾ ਨੂੰ ਕੰਟਰੋਲ ਨਹੀਂ ਕਰ ਸਕਦਾ ਤਾਂ ਉਹ ਨੀਮ ਪਾਗਲ ਜਿਹਾ ਦਿਖਾਈ ਦੇਣ ਲੱਗ ਪੈਂਦਾ। ਸੋ ਪਾਗਲਪਣ ਹਰੇਕ ਵਿਅਕਤੀ ਦੀ ਹੋਣੀ ਹੋਏਗੀ, ਹਰ ਇੱਕ ਵਿਅਕਤੀ ਕਿਸੇ ਪੱਖੋਂ ਪਾਗਲ ਹੈ, ਅਤੇ ਪਾਗਲ ਜੇਕਰ ਨਹੀਂ ਹੈ ਤਾਂ ਉਹ ਉੱਥੇ ਪਹੁੰਚੇਗਾ। ਪਾਗਲ ਦੋ ਕਿਸਮ ਦੇ ਹੁੰਦੇ ਹਨ, ਇੱਕ ਉਹ ਹੁੰਦੇ ਹਨ ਜਿਹੜੇ ਹਸਪਤਾਲਾਂ ਵਿੱਚ ਬੰਦ ਕੀਤੇ ਹੋਏ, ਦੂਜੇ ਉਹ ਹੁੰਦੇ ਹਨ ਜਿਹੜੇ ਬਾਹਰ ਘੁੰਮ ਰਹੇ ਹਨ। ਸੋ ਇਸ ਢੰਗ ਦੇ ਨਾਲ ਜੇਕਰ ਤੁਸੀਂ ਦੇਖੋ
ਤਾਂ ਇਹ ਸਥਿਤੀ ਸਾਡੀ ਆਪਣੀ ਸਿਰਜੀ ਹੋਈ ਹੈ, ਕਿਸੇ ਦੀ ਸਿਰਜੀ ਨਹੀਂ ਹੋਈ ਹੈ। ਬਾਹਰ ਨਾ ਦੁੱਖ ਹੈ ਨਾ ਸੁੱਖ ਹੈ, ਦੁੱਖ ਤੇ ਸੁੱਖ ਸਾਡੇ ਅੰਦਰ ਹੀ ਹਨ। ਸੋ ਜੇ ਤੁਸੀਂ ਆਪਣੇ ਵਿੱਤ ਦੇ ਵਿੱਚ ਰਹੋ, ਹੁਣ ਮਿਸਾਲ ਦੇ ਤੌਰ ਤੇ ਕੋਈ ਬੰਦਾ ਜਿਹੜਾ ਹੈ ਕ੍ਰੈਡਿਟ ਕਾਰਡ ਵਰਤ ਕੇ ਪਹਿਲਾਂ ਤਾਂ ਖਰਚ ਕਰ ਦਿੰਦਾ, ਉਸ ਵੇਲੇ ਤਾਂ ਉਹ ਮੌਜ ਮਾਣ ਲੈਂਦਾ, ਪਰੰਤੂ ਬਾਅਦ ਵਿੱਚ ਜਦੋਂ ਕਈ ਵਾਰੀ ਬੈਂਕ ਵੀ ਕਹਿੰਦੇ ਹਨ ਕਿ ਅਸੀਂ ਅੱਧੇ ਘੰਟੇ ਤੁਹਾਨੂੰ ਕਰਜ਼ਾ ਜਿਹੜਾ ਨਾ ਉਹ ਦੇ ਦਿਆਂਗੇ, ਤੇ 20 ਸਾਲ ਤੁਸੀਂ ਭਾਵੇਂ ਕਿਸ਼ਤਾਂ ਵਿੱਚ ਛੋਟੀਆਂ ਛੋਟੀਆਂ ਕਿਸ਼ਤਾਂ ਵਿੱਚ ਮੋੜਨਾ, ਅੱਧੇ ਘੰਟੇ ਦੇ ਵਿੱਚ ਤੁਹਾਨੂੰ ਕਰਜ਼ਾ ਮਿਲ ਜਾਏਗਾ। ਕਰਜ਼ੇ ਦਾ ਲਿਆ ਹੋਇਆ ਪੈਸਾ ਝਟਪਟ ਖਰਚ ਹੋ ਜਾਂਦਾ, ਝਟਪਟ ਖਰਚ ਹੋ ਜਾਂਦਾ ਤਾਂ ਉਹ ਬੰਦਾ 20 ਸਾਲ ਚੀਕਾਂ ਮਾਰਦਾ ਰਹਿੰਦਾ ਫਿਰ। ਸੋ ਉਹ ਪਾਗਲ ਨਹੀਂ ਹੋਏਗਾ ਤਾਂ ਹੋਰ ਕੀ ਹੋਏਗਾ? ਪਾਗਲਪਣ ਤਾਂ ਉਹਨੇ ਉਸ ਵੇਲੇ ਦਿਖਾਇਆ ਜਦੋਂ ਕਰਜ਼ਾ ਲਿਆ, ਪਾਗਲਪਣ ਦਿਖਾਉਣ ਤੋਂ ਬਾਅਦ ਉਹ ਸਿਆਣਾ ਬਣਨਾ ਚਾਹੁੰਦਾ, ਪਾਗਲਪਣ ਖਾਉਣ ਤੋਂ ਬਾਅਦ ਉਹ ਸ਼ਾਂਤ ਹੋਣਾ ਚਾਹੁੰਦਾ, ਇਹ ਸੰਭਵ ਨਹੀਂ ਹੈ। ਇਹ ਮਨੁੱਖ ਦੀਆਂ ਆਪਣੀਆਂ ਸਿਰਜੀਆਂ ਹੋਈਆਂ ਸਮੱਸਿਆਵਾਂ ਹਨ। ਮਨੁੱਖ ਹੁਣ ਵੀ ਪ੍ਰਸੰਨ ਹੋ ਸਕਦਾ, ਮੈਂ ਤੁਹਾਨੂੰ ਵੀ ਪੁੱਛਦਾ ਹੈਗਾ ਤੁਹਾਡੇ ਪ੍ਰਸੰਨ ਹੋਣ ਵਿੱਚ ਰੁਕਾਵਟ ਕੀ ਹੈ, ਪ੍ਰਸੰਨ ਹੋਣ ਦੀ ਸਮੱਸਿਆ ਕੀ ਹੈ? ਤੁਸੀਂ ਹੁਣੇ ਪ੍ਰਸੰਨ ਹੋ ਸਕਦੇ ਹੋ, ਹੁਣੇ ਸੰਤੁਸ਼ਟ ਹੋ ਸਕਦੇ ਹੋ, ਹੁਣੇ ਖੁਸ਼ ਹੋ ਸਕਦੇ ਹੋ, ਹੁਣੇ ਚੰਗੇ ਬੰਦੇ ਬਣ ਸਕਦੇ ਹੋ, ਪਰੰਤੂ ਕਿਉਂਕਿ ਤੁਸੀਂ ਇੰਨਾ ਵੱਡਾ ਖਿਲਾਰਾ ਪਾਇਆ ਹੋਇਆ, ਜੋ ਕੋਈ ਤੁਸੀਂ ਹੈ ਨਹੀਂ ਉਹ ਲੱਗਣ ਦਾ ਯਤਨ ਕਰ ਰਹੇ ਹੋ, ਜਿਤਨੇ ਅਮੀਰ ਤੁਸੀਂ ਹੈ ਨਹੀਂ ਉਤਨੇ ਅਮੀਰ ਦਿਸਣ ਦਾ ਯਤਨ ਕਰ ਰਹੇ ਹੋ, ਜਿਤਨੇ ਸਮਰੱਥਾਵਾਨ ਤੁਸੀਂ ਹੈ ਨਹੀਂ ਉਤਨੇ ਪ੍ਰਤੀਤ ਹੋਣ ਦਾ ਯਤਨ ਕਰ ਰਹੇ ਹੋ। ਸੋ ਇਸ ਦੇ ਵਿੱਚ ਸਮੱਸਿਆਵਾਂ ਹਨ। 40 ਸਾਲ ਦੀ ਔਰਤ 30 ਸਾਲ ਦੀ ਲੱਗਣਾ ਚਾਹੁੰਦੀ ਹੈ, ਇਹੀ ਉਹਦੀ ਚਿੰਤਾ ਹੈਗੀ ਹੈ। ਸੋ ਕਹਿਣ ਤੋਂ ਭਾਵ ਹੈਗਾ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਠੀਕ ਕਿਸਮ ਦੀ ਜ਼ਿੰਦਗੀ ਜੀ ਹੀ ਨਹੀਂ ਰਿਹਾ ਹੁੰਦਾ। ਬਾਜ਼ਾਰ ਦੇ ਵਿੱਚ ਚਮਕ ਹੀ ਇਤਨੀ ਪੈਦਾ ਹੋ ਗਈ ਹੈ, ਚੀਜ਼ਾਂ ਦੀ ਚਮਕ ਇਤਨੀ ਪੈਦਾ ਹੋ ਗਈ ਹੈ ਕਿ ਉਹ ਚੀਜ਼ਾਂ ਟਿਕਣ ਹੀ ਨਹੀਂ ਦਿੰਦੀਆਂ ਸਾਨੂੰ। ਹੁਣ ਤਾਂ ਲੋਕਾਂ ਨੂੰ ਸੁਪਨੇ ਵੀ ਬ੍ਰਾਂਡਡ ਚੀਜ਼ਾਂ ਦੇ ਆਉਂਦੇ ਹਨ, ਹੁਣ ਤਾਂ ਸੁਪਨੇ ਵਿੱਚ ਜਿਹੜੀ ਕਾਰ ਆਉਂਦੀ ਹੈ ਉਹ ਦੇਖਦਾ ਵੀ ਇਹ ਮਰਸਡੀਜ਼ ਹੈ ਕਿ ਨਹੀਂ, ਮਤਲਬ ਕਿ ਇਹ ਹਾਲ ਹੋ ਗਿਆ ਬੰਦੇ ਦਾ। ਉਹ ਹਰ ਇੱਕ ਨਾਲੋਂ ਯਤਨ ਹੋਰਾਂ ਵਰਗੇ ਬਣਨ ਦਾ ਯਤਨ ਕਰੋਗੇ ਖੁਸ਼ ਹੋਵੋਗੇ, ਹੋਰਾਂ ਤੋਂ ਵੱਖਰੇ ਬਣਨ ਦਾ ਯਤਨ ਕਰੋਗੇ ਮਾਯੂਸ ਹੋਵੋਗੇ। ਇਹ ਮੇਰਾ ਉੱਤਰ ਹੈ ਤੁਹਾਡੇ ਪ੍ਰਸ਼ਨ ਦਾ। ਜੀ ਸ਼ੁਕਰੀਆ ਕੈਮ ਜੀ ਹਾਜ਼ਰੀ ਲਵਾਉਣ ਲਈ। ਇਸੇ ਤਰ੍ਹਾਂ ਜੀ ਸਾਡੇ ਨਾਲ ਗੁਰਿੰਦਰਪਾਲ ਜੀ ਜੁੜੇ ਨੇ ਜੀ ਐਡੀਲੈਡ ਤੋਂ, ਉਹ ਵੀ ਤੁਹਾਨੂੰ ਕੁਝ ਪੁੱਛਣਾ ਚਾਹ ਰਹੇ ਨੇ। ਗੁਰਿੰਦਰਪਾਲ ਜੀ ਸਵਾਗਤ ਹੈ ਜੀ ਤੁਹਾਡਾ ਵੀ ਕਲਮਾਂ ਦੇ ਵਾਰਸ ਦੇ ਵਿੱਚ। ਕਪੂਰ ਸਾਹਿਬ ਨਰਿੰਦਰ ਸਿੰਘ ਕਪੂਰ ਜੀ ਤੁਹਾਡੇ ਨਾਲ ਜੁੜੇ ਨੇ ਜੀ, ਪੁੱਛੋ ਆਪਣੇ ਹਿੱਸੇ ਦਾ ਸਵਾਲ। ਹਾਂਜੀ ਰੋਬੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਮੇਰੀ। ਹਾਂਜੀ ਮੈਂ ਨਰਿੰਦਰ ਸਿੰਘ ਕਪੂਰ ਜੀ ਨੂੰ ਉਹਨਾਂ ਦੇ ਗੱਲਾਂ ਕੀਤੀਆਂ ਤੇ ਉਹਨਾਂ ਦਾ ਸਵਾਲ ਪੁੱਛਣਾ ਚਾਹੁੰਦਾ ਵੀ ਇਹਨਾਂ ਨੇ ਕਿਹਾ ਆਪਣੀ ਗੱਲਬਾਤ ਦੇ ਵਿੱਚ, ਕਾਫੀ ਇਹਨਾਂ ਨੇ ਜਾਣੀ ਕਿ ਗੱਲਾਂ ਕਿੰਨੀਆਂ ਕੀਤੀਆਂ, ਕੋਈ ਸਵਾਲ ਤਾਂ ਨੀ ਬਣਿਆ ਮੇਰਾ, ਪਰ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੇ ਕਿਹਾ ਸੀ ਗਰੀਬ ਲੋਕ, ਨੀਵੇਂ ਲੋਕ, ਛੋਟੇ ਲੋਕ, ਕਦੇ ਇਹਨਾਂ ਦੀ ਜਿਹੜੀ ਸੋਚ ਨੈਗੇਟਿਵ ਹੁੰਦੀ ਹੈ ਹਮੇਸ਼ਾ ਹੀ, ਇਹ ਕਦੇ ਪੋਜ਼ਿਟਿਵ ਨਹੀਂ ਸੋਚਦੇ। ਮੈਂ ਪੁੱਛਣਾ ਚਾਹੁੰਦਾ ਵੀ ਇਹ ਪੱਕਾ ਹੀ ਕਹਿੰਦੇ ਨੇ ਮਿਲਖਾ ਸਿੰਘ ਗਰੀਬ ਨਹੀਂ ਸੀਗਾ, ਉਹ ਕਿੱਥੇ ਪਹੁੰਚ ਗਿਆ? ਸੁਰਜੀਤ ਸਿੰਘ ਆਟੀ ਵਾਲਾ ਕਿੱਥੇ ਪਹੁੰਚ ਗਿਆ? ਮੁਨਸ਼ੀ ਸਿੰਘ ਕਿੱਥੇ ਪਹੁੰਚ ਗਿਆ? ਧੀਰੂ ਭਾਈ ਅੰਬਾਨੀ ਕਿੱਥੇ ਪਹੁੰਚ ਗਿਆ? ਉਹ ਵੀ ਗਰੀਬ ਸੀਗੇ, ਬਹੁਤ ਨੀਵੇਂ ਲੋਕ ਸੀਗੇ। ਇਹ ਸਪਸ਼ਟ ਕਰਨ ਵੀ ਕੀ ਕਹਿਣਾ ਚਾਹੁੰਦੇ ਸੀ ਇੱਥੇ, ਮੈਂ ਸਵਾਲ ਪੁੱਛਦਾ ਇਹਨਾਂ ਨੂੰ। ਜੀ ਕਪੂਰ ਸਾਹਿਬ ਹੈਲੋ ਹੈਲੋ, ਤੁਸੀਂ ਜਿਹੜਾ ਇਹਨਾਂ ਦਾ ਸਵਾਲ ਹੈ, ਇਹਨਾਂ ਦੀ ਆਵਾਜ਼ ਗੂੰਜਦੀ ਸੀ, ਪੂਰੀ ਤਰ੍ਹਾਂ ਸੁਣ ਨਹੀਂ ਸੀ ਰਹੇ ਜੀ, ਮੈਂ ਦੁਬਾਰਾ ਕਰ ਦਿੰਦਾ ਜੀ। ਹਾਂਜੀ ਇੱਕ ਮਿੰਟ ਜੀ ਇੱਥੇ ਜੀ, ਹੁਣ ਬੋਲੋ ਜੀ। ਹਾਂਜੀ ਨਰਿੰਦਰ ਸਿੰਘ ਕਪੂਰ ਜੀ, ਤੁਹਾਡੀਆਂ ਗੱਲਾਂ ਦੇ ਵਿੱਚੋਂ ਮੈਂ ਕੁਛ ਪ੍ਰਸ਼ਨ ਪੁੱਛਣਾ ਚਾਹੁੰਦਾ ਤੁਹਾਨੂੰ। ਤੁਸੀਂ ਕਿਹਾ ਸੀ ਗਰੀਬ ਲੋਕ, ਨੀਵੇਂ ਲੋਕ, ਛੋਟੇ ਲੋਕ ਹੀ ਨੈਗੇਟਿਵ ਸੋਚਦੇ ਨੇ, ਉਹ ਕਦੇ ਚੰਗਾ ਨਹੀਂ ਸੋਚਦੇ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਇਹ ਤੁਸੀਂ ਜਿੱਦਾਂ ਕਿਹਾ ਇਹ ਆਪਣੇ ਤਰੀਕੇ ਨਾਲ ਕਿਹਾ, ਸੁਣੀ ਸੁਣਾਈ ਗੱਲ ਕੀਤੀ, ਮਿਲਖਾ ਸਿੰਘ ਬਹੁਤ ਗਰੀਬ ਸੀ ਪਰ ਕਿੱਥੇ ਪਹੁੰਚ ਗਿਆ ਦੌੜਾਂ ਦੇ ਨਾਲ, ਸੁਰਜੀਤ ਸਿੰਘ ਹਾਕੀ ਵਾਲਾ ਬਹੁਤ ਗਰੀਬ ਸੀ ਬਹੁਤ ਉੱਚੀ ਪਹੁੰਚਿਆ, ਮੁਨਸ਼ੀ ਸਿੰਘ ਇੱਦਾਂ ਧੀਰੂ ਭਾਈ ਅੰਬਾਨੀ, ਇਹ ਸਭ ਛੋਟੇ ਲੋਕ ਸੀ, ਗਰੀਬ ਲੋਕ ਸੀਗੇ, ਤੇ ਆਪਣੀ ਸੋਚ ਨਾਲ ਕਿੱਥੇ ਪਹੁੰਚ ਗਏ? ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਲੋਕ ਨੈਗੇਟਿਵ ਹੁੰਦੇ ਨੇ? ਮੈਂ ਸਮਝ ਗਿਆ ਤੁਹਾਡੇ ਛੋਟੇ ਲੋਕ ਗਰੀਬ ਲੋਕ ਬਾਰੇ। ਹਾਂਜੀ ਹਾਂਜੀ ਸਰ, ਬੇਨਤੀ ਹੈ ਕਿ ਗਰੀਬੀ ਦੇ ਵਿੱਚ ਜਿਸ ਦੀ ਸੋਚ ਪੋਜ਼ਿਟਿਵ ਹੋਵੇਗੀ ਉਹ ਅੱਗੇ ਲੰਘ ਜਾਏਗਾ, ਤੇ ਇਹ ਅਮੀਰਾਂ ਦੇ ਵੀ ਤਾਂ ਸਾਰੇ ਪੋਜ਼ਿਟਿਵ ਵਾਲੇ ਨਹੀਂ ਨਾ ਹੁੰਦੇ, ਉਹ ਨੈਗੇਟਿਵ ਹੁੰਦੇ ਨੇ ਨਾ? ਨਹੀਂ ਨਹੀਂ ਇਹ ਹੁੰਦਾ ਜਦੋਂ ਹਾਂਜੀ ਤੁਸੀਂ ਵੇਖਦੇ ਹੋ ਹੁਣ ਇੱਕ ਨੌਕਰਾਨੀ ਹੈ ਕਿਸੇ ਦੇ ਘਰ, ਜਦੋਂ ਆਉਂਦੀ ਹੈ ਉਹ ਦੇਖਦੀ ਹੈ ਕਿ ਇਹਨਾਂ ਮਾਲਕਾਂ ਦੇ ਘਰ ਫਰੂਟ ਦੇ ਟੋਕਰੇ ਆ ਰਹੇ ਹਨ, ਮਠਿਆਈ ਦੇ ਡੱਬੇ ਆ ਰਹੇ ਹਨ, ਕੱਪੜੇ ਆ ਰਹੇ ਹਨ, ਤੇ ਉਸ ਨੂੰ ਲੱਗਦਾ ਵੀ ਇਹ ਕੋਈ ਹੋਰ ਜ਼ਿੰਦਗੀ ਜੀ ਰਹੇ ਹਨ, ਅਸੀਂ ਇਨਸਾਨ ਨਹੀਂ ਹਾਂ। ਕਹਿਣ ਤੋਂ ਭਾਵ ਹੈਗਾ ਕਿ ਜਦੋਂ ਗਰੀਬੀ ਜਿਹੜੀ ਹੈਗੀ ਹੈ, ਜੇਕਰ ਤੁਸੀਂ ਵੇਖੋ ਨਾ
ਮੇਰੇ ਪਿਤਾ ਦੇ ਪਿਤਾ ਜਦੋਂ 4-5 ਪੀੜ੍ਹੀਆਂ ਪਿੱਛੇ ਜਾਓਗੇ ਤਾਂ ਉਹ ਸਾਰੇ ਗਰੀਬ ਹੀ ਸਨ, ਉਹ ਸਾਰੇ ਮਜ਼ਦੂਰ ਹੀ ਸਨ। ਉਹਨਾਂ ਨੇ ਕੁਝ ਅਜਿਹੇ ਯਤਨ ਕੀਤੇ, ਉਹਨਾਂ ਨੇ ਆਪਣੀ ਸੋਚ ਬਦਲੀ, ਉਹਨਾਂ ਨੇ ਸੋਚਿਆ ਕਿ ਜਿੰਨੇ ਅਸੀਂ ਕਮਾਉਂਦੇ ਹਾਂ ਉਹਦੇ ਵਿੱਚ 4-5 ਪੈਸੇ ਜੇ ਬਚਾਏ ਜਾਣ ਤਾਂ ਉਹ ਇਕੱਠੇ ਹੁੰਦੇ ਹੁੰਦੇ ਉਸ ਦੇ ਨਾਲ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬੇਸਿਕ ਸਹੂਲਤਾਂ ਪੈਦਾ ਕੀਤੀਆਂ। ਸਾਡੇ ਦੇਸ਼ ਦੇ ਵਿੱਚ ਬਹੁਤੇ ਲੋਕਾਂ ਦੀ ਸੋਚ ਨੈਗੇਟਿਵ ਇਸ ਕਰਕੇ ਹੈ ਕਿ ਇੱਥੇ ਜ਼ਾਤ ਪਾਤ ਹੈ। ਕੋਈ ਵੀ ਜ਼ਾਤ ਕਿਸੇ ਹੋਰ ਜ਼ਾਤ ਦੀ ਪ੍ਰਸ਼ੰਸਾ ਨਹੀਂ ਕਰਦੀ। ਹਿੰਦੁਸਤਾਨ ਦੇ ਵਿੱਚ ਕੋਈ ਵੀ ਕਿਸੇ ਵੀ ਜ਼ਾਤ ਦਾ ਹੋਵੇ ਕਿਸੇ ਹੋਰ ਜ਼ਾਤ ਦੀ ਉਹ ਨਿੰਦਾ ਹੀ ਕਰੇਗਾ। ਸੋ ਨਿੰਦਾ ਜਿਹੜੀ ਹੈ ਸਾਡੀ ਜ਼ਿੰਦਗੀ ਦਾ ਇੱਕ ਕਿਸਮ ਦਾ ਆਧਾਰ ਬਣ ਗਈ ਹੈ। ਇੱਥੇ ਧਰਮਾਂ ਦੀ ਪਰਮਾਰ ਹੈ। ਅਸੀਂ ਕਹਿੰਦੇ ਤਾਂ ਕਿ ਸਾਰੇ ਧਰਮ ਇੱਕੋ ਗੱਲ ਕਹਿੰਦੇ ਹਨ, ਇੱਕੋ ਪਰਮਾਤਮਾ ਦਾ ਸੰਦੇਸ਼ ਦਿੰਦੇ ਹਨ। ਜੇ ਇੱਕੋ ਪਰਮਾਤਮਾ ਦਾ ਸੰਦੇਸ਼ ਦਿੰਦੇ ਹਨ ਤੇ ਇਹਨੇ ਧਰਮਾਂ ਦੀ ਕੀ ਲੋੜ ਹੈਗੀ ਹੈ? ਫਿਰ ਅਸੀਂ ਇਹ ਕਿਉਂ ਕਹਿੰਦੇ ਹਾਂ ਕਿ ਮੈਂ ਸਿੱਖ ਹਾਂ, ਮੈਂ ਹਿੰਦੂ ਨਹੀਂ ਹਾਂ? ਹਿੰਦੂ ਕਿਉਂ ਕਹਿੰਦਾ? ਤੁਸੀਂ ਕਿਹਾ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਜਿਹੜੇ ਹਨ ਪਿਛਲੇ 1200 ਸਾਲਾਂ ਤੋਂ ਹਨ। ਹਿੰਦੂ ਧਰਮ ਨੇ ਮੁਸਲਮਾਨ ਇਸਲਾਮ ਦੀ ਇੱਕ ਵੀ ਗੱਲ ਨਹੀਂ ਅਪਣਾਈ। ਇਸੇ ਤਰੀਕੇ ਨਾਲ ਇਸਲਾਮ ਨੇ ਹਿੰਦੂ ਧਰਮ ਦੀ ਇੱਕ ਵੀ ਗੱਲ ਨਹੀਂ ਅਪਣਾਈ। ਇਹ ਨਫ਼ਰਤ ਦਾ, ਇਹ ਨੈਗੇਟਿਵ ਸੋਚ ਦਾ ਇੱਕ ਪ੍ਰਮਾਣ ਹੈ। ਅਸੀਂ ਜੇਕਰ ਸਹਿ ਹੋਂਦ ਬਣਾ ਕੇ ਰੱਖਾਂਗੇ ਤਾਂ ਉਸ ਨਾਲ ਦੋ ਕਿਸਮ ਦੇ ਵਰਤਾਰੇ ਹੋਣਗੇ। ਜਿਹੜੇ ਲੋਕ ਵਿਦੇਸ਼ ਜਾਂਦੇ ਹਨ, ਆਸਟ੍ਰੇਲੀਆ ਦੇ ਵਿੱਚ ਤੁਸੀਂ ਬੋਲ ਰਹੇ ਹੋ, ਮੈਂ ਇੱਕ ਗੱਲ ਵਿੱਚ ਕੱਟ ਰਿਹਾ, ਇਹ ਮੇਰੀ ਪ੍ਰਗੰਧਾ ਇਹ ਜਵਾਬ ਨਹੀਂ ਉਹਦੀ ਦੇ ਰਹੇ ਹੋ। ਮੈਂ ਤਾਂ ਕਿਹਾ ਤੁਸੀਂ ਛੋਟੇ ਲੋਕਾਂ ਨੂੰ ਕਿਹਾ ਹਨਾ, ਨੰਬਰ ਇੱਕ ਛੋੜੇ ਵੀ ਛੱਡੋ। ਦੂਜੀ ਗੱਲ ਤੁਸੀਂ ਕਹੀਏ ਮੰਜੇ ਤੋਂ ਪਲੰਗ ਤੱਕ ਜਾਣ ਲਈ 30 ਸਾਲ ਲੱਗਦੇ ਨੇ, ਹਨਾ ਜੀ? ਮੰਜੇ ਤੋਂ ਪਲੰਗ ਤੱਕ 30 ਸਾਲ ਜਾਣ ਨੂੰ ਲੱਗਦੇ ਨੇ ਨਹੀਂ ਇਹ ਹਾਂਜੀ ਮੈਂ ਇਹ ਹੈਲੋ ਹਾਂਜੀ ਹਾਂਜੀ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਇੱਥੇ ਕੀ ਕਹਿਣਾ ਚਾਹੁੰਦੇ ਵੀ ਮੰਜੇ ਤੋਂ ਪਲੰਗ ਤੱਕ ਜਿਹੜੀ ਆਪਾਂ ਮਿਹਨਤ ਕਰਦੇ ਹਾਂ ਉਹ 30 ਸਾਲਾਂ ਵਿੱਚ ਪੂਰੀ ਹੋਣੀ ਸੀ? ਜਿਹੜਾ ਬੰਦਾ ਫਾਸਟ ਤਰੱਕੀ ਕਰਦਾ, ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਦਾ ਤਾਂ ਉਹ ਬਹੁਤ ਜਲਦੀ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਹੀ ਹੁਣ ਪ੍ਰਾਇਮਰੀ ਸਕੂਲਾਂ ਵਿੱਚ ਇੰਡੀਆ ਦੇ ਵਿੱਚ ਤਾਰ ਤੇ ਬਹਿੰਦੇ ਲੋਕ, ਪਰ ਉਹਨਾਂ ਦੇ ਕੋਲ ਜਦੋਂ ਕੰਪਿਊਟਰ ਆ ਜਾਊਗਾ ਉਹਨਾਂ ਦੀ ਸੋਚ ਫਾਰਵਰਡ ਹੋ ਜਾਂਦੀ ਹੈ ਤੇ ਉਹ ਬੱਚੇ ਵੱਡੇ ਅਫਸਰ ਵੀ ਬਣ ਜਾਂਦੇ ਨੇ। ਉਹ 30 ਸਾਲ ਤੋਂ ਪਹਿਲਾਂ ਹੀ ਹੋ ਜਾਂਦੇ ਨੇ, ਕੋਈ ਏਡੀ ਗੱਲ ਤਾਂ ਨਹੀਂ ਹੈ ਇਸ ਦੇ ਵਿੱਚ। ਜਦੋਂ ਬੱਚਾ ਜੰਮਦਾ ਹਰ ਬੱਚੇ ਦਾ ਇੱਕ ਸਿਰ ਹੁੰਦਾ ਹੈ। ਜੇ ਮੈਂ ਇਹ ਗੱਲ ਕਹਿ ਕੋਈ ਉੱਠ ਕੇ ਕਹੇਗਾ ਮੈਂ ਇੱਕ ਬੱਚਾ ਜਾਣਦਾ ਜਿਹੜੇ 2 ਸਿਰ ਸੀਗੇ, ਭਾਈ ਮੈਂ ਜਨਰਲ ਗੱਲ ਕਰ ਰਿਹਾ। ਮੈਂ ਇੱਕ ਨੂੰ ਪਿੰਡ ਤੋਂ ਸ਼ਹਿਰ ਆਉਣ ਦੇ ਵਿੱਚ 20 ਸਾਲ ਲੱਗ ਜਾਂਦੇ ਆ। ਇਹੋ ਜਿਹੇ ਵੀ ਹੋਣਗੇ ਜਿਹੜੇ 5 ਸਾਲ ਚ ਆ ਜਾਂਦੇ ਆ, ਪਰੰਤੂ ਹੀਰ ਕਿਸੇ ਨੇ ਨੀ ਪੜੀ ਹਨਾ, ਜਦੋਂ ਲੋਕ ਰਾਏ ਬਣ ਜਾਂਦੀ ਹੈ ਸਾਰਾ ਕੁਝ ਹੋ ਜਾਂਦਾ, ਸਾਨੂੰ ਯਕੀਨ ਕਰਨਾ ਪੈਂਦਾ। ਉੱਥੇ ਹੀਰ ਪੜਨ ਦਾ ਕਿਸੇ ਕੋਲ ਟਾਈਮ ਨਹੀਂ ਸੀ, ਪਰ ਲੋਕਾਂ ਨੂੰ ਹੀਰ ਦੇ ਕਿੱਸੇ ਸਾਰਾ ਕੁਝ ਯਾਦ ਹੈ ਹਨਾ, ਇਹ ਵੀ ਕੋਈ ਏਡੀ ਗੱਲ ਨੀ ਮੈਨੂੰ ਲੱਗਦਾ। ਹੁਣ ਸੁਣ ਲੈ ਲਓ ਨਾ, ਤੁਸੀਂ ਪਿੰਡ ਵਿੱਚੋਂ ਨਿਕਲ ਕੇ ਆਸਟ੍ਰੇਲੀਆ ਪਹੁੰਚ ਗਏ, ਤੁਹਾਡਾ ਪਿੰਡ ਉਜੜਿਆ ਤੇ ਨਹੀਂ? ਉੱਥੇ ਬਹੁਤ ਸਾਰੇ ਲੋਕ ਅਜੇ ਵੀ ਹੋਣਗੇ, ਉਹ ਨਹੀਂ ਗਏ, ਉਹਨਾਂ ਨੂੰ ਕਿੰਨੀ ਦੇਰ ਲੱਗੂਗੀ? ਤੁਸੀਂ ਜੇਕਰ 15 ਸਾਲਾਂ ਚ ਪਹੁੰਚ ਗਏ ਤਾਂ ਉਹ ਹੋ ਸਕਦਾ ਕਿ ਇਹੋ ਜਿਹੇ ਵੀ ਹੋਣਗੇ ਜਿਹੜੇ 4 ਪੀੜ੍ਹੀਆਂ ਨਹੀਂ ਪਹੁੰਚ ਸਕਦੇ। ਸੋ ਕਹਿਣ ਤੋਂ ਭਾਈ ਜੇ ਜਨਰਲ ਗੱਲ ਕੀਤੀ ਸੀਗੀ ਉਸ ਨੂੰ ਜਨਰਲ ਢੰਗ ਨਾਲ ਹੀ ਸਮਝਣਾ ਹੈਗਾ। ਸੋ ਕਿਸੇ ਬੰਦੇ ਨੂੰ ਪੈਂਟ ਪਜਾਮੇ ਤੋਂ ਪਜਾਮਾ ਪੈਂਟ ਪਜਾਮੇ ਤੋਂ ਪੈਂਟ ਪਾਉਣ ਵਾਸਤੇ ਵੀ 25 ਸਾਲ ਲੱਗਦੇ ਹਨ। ਮਤਲਬ ਕਿ ਗੱਲ ਇਹ ਨਹੀਂ ਹੈ ਕਿ ਪਜਾਮਾ ਜਿਹੜਾ 200 ਦਾ ਆਉਂਦਾ ਤੇ ਪੈਂਟ ਜਿਹੜੀ ਹੈ 300 ਰੁਪਏ ਦੀ ਆਉਂਦੀ ਹੈ, ਜਾਂ ਮੰਜਾ ਜਿਹੜਾ ਹੈ ਉਹ 800 ਰੁਪਏ ਦਾ ਆਉਂਦਾ ਤੇ ਪਲੰਗ ਜਿਹੜਾ 3000 ਦਾ ਆਉਂਦਾ। ਮੰਜੇ ਦਾ ਕਲਚਰ ਹੋਰ ਹੈ, ਪਲੰਗ ਦਾ ਕਲਚਰ ਹੋਰ ਹੈ। ਕਈ ਲੋਕ ਜਿਹੜੇ ਹਨ ਉਹ ਡਾਇਨਿੰਗ ਟੇਬਲ ਦਾ ਕੰਮ ਲੈ ਲੈਂਦੇ ਹਨ, ਪਰੰਤੂ ਡਾਇਨਿੰਗ ਟੇਬਲ ਤੇ ਬਹਿ ਕੇ ਖਾਣਾ ਨਹੀਂ ਖਾਂਦੇ ਹੈਗੇ, ਕਿਉਂਕਿ ਖਾਣਾ ਆਉਂਦਾ ਨਹੀਂ ਹੈ ਉਹਨਾਂ ਨੂੰ ਖਾਣਾ। ਉਸ ਤੇ ਖਾਣਾ ਖਾਣ ਦੇ ਯੋਗ ਹੋਣ ਵਾਸਤੇ ਸਾਰਿਆਂ ਨੂੰ ਕ੍ਰੇਟਡ ਹੋਣਾ ਪਏਗਾ, ਉਹਨਾਂ ਨੂੰ ਸ਼ਹਿਰੀ ਜਿਹੜਾ ਚਾਜਾਚਾਰ ਹੈ ਉਹ ਅਪਣਾਉਣਾ ਪਏਗਾ। ਸੋ ਇਸ ਦ੍ਰਿਸ਼ਟੀ ਦੇ ਨਾਲ ਮੈਂ ਜਵਾਬ ਦਿੱਤਾ ਸੀ। ਜੇਕਰ ਇਸ ਕਿਸਮ ਦੀਆਂ ਮਤਲਬ ਕਿ ਤੁਸੀਂ ਹਰ ਗੱਲ ਦੇ ਵਿੱਚ ਜੇਕਰ ਕੰਘੀ ਫੇਰਨੀ ਹੈ ਤਾਂ ਹਰ ਗੱਲ ਦੇ ਵਿੱਚ ਫੇਰੀ ਜਾ ਸਕਦੀ ਹੈਗੀ। ਇੱਕ ਜਨਰਲ ਗੱਲ ਕੀਤੀ ਸੀ ਮੈਂ, ਜਨਰਲ ਗੱਲ ਇਹ ਹੈਗੀ ਹੈ ਕੁਝ ਲੋਕ ਜਿਹੜੇ ਹਨ ਉਹ 4 ਪੀੜ੍ਹੀਆਂ ਵਾਲਾ ਸਫ਼ਰ 1 ਪੀੜ੍ਹੀ ਵਿੱਚ ਤੈਅ ਕਰ ਲੈਂਦੇ ਹਨ, ਕਈ ਹੁੰਦੇ ਹਨ 1 ਪੀੜ੍ਹੀ ਦਾ ਸਫ਼ਰ 4 ਪੀੜ੍ਹੀਆਂ ਵਿੱਚ ਕਰਦੇ ਹਨ। ਸੋ ਹਰ ਬੰਦੇ ਦੀ ਰਫ਼ਤਾਰ ਵੱਖਰੀ ਹੈ, ਪਰੰਤੂ ਸਾਧਾਰਨ ਰੂਪ ਦੇ ਵਿੱਚ ਜਿਹੜੀ ਗੱਲ ਮੈਂ ਕਹੀ ਸੀ ਉਸ ਨੂੰ ਉਵੇਂ ਲੈਣ ਦੀ ਲੋੜ ਹੈ। ਇੱਕ ਮਿਸਾਲ ਦਿੱਤੀ ਸੀ ਕਿ ਮੰਜੇ ਦੀ ਜਗ੍ਹਾ ਤੇ ਪਲੰਗ ਲਿਆਉਣ ਵਾਸਤੇ 30 ਸਾਲ ਮਿਹਨਤ ਕਰਨੀ ਪੈਂਦੀ ਹੈ। ਸੋ ਇਹਦਾ ਮਤਲਬ ਇਹ ਨਹੀਂ ਸੀ 15 ਸਾਲਾਂ ਗਗਨ ਗਿੱਲ ਜੀ ਨੇ ਰਾਬਤਾ ਬਣਾਇਆ ਜੀ, ਉਹ ਕਹਿੰਦੇ ਜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਤੀਸਰੇ ਬਦਲ ਦੀ ਗੱਲ ਕੀਤੀ ਉਹਨਾਂ ਨੇ
ਕਿ ਇਹ ਤੁਹਾਡੀ ਨਜ਼ਰ ਇੱਕ ਲੇਖਕ ਦੀ ਜਾਂ ਇੱਕ ਆਮ ਇਨਸਾਨ ਦੀ ਨਜ਼ਰ ਦੇ ਪੰਜਾਬ ਦੇ ਵਿੱਚ ਤੁਸੀਂ ਵਿਚਰਦੇ ਹੋਗੇ, ਤੁਹਾਡੀ ਨਜ਼ਰ ਦੇ ਵਿੱਚ ਤੀਸਰੇ ਬਦਲ ਦੇ ਚਾਂਸਿਸ ਹੈਗੇ ਆ ਜਾਂ ਨਾ? ਰਾਜਨੀਤੀ ਵੱਲ ਥੋੜੀ ਝਾਤੀ ਮਾਰੀ ਹੈ ਜੀ। ਜਿਹੜੇ ਤੀਸਰੇ ਬਦਲ ਦੀ ਗੱਲ ਕਰ ਰਹੇ ਹਨ ਜੀ, ਜਿਸ ਦੇਸ਼ ਤੁਸੀਂ ਰਹਿੰਦੇ ਹੋ, ਅਮਰੀਕਾ ਦੇ ਵਿੱਚ ਓਬਾਮਾ ਜਿੱਤਿਆ, ਜੇਕਰ ਦੂਜੀ ਪਾਰਟੀ ਦਾ ਰਾਸ਼ਟਰਪਤੀ ਜਿੱਤ ਜਾਂਦਾ ਤਾਂ ਉਹਦੇ ਨਾਲ ਕੀ ਫਰਕ ਪੈਣਾ ਸੀ? ਕਹਿਣ ਤੋਂ ਭਾਵ ਹੈਗਾ ਜਿਹੋ ਜਿਹੇ ਸਾਡੇ ਕੋਲ ਦੋ ਬਦਲ ਹਨ ਉਹੋ ਜਿਹਾ ਤੀਜਾ ਬਦਲ ਸਾਬਤ ਹੋਏਗਾ। ਗੱਲ ਤਾਂ ਸਿਸਟਮ ਦੀ ਹੈਗੀ ਹੈ। ਜੇ ਪੂੰਜੀਵਾਦੀ ਆਰਥਿਕ ਵਿਵਸਥਾ ਅਸੀਂ ਅਪਣਾਈ ਹੋਈ ਹੈ, ਉਸ ਆਰਥਿਕ ਵਿਵਸਥਾ ਦੇ ਵਿੱਚ ਜਿਹੜਾ ਆਵੇਗਾ ਉਹ ਉਸੇ ਤਰੀਕੇ ਨਾਲ ਵਿਹਾਰ ਕਰੇਗਾ, ਪਰੰਤੂ ਮੈਨੂੰ ਤੀਜੇ ਬਦਲ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਲੱਗਦੀ ਹੈ, ਕਿਉਂਕਿ ਤੀਜੇ ਬਦਲ ਦਾ ਹੁਣ ਇਹ ਜਿਹੜੀ ਹੈ ਨਾ ਪਾਰਟੀ ਬਣਨ ਵਾਸਤੇ ਜਾਂ ਪਾਰਟੀ ਨੂੰ ਹਕੂਮਤ ਕਰਨ ਵਾਸਤੇ ਘੱਟੋ ਘੱਟ 10-15 ਸਾਲ ਲੱਗਦੇ ਆ, ਤਾਂ ਉਹਦਾ ਸਾਰਾ ਸਿਸਟਮ ਜਿਹੜਾ ਹੈ ਉਹ ਡਿਵੈਲਪ ਹੁੰਦਾ। ਸਿੱਖ ਧਰਮ ਨੂੰ ਅੱਜ ਦੇ ਪੜਾਅ ਤੇ ਪਹੁੰਚਣ ਵਿੱਚ 400 ਸਾਲ ਲੱਗੇ ਹੈਗੇ। ਇਹਨਾਂ ਪੜਾਵਾਂ ਦੇ ਵਿੱਚ ਲੰਘਦਾ 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 ਇੱਥੇ ਤੱਕ ਪਹੁੰਚਿਆ। ਇਹ ਨਹੀਂ ਹੁੰਦਾ ਹੁੰਦਾ ਕਿ ਇੱਕ ਮਿਨਿਸਟਰ ਨੇ ਅਸਤੀਫਾ ਦੇ ਦਿੱਤਾ ਤੇ ਉਸਨੇ ਆਪਣੀ ਨਵੀਂ ਪਾਰਟੀ ਬਣਾ ਲਈ ਤੇ ਉਹ ਤੀਜੇ ਬਦਲ ਦੀਆਂ ਗੱਲਾਂ ਕਰਨ ਲੱਗ ਪਿਆ। ਕਹਿਣ ਨਾਲ ਕੁਛ ਨਹੀਂ ਹੁੰਦਾ ਹੁੰਦਾ, ਬੜਾ ਕੁਝ ਕਰਨਾ ਪੈਂਦਾ ਜਿਸ ਦੀਆਂ ਸੰਭਾਵਨਾਵਾਂ ਬਹੁਤੀਆਂ ਨਹੀਂ ਹਨ। ਹਿੰਦੁਸਤਾਨ ਬਦਲ ਨਹੀਂ ਪੈਦਾ, ਪੰਜਾਬ ਦੇ ਵਿੱਚ ਕਿੱਥੋਂ ਪੈਦਾ ਹੋ ਜਾਏਗਾ? ਬਦਲ ਪੈਦਾ ਹੁੰਦੇ ਰਹਿੰਦੇ ਹਨ, ਇੱਕ ਫਾਰਮੂਲਾ ਹੈਗਾ, ਉਸਨੂੰ ਫਾਰਮੂਲਾ ਆਫ ਥ੍ਰੀ ਕਹਿੰਦੇ ਹਨ, ਤਿੰਨ ਦਾ ਫਾਰਮੂਲਾ। ਦੁਨੀਆਂ ਦੇ ਵਿੱਚ ਉਸ ਵੇਲੇ ਪੈਪਸੀ ਕੋਲਾ ਤੇ ਕੋਕਾ ਕੋਲਾ ਇਹਨਾਂ ਦੋਹਾਂ ਦਾ ਰਾਜ ਹੈ ਜੀ। ਇਹਨਾਂ ਦਾ ਆਪਸ ਵਿੱਚ ਮੁਕਾਬਲਾ ਚੱਲੇਗਾ, ਇਹਨਾਂ ਦਾ ਮੁਕਾਬਲਾ ਵੀ ਕੋਆਪਰੇਟਿਵ ਮੁਕਾਬਲਾ ਹੈਗਾ। ਜਦੋਂ ਇੱਕ ਕੀਮਤ ਵਧਾਉਂਦਾ ਦੂਜਾ ਆਪੇ ਵਧਾ ਲੈਂਦਾ, ਲੋਕ ਉਹਨੂੰ ਪ੍ਰਵਾਨ ਕਰ ਲੈਂਦੇ ਹਨ। ਤੀਜੇ ਨੰਬਰ ਤੇ ਜਿਹੜੇ ਹਨ ਦੁਨੀਆਂ ਭਰ ਦੇ ਭਾਂਤ ਭਾਂਤ ਦੇ ਕੋਲੇ ਜਿਹੜੇ ਹਨ ਉਹ ਆਈ ਜਾ ਰਹੇ ਹਨ, ਜਾਈ ਜਾ ਰਹੇ ਹਨ, ਆਈ ਜਾ ਰਹੇ ਹਨ, ਜਾਈ ਜਾ ਰਹੇ ਹਨ, ਉਹ ਤੀਜਾ ਬਦਲ ਹਨ। ਅਬ ਤੁਸੀਂ ਦੇਖ ਲਓ ਤੀਜਾ ਬਦਲ ਜਿਹੜਾ ਹੈ ਉਹ ਇੰਨਾ ਸਟਰੋਂਗ ਕਦੋਂ ਹੋਏਗਾ ਜਦੋਂ ਉਹ ਕੋਕੇ ਕੋਲੇ ਨੂੰ ਜਾਂ ਪੈਪਸੀ ਕੋਲੇ ਨੂੰ ਉਸਦੀ ਉਸ ਗੱਦੀ ਤੋਂ ਲਾ ਲਏਗਾ? ਉਹ ਕਿੰਨੀ ਦੇਰ ਲੱਗੇਗੀ? ਉਹ ਅਜੇ ਸੰਭਾਵਨਾ ਮੈਨੂੰ ਨਜ਼ਰ ਨਹੀਂ ਆਉਂਦੀ ਹੈ। ਇਸ ਪੱਖ ਤੋਂ ਪੋਲੀਟਿਕਸ ਦੇ ਨਾਲ ਜੁੜੇ ਹੋਏ ਮੈਂ ਸਵਾਲਾਂ ਨੂੰ ਬਹੁਤਾ ਪਸੰਦ ਨਹੀਂ ਕਰਦਾ, ਕਿਉਂਕਿ ਇਹ ਕੰਟਰੋਵਰਸ਼ੀਅਲ ਹੁੰਦੇ ਹਨ, ਇਹਦੇ ਬਾਰੇ ਹਰ ਇੱਕ ਵਿਅਕਤੀ ਦਾ ਆਪਣੀ ਕਿਸਮ ਦਾ ਵਿਚਾਰ ਹੁੰਦਾ। ਮੈਨੂੰ ਤੀਜੇ ਬਦਲ ਦੀਆਂ ਕੋਈ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਜਿਹੜੀਆਂ ਸਰਕਾਰਾਂ ਹਨ ਉਹ ਵੀ ਉਹਨਾਂ ਕੁਝ ਨਹੀਂ ਕਰ ਸਕਦੀਆਂ, ਕਰ ਰਹੀਆਂ ਜੋ ਕੁਝ ਕਰਨ ਦੀਆਂ ਸੰਭਾਵਨਾ ਹਨ, ਜੋ ਕੁਝ ਕਰਨ ਦੀ ਲੋੜ ਹੈ ਜੀ। ਕਪੂਰ ਸਾਹਿਬ, ਇੱਕ ਅਸੀਂ ਸਬਜੈਕਟ ਤੇ ਗੱਲ ਕੀਤੀ ਸੀ, ਉਹ ਕਾਫੀ ਸਾਡੇ ਅਜੇ ਤੱਕ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਉਸ ਦੇ ਉੱਪਰ ਅਸੀਂ ਬਾਅਦ ਦੇ ਵਿੱਚ ਆਫ ਏਅਰ ਵੀ ਗੱਲਬਾਤ ਕਰਦੇ ਰਹਿੰਦੇ ਹਾਂ। ਇੱਕ ਪਿੱਛੇ ਜੇ ਕੇਸ ਹੋਇਆ ਸੀਗਾ ਕਿਸੇ ਯੂਨੀਵਰਸਿਟੀ ਦੇ ਵਿੱਚ, ਇੰਡੀਆ ਦੇ ਵਿੱਚ ਨਿਊਜ਼ ਆਈ ਸੀ ਕਿ ਕਿਸੇ ਬੱਚੇ ਨੇ ਸੁਸਾਈਡ ਕਰ ਲਿਆ ਸੀ, ਕਿ ਲਾਈਫ ਆਫਟਰ ਡੈਥ ਉਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮਰਨ ਤੋਂ ਬਾਅਦ ਕੀ ਸਾਡੀ ਆਤਮਾ ਵਾਕਈ ਟਰੈਵਲ ਕਰਦੀ ਆ। ਪੁਨਰ ਜਨਮ ਦੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ, ਪੁਨਰ ਜਨਮ ਤੋਂ ਪਹਿਲਾਂ ਦੀ ਲਾਈਫ ਦੀ ਗੱਲਬਾਤ ਕਰਨੀ ਚਾਹੁੰਦਾ ਕਿ ਬਾਕੀ ਸਾਡੇ ਸਰੀਰ ਤੇ ਆਤਮਾ ਦਾ ਜਿਹੜਾ ਇੱਕ ਸੁਮੇਲ ਦੇ ਰੂਪ ਦੇ ਵਿੱਚ ਅਸੀਂ ਜਿਹੜੀ ਬੋਲੀ ਬੋਲ ਰਹੇ ਹਾਂਗੇ ਉਹ ਇੱਕ ਸਰੀਰ ਤੇ ਆਤਮਾ ਦਾ ਸੁਮੇਲ ਹੈਗਾ, ਜੇ ਹੈ ਤਾਂ ਬਾਕੀ ਉਸ ਤੋਂ ਬਾਅਦ ਕਿ ਮਰਨ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਵੈਸੇ ਮਨੁੱਖ ਦੀ ਸਭ ਤੋਂ ਵੱਡੀ ਜਿਹੜੀ ਕਾਢ ਹੈ ਨਾ ਜੀ, ਉਹ ਆਤਮਾ ਦੀ ਕਾਢ ਹੈ। ਜਦੋਂ ਤੱਕ ਮਨੁੱਖ ਆਤਮਾ ਸੰਕਲਪ ਨਹੀਂ ਸਿਰਜ ਸਕਿਆ, ਉਦੋਂ ਤੱਕ ਉਹ ਪਰਮਾਤਮਾ ਦਾ ਸੰਕਲਪ ਵੀ ਨਹੀਂ ਸਿਰਜ ਸਕਿਆ ਜੀ। ਜਦੋਂ ਤੱਕ ਮਨੁੱਖ ਮਾਊਂਟ ਐਵਰੈਸਟ ਤੇ ਨਹੀਂ ਚੜ ਸਕਿਆ, ਉਦੋਂ ਤੱਕ ਉਸਨੇ ਚੰਦਰਮਾ ਤੇ ਪਹੁੰਚਣ ਬਾਰੇ ਕਦੇ ਨਹੀਂ ਸੋਚਿਆ। ਜਦੋਂ ਉਹਨੇ ਮਾਊਂਟ ਐਵਰੈਸਟ ਚੜ ਗਈ, ਉਸ ਤੋਂ ਬਾਅਦ ਉਹਨੂੰ ਖਿਆਲ ਆਇਆ ਵੀ ਇਸ ਤੋਂ ਬਾਅਦ ਚੰਦਰਮਾ ਹੈ। ਸੋ ਇਹ ਕਾਢ ਹੈ, ਇਹਦਾ ਆਧਾਰ ਕੋਈ ਨਹੀਂ ਹੈ। ਮਤਲਬ ਕਹਿਣ ਦਾ ਇਹ ਹੈ ਆਤਮਾ ਜਿਹੜੀ ਹੈ ਨਾ, ਅਸੀਂ ਕਹਿੰਦੇ ਹੈਗੇ ਹਾਂ, ਪਰੰਤੂ ਆਤਮਾ ਵਰਗੀ ਕੋਈ ਚੀਜ਼ ਕੋਈ ਨਹੀਂ ਹੈ। ਮਨੁੱਖੀ ਮਨ ਨੂੰ ਨਾ ਤਿੰਨ ਢੰਗਾਂ ਨਾਲ ਸਮਝਿਆ ਜਾਂਦਾ ਆਮ ਤੌਰ ਤੇ, ਇੱਕ ਹੈ ਬੁੱਧੀ, ਇੱਕ ਹੈ ਆਤਮਾ। ਮਨ ਦਾ ਸਰੀਰ ਜਿਹੜਾ ਨਾ, ਮਨ ਦਾ ਸੰਬੰਧ ਜਿਹੜਾ ਸਾਡੇ ਸਰੀਰ ਨਾਲ ਹੈ। ਮਨ ਨੇ ਇੱਛਾਵਾਂ ਹੀ ਕਰਨੀਆਂ ਹੁੰਦੀਆਂ ਇਸ ਦੀ, ਕਿਉਂਕਿ ਜ਼ਿੰਮੇਵਾਰੀ ਹੈ ਸਰੀਰ ਨੂੰ ਚੱਲਦਾ ਰੱਖਣਾ। ਜੇਕਰ ਸਰੀਰ ਨੂੰ ਭੁੱਖ ਲੱਗੀ ਹੋਈ ਹੈ ਤਾਂ ਮਨ ਜਿਹੜਾ ਹੈ ਨਾ ਭੋਜਨ ਬਾਰੇ ਸੋਚੇਗਾ, ਉਹ ਚਾਹੇਗਾ ਭੋਜਨ ਆਉਣਾ ਚਾਹੀਦਾ। ਉਸ ਵੇਲੇ ਮਨ ਜਿਹੜਾ ਹੈ ਉਹ ਇਸ ਦੁਬਿਧਾ ਵਿੱਚ ਨਹੀਂ ਪੈਂਦਾ ਹੈ ਕਿ ਭੋਜਨ ਕਿਵੇਂ ਆਏਗਾ, ਭੋਜਨ ਆਉਣਾ ਚਾਹੀਦਾ। ਉਸ ਵੇਲੇ ਫਿਰ ਜਿਹੜੀ ਹੈ ਬੁੱਧੀ ਜਿਹੜੀ ਆ ਉਸਨੂੰ ਕਹੇਗੀ, ਜੇ ਤੂੰ ਚੋਰੀ ਕਰੇਗਾ ਤਾਂ ਤੇਰੇ ਤੇ ਚੋਰੀ ਦਾ ਇਲਜ਼ਾਮ ਲੱਗੇਗਾ। ਉਸ ਵੇਲੇ ਆਤਮਾ ਉਹਨੂੰ ਕਹਿੰਦੀ ਹੈ ਚੋਰੀ ਕਰਨੀ ਚੰਗੀ ਗੱਲ ਨਹੀਂ ਹੈ, ਤੂੰ ਮਿਹਨਤ ਕਰਕੇ ਕਮਾ। ਬੁੱਧੀ ਜਿਹੜੀ ਹੈਗੀ ਆ ਉਹ ਜਸਟੀਫਿਕੇਸ਼ਨ ਦਿੰਦੀ ਹੈ। ਉਹ ਜਿਹੜਾ ਚੋਰ ਹੈ ਉਹ ਚੋਰੀ ਕਰਦਾ, ਉਹ ਆਪਣੇ ਦਿਮਾਗ ਨਾਲ ਪਹਿਲਾਂ ਫੈਸਲਾ ਕਰਦਾ ਕਿ ਇੰਨੇ ਲੋਕ ਹੈਗੇ ਨਹੀਂ ਕਰਦੇ, ਇਹਨਾਂ ਕੋਲ ਰੁਪਇਆ ਹੈਗਾ, ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ, ਮੇਰੇ ਕੋਲ ਤਾਂ ਰੋਟੀ ਨਹੀਂ ਬਣਦੀ ਹੈ। ਉਹ ਫਿਰ ਉਸ ਨੂੰ ਬੁੱਧੀ ਕਹਿੰਦੀ ਹੈ ਹਾਂ ਹਾਂ ਤੂੰ
ਇਹ ਜਿਹੜਾ ਹੈ ਇਹਨਾਂ ਨੂੰ ਲੁੱਟ ਲੈ, ਇਹਨਾਂ ਨੂੰ ਖੋਹ ਲੈ, ਇਹ ਤੇਰਾ ਅਧਿਕਾਰ ਹੈ। ਇਵੇਂ ਕਾਰ ਨਹੀਂ ਸੀ, ਉਹ 1000 ਰੁਪਏ ਰੋਜ਼ ਕਮਾਉਂਦਾ ਸੀ, ਪਰੰਤੂ ਇੰਨਾ ਥੱਕ ਜਾਂਦਾ ਸੀ ਕਿ ਉਹਨੂੰ ਨੀਂਦ ਨਹੀਂ ਸੀ ਆਉਂਦੀ। ਉਹ ਸੋਚਦਾ ਸੀ ਜੇ ਮੈਂ 100 ਰੁਪਏ ਦੀ ਸ਼ਰਾਬ ਪੀ ਲਵਾਂ ਇਸ ਨਾਲ ਮੈਨੂੰ ਨੀਂਦ ਚੰਗੀ ਆ ਜਾਂਦੀ ਹੈ। ਬੁੱਧੀ ਉਸ ਨੂੰ ਕਹਿੰਦੀ ਹਾਂ ਹਾਂ ਤੂੰ ਪੀ, ਕਿਉਂਕਿ ਤੂੰ 1000 ਰੁਪਇਆ ਕਮਾਉਣਾ, ਤੂੰ ਕੱਲ੍ਹ ਵੀ ਕੰਮ ਕਰਨਾ। ਜੇ ਤੂੰ ਅੱਜ ਨਹੀਂ ਪੀਵੇਂਗਾ ਤੈਨੂੰ ਨੀਂਦ ਨਹੀਂ ਆਏਗੀ, ਨੀਂਦ ਨਹੀਂ ਆਏਗੀ ਤੂੰ ਸਵੇਰੇ ਉੱਠ ਕੇ ਕੰਮ ਨਹੀਂ ਕਰ ਸਕੇਗਾ, ਕੰਮ ਨਹੀਂ ਕਰ ਸਕੇਗਾ ਤੇਰਾ ਪਰਿਵਾਰ ਜਿਹੜਾ ਹੈ ਉਹ ਭੁੱਖਾ ਮਰੇਗਾ। ਸੋ ਬੁੱਧੀ ਦਾ ਕੰਮ ਜਿਹੜਾ ਹੈ ਉਹ ਜਸਟੀਫਿਕੇਸ਼ਨ ਦੇਣਾ ਹੈ। ਤੇ ਆਤਮਾ ਜਿਹੜੀ ਹੈ ਉਹ ਠੀਕ ਤੇ ਗਲਤ ਦਾ ਨਿਰਣਾ ਦਿੰਦੀ ਹੈ। ਵੈਸੇ ਇਹ ਤਿੰਨੋਂ ਚੀਜ਼ਾਂ ਹਨ ਬੁੱਧੀ ਦਾ ਭਾਗ। ਆਤਮਾ ਨੂੰ ਅਸੀਂ ਸਿਰਜ ਲਿਆ ਹੈ, ਆਤਮਾ ਨੂੰ ਸਿਰਜ ਕੇ ਅਸੀਂ ਪਰਮਾਤਮਾ ਨੂੰ ਸਿਰਜ ਲਿਆ। ਮੇਰੇ ਖਿਆਲ ਦੇ ਵਿੱਚ ਨਾ ਆਤਮਾ ਹੈ ਨਾ ਪਰਮਾਤਮਾ ਹੈ, ਸਾਰਾ ਸਿਸਟਮ ਜਿਹੜਾ ਹੈ ਇਹ ਇੱਕ ਰੈਗੂਲੇਟ ਹੋਇਆ ਹੋਇਆ ਹੈ, ਇਹ ਇੱਕ ਸਿਸਟਮ ਦੇ ਵਿੱਚ ਬੱਝਾ ਹੋਇਆ ਹੈ, ਉਸ ਦੇ ਵਿੱਚ ਆਤਮਾ ਪਰਮਾਤਮਾ ਦਾ ਕੋਈ ਰੋਲ ਨਹੀਂ ਹੈ। ਸੋ ਇਹ ਕਹਿਣਾ ਅਸੀਂ ਇਹ ਭੁਲੇਖਾ ਸਿਰਜ ਲਿਆ ਕਿ ਅਗਲਾ ਜਨਮ, ਮੈਨੂੰ ਤਾਂ ਇਸ ਦੁਨੀਆਂ ਦੇ ਵਿੱਚ 7 ਅਰਬ ਦੀ ਆਬਾਦੀ ਚ ਇੱਕ ਬੰਦਾ ਵੀ ਨਹੀਂ ਮਿਲਿਆ ਜਿਹੜਾ ਕਹੇ ਕਿ ਇਹ ਮੇਰਾ ਅਗਲਾ ਜਨਮ ਹੈ। ਕੀ ਇਹ ਧਰਤੀ ਪਹਿਲੇ ਜਨਮ ਵਾਸਤੇ ਹੀ ਬਣੀ ਹੈਗੀ ਹੈ? ਜੇ ਧਰਤੀ ਪਹਿਲੇ ਜਨਮ ਵਾਸਤੇ ਬਣੀ ਹੈ ਇਹਦਾ ਮਤਲਬ ਇਹ ਸਾਰੇ ਮਰ ਕੇ ਕਿਸੇ ਹੋਰ ਧਰਤੀ ਤੇ ਚਲੇ ਜਾਣਗੇ। ਕਹਿਣ ਤੋਂ ਭਾਵ ਹੈਗਾ ਇਹ ਧਰਮ ਦੇ ਪੈਦਾ ਕੀਤੇ ਹੋਏ ਪਰਮ ਭੁਲੇਖੇ ਹਨ, ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਜੇਕਰ ਜ਼ਿੰਦਗੀ ਚੰਗੇ ਢੰਗ ਨਾਲ ਜੀ ਲਵੋ, ਜੇਕਰ ਕੁਝ ਕਰ ਜਵੋ, ਕੁਝ ਦੁਨੀਆਂ ਵਾਸਤੇ ਕਰ ਜਵੋ, ਦੁਨੀਆਂ ਨੂੰ ਥੋੜਾ ਜਿਹਾ ਸੁਧਾਰ ਜਾਵੋ, ਦੁਨੀਆਂ ਦੇ ਵਿੱਚ ਸਹਿਯੋਗ ਦੇ ਜਾਵੋ, ਉਹ ਆਪਣੇ ਆਪ ਦੇ ਵਿੱਚ ਆਤਮਕ ਅਨੁਭਵ ਹੈ। ਮੇਰੇ ਵਿਚਾਰ ਦੇ ਵਿੱਚ ਆਤਮਾ ਜਾਂ ਪਰਮਾਤਮਾ ਵਰਗੀ ਕੋਈ ਚੀਜ਼ ਨਹੀਂ ਹੈ, ਪਰੰਤੂ ਜਿਹੜੇ ਇਹਨਾਂ ਨੂੰ ਮੰਨਦੇ ਹਨ ਉਹਨਾਂ ਨੂੰ ਮੰਨਣ ਦਾ ਪੂਰਾ ਅਧਿਕਾਰ ਹੈ। ਮੈਂ ਉਹਨਾਂ ਦਾ ਪੂਰਾ ਸਤਿਕਾਰ ਕਰਦਾ ਹਾਂ, ਜੇਕਰ ਉਹਨਾਂ ਦਾ ਆਤਮਾ ਤੇ ਪਰਮਾਤਮਾ 'ਚ ਵਿਸ਼ਵਾਸ ਹੈ ਮੈਂ ਉਹਨਾਂ ਦੇ ਇਸ ਵਿਸ਼ਵਾਸ ਦਾ ਸਤਿਕਾਰ ਕਰਦਾ ਹਾਂ। ਮੈਂ ਇਸ ਦੇ ਵਿੱਚ ਕੋਈ ਬਹਿਸ ਨਹੀਂ ਕਰਨੀ ਚਾਹੁੰਦਾ ਕਿ ਪਰਮਾਤਮਾ ਹੈ ਕਿ ਨਹੀਂ ਹੈ, ਦੋਵੇਂ ਗੱਲਾਂ ਹਨ। ਕਿਸੇ ਨੇ ਕਿਹਾ ਪਰਮਾਤਮਾ ਕਿੱਥੇ ਹੈ, ਉਹਨੇ ਜਵਾਬ ਪੁੱਛਿਆ ਤੂੰ ਦੱਸ ਪਰਮਾਤਮਾ ਕਿੱਥੇ ਨਹੀਂ ਹੈ। ਸੋ ਕਹਿਣ ਤੋਂ ਪਾ ਰਿਹਾ ਇਹ ਨਾ ਤਾਂ ਇਹ ਸਾਬਤ ਕੀਤਾ ਜਾ ਸਕਦਾ ਕਿ ਪਰਮਾਤਮਾ ਹੈ, ਨਾ ਇਹ ਸਾਬਤ ਕੀਤਾ ਜਾ ਸਕਦਾ ਕਿ ਪਰਮਾਤਮਾ ਨਹੀਂ ਹੈ। ਇਹ ਆਪਣੇ ਇੰਡੀਵਿਜੁਅਲ ਵਿਸ਼ਵਾਸ ਦੀ ਗੱਲ ਹੈ, ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰੋ। ਤੁਹਾਨੂੰ ਮੂੰਗੀ ਦੀ ਦਾਲ ਚੰਗੀ ਲੱਗਦੀ ਹੈ ਤੁਸੀਂ ਮੂੰਗੀ ਦੀ ਖਾ ਲਓ, ਤੁਸੀਂ ਕਿਸੇ ਦੂਜੇ ਨੂੰ ਮਾਂ ਦੀ ਚੰਗੀ ਲੱਗਦੀ ਹੈ ਮਾਂ ਦੀ ਖਾ ਲਵੇ। ਸੋ ਕਹਿਣ ਤੋਂ ਪਾ ਰਿਹਾ ਸਾਰੇ ਧਰਮ ਜਿਹੜੇ ਹਨ, ਤੁਸੀਂ ਦੇਖੋ ਧਾਰਮਿਕ ਵਿਅਕਤੀ ਜਿਹੜੇ ਹਨ ਪੁਰੋਹਿਤ ਪੁਜਾਰੀ ਭਾਈ ਮੁੱਲਾਂ, ਇਹ ਸਾਨੂੰ ਪਰਲੋਕ ਦੇ ਲਾਰੇ ਲਾ ਕੇ ਆਪਣਾ ਲੋਕ ਸਵਾਲ ਰਹੇ ਹਨ, ਉਹ ਇਸ ਲੋਕ ਵਿੱਚ ਮੁਸਕਾਉਣ ਰਹੇ ਹਨ, ਉਹ ਸਾਡੇ ਪਰਲੋਕ ਦੀਆਂ ਗੱਲਾਂ ਕਰ ਕਰਕੇ। ਸੋ ਅਗਲੀ ਦੁਨੀਆਂ ਵਿੱਚ ਕੀ ਹੋਏਗਾ ਮਹਿੰਤਾ ਸਾਹਿਬ ਨਾ, ਅਸੀਂ ਅਰਦਾਸ ਕਰਦੇ ਭੁੱਲਾਂ ਚੁੱਕਾਂ ਮਾਫ਼ ਕਰਾਉਂਦੇ ਹਾਂ, ਪਾਪ ਮਾਫ਼ ਕਰਾਉਂਦੇ, ਪਾਪ ਕਰਦੇ ਕਿਹੜਾ ਹੈਗੇ ਆ, ਸਾਡੇ ਕੋਲ ਪਾਪ ਕਰਨ ਦੀ ਸਮਰੱਥਾ ਹੀ ਕੀ ਹੈਗੇ। ਜੇਕਰ ਅਸੀਂ ਇੱਕ ਪਾਸੇ ਕਹਿੰਦੇ ਹਾਂ ਕਿ ਸਭ ਕੁਝ ਪਰਮਾਤਮਾ ਦੇ ਹੁਕਮ ਨਾਲ ਹੋ ਰਿਹਾ ਤਾਂ ਪਾਪ ਦਾ ਮਤਲਬ ਹੀ ਕੋਈ ਨਹੀਂ ਹੈ, ਸਭ ਕੁਝ ਉਸੇ ਦੇ ਹੁਕਮ ਨਾਲ ਹੋ ਰਿਹਾ। ਜੇ ਪਾਪ ਹੋ ਰਿਹਾ ਜਿਸ ਨੂੰ ਅਸੀਂ ਪਾਪ ਕਹਿੰਦੇ ਹਾਂ ਉਹ ਵੀ ਤਾਂ ਉਹਦੇ ਹੁਕਮ ਨਾਲ ਹੀ ਹੋ ਰਿਹਾ, ਜੇ ਸਭ ਕੁਝ ਉਹਦੇ ਹੁਕਮ ਨਾਲ ਹੋ ਰਿਹਾ ਤਾਂ ਫਿਰ ਬੰਦੇ ਦਾ ਮਨ ਵੀ ਕੀ ਹੈ, ਬੰਦੇ ਦਾ ਮਤਲਬ ਵੀ ਕੀ ਹੈ। ਸੋ ਇਹ ਵਿਸ਼ਾ ਜਿਹੜਾ ਹੈ ਇਹ ਇਤਨਾ ਵਿਸ਼ਾ ਹੈ, 1000 ਸਾਲਾਂ ਤੋਂ ਲੋਕ ਇਹਨੂੰ ਵਿਚਾਰ ਰਹੇ ਹਨ, 1000 ਸਾਲ ਹੋਰ ਵਿਚਾਰਦੇ ਰਹਿਣਗੇ। ਕੁਝ ਵਿਸ਼ੇ ਹੁੰਦੇ ਹਨ ਜਿਹੜੇ ਵਿਚਾਰੇ ਜਾਂਦੇ ਹਨ ਜਿਹਨਾਂ ਬਾਰੇ ਨਿਰਣਾ ਨਹੀਂ ਹੁੰਦਾ ਹੁੰਦਾ, ਪਰੰਤੂ ਹਰ ਇੱਕ ਵਿਅਕਤੀ ਨੂੰ ਆਪਣੀ ਕਿਸਮ ਦਾ ਵਿਸ਼ਵਾਸ ਰੱਖਣ ਦਾ ਅਧਿਕਾਰ ਹੈ। ਮੈਂ ਇਸ ਅਧਿਕਾਰ ਦਾ ਜੀ। ਵਕਤ ਬਹੁਤ ਜ਼ਿਆਦਾ ਹੋ ਗਿਆ ਪਰ ਫਿਰ ਵੀ ਸਵਾਲਾਂ ਦੀ ਜਿਹੜੀ ਦਿਮਾਗ ਦੇ ਵਿੱਚ ਇੰਨੀ ਹਨੇਰੀ ਆਈ ਵੀ ਹੈ, ਜੀ ਕਰੀ ਜਾਂਦਾ ਕਿ ਹੋਰ ਗੱਲਾਂ ਪੁੱਛੀਏ ਹੋਰ ਪੁੱਛੀਏ। ਇੱਕ ਜਿਹੜਾ ਸਵਾਲ ਹਮੇਸ਼ਾ ਅਸੀਂ ਵਿਦੇਸ਼ ਦੇ ਵਿੱਚ ਬੈਠੇ ਜ਼ਿਆਦਾ ਜਿਹੜੇ ਚੈਨਲ ਵਾਲੇ ਨੇ ਜਾਂ ਰੇਡੀਓ ਵਾਲੇ ਨੇ ਗੇ, ਟੀਵੀ ਵਾਲੇ ਨੇ ਜਾਂ ਅਸੀਂ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਇਕੱਠੇ ਹੁੰਦੇ ਹਾਂ, ਅਸੀਂ ਆਪਣਾ ਸੱਭਿਆਚਾਰ ਬਚਾਉਣਾ, ਅਸੀਂ ਸੱਭਿਆਚਾਰ ਬਚਾਉਣਾ, ਇਹ ਗੱਲ ਬਹੁਤ ਹੁੰਦੀ ਰਹਿੰਦੀ ਹੈਗੀ। ਸੱਭਿਆਚਾਰ, ਸਾਡੇ ਸੱਭਿਆਚਾਰ ਦੀ, ਪੰਜਾਬੀ ਸੱਭਿਆਚਾਰ ਦੀ ਜਾਂ ਇੰਡੀਆ ਦੇ ਸੱਭਿਆਚਾਰ ਦੀ ਤੁਸੀਂ ਕਿਸ ਤਰ੍ਹਾਂ ਵਿਆਖਿਆ ਕਰਦੇ ਹੋ, ਕੀ ਉਸ ਦੇ ਵਿੱਚ ਕਵਰ ਕਰਦੇ ਹੋ? ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਜਿਵੇਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਨਾ, ਅਸੀਂ ਇਸ ਭੁਲੇਖੇ ਅਧੀਨ ਕਰਦੇ ਹਾਂ ਕਿ ਸੱਭਿਆਚਾਰ ਤਾਂ ਸਾਡਾ ਹੀ ਹੈ, ਬਾਕੀ ਦੁਨੀਆਂ ਦੇ ਕਿਸੇ ਦੇਸ਼ ਦਾ ਕੋਈ ਸੱਭਿਆਚਾਰ ਨਹੀਂ ਹੈ ਜੀ। ਹਰ ਬੰਦੇ ਦਾ ਸੱਭਿਆਚਾਰ ਹੁੰਦਾ, ਹਰ ਖਿੱਤੇ ਦਾ ਸੱਭਿਆਚਾਰ ਹੈ, ਹਰ ਦੇਸ਼ ਦਾ ਸੱਭਿਆਚਾਰ ਹੈ, ਹਰ ਸਮਾਜ ਦਾ ਸੱਭਿਆਚਾਰ ਹੈ। ਮਤਲਬ ਕਹਿਣ ਦਾ ਇਹ ਹੈ ਕਿ ਇੱਕ ਅਸੀਂ ਕਹਿੰਦੇ ਹੈਗੇ ਹਾਂ ਕਿ ਸਾਡਾ ਸੱਭਿਆਚਾਰ ਖਤਰੇ 'ਚ ਹੈ, ਕੋਈ ਸੱਭਿਆਚਾਰ ਖਤਰੇ ਵਿੱਚ ਨਹੀਂ ਹੁੰਦਾ ਹੁੰਦਾ। ਅੰਗਰੇਜ਼ ਹਿੰਦੁਸਤਾਨ ਦੇ ਵਿੱਚ 250-250 ਸਾਲ ਰਹੇ, ਪਰੰਤੂ ਹਿੰਦੁਸਤਾਨ ਦੀ ਜਿਹੜੀ ਰਸੋਈ ਹੈ ਉਹਦੇ 'ਤੇ ਅੰਗਰੇਜ਼ ਦਾ ਕੋਈ ਪ੍ਰਭਾਵ ਨਹੀਂ ਹੈ। ਮਤਲਬ ਕਿ ਸਾਡੇ ਵਿਆਹ ਹੁਣ ਵੀ ਉਵੇਂ ਹੀ ਹੁੰਦੇ ਆ ਜਿਵੇਂ ਅੱਜ ਤੋਂ 200 ਸਾਲ ਪਹਿਲਾਂ ਹੁੰਦੇ ਸੀ। ਸੋ ਜਿਹੜਾ ਸੱਭਿਆਚਾਰ ਹੁੰਦਾ ਉਹ ਲੋਕਾਂ ਦੀ ਜੀਵਨ ਜਾਂਚ ਦੇ ਵਿੱਚ ਕਈ ਪੱਖ ਜਿਹੜੇ ਹਨ ਉਹ ਕਾਰਜਸ਼ੀਲ ਹੁੰਦੇ ਹਨ। ਸਭ ਤੋਂ ਪਹਿਲੀ ਤਾਂ ਭੂਗੋਲਿਕ ਸਥਿਤੀ ਹੁੰਦੀ ਹੈ, ਜਿੱਥੇ ਮੌਸਮ ਠੰਡਾ ਉੱਥੇ ਹੋਰ ਕਿਸਮ ਦੇ ਕੱਪੜੇ ਪਾਏ ਜਾਂਦੇ ਹਨ, ਜਿੱਥੇ ਮੌਸਮ ਚੰਗਾ ਹੈ ਉੱਥੇ ਹੋਰ ਕਿਸਮ ਦੇ ਕੱਪੜੇ ਪਾਏ ਜਾਂਦੇ ਹਨ। ਸੋ ਕਹਿਣ ਤੋਂ ਭਾਵ ਇਹ ਹੈਗਾ ਭੂਗੋਲਿਕ ਸਥਿਤੀ ਹੈ, ਇਤਿਹਾਸ ਹੈ, ਬੰਦੇ ਦਾ ਪ੍ਰੋਫੈਸ਼ਨ ਹੈ। ਪੰਜਾਬ ਦੇ ਵਿੱਚ ਦਰਿਆਵਾਂ ਦਾ ਪਾਣੀ ਆਮ ਸੀ,
ਥੋੜੀ ਜਿਹੀ ਮਿਹਨਤ ਨਾਲ ਫਸਲ ਹੋ ਜਾਂਦੀ ਸੀ। ਇਸ ਕਰਕੇ ਸਾਡਾ ਸੱਭਿਆਚਾਰ ਇਸ ਕਿਸਮ ਦਾ ਬਣ ਗਿਆ ਕਿ ਸਾਡੇ ਕੋਲ ਖੁੱਲ੍ਹ ਸੀ ਨੱਚਣ ਖੇਡਣ ਦੀ, ਅਸੀਂ ਉਸ ਨੂੰ ਗਿੱਧੇ ਭੰਗੜੇ ਨੂੰ ਅਸੀਂ ਡਿਵੈਲਪ ਕਰ ਲਿਆ। ਉਹ ਵਿਹਲੇ ਸਮੇਂ ਦੇ ਵਿੱਚ ਅਸੀਂ ਉਹ ਕੁਛ ਕਰਦੇ ਹੈਗੇ ਹਾਂ, ਪਰੰਤੂ ਜੇਕਰ ਅਸੀਂ ਪਹਾੜੀ ਇਲਾਕੇ ਵਿੱਚ ਰਹਾਂਗੇ ਤਾਂ ਪਹਾੜੀ ਇਲਾਕੇ ਤੇ ਉਹ ਸੱਭਿਆਚਾਰ ਪੈਦਾ ਨਹੀਂ ਹੋ ਸਕਦਾ ਜਿਹੜਾ ਅਸੀਂ ਕਰਦੇ ਹੈਗੇ ਹਾਂ। ਇਵੇਂ ਧਰਮ ਦੀਆਂ ਬਹੁਤ ਗੱਲਾਂ ਵੀ ਭੂਗੋਲਿਕ ਸਥਿਤੀ ਦੇ ਨਾਲ ਜਿਹੜੇ ਧਰਮ ਹਨ ਦੁਨੀਆਂ ਦੇ, ਯਹੂਦੀ ਧਰਮ, ਇਸਲਾਮ ਤੇ ਈਸਾਈ ਧਰਮ, ਇਹ ਰੇਤਲੇ ਇਲਾਕੇ ਵਿੱਚ ਪੈਦਾ ਹੋਏ ਸੀ ਯਰੂਸ਼ਲਮ ਦੇ ਵਿੱਚ। ਇਹਨਾਂ ਦੇ ਚਿੰਨ੍ਹਾਂ ਦੇ ਵਿੱਚ ਮੁਰਦਿਆਂ ਨੂੰ ਦਫਨਾਉਣ ਦੀ ਰਸਮ ਹੈਗੀ ਹੈ, ਇਹ ਉਹਨਾਂ ਦਾ ਸੱਭਿਆਚਾਰ ਹੈ ਕਿਉਂਕਿ ਇਹ ਮਜਬੂਰੀ ਸੀ, ਲੱਕੜ ਹੈ ਨਹੀਂ ਸੀ ਜਿਹਦੇ ਨਾਲ ਜਲਾਇਆ ਜਾ ਸਕੇ, ਪਾਣੀ ਹੈ ਨਹੀਂ ਸੀ ਜਿਹਦੇ ਵਿੱਚ ਰੋੜਿਆ ਜਾ ਸਕੇ, ਇਸ ਕਰਕੇ ਉਹਨਾਂ ਨੇ ਰੇਤ ਨੂੰ ਪੁੱਟ ਕੇ ਉਹਦੇ ਵਿੱਚ ਦਫਨਾਉਣ ਦੀ ਜਿਹੜੀ ਸੀ ਆਦਤ ਜਿਹੜੀ ਸੀ ਜਾਂ ਰਿਵਾਜ਼ ਸੀ ਉਹ ਅਪਣਾਇਆ। ਹਿੰਦੁਸਤਾਨ ਦੇ ਵਿੱਚ ਲੱਕੜ ਆਮ ਸੀ, ਦਰਿਆ ਸਨ, ਇਹਦੇ ਵਿੱਚ ਅਗਨੀ ਜਿਹੜੇ ਪਵਿੱਤਰ ਸਮਝੇ ਨੇ। ਸਾਡੇ ਚਾਰ ਧਰਮ ਪੈਦਾ ਹੋਏ, ਜੈਨ ਧਰਮ, ਹਿੰਦੂ ਧਰਮ, ਬੁੱਧ ਧਰਮ, ਸਿੱਖ ਧਰਮ, ਸਾਡੇ ਇਹਨਾਂ ਚਾਰ ਧਰਮਾਂ ਦੇ ਸੰਸਕਾਰ ਕਰਨ ਦੀ ਰਸਮ ਹੈਗੀ ਹੈ। ਸੋ ਸੱਭਿਆਚਾਰ ਜਿਹੜਾ ਹੈ ਉਹ ਆਲੇ ਦੁਆਲੇ ਦੀਆਂ ਹਾਲਤਾਂ, ਆਪਣੇ ਇਤਿਹਾਸ, ਭਾਸ਼ਾ, ਧਰਮ ਜਾਂ ਇਹਨਾਂ ਗੱਲਾਂ ਦੇ ਨਾਲ ਜੁੜਿਆ ਹੁੰਦਾ ਹੁੰਦਾ ਹੈ। ਸੱਭਿਆਚਾਰ ਨੂੰ ਕੋਈ ਖਤਰਾ ਨਹੀਂ ਹੈਗਾ। ਜਦੋਂ ਕੋਈ ਨਵਾਂ, ਅਸੀਂ ਪੱਛਮ ਦਾ ਸੱਭਿਆਚਾਰ ਸਾਡੇ ਸੱਭਿਆਚਾਰ ਨੂੰ ਢਾ ਨਹੀਂ ਰਿਹਾ, ਪ੍ਰਭਾਵ ਪਾ ਰਿਹਾ, ਸਗੋਂ ਸਾਡਾ ਸੱਭਿਆਚਾਰ ਪੱਛਮ ਦੇ ਸੱਭਿਆਚਾਰ ਨਾਲ ਪਰਿਚਿਤ ਹੋ ਰਿਹਾ, ਉਸ ਨੂੰ ਉਹਦੇ ਵਿੱਚ ਰਲ ਮਿਲ ਕੇ ਆ ਰਿਹਾ। ਮਿਸਾਲ ਦੇ ਤੌਰ ਤੇ ਜਿਹੜਾ ਸਾਡਾ ਭੰਗੜਾ ਹੈਗਾ ਉਹ ਦੁਨੀਆਂ ਭਰ ਦੇ ਵਿੱਚ ਉਹਦੇ ਵਿੱਚ ਫੈਲਣ ਦੀ ਸਮਰੱਥਾ ਹੈਗੀ ਹੈ, ਕਿਉਂਕਿ ਉਹਦੇ ਜਾਨ ਹੈ, ਉਹਦੇ ਵਿੱਚ ਜੋਸ਼ ਹੈ, ਉਹਦੇ ਵਿੱਚ ਜਿਹੜਾ ਢੋਲ ਵੱਜਦਾ ਉਸ ਵੇਲੇ ਜਿਸ ਨੇ ਕਦੀ ਭੰਗੜਾ ਨਹੀਂ ਪਾਇਆ ਉਹ ਵੀ ਭੰਗੜਾ ਪਾਉਣ ਲੱਗ ਜਾਂਦਾ। ਪਰੰਤੂ ਸਾਡਾ ਗਿੱਧਾ ਜਿਹੜਾ ਹੈ ਉਹ ਇੰਨਾ ਡਿਵੈਲਪ ਨਹੀਂ ਹੈ, ਉਸ ਦੇ ਮੁਕਾਬਲੇ ਦੁਨੀਆਂ ਦੇ ਹੋਰ ਡਾਂਸ ਜਿਹੜੇ ਹਨ ਜ਼ਿਆਦਾ ਡਿਵੈਲਪ ਹਨ, ਉਹ ਪਾਪੂਲਰ ਹੋਣ ਦੀ ਸੰਭਾਵਨਾ ਨਹੀਂ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਅਸੀਂ ਨਾ ਆਪੇ ਸਿਰਜੀ ਹੋਈ ਜ਼ਿੰਮੇਵਾਰੀ ਚੁੱਕੀ ਹੋਈ ਹੈ ਵੀ ਜਿਵੇਂ ਜੇ ਮੈਂ ਨਾ ਸੱਭਿਆਚਾਰ ਨੂੰ ਬਚਾਇਆ ਤੇ ਮੇਰਾ ਸੱਭਿਆਚਾਰ ਜਿਹੜਾ ਹੈ ਉਹ ਲੋਪ ਹੋ ਜਾਏਗਾ। ਇਸੇ ਤਰੀਕੇ ਨਾਲ ਕਈ ਲੋਕ ਜਦੋਂ ਕ੍ਰਿਕਟ ਦਾ ਮੈਚ ਦੇਖਦੇ ਹਨ ਨਾ, ਜਦੋਂ ਕੋਈ ਖਿਡਾਰੀ ਆਊਟ ਹੋ ਜਾਂਦਾ ਤਾੜੀਆਂ ਮਾਰਦੇ ਹਨ, ਉਹ ਇਸ ਭੁਲੇਖੇ ਅਧੀਨ ਮਾਰਦੇ ਹਨ ਜੇ ਮੈਂ ਤਾੜੀਆਂ ਨਾ ਮਾਰੀ ਤੇ ਮੇਰੀ ਟੀਮ ਹਾਰ ਜਾਏਗੀ। ਕਹਿਣ ਤੋਂ ਪਾਵੇਗਾ ਕਿ ਉਹ ਬੜਾ ਭੁਲੇਖਾ ਸਿਰਜਿਆ ਹੋਇਆ ਕਿ ਅਸੀਂ ਸੱਭਿਆਚਾਰ ਨੂੰ ਬਚਾਉਣਾ, ਸੱਭਿਆਚਾਰ ਨੂੰ ਕੋਈ ਖਤਰਾ ਨਹੀਂ ਹੈ। ਤੁਸੀਂ ਵੈਸੇ ਤਾਂ ਮੈਂ ਚਾਹਾਂਗਾ ਕਿ ਪੰਜਾਬੀ ਜਿੱਥੇ ਵੀ ਜਾਣ, ਜੇਕਰ ਉਹ ਅਮਰੀਕਾ ਗਏ ਹੈ ਤਾਂ ਉਹ ਬਾਹਰੋਂ ਉਹਨਾਂ ਨੂੰ ਅਮਰੀਕਨ ਜੀਵਨ ਜਾਂਚ ਅਪਣਾਉਣੀ ਚਾਹੀਦੀ ਹੈ ਤੇ ਅੰਦਰੋਂ ਆਪਣੇ ਸੱਭਿਆਚਾਰਕ ਜੀਵਨ ਜਿਉਣਾ ਚਾਹੀਦਾ। ਘਰਾਂ ਦੇ ਵਿੱਚ ਉਹਨਾਂ ਨੂੰ ਪੰਜਾਬੀ ਜੀਵਨ ਜਿਉਣਾ ਚਾਹੀਦਾ, ਪਰੰਤੂ ਬਾਹਰ ਉਹਨਾਂ ਨੂੰ ਅਮਰੀਕਨ ਜੀਵਨ ਜਿਉਣਾ ਚਾਹੀਦਾ। ਚੀਨੀਆਂ ਨੇ ਇਹ ਦੁਨੀਆਂ ਦੇ ਵਿੱਚ ਕੀਤਾ ਹੈਗਾ ਜਿਹੜਾ ਅਸੀਂ ਨਹੀਂ ਕਰ ਸਕੇ। ਸੋ ਇਸ ਢੰਗ ਤੋਂ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ, ਐਵੇਂ ਆਪਣਾ ਮਹੱਤਵ ਵਧਾਉਣ ਦਾ ਇੱਕ ਢੰਗ ਲੱਭ ਲਿਆ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਬਣਾਉਣਾ। ਇਸੇ ਤਰੀਕੇ ਨਾਲ ਕਈ ਵਾਰੀ ਅਸੀਂ ਰੌਲਾ ਪਾਉਣ ਲੱਗ ਜਾਂਦੇ ਹਾਂ ਕਿ ਅਸੀਂ ਆਪਣੀ ਮਾਂ ਬੋਲੀ ਬਚਾਉਣੀ ਹੈ, ਮਾਂ ਬੋਲੀ ਜਿਹੜੀ ਹੈ ਉਹਦੀ ਰੱਖਿਆ ਕਰਨੀ ਹੈਗੀ ਹੈ। ਸੋ ਨਾ ਮਾਂ ਬੋਲੀ ਨੂੰ ਖਤਰਾ, ਨਾ ਸੱਭਿਆਚਾਰ ਨੂੰ ਖਤਰਾ, ਨਾ ਸਾਡੇ ਪੰਜਾਬ ਨੂੰ ਖਤਰਾ। ਸੋ ਇਸ ਦ੍ਰਿਸ਼ਟੀ ਤੋਂ ਮੈਂ ਵੇਖਦਾ ਕਿ ਇਹ ਆਪੇ ਸਿਰਜੀਆਂ ਹੋਈਆਂ ਸਮੱਸਿਆਵਾਂ ਹਨ, ਆਪਣੀਆਂ ਸਿਰਜੀਆਂ ਹੋਈਆਂ ਕੰਟਰੋਵਰਸੀਆਂ ਹਨ ਜੀ। ਇਸੇ ਤਰ੍ਹਾਂ ਇੱਕ ਹੋਰ ਸਮੱਸਿਆ ਜਿਹੜੀ ਸਾਡੇ ਸਮਾਜ ਦੇ ਵਿੱਚ, ਉਸ ਦੇ ਬਾਰੇ ਵੀ ਮੈਂ ਤੁਹਾਡੇ ਵਿਊ ਲੈਣ ਦੀ ਕੋਸ਼ਿਸ਼ ਕਰੂੰਗਾ ਜੀ, ਭਰੂਣ ਹੱਤਿਆ। ਭਰੂਣ ਹੱਤਿਆ ਔਰ ਪੰਜਾਬ ਦਾ ਨਾਮ ਬਣਿਆ ਰਿਹਾ ਇਸ ਗੱਲ ਦੇ ਵਿੱਚ ਕਿ ਕੁੜੀਆਂ ਦੀ ਗਿਣਤੀ ਹਮੇਸ਼ਾ ਘੱਟ ਰਹੀ ਆ, ਪਰ ਜਿਸ ਤਰ੍ਹਾਂ ਮੈਂ ਕੁਛ ਦਿਨ ਪਹਿਲਾਂ ਵੀ ਇਸ ਸਬਜੈਕਟ ਦੇ ਉੱਪਰ ਵਿਚਾਰ ਕਰ ਰਿਹਾ ਸੀਗਾ, ਉਹ ਇਹੀ ਹੈ ਕਿ ਉਹਦੇ ਪਿੱਛੇ ਵੀ ਕੋਈ ਨਾ ਕੋਈ ਮਜਬੂਰੀ ਹੈ। ਜੇ ਸੱਸ ਕਹਿੰਦੀ ਹੈਗੀ ਕਿ ਮੇਰੇ ਘਰ ਦੇ ਵਿੱਚ ਧੀ ਨਾ ਜੰਮੇ ਮੁੰਡਾ ਜੰਮੇ, ਉਹਦੇ ਪਿੱਛੇ ਵੀ ਉਹਦਾ ਪਿਛੋਕੜ ਹੋ ਸਕਦਾ ਗਾ, ਤੁਸੀਂ ਕੀ ਵਿਚਾਰ ਦੇਵੋਗੇ ਇਸ ਭਰੂਣ ਹੱਤਿਆ ਵਾਲੀ ਜਿਹੜਾ ਪੂਰਾ ਜਿਹੜਾ ਇੱਕ ਸਬਜੈਕਟ ਜਾਂ ਇਸ਼ੂ ਸਾਡੇ ਸਾਡੀ ਧਰਤੀ ਦੇ ਉੱਪਰ ਹਮੇਸ਼ਾ ਬਣਿਆ ਰਿਹਾ ਪਿਛਲੇ ਕਾਫੀ ਸਮੇਂ ਤੋਂ? ਇਹ ਇੱਕ ਆਰਜ਼ੀ ਸਥਿਤੀ ਹੈ ਜੀ, ਉਹ ਤਾਂ ਚਿਰ ਨਹੀਂ ਰਹੇਗੀ, ਇਹ ਥੋੜੇ ਚਿਰ ਦੀ ਸਮੱਸਿਆ ਹੈ, ਜਦੋਂ ਸੋਝੀ ਪੈਦਾ ਹੋ ਜਾਏਗੀ। ਅਸਲੀਅਤ ਵਿੱਚ ਇਹ ਹੁੰਦਾ ਜਿਸ ਪਰਿਵਾਰ ਦੇ ਵਿੱਚ ਵੀ ਇਸ ਵੇਲੇ ਤਿੰਨ ਬੱਚੇ ਹਨ ਨਾ, ਇਹਦਾ ਮਤਲਬ ਉੱਥੇ ਦੋ ਲੜਕੀਆਂ ਹਨ ਤੇ ਇੱਕ ਲੜਕਾ ਹੈ। ਇਹ ਭਰੂਣ ਹੱਤਿਆ ਦੀ ਜਿਹੜੀ ਸਮੱਸਿਆ ਹੈ ਨਾ, ਇਹਦੇ ਆਰਥਿਕ ਪੱਖ ਨੂੰ ਸਾਹਮਣੇ ਰੱਖਣ ਦੀ ਲੋੜ ਹੈਗੀ ਹੈ, ਇਹ ਸਮਾਜਿਕ ਪੱਖ ਦੀ। ਜਦੋਂ ਪਰਿਵਾਰ ਦੇ ਵਿੱਚ ਧੀ ਪੈਦਾ ਹੁੰਦੀ ਹੈ ਨਾ, ਵੈਸੇ ਧੀ ਦਾ ਪੈਦਾ ਹੋਣਾ ਪਰਿਵਾਰ ਦੀ ਖੁਸ਼ਹਾਲੀ ਦਾ ਸੰਕੇਤ ਹੁੰਦਾ ਹੁੰਦਾ ਹੈ। ਅਤੇ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਬਹੁਤੀਆਂ ਸਮੱਸਿਆਵਾਂ ਨਾ, ਇਹਦਾ ਇੱਕ ਕਾਰਨ ਇਹ ਹੈ ਕਿ ਪਰਿਵਾਰਾਂ ਦੇ ਵਿੱਚ ਧੀਆਂ ਨਹੀਂ ਹੈਗੀਆਂ। ਜੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਧੀ ਨਾ ਹੋਵੇ ਤਾਂ ਪੁਰਸ਼ ਵਿੱਚ ਪਿਤਾ ਵਾਲੇ ਗੁਣ ਹੀ ਨਹੀਂ ਪੈਦਾ ਹੁੰਦੇ। ਇੱਕ ਔਰਤ ਸੀ, ਉਹਦੇ ਦੋ ਪੁੱਤਰ ਸੀ ਤੇ ਕਿਸੇ ਨੇ ਪੁੱਛਿਆ ਵੀ ਤੁਹਾਡੇ ਕਿੰਨੇ ਬੱਚੇ ਹਨ? ਉਹ ਕਹਿੰਦੀ ਬੱਚੇ ਤਾਂ ਦੋ ਹਨ, ਪਾਲ ਮੈਂ ਤਿੰਨ ਰਹੀ ਹੈ। ਕਹਿਣ ਤੋਂ ਭਾਵ ਹੈਗਾ ਕਿ ਧੀ ਜਿਹੜੀ ਹੈ ਉਹ ਮਾਂ ਦੀ ਸੰਗੀ ਹੁੰਦੀ ਹੈ।
ਜਿਸ ਘਰ ਦੇ ਵਿੱਚ ਧੀ ਹੁੰਦੀ ਆ ਉਸ ਘਰ ਦੇ ਵਿੱਚ ਪੁਰਸ਼ਾਂ ਦੀ ਦੇਖਭਾਲ ਬੈਟਰ ਹੁੰਦੀ ਆ, ਉਹਦੇ ਵਿੱਚ ਪਿਤਾ ਨੂੰ ਪਿਤਾ ਹੋਣ ਦਾ ਸੁੱਖ ਵਧੇਰੇ ਮਿਲਦਾ ਹੈਗਾ। ਇਹ ਤਾਂ ਅਸੀਂ ਹਰ ਗੱਲ ਨੂੰ ਪੈਸੇ ਨਾਲ ਜੋੜ ਕੇ ਜਿਹੜਾ ਹੈ ਨਾ ਵੇਖਣ ਲੱਗ ਪਏ ਹਾਂ। ਸਾਡੀ ਸਮਾਜਿਕ ਸਥਿਤੀ ਇਸ ਕਿਸਮ ਦੀ ਹੈਗੀ ਹੈ, ਜਦੋਂ ਪਰਿਵਾਰ ਦੇ ਵਿੱਚ ਧੀ ਪੈਦਾ ਹੁੰਦੀ ਹੈ ਤਾਂ ਪਿਓ ਨੂੰ ਸ਼ਹਿਰ ਦੇ ਹਰ ਬਦਮਾਸ਼ ਦਾ ਧਿਆਨ ਰੱਖਣਾ ਪੈਂਦਾ। ਸੋ ਇਹਨਾਂ ਕਾਰਨਾਂ ਕਰਕੇ ਅਸੀਂ ਧੀ ਨੂੰ ਜਿਹੜਾ ਹੈ ਨੀਵਾਂ ਸਮਝਦੇ ਹੈਗੇ ਹਾਂ। ਪਰੰਤੂ ਮੈਂ ਇਹ ਸਮਝਦਾ ਇਹ ਪੰਜਾਬ ਦੇ ਲੋਕਾਂ ਦੀ ਬਹੁਤ ਨੀਵੀਂ ਸੋਚ ਹੈ। ਅਸੀਂ ਗੁਰੂਆਂ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਭੁੱਲ ਕੇ ਇਹ ਗੱਲ ਕਰ ਰਹੇ ਹਾਂ। ਇਹ ਗੱਲ ਬਹੁਤ ਚਿਰ ਚੱਲੇਗੀ ਨੀ, ਜੇ ਚੱਲੇਗੀ ਤਾਂ ਪੰਜਾਬ ਪੰਜਾਬ ਨਹੀਂ ਰਹੇਗਾ, ਪੰਜਾਬੀ ਪੰਜਾਬੀ ਨਹੀਂ ਰਹੇਗੀ, ਇਹਨਾਂ ਦੇ ਵਿੱਚ ਉਹ ਮਰਦਾਨਗੀ ਹੀ ਨਹੀਂ ਰਹੇਗੀ। ਹਾਂਜੀ ਬਿਲਕੁਲ, ਇਸੇ ਕਾਰਨ ਇਹ ਦੁਨੀਆਂ ਦੇ ਵਿੱਚ ਮੰਨੇ ਜਾਂਦੇ। ਸਮਾਂ ਬਹੁਤ ਜ਼ਰੂਰੀ ਹੈ। ਮੈਂ ਤਾਂ ਕਹਾਂਗਾ ਕਿ ਹਰ ਪਰਿਵਾਰ ਦੇ ਵਿੱਚ ਧੀ ਹੋਣੀ ਚਾਹੀਦੀ ਹੈ। ਜੇਕਰ ਉਹਨਾਂ ਦੇ ਦੋ ਪੁੱਤਰ ਹਨ, ਉਹਨਾਂ ਤੋਂ ਇੱਕ ਲੜਕੀ ਅਡੋਪਟ ਕਰਨੀ ਚਾਹੀਦੀ ਹੈ ਤਾਂ ਕਿ ਉਸ ਘਰ ਦੇ ਵਿੱਚ ਬੈਲੈਂਸ ਬਣਿਆ ਰਹੇ, ਉਸ ਘਰ ਦੇ ਵਿੱਚ ਇੱਕ ਸੰਤੁਲਨ ਬਣਿਆ ਰਹੇ। ਮੈਂ ਤਾਂ ਇਹ ਦੁਬਾਰਾ ਕਹਿ ਰਿਹਾ ਹੈਗਾ, ਜਿਸ ਪਰਿਵਾਰ ਦੇ ਵਿੱਚ ਧੀ ਨਹੀਂ ਹੈ ਉਸ ਘਰ ਦੇ ਪੁਰਸ਼ ਵਿੱਚ ਪਿਤਾ ਵਾਲੇ ਗੁਣ ਹੀ ਨਹੀਂ ਪੈਦਾ। ਬਿਲਕੁਲ ਬਿਲਕੁਲ ਸਹਿਮਤ ਹਾਂ ਜੀ ਤੁਹਾਡੇ ਇਸ ਗੱਲ ਦੇ ਨਾਲ। ਤੇ ਹਾਂਜੀ ਕਪੂਰ ਸਾਹਿਬ, ਜਿਹੜਾ ਅਗਲਾ ਸਵਾਲ ਹੈ ਜਿਹੜਾ ਸਾਡੇ ਸੱਭਿਆਚਾਰ ਨਾਲ ਵੀ ਇੱਕ ਪਾਸੇ ਤੋਂ ਜੁੜਿਆ ਹੋਇਆ ਕਿ ਅਸੀਂ ਅਕਸਰ ਕਹਿੰਦੇ ਹਾਂ ਕਿ ਜਿਹੜਾ ਸਾਡਾ ਗੀਤ ਸੰਗੀਤ ਹੈ, ਜਿਹੜਾ ਸਾਡਾ ਸਾਡੀਆਂ ਜਿਹੜੀਆਂ ਰੁਚੀਆਂ ਨੇ ਉਹ ਬੜੇ ਹੋਰ ਪਾਸੇ ਨੂੰ ਜਾ ਰਹੀਆਂ ਨੇ, ਤੇ ਕਈ ਵਾਰੀ ਪੰਜਾਬ ਦੇ ਵਿੱਚ ਜਿਹੜੇ ਜਿਹੜਾ ਸਾਡਾ ਗੀਤ ਸੰਗੀਤ ਹੈ ਉਹਦੇ ਬਾਰੇ ਚ ਕਈ ਵਾਰੀ ਫਿਕਰਮੰਦ ਵੀ ਹੁੰਦੀਆਂ ਸੰਸਥਾਵਾਂ ਜਾਂ ਲੋਕਾਂ ਨੂੰ ਦੇਖਿਆ ਜਾਂਦਾ ਕਿ ਉਹ ਪਰਿਵਾਰਕ ਮਾਹੌਲ ਦੇ ਵਿੱਚ ਜਾਂ ਬੈਠ ਕੇ ਸੁਣਿਆ ਜਾਣ ਵਾਲਾ ਨਹੀਂ ਹੈ, ਉਹਦੇ ਬਾਰੇ ਚ ਤੁਹਾਡਾ ਕੀ ਖਿਆਲ ਹੈ? ਮੈਡਮ ਕੋਈ ਅਸੀਂ ਨਾ ਅਸਲ ਚ ਪਤਾ ਨੀ ਕੀ ਕਾਰਨ ਹੈ ਕਿ ਅਸੀਂ ਹੁਣ ਨਾ ਬੜੀ ਜਲਦੀ ਘਬਰਾ ਜਾਂਦੇ ਹੈਗੇ ਆ ਨਿੱਕੀ ਜੀ ਗੱਲ ਤੇ। ਤੁਸੀਂ ਦੇਖੋ ਪੰਜਾਬ ਦਾ ਜਿਹੜਾ ਵੁਮੈਨ ਦਾ ਜਿਹੜਾ ਅਸਲੀ ਪਹਿਰਾਵਾ ਨਾ ਉਹ ਸਲਵਾਰ ਕਮੀਜ਼, ਭਾਵੇਂ ਕੁਝ ਪਾਈ ਜਾਣ, ਮਤਲਬ ਫੈਸ਼ਨ ਕਿਸ ਨੂੰ ਕਹਿੰਦੇ ਹੈਗੇ? ਫੈਸ਼ਨ ਜਿਹੜਾ ਸੈਂਟਰਲ ਹੁੰਦਾ ਨਾ ਵਰਤਾਰਾ, ਕੇਂਦਰੀ ਵਰਤਾਰਾ ਹੁੰਦਾ, ਉਹਦੇ ਲਾਂਭੇ ਚਾਂਭੇ ਜਾਣ ਨੂੰ ਫੈਸ਼ਨ ਕਹਿੰਦੇ ਹੈਗੇ ਆ। ਪੰਜਾਬਣ ਜਿਹੜੀ ਹੈ ਭਾਵੇਂ ਉਹ ਸਕਰਟ ਪਾ ਲਵੇ ਤੇ ਭਾਵੇਂ ਜੀਨਸ ਪਾ ਲਵੇ ਭਾਵੇਂ ਕੁਝ ਪਾ ਲਵੇ, ਪਰੰਤੂ ਉਸਨੂੰ ਜਚਦਾ ਜਿਹੜਾ ਨਾ ਉਹ ਸਲਵਾਰ ਕਮੀਜ਼ ਹੈਗੀ ਹੈ। ਮਤਲਬ ਉਹ ਪੰਜਾਬਣ ਉਦੋਂ ਲੱਗਦੀ ਹੈ ਜਦੋਂ ਉਹਨੇ ਸਲਵਾਰ ਕਮੀਜ਼ ਪਾਈ ਹੁੰਦੀ ਹੈ। ਜੋ ਸੰਗੀਤ ਵਗੈਰਾ ਜਿਹੜਾ ਨਾ ਇਹ ਤਜਰਬੇ ਹੋ ਰਹੇ ਹਨ ਇੱਧਰ ਉੱਧਰ ਜਾਣ ਦੇ। ਸੋ ਪੰਜਾਬ ਦੇ ਨਾ ਸੰਗੀਤ ਨੂੰ ਕੋਈ ਖਤਰਾ ਹੈ ਨਾ ਇਸ ਦੇ ਗੀਤ ਨੂੰ ਕੋਈ ਖਤਰਾ ਹੈਗਾ। ਗੱਲ ਸਿੰਪਲ ਹੈਗੀ ਹੈ, ਤੁਸੀਂ ਭਾਵੇਂ ਪੀਜ਼ਾ ਖਾ ਲਓ ਭਾਵੇਂ ਹੌਟ ਡੌਗ ਖਾ ਲਓ, ਮਨ ਤੁਹਾਡਾ ਕਣਕ ਦੀ ਰੋਟੀ ਖਾਣ ਨੂੰ ਕਰੇਗਾ। ਸੋ ਅਖੀਰ ਤੇ ਬੰਦਾ ਮੁੜ ਕੇ ਉੱਥੇ ਹੀ ਆਏਗਾ। ਇਹ ਸ਼ਰਾਰਤਾਂ ਹਨ ਬੰਦੇ ਦੀਆਂ, ਕਿਉਂਕਿ ਉਹਦੇ ਵਿੱਚ ਐਨਰਜੀ ਹੁੰਦੀ ਹੈ, ਉਹ ਬਹੁਤ ਕੁਝ ਕਰਨਾ ਚਾਹੁੰਦਾ, ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ। ਸੋ ਅਖੀਰ ਤੇ ਫਿਰ ਉਹ ਟਿਕ ਜਾਂਦਾ ਹੈਗਾ, ਉਸ ਨੂੰ ਸੁੱਖ ਉੱਥੋਂ ਮਿਲੇਗਾ। ਸਾਨੂੰ ਸੁੱਖ, ਮਨ ਦੀ ਸ਼ਾਂਤੀ, ਆਤਮਾ ਦੀ ਸ਼ਾਂਤੀ, ਸਾਡੀ ਬੁੱਧੀ ਨੂੰ ਜਿਹੜੀ ਹੈ ਨਾ ਸੁੱਖ ਤੇ ਆਰਾਮ ਜਿਹੜਾ ਹੈ ਆਪਣੇ ਗੀਤ ਅਤੇ ਸੰਗੀਤ ਵਿੱਚ ਮਿਲੇਗਾ। ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੇ ਜੀਵਤ ਰਹਿਣ ਦਾ ਮੁੱਖ ਕਾਰਨ ਇਹ ਹੈ ਕਿ ਇਹ ਗਾਇਆ ਜਾਂਦਾ, ਇਹ ਸੰਗੀਤ ਕਰਕੇ ਬਚਿਆ ਹੋਇਆ। ਨਹੀਂ ਤਾਂ ਇਸ ਦੇ ਮਤਲਬ ਜਿਸ ਕਿਸਮ ਦੇ ਹਾਲਾਤ ਸਨ ਉਸ ਦੇ ਵਿੱਚ ਜਿਉਂਦੇ ਰਹਿਣ ਦੀਆਂ ਸੰਭਾਵਨਾਵਾਂ ਨਹੀਂ ਸਨ, ਪਰੰਤੂ ਕਿਉਂਕਿ ਇਹ ਸੰਗੀਤ ਨਾਲ ਜੁੜਿਆ ਹੋਇਆ ਕੋਈ ਕਿਸੇ ਕਿਸਮ ਦਾ ਖਤਰਾ ਨਹੀਂ ਹੈ, ਘਬਰਾਉਣ ਦੀ ਬਿਲਕੁਲ ਕੋਈ ਲੋੜ ਨਹੀਂ ਹੈ। ਜਿਹੜੀ ਅੰਗਰੇਜ਼ ਹਿੰਦੁਸਤਾਨ ਸਾਡੇ ਦੇਸ਼ ਦੇ ਵਿੱਚ ਚਾਰ ਵੱਡੇ ਟਰਨਿੰਗ ਪੁਆਇੰਟਸ ਆਏ ਹਨ। ਇੱਕ ਸੀ ਆਰੀਅਨ ਲੋਕਾਂ ਦਾ ਆਉਣਾ, ਦੂਜਾ ਸੀ ਬੁੱਧ ਦਾ ਪ੍ਰਗਟ ਹੋਣਾ, ਤੀਜਾ ਸੀ ਇਸਲਾਮ ਦਾ ਆਉਣਾ, ਚੌਥਾ ਸੀ ਅੰਗਰੇਜ਼ਾਂ ਦਾ ਆਗਮਨ। ਇਹਨਾਂ ਚਾਰਾਂ ਦੇ ਨਾਲ ਸਾਡਾ ਜਿਹੜਾ ਸੱਭਿਆਚਾਰ ਨਾਲ ਕਈ ਪਰਤ ਹੋਰ ਜੁੜ ਵੀ ਗਈ ਹੈ, ਪਰੰਤੂ ਸਿਆਰ ਨੂੰ ਕੋਈ ਖਤਰਾ ਨਹੀਂ ਹੁੰਦਾ, ਸੱਭਿਅਤਾ ਨੂੰ ਕੋਈ ਖਤਰਾ ਨਹੀਂ ਹੁੰਦਾ ਨਾ। ਇਹ ਸੱਭਿਅਤਾ ਤੇ ਸੱਭਿਆਚਾਰ ਇਹ ਸਦੀਆਂ ਦੇ ਵਿੱਚ ਬਦਲਦੇ ਹੈਗੇ ਆ। ਅਸੀਂ ਘਰ ਆ ਕੇ ਤੁਸੀਂ ਦੇਖਿਆ ਹੋਣਾ, ਘਰ ਆ ਕੇ ਅਸੀਂ ਆਪਣੇ ਸੱਭਿਆਚਾਰਕ ਪਹਿਰਾਵਾ ਪਹਿਨਦੇ ਹਾਂ ਤੇ ਤਾਂ ਸੌਕੇ ਮਹਿਸੂਸ ਕਰਦੇ ਹਾਂ। ਸੋ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਅਸੀਂ ਬਹੁਤੇ ਲੋਕਾਂ ਨੂੰ ਨਾ ਉਹ ਸ਼ਾਇਦ ਘਬਰਾਇਆ ਹੋਇਆ ਬੰਦਾ ਨਾ ਆਪਣੇ ਆਪ ਨੂੰ ਇੰਪੋਰਟੈਂਟ ਸਮਝਣ ਲੱਗ ਪੈਂਦਾ। ਹੁਣ ਤਾਂ ਇਹ ਚਾਹੀਦਾ ਕਿ ਉਹ ਆਮ ਲੋਕਾਂ ਨਾਲੋਂ ਘੱਟ ਹੋ ਜਾਂਦਾ, ਪਰੰਤੂ ਉਹ ਸਮਝਦਾ ਇਹ ਹੈ ਕਿ ਮੈਂ ਕਿਉਂਕਿ ਚਿੰਤਾ ਕਰ ਰਿਹਾ ਇਸ ਕਰਕੇ ਇਹ ਗੱਲ ਚਿੰਤਾ ਕਰਨ ਯੋਗ ਹੈ। ਕਿਵੇਂ ਨਹੀਂ ਹੁੰਦਾ, ਉਹਨਾਂ ਕੁਛ ਨਹੀਂ ਹੋਏਗਾ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਹੀਰ ਜਦੋਂ ਗਾਈ ਜਾਂਦੀ ਹੈ ਤੁਰਦੇ ਹੋਏ ਬੰਦੇ ਰੁਕ ਜਾਂਦੇ ਹੈ ਜੀ ਜੀ। ਇਸ ਜਿੱਥੇ ਵੀ ਕੀਰਤਨ ਹੋ ਰਿਹਾ ਹੁੰਦਾ ਉੱਥੇ ਅਸੀਂ ਚੁੱਪ ਕਰਕੇ ਉਹਨੂੰ ਸੁਣਦੇ ਹਾਂ। ਸੋ ਜਿੱਥੇ ਕਿਤੇ ਵੀ ਹੁਣ
ਭਾਵੇਂ ਜਿੰਨੇ ਮਰਜ਼ੀ ਲੇਡੀ ਸੰਗੀਤ ਹੋ ਜਾਣ, ਪਰੰਤੂ ਜੋ ਤੀਵੀਆਂ ਗਾਉਂਦੀਆਂ ਸੀ, ਗਾਉਣ ਬੈਠਦੇ ਸੀ, ਉਹਦੇ ਵਿੱਚ ਜੋ ਕੁਛ ਹੁੰਦਾ, ਤਰਿੰਜਣ ਦੇ ਵਿੱਚ ਜਿਵੇਂ ਗਾਇਆ ਜਾਂਦਾ, ਇਹਨਾਂ ਦੇ ਢੰਗ ਤਰੀਕੇ ਬਦਲ ਜਾਂਦੇ ਹੋ। ਮਿਸਾਲ ਦੇ ਤੌਰ ਤੇ ਪਹਿਲਾਂ ਲੋਕ ਮੇਲਿਆਂ ਦੇ ਵਿੱਚ ਕੰਬਲ ਦੀ ਬੁੱਕਲ ਮਾਰ ਕੇ ਚਲੇ ਜਾਂਦੇ ਸੀ, ਕੰਬਲ ਦੀ ਬੁੱਕਲ ਮਾਰ ਕੇ ਜਾਂ ਸ਼ਾਲ ਕਰਕੇ ਨਾ ਕੰਮ ਨੀ ਕੀਤਾ ਜਾ ਸਕਦਾ, ਉਹਦੀ ਜਗ੍ਹਾ ਤੇ ਸੂਟ ਆ ਗਿਆ। ਸੂਟ ਪਾ ਕੇ ਅਸੀਂ ਸਰਦੀ ਤੋਂ ਵੀ ਬਚਦੇ ਹਾਂ ਤੇ ਕੰਮ ਵੀ ਕਰਦੇ ਹੈਗੇ ਹਾਂ। ਸੋ ਕਹਿਣ ਤੋਂ ਭਾਵ ਹੈਗਾ ਕਿ ਨਵੀਆਂ ਚੀਜ਼ਾਂ ਆਉਣਗੀਆਂ, ਨਵੇਂ ਨੂੰ ਵੈਲਕਮ ਵੀ ਕਰਨ ਦੀ ਲੋੜ ਹੈਗੀ ਆ, ਪੁਰਾਣੇ ਦਾ ਵਿਰਲਾਪ ਹੀ ਨਹੀਂ ਕਰਨਾ ਚਾਹੀਦਾ ਹੈਗਾ। ਸਾਡੀਆਂ ਧੁਨਾਂ ਬਦਲਣਗੀਆਂ, ਸਾਡੇ ਸੰਗੀਤ ਬਦਲਣਗੇ, ਸਾਡੇ ਸਾਜ਼ ਬਦਲਣਗੇ, ਸਾਡੇ ਗਾਉਣ ਵਾਲੇ ਬਦਲਣਗੇ, ਸਾਡਾ ਸਭ ਕੁਛ ਬਦਲੇਗਾ। ਸੋ ਹੁਣ ਨਾਚ ਦਾ ਜਿਹੜਾ ਨਾ, ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਗਿੱਧਾ ਬੜਾ ਵਧੀਆ ਜਾਂ ਭੰਗੜਾ ਬੜਾ ਵਧੀਆ, ਨਾਚ ਦਾ ਕੇਂਦਰੀ ਨੁਕਤਾ ਕੀ ਹੈ? ਨਾਚ ਦਾ ਕੇਂਦਰੀ ਨੁਕਤਾ ਸਰੀਰ ਨੂੰ ਹਿਲਾਉਣਾ। ਜਿਹੜਾ ਸੰਗੀਤ ਸਰੀਰ ਨੂੰ ਹਿਲਾਉਂਦਾ ਹੈ ਉਹ ਪ੍ਰਵਾਨ ਹੈ, ਉਹਨੂੰ ਅਪਣਾਉਣ ਦੀ ਲੋੜ ਹੈਗੀ ਹੈ ਜੀ। ਥੋੜਾ ਜਿਹਾ ਵਿਸ਼ਾਲ ਹੋ ਕੇ ਸੋਚਣ ਦੀ ਲੋੜ ਹੈਗੀ ਹੈ ਜੀ। ਮੈਂ ਤਾਂ ਕਈ ਵਾਰੀ, ਇੱਕ ਪਾਸੇ ਅਸੀਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹਾਂ, ਸਾਰੀ ਦੁਨੀਆਂ ਤੇ ਛਾ ਜਾਣਾ ਚਾਹੁੰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਪੰਜਾਬੀ ਜਿਹੜੇ ਹਾਂ ਦੁਨੀਆਂ ਦੇ 160 ਦੇ ਸਭ ਚ ਹੈਗੇ ਹਾਂ, ਫਿਰ ਦੂਜੇ ਪਾਸੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਸੱਭਿਆਚਾਰ ਜਿਹੜਾ ਨਾ ਇੱਕ ਗੜਵੀ ਦੇ ਵਿੱਚ ਬੰਦ ਹੋ ਜਾਵੇ, ਇਵੇਂ ਨਹੀਂ ਹੁੰਦਾ ਹੁੰਦਾ ਜੀ। ਕਪੂਰ ਸਾਹਿਬ, ਸਮੇਂ ਦੀ ਬੜੀ ਜਿਹੜੀ ਦਿੱਕਤ ਆ ਰਹੀ ਹੈ, ਜਲਦੀ ਜਲਦੀ ਮੈਂ ਕਈ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਔਰ ਉਮੀਦ ਕਰਦਾ ਸੰਖੇਪ ਦੇ ਵਿੱਚ ਤੁਸੀਂ ਜ਼ਰੂਰ ਉਹਨਾਂ ਦਾ ਚਾਨਣਾ ਪਾਓਗੇ। ਇੱਕ ਕਿਸੇ ਵੀ ਸੱਭਿਆਚਾਰ ਦੀ, ਚਲੋ ਸੱਭਿਆਚਾਰ ਦੀ ਗੱਲ ਕਰਦੇ ਹਾਂ, ਕਿਸੇ ਵੀ ਸੱਭਿਆਚਾਰ ਦੀ ਗੱਲ ਕਰ ਲਈਏ, ਉਹਦੇ ਵਿੱਚ ਇੱਕ ਇਨਸਾਨ ਆ, ਮੇਲ ਹੋ ਸਕਦਾ, ਫੀਮੇਲ ਹੋ ਸਕਦਾ, ਇੱਕ ਨੇਕ ਜਿਹੜਾ ਸਲੀਕਾ, ਇੱਕ ਕਹਿੰਦੇ ਨੀ ਜ਼ਿੰਦਗੀ ਜਿਉਣ ਦਾ ਸਲੀਕਾ ਜਿਹੜਾ, ਉਸ ਸਲੀਕੇ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਆ ਕਿ ਉਹ ਚਾਹੇ ਕਿਸੇ ਵੀ ਸੱਭਿਆਚਾਰ ਦਾ ਇਨਸਾਨ ਆ, ਉਹਦੇ ਵਿੱਚ ਸਲੀਕਾ ਕਿੱਦਾਂ ਦਾ ਹੋਣਾ ਚਾਹੀਦਾ? ਇੱਕ ਨੇਕ ਸਲੀਕੇ ਨੂੰ ਆਪਾਂ ਕਹਿ ਲਈਏ ਕਿ ਸਲੀਕੇ ਦੇ ਆਪਣੇ ਆਪ ਦੇ ਵਿੱਚ ਨੇਕ ਕਹਿਣ ਦੀ ਜ਼ਰੂਰਤ ਹੀ ਨਹੀਂ ਬਣਦੀ, ਕਿ ਸਲੀਕਾ ਕੀ ਹੋਣਾ ਚਾਹੀਦਾ ਇਨਸਾਨੀਅਤ ਦਾ? ਇਹਦੇ ਬਾਰੇ ਮੈਂ ਮਾਫ਼ੀ ਮੰਗਦਾ ਇਹ ਗੱਲ ਕਹਿਣ ਦੀ ਕਿ ਅਸੀਂ ਪੰਜਾਬੀ ਸੱਭਿਆਚਾਰ ਦੀਆਂ ਬੜੀਆਂ ਡਿੰਗਾਂ ਮਾਰਦੇ ਹਾਂ ਜੀ, ਸਾਡੇ ਕੋਲ ਸਲੀਕਾ ਕੋਈ ਹੈ ਜੀ, ਸਾਡੇ ਕੋਲ ਸਲੀਕਾ ਕੋਈ ਨਹੀਂ ਹੈ ਜੀ। ਅਸੀਂ ਤੁਸੀਂ ਕਦੀ ਦੋ ਪੰਜਾਬੀਆਂ ਨੂੰ ਗੱਲ ਕਰਦੇ ਸੁਣ ਲੈ, ਸ਼ਬਦ ਹੈ ਜੀ ਆਪਣੇ ਕੋਲ ਇਕੱਲਾ, ਇਹ ਤਾਂ ਕਹੇਗਾ ਸਾਡੇ ਵਿਦਿਆਰਥੀ ਵੀ ਕਹਿੰਦੇ ਫੱਟੇ ਚੱਕ ਦਿੱਤੇ ਜੀ, ਕਹਿੰਦਾ ਮੈਂ ਉਹਦੀਆਂ ਲੱਤਾਂ ਭੰਨਦਿਆਂਗਾ। ਕਦੀ ਇੱਕ ਪੰਜਾਬੀ ਦੂਜੇ ਪੰਜਾਬੀ ਨੂੰ ਇਹ ਨੀ ਕਹੇਗਾ ਆਪਾਂ ਬੈਠ ਕੇ ਸੋਚ ਵਿਚਾਰ ਕੇ ਵਿਚਾਰ ਵਟਾਂਦਰਾ ਕਰਕੇ ਫੈਸਲਾ ਕਰ ਲਵਾਂਗੇ। ਮਤਲਬ ਲੱਤਾਂ ਭੰਨਣ ਦਾ ਕੰਮ ਕਰਨ ਨੂੰ ਤਿਆਰ ਹੈਗੇ ਹੈ, ਪਰੰਤੂ ਸੋਚ ਵਿਚਾਰ ਕੇ ਵਿਚਾਰ ਵਟਾਂਦਰੇ ਨਾਲ ਫੈਸਲਾ ਕਰਨ ਨੂੰ ਤਿਆਰ ਨਹੀਂ ਹੈ। ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋ, ਤੁਸੀਂ ਦੇਖਿਆ ਹੋਣਾ ਉਸ ਸੋਸਾਇਟੀ ਦੇ ਵਿੱਚ, ਕਿਸੇ ਹੋਟਲ ਚ ਜਾਓ, ਕਿਸੇ ਦੁਕਾਨ ਤੇ ਜਾਓ, ਕਿਸੇ ਜਗ੍ਹਾ ਤੇ ਜਾਓ, ਬੜੇ ਸਲੀਕ ਪੇਸ਼ ਆਉਂਦੇ ਆ ਜੀ। ਸਲੀਕਾ ਜਿਹੜਾ ਹੈਗਾ ਉਹ ਪ੍ਰੋਸਪੈਰਿਟੀ ਦੇ ਨਾਲ ਆਉਂਦਾ। ਸਾਡੇ ਕੋਲ ਅਜੇ ਤੱਕ ਸਲੀਕਾ ਜਿਹੜਾ ਨਾ ਉਹ ਵਿਰੋਧਤਾ ਵਾਲਾ। ਪਿੰਡ ਦੇ ਵਿੱਚ ਜਾਂ ਤੁਸੀਂ ਕਿਸੇ ਦੀ ਧਿਰ ਬਣ ਕੇ ਰਹਿ ਸਕਦੇ ਹੋ ਜਾਂ ਉਹਦਾ ਵਿਰੋਧੀ ਬਣ ਕੇ ਰਹਿ ਸਕਦੇ, ਨਿਊਟਰਲ ਹੋ ਕੇ ਨਹੀਂ ਰਹਿ ਸਕਦੇ। ਸੋ ਅਜੇ ਤੱਕ ਸਾਡਾ ਜਿਹੜਾ ਸਲੀਕਾ ਜਾਂ ਸਾਡਾ ਜਿਹੜਾ ਵਿਹਾਰ ਹੈ ਨਾ, ਇਹ ਬੋਲ ਇਹ ਜਿਹੜਾ ਨਾ ਇਹ ਫਿਜ਼ੀਕਲ ਹੈ, ਸਰੀਰਕ ਹੈ, ਬੌਧਿਕ ਨਹੀਂ ਬਣਿਆ ਹੈ ਅਜੇ ਜੀ। ਹਾਂ, ਉਹ ਫਿਜ਼ੀਕਲ ਹੋਣ ਕਰਕੇ ਸਾਡੀਆਂ ਜਿਹੜੀਆਂ ਗਾਲਾਂ ਨਾ ਉਹਨਾਂ ਦੇ ਵਿੱਚ ਵੀ ਐਕਸ਼ਨ ਹੁੰਦਾ, ਉਹਦੇ ਵਿੱਚ ਕਾਰਜ ਹੋ ਰਿਹਾ ਹੁੰਦਾ। ਮਤਲਬ ਕਿ ਅਸੀਂ ਅਜੇ ਤੱਕ ਕਿਸੇ ਨੂੰ ਭੈੜਾ ਕਹਿਣ ਦਾ ਸਲੀਕਾ ਨਹੀਂ ਸਿਰਜ ਸਕੇ। ਕਹਿਣ ਤੋਂ ਭਾਵ ਇਹ ਹੈਗਾ ਕਿ ਚੰਗਾ ਕਹਿਣਾ ਤਾਂ ਅਸੀਂ ਬਾਅਦ ਚ ਦੇ, ਪਹਿਲਾਂ ਤਾਂ ਭੈੜਾ ਵਿਹਾਰ ਆਪਣਾ ਖਤਮ ਕਰੀਏ ਤਾਂ ਗੱਲ ਬਣੇਗੀ। ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਸਲੀਕੇ ਦੀ ਘਾਟ ਦੀ, ਪੰਜਾਬ ਦੇ ਵਿੱਚ ਔਰਤ ਦਾ ਕੇਵਲ ਮਾਂ ਦੇ ਤੌਰ ਤੇ ਸਤਿਕਾਰ ਹੈ ਜੀ, ਉਹ ਵੀ ਸਤਿਕਾਰ ਨਹੀਂ ਹੈ ਮਮਤਾ ਹੈ। ਜਦੋਂ ਤੱਕ ਪੁਰਸ਼ ਔਰਤ ਦਾ ਸਤਿਕਾਰ ਕਰਨਾ ਨਹੀਂ ਸਿੱਖਦਾ ਉਹ ਸਲੀਕਾ ਨਹੀਂ ਸਿੱਖੇਗਾ। ਸਲੀਕਾ ਔਰਤ ਦੇ ਕੋਲ ਹੁੰਦਾ ਹੁੰਦਾ ਹੈ, ਪੁਰਸ਼ ਦੇ ਕੋਲ ਆਰਥਿਕ ਵਿਵਸਥਾ ਹੁੰਦੀ ਹੁੰਦੀ ਹੈ। ਔਰਤ ਜਿਹੜੀ ਹੈ 14 ਸਾਲ ਤੱਕ ਬੱਚੇ ਨੂੰ ਸਲੀਕਾ ਸਿਖਾਉਂਦੀ ਹੈ, ਉੱਠਣਾ ਕਿਵੇਂ ਹੈ, ਬੈਠਣਾ ਕਿਵੇਂ ਹੈ, ਮੱਥਾ ਕਿਵੇਂ ਟੇਕਣਾ ਹੈ, ਕਿਸੇ ਨੂੰ ਸਤਿਕਾਰ ਨਾਲ ਪੇਸ਼ ਕਿਵੇਂ ਆਉਣਾ, ਕਿਸੇ ਨੂੰ ਪਾਣੀ ਕਿਵੇਂ ਦੇਣਾ, ਕਿਸੇ ਨੂੰ ਭੋਜਨ ਕਿਵੇਂ ਜਿਹੜਾ ਹੈ ਉਹ ਪਰੋਸਣਾ ਹੈਗਾ, ਕਹਿਣ ਤੋਂ ਪਾ ਹੈਗਾ। ਜਦੋਂ ਤੱਕ ਅਸੀਂ ਔਰਤ ਦਾ ਸਤਿਕਾਰ, ਸਾਡੇ ਤਾਂ ਇੱਥੇ ਭਰੂਣ ਹੱਤਿਆ ਦੀ ਸਮੱਸਿਆ ਪੈਦਾ ਹੋਈ ਹੋਈ ਹੈ, ਅਸੀਂ ਤਾਂ ਲੜਕੀ ਨੂੰ ਮਾਰਨ ਤੇ ਲੱਗੇ ਹੋਏ ਹਾਂ ਤੇ ਗੱਲਾਂ ਅਸੀਂ ਕਰਦੇ ਹਾਂ ਸਲੀਕੇ ਦੀਆਂ। ਸਲੀਕਾ ਸਾਡੇ ਕੋਲ ਕਿਹੜਾ ਹੈਗਾ? ਸਾਡੇ ਕੋਈ ਸਲੀਕਾ ਨਹੀਂ ਹੈ। ਸਲੀਕਾ ਉਪਜੇਗਾ ਉਦੋਂ ਜਦੋਂ ਪੰਜਾਬੀ ਔਰਤ ਦਾ ਸਤਿਕਾਰ ਕਰਨਾ ਸਿੱਖੇਗਾ। ਜਦੋਂ ਇਹ ਜੇ ਉਹਨੂੰ ਪੈਰ ਦੀ ਜੁੱਤੀ ਹੀ ਸਮਝੇਗਾ ਤਾਂ ਉਹ ਕਦੇ ਵੀ ਸਲੀਕੇ ਵਾਲਾ ਬੰਦਾ ਨਹੀਂ ਬਣੇਗਾ। ਜਿਹੜੀਆਂ ਕੌਮਾਂ ਦੇ ਕੋਲ ਦੁਨੀਆਂ ਦੇ ਵਿੱਚ ਸਲੀਕਾ ਨਹੀਂ ਹੈ ਉਹ ਕਦੇ ਖੁਸ਼ਹਾਲ ਨਹੀਂ ਹੋ ਸਕਦੀਆਂ। ਉਹ ਅਮੀਰ ਭਾਵੇਂ ਹੋ ਜਾਣ, ਉਹਨਾਂ ਕੋਲ ਪੈਸਾ ਭਾਵੇਂ ਹੋ ਜਾਵੇ, ਖੁਸ਼ਹਾਲ ਨਹੀਂ ਹੋ ਸਕਦੀਆਂ। ਖੁਸ਼ਹਾਲੀ ਹੁੰਦੀ ਹੁੰਦੀ ਹੈ ਜਦੋਂ ਤੁਹਾਡੇ ਮਨ ਖਿੜੇ ਹੋਏ ਹੋਣ, ਤੁਹਾਡਾ ਹੌਸਲਾ ਉੱਚ ਹੋਵੇ ਜੀ, ਤੁਹਾਡੀ ਸੋਚ ਵਿੱਚ ਦੂਜੇ ਪ੍ਰਤੀ ਸਨੇਹ ਹੋਵੇ, ਵਿਸ਼ਵਾਸ ਹੋਵੇ, ਸਾਰੀ ਦੁਨੀਆਂ ਆਪਣੀ ਲੱਗੇ, ਦੂਜੇ ਬੰਦੇ ਜਿਹੜੇ ਸਾਨੂੰ ਆਪਣੀ ਤਾਕਤ ਪ੍ਰਤੀਤ ਹੋਣ,
ਉਹ ਹੁੰਦਾ ਸਿਲਿਕਾ। ਸਿਲਿਕਾ ਜਿਹੜਾ ਹੈ ਉਹ ਬਹੁਤ ਦੂਰ ਦੀ ਗੱਲ ਹੈ, ਅਸੀਂ ਅਸੀਂ ਉਸ ਤੁਰੇ ਹੀ ਨਹੀਂ ਜੀ। ਵੈਸੇ ਮੇਰਾ ਜਦੋਂ ਮੈਂ ਰਿਟਾਇਰ ਹੋਇਆ ਸੀ ਤੇ ਮੇਰੀ ਇੱਛਾ ਸੀਗੀ, ਮੇਰੇ ਕੋਲ ਕੋਈ ਪੈਸੇ ਸੀ ਤੇ ਮੈਂ ਇਹ ਸਕੂਲ ਆਫ ਐਟੀਕੇਟ ਖੋਲਣਾ ਚਾਹੁੰਦਾ ਸੀਗਾ, ਕਿਉਂਕਿ ਮੈਂ ਦੁਨੀਆ ਵਿੱਚ ਵੇਖਿਆ ਜਾ ਕੇ ਅਸੀਂ ਪੰਜਾਬੀ ਸਲੀਕੇ ਦੀ ਘਾਟ ਕਾਰਨ ਬਹੁਤੇ ਕਾਮਯਾਬ ਨਹੀਂ ਹੁੰਦੇ ਵਿਦੇਸ਼ਾਂ ਵਿੱਚ ਜਾ ਕੇ। ਅਸੀਂ ਬਹੁਤੇ ਕੰਮ ਜਿਹੜੇ ਨਾ ਮਜ਼ਦੂਰੀ ਪੱਧਰ ਦੇ ਕਰਦੇ ਹਾਂ, ਇੱਕ ਸਟੋਰ ਲੈ ਲੈਂਦੇ ਹਾਂ ਤੇ ਸਟੋਰ ਦੇ ਵਿੱਚ ਕਰਦੇ ਸਾਰੇ ਜੀ ਲੱਗ ਜਾਂਦੇ, ਅਸੀਂ ਸਮਝਦੇ ਹਾਂ ਬਸ ਅਸੀਂ ਕਾਮਯਾਬ ਹੋ ਗਏ ਜ਼ਿੰਦਗੀ ਵਿੱਚ। ਉਹ ਨਹੀਂ ਹੁੰਦਾ ਹੁੰਦਾ ਅਮੀਰੀ ਜਾਂ ਖੁਸ਼ਹਾਲੀ, ਅਮੀਰੀ ਹੁੰਦੀ ਹੈ ਤੁਸੀਂ ਆਪ ਕਿਤਨੇ ਪੈਸੇ ਕਮਾਏ, ਖੁਸ਼ਹਾਲੀ ਹੁੰਦੀ ਹੈ ਤੁਹਾਡੇ ਥੱਲੇ ਕਿਤਨੇ ਬੰਦੇ ਕੰਮ ਕਰ ਰਹੇ ਹਨ, ਖੁਸ਼ਹਾਲੀ ਉਹ ਹੁੰਦੀ ਹੈ ਜੀ। ਮਤਲਬ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਵੀ ਬੰਦਾ ਨਹੀਂ ਹੈ ਜਿਸ ਦੇ ਕਾਰਖਾਨੇ ਵਿੱਚ ਜਾਂ ਜਿਸ ਦੀ ਫੈਕਟਰੀ ਵਿੱਚ 5,000 ਬੰਦਾ ਕੰਮ ਕਰਦਾ ਹੋਵੇ, ਜਦੋਂ ਕਿ ਦੁਨੀਆ ਦੇ ਵਿੱਚ ਇਹੋ ਜਿਹੇ ਹੈਗੇ ਆ ਜਿਹਨਾਂ ਦੇ 20-20 ਲੱਖ ਬੰਦੇ ਉਹਨਾਂ ਦੇ ਕਾਰਖਾਨੇ ਦੇ ਵਿੱਚ ਜਾਂ ਉਹਨਾਂ ਦੀਆਂ ਕੰਪਨੀਆਂ ਦੇ ਵਿੱਚ ਕੰਮ ਕਰਦੇ ਆ ਸਾਰੀ ਦੁਨੀਆ ਦੇ ਵਿੱਚ ਜੀ। ਉਹ ਸਲੀਕੇ ਦੀ ਘਾਟ ਕਾਰਨ ਹੈ। ਜਦੋਂ ਤੱਕ ਅਸੀਂ ਸਲੀਕਾ ਨਹੀਂ ਸਿੱਖਦੇ ਅਸੀਂ ਬਹੁਤਾ ਵਿਕਾਸ ਨਹੀਂ ਕਰ ਸਕਦੇ ਹੈਗੇ, ਅਸੀਂ ਆਪਣੀਆਂ ਭੁੱਖਾਂ ਜਿਹੜੀਆਂ ਉਹਨਾਂ ਨੂੰ, ਸਾਡਾ ਕਲਚਰ ਵੀ ਜਿਹੜਾ ਭੁੱਖ ਤੇ ਨੰਗ ਦਾ ਕਲਚਰ ਹੈਗਾ, ਇਸੇ ਕਰਕੇ ਅਸੀਂ ਜਦੋਂ ਕਿਸੇ ਦੇ ਘਰ ਜਾਂਦੇ ਹਾਂ ਜਾਂ ਬਰਫੀ ਦਾ ਡੱਬਾ ਲੈ ਕੇ ਜਾਂਦੇ ਹਾਂ ਜਾਂ ਕੋਈ ਸੂਟ ਲੈ ਕੇ ਜਾਂਦੇ ਹਾਂ, ਸੂਟ ਨੰਗ ਢੱਕਣ ਵਾਸਤੇ ਹੁੰਦਾ ਤੇ ਬਰਫੀ ਦਾ ਡੱਬਾ ਭੁੱਖ ਦੂਰ ਕਰਨ ਵਾਸਤੇ ਹੁੰਦਾ। ਮਤਲਬ ਸਾਡੇ ਸਲੀਕੇ ਗੱਲਾਂ ਕੀਤੀਆਂ ਜਾਂਦੀਆਂ, ਮੈਨੂੰ ਕਈ ਵਾਰੀ ਬੜੀ ਅਜੀਬ ਲੱਗਦਾ ਇਹ ਲੋਕ ਸਲੀਕੇ ਨੂੰ ਸਮਝਦੇ ਕੀ ਹਨ। ਸਲੀਕਾ ਜਿਹੜਾ ਹੁੰਦਾ ਹੁੰਦਾ ਉਹ ਵਰਤੋਂ ਵਿਹਾਰ ਦੇ ਵਿੱਚ ਹੁੰਦਾ ਹੁੰਦਾ ਜੀ। ਵਰਤੋਂ ਵਿਹਾਰ ਦੇ ਵਿੱਚ ਜਦੋਂ ਤੱਕ ਅਸੀਂ ਦੂਜੇ ਬੰਦੇ ਦਾ ਸਤਿਕਾਰ ਕਰਨਾ ਨਹੀਂ ਸਿੱਖਦੇ, ਅਸੀਂ ਅਜਨਬੀ ਨੂੰ ਵੇਖ ਕੇ ਕੋਈ ਵੀ ਹਿੰਦੁਸਤਾਨੀ ਕਦੇ ਵੀ ਖੁਸ਼ ਨਹੀਂ ਹੁੰਦਾ ਹੁੰਦਾ। ਅਜਨਬੀ ਨੂੰ ਵੇਖ ਕੇ ਅਸੀਂ ਪਹਿਲਾਂ ਤਿਉੜੀ ਪਾਉਂਦੇ ਹਾਂ ਮੱਥੇ ਤੇ ਵੀ ਇਹ ਕੌਣ ਹੈ, ਪਤਾ ਨੀ ਕੀ ਕਰਨ ਆਇਆ, ਪਤਾ ਨੀ ਮੇਰਾ ਕੀ ਨੁਕਸਾਨ ਕਰੇਗਾ, ਪਤਾ ਨੀ ਕੀ ਚਾਲ ਚੱਲੇਗਾ, ਪਤਾ ਨੀ ਕੀ ਕਰੇਗਾ। ਸੋ ਜਦੋਂ ਤੱਕ ਅਜਨਬੀ ਨੂੰ ਖੁਸ਼ ਹੋ ਕੇ ਨਹੀਂ ਮਿਲਦੇ ਹੈਗੇ ਅਸੀਂ, ਤੇ ਸਭ ਤੋਂ ਵੱਧ ਅਜਨਬੀ ਸਾਡੀ ਜ਼ਿੰਦਗੀ ਦੇ ਵਿੱਚ ਔਰਤ ਹੁੰਦੀ ਹੁੰਦੀ ਹੈ, ਪੁਰਸ਼ ਦੀ ਜ਼ਿੰਦਗੀ ਵਿੱਚ ਔਰਤ। ਔਰਤ ਦੇ ਵਿੱਚ ਫੇਰ ਵੀ ਸਲੀਕਾ ਹੁੰਦਾ, ਉਹ ਬੰਦੇ ਨਾਲ ਵਰਤਣਾ ਜਿਹੜਾ ਹੈ ਉਸ ਨੂੰ ਸਤਿਕਾਰ ਦਿੰਦੀ ਹੈ। ਮਤਲਬ ਪਤੀ ਜਿਹੜਾ ਪਤਨੀ ਨੂੰ ਕਹਿੰਦਾ ਤੂੰ ਤੂੰ ਕਰਕੇ ਬੋਲਦਾ, ਪਰੰਤੂ ਪਤਨੀ ਹਮੇਸ਼ਾ ਪਤੀ ਨੂੰ ਤੁਸੀਂ ਕਹਿ ਕੇ ਹੀ ਬੁਲਾਉਂਦੀ ਹੈ, ਇਹ ਸਲੀਕਾ ਹੈ ਜੀ। ਜੀ ਜੀ, ਆਖਰੀ ਸਵਾਲ ਵਿਦਾਇਗੀ ਲੈਣ ਤੋਂ ਪਹਿਲਾਂ ਜੀ, ਇੱਕ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰਮੁਖੀ ਲਿਪੀ ਦੇ ਵਿੱਚ ਪੜ੍ਹਦੇ ਹਾਂ ਔਰ ਸਾਰੇ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਗੱਲ ਕਰਦੇ ਆ, ਪਰ ਤੁਸੀਂ ਜਿੰਨੀਆਂ ਮੈਂ ਤੁਹਾਡੀ ਇੰਟਰਵਿਊਜ਼ ਵਗੈਰਾ ਜੋ ਦੇਖੀਆਂ, ਤੁਸੀਂ ਹਮੇਸ਼ਾ ਇਸ ਚੀਜ਼ ਦੀ ਪ੍ਰੋੜਤਾ ਕਰਦੇ ਹੋ ਕਿ ਅੰਗਰੇਜ਼ੀ ਸਾਨੂੰ ਆਉਣੀ ਚਾਹੀਦੀ ਹੈ, ਸਾਨੂੰ ਅੰਗਰੇਜ਼ੀ ਘੱਟ ਆਉਂਦੀ ਹੈ, ਇਹਦਾ ਕਾਰਨ ਵੀ ਇੱਕ ਰਿਹਾ ਕਿ ਅਸੀਂ ਪਛੜਿਆਂਗੇ, ਤਾਂ ਤੁਸੀਂ ਇਸ ਦੇ ਉੱਪਰ ਕੀ ਵਿਚਾਰ ਦਿਓਗੇ ਕਿ ਵਾਕਈ ਜੇ ਅੰਗਰੇਜ਼ੀ ਦੇ ਨਾਲ ਅਸੀਂ ਬਹੁਤ ਜ਼ਿਆਦਾ ਗੂੜਾ ਰਾਬਤਾ ਬਣਾ ਦਿੰਦੇ ਹਾਂ ਤਾਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਪੰਜਾਬੀ ਤੋਂ ਦੂਰ ਹੋ ਜਾਣੀਆਂ, ਉਹ ਪੰਜਾਬੀ ਤੋਂ ਦੂਰ ਹੋ ਜਾਂਦੀਆਂ, ਤਾਂ ਕਿਤੇ ਨਾ ਕਿਤੇ ਅਸੀਂ ਸਾਡੇ ਆਉਣ ਵਾਲੀ ਜਿਹੜੀ ਨਸਲ ਹੋਊਗੀ ਉਹ ਵਾਂਝੇ ਹੋ ਜਾਊਗੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਜਾਂ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੇ ਸਾਨੂੰ ਇੱਕ ਫਾਰਮੂਲੇ ਦੱਸੇ ਗਏ ਨੇ ਜਿਨ੍ਹਾਂ 'ਤੇ ਭਾਵੇਂ ਅਸੀਂ ਹੁਣ ਵੀ ਅਮਲ ਨਹੀਂ ਕਰਦੇ ਉਨਾ ਜ਼ਿਆਦਾ ਵਧੀਆ, ਪਰ ਉਹਨਾਂ ਨੂੰ ਸਹੀ ਢੰਗ ਨਾਲ ਸਮਝਣ ਤੋਂ ਵਾਂਝੇ ਰਹਿ ਜਾਣਗੇ, ਤੁਸੀਂ ਇਸ ਵਿਚਾਰ ਦੇ ਨਾਲ ਕਿੱਥੇ ਕਿੱਥੇ ਵਿਚਾਰ ਰੱਖਦੇ ਹੋ, ਕਿੱਥੇ ਤੱਕ ਸਹਿਮਤ ਹੋ? ਭਾਈਜਾਨ, ਪਹਿਲੀ ਗੱਲ ਤਾਂ ਅਸੀਂ ਸਭ ਤੋਂ ਵੱਡਾ ਭੁਲੇਖਾ ਇਹ ਸਿਰਜਿਆ ਹੋਇਆ ਹੈ ਜੀ ਕਿ ਜੋ ਕੰਮ ਅੰਗਰੇਜ਼ੀ ਕਰ ਰਹੀ ਹੈ ਉਹ ਅਸੀਂ ਪੰਜਾਬੀ ਤੋਂ ਕਰ ਸਕਦੇ ਹਾਂ, ਪੰਜਾਬੀ ਨਾਲ ਕਰ ਸਕਦੇ ਹਾਂ ਜੀ। ਇਹ ਉਵੇਂ ਹੈ, ਘਰ ਦੇ ਵਿੱਚ ਸਾਈਕਲ ਹੈਗੀ ਹੈ, ਸਾਈਕਲ ਤੋਂ ਸਾਈਕਲ ਦਾ ਹੀ ਕੰਮ ਲਿਆ ਜਾ ਸਕਦਾ ਜੀ, ਤੇ ਕਾਰ ਤੋਂ ਕਾਰ ਦਾ ਕੰਮ ਲਿਆ ਜਾ ਸਕਦਾ। ਜੋ ਜੇ ਅੰਗਰੇਜ਼ੀ ਭਾਸ਼ਾ ਹੈਗੀ ਹੈ ਉਹ ਕਾਰ ਹੈ, ਸਾਡੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਸਾਈਕਲ ਹੈਗੀ ਹੈ, ਸਾਈਕਲ ਨਾਲ ਅਸੀਂ ਨੇੜੇ ਤੇੜੇ ਜਾ ਸਕਦੇ ਹੈਗੇ ਹਾਂ, ਕਾਰ ਦੇ ਨਾਲ ਅਸੀਂ 500 ਕਿਲੋਮੀਟਰ ਦੂਰ ਜਾ ਸਕਦੇ ਹੈਗੇ ਹਾਂ। ਜੇ ਦੁਨੀਆ ਵਿੱਚ ਲਾਈਫ ਦੇ ਵਿੱਚ ਦੂਰ ਜਾਣਾ ਹੈਗਾ ਤਾਂ ਅੰਗਰੇਜ਼ੀ ਭਾਸ਼ਾ ਅੰਗਰੇਜ਼ਾਂ ਦੀ ਭਾਸ਼ਾ ਨਹੀਂ ਹੈ, ਇੱਕ ਤਾਂ ਇਹ ਭੁਲੇਖਾ ਅਸੀਂ ਸਿਰਜਿਆ ਹੋਇਆ ਹੈਗਾ। ਅੰਗਰੇਜ਼ੀ ਭਾਸ਼ਾ ਇਸ ਵੇਲੇ ਕਿਸੇ ਦੇਸ਼ ਦੀ ਭਾਸ਼ਾ ਨਹੀਂ ਹੈ, ਅੰਗਰੇਜ਼ੀ ਭਾਸ਼ਾ ਵਿਗਿਆਨ ਦੀ ਭਾਸ਼ਾ ਹੈ। ਜੇ ਅਸੀਂ ਅੰਗਰੇਜ਼ੀ ਨਹੀਂ ਸਿੱਖਾਂਗੇ ਤਾਂ ਅਸੀਂ ਵਿਗਿਆਨ ਨਹੀਂ ਸਿੱਖਾਂਗੇ। ਇਹ ਜਿਹੜੀ ਪੰਜਾਬੀ ਹੈਗੀ ਹੈ, ਪੰਜਾਬੀ ਦਾ ਮੈਂ ਸਤਿਕਾਰ ਕਰਦਾ, ਮੈਂ ਆਪ ਪੰਜਾਬੀ ਦੇ ਵਿੱਚ ਲਿਖਦਾ ਹੈਗਾ, ਮੈਂ ਚਾਹੁੰਦਾ ਕਿ ਪੰਜਾਬੀ ਪ੍ਰਫੁੱਲਤ ਹੋਵੇ, ਪਰੰਤੂ ਪੰਜਾਬੀ ਜਿਹੜੀ ਹੈ ਸਾਡੀ ਸੱਭਿਆਚਾਰ ਦੀ ਭਾਸ਼ਾ ਹੈ, ਇਹ ਉਚੇਰੀ ਸਿੱਖਿਆ ਦੀ ਭਾਸ਼ਾ ਨਹੀਂ ਹੈ, ਇਹ ਵਪਾਰ ਦੀ ਭਾਸ਼ਾ ਨਹੀਂ ਹੈ, ਇਹ ਕਾਨੂੰਨ ਦੀ ਭਾਸ਼ਾ ਨਹੀਂ ਹੈ, ਇਹ ਮੈਡੀਕਲ ਸਾਇੰਸ ਦੀ ਭਾਸ਼ਾ ਨਹੀਂ ਹੈ, ਇਹ ਇੰਟਰਨੈਸ਼ਨਲ ਟ੍ਰੇਡ ਦੀ ਭਾਸ਼ਾ ਨਹੀਂ ਹੈ, ਇਹ ਸਾਇੰਸ ਦੀ ਭਾਸ਼ਾ ਨਹੀਂ ਹੈ, ਕੰਪਿਊਟਰ ਦੀ ਭਾਸ਼ਾ ਨਹੀਂ ਹੈ। ਜਿਹੜੀ ਉਸ ਦੀ ਹੈ, ਜਿਹੜੀ ਭਾਸ਼ਾ ਉੱਥੇ ਕੰਮ ਆ ਸਕਦੀ ਹੈ, ਉਹਨੂੰ ਸਿੱਖਣ ਦੇ ਵਿੱਚ ਸਾਨੂੰ ਕੀ ਪ੍ਰੋਬਲਮ ਹੈਗੀ ਹੈ? ਬੰਦੇ ਨੂੰ ਜਿੰਨੀਆਂ ਜ਼ਿਆਦਾ ਭਾਸ਼ਾਵਾਂ ਆਉਂਦੀਆਂ ਹੋਣਗੀਆਂ ਉਤਨਾ ਉਹਦਾ ਜੀਵਨ ਵਧੇਰੇ ਖਿੜਿਆ ਹੋਇਆ ਹੋਏਗਾ। ਕਹਿਣ ਤੋਂ ਮੈਂ ਪਰਸਨਲ ਫੀਲ ਕਰਦਾ ਹਾਂ, ਜੇ ਮੈਨੂੰ ਕੋਈ ਤੁਸੀਂ ਦੱਸੋ, ਅੰਗਰੇਜ਼ੀ ਜਿਹੜੀ ਹੈ ਨਾ ਇਹ ਪਾਵਰਫੁਲ ਭਾਸ਼ਾ ਹੈ, ਇਟ ਇਜ਼ ਦੀ ਲੈਂਗੁਏਜ ਆਫ ਪਾਵਰਫੁਲ ਪੀਪਲ। ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਵੀ ਅੰਗਰੇਜ਼ੀ ਸਿੱਖਣੀ ਚਾਹੁੰਦੇ ਆ। ਸੋ ਕਹਿਣ ਤੋਂ ਭਾਵ ਮੈਨੂੰ ਕੋਈ ਬੰਦਾ ਦੱਸੋ ਤੁਸੀਂ ਜਿਹਦੀ ਅੰਗਰੇਜ਼ੀ ਚੰਗੀ ਹੋਵੇ ਤੇ ਹਿੰਦੁਸਤਾਨ ਦੇ ਵਿੱਚ ਉਹ ਗਰੀਬ ਹੋਵੇ।
ਅੰਗਰੇਜ਼ ਜਿਹੜੇ ਅਮੀਰਾਂ ਦੀ ਭਾਸ਼ਾ ਹੈਗੀ ਹੈ। ਜੇ ਅਸੀਂ ਅਮੀਰ ਹੋਣਾ ਤੇ ਸਾਨੂੰ ਵਿਗਿਆਨ ਅਪਣਾਉਣਾ ਪਏਗਾ, ਵਿਗਿਆਨ ਜਿਹੜਾ ਹੈ ਉਹ ਅੰਗਰੇਜ਼ੀ ਭਾਸ਼ਾ ਦੇ ਰਾਹੀਂ ਮਿਲ ਸਕੇਗਾ। ਸੋ ਅੰਗਰੇਜ਼ੀ ਪ੍ਰਤੀ ਜੇਕਰ ਅਸੀਂ ਪਿੱਠ ਕਰਕੇ ਖਲੋਤੇ ਰਹਾਂਗੇ ਤਾਂ ਉਸ ਵਕਤ ਪੰਜਾਬੀ ਵਿਕਾਸ ਨਹੀਂ ਕਰੇਗੀ। ਇਹ ਮੈਨੂੰ ਤਾਂ ਬੜੀ ਹਾਸੋਹੀਣ ਗੱਲ ਲੱਗਦੀ ਹੈ ਕਿ ਅਸੀਂ ਪੰਜਾਬੀ ਨੂੰ ਅੰਗਰੇਜ਼ੀ ਨਾਲ ਤੁਲਨਾ ਦੇਣ ਲੱਗ ਜਾਂਦੇ ਹਾਂ। ਪੰਜਾਬੀ ਦੀ ਅੰਗਰੇਜ਼ੀ ਨਾਲ ਪੰਜਾਬੀ ਜਿਹੜੀ ਹੈ ਇੱਕ ਥਰਡ ਵਰਲਡ ਕੰਟਰੀ ਦੇ ਇੱਕ ਸੂਬੇ ਦੀ ਭਾਸ਼ਾ ਹੈਗੀ ਹੈ। ਇਸਦਾ ਆਪਣਾ ਮਹੱਤਵ ਹੈ, ਇਹ ਸਾਡੀ ਸੱਭਿਆਚਾਰ ਦੀ ਭਾਸ਼ਾ ਹੈ, ਇਹ ਜਿਉਂਦੀ ਰਹਿਣੀ ਚਾਹੀਦੀ ਹੈ, ਇਹਦੇ ਵਿੱਚ ਸਾਹਿਤ ਪੈਦਾ ਹੋਣਾ ਚਾਹੀਦਾ, ਸਭ ਕੁਛ ਹੋਣਾ ਚਾਹੀਦਾ। ਪਰੰਤੂ ਇਸ ਨੂੰ ਅੰਗਰੇਜ਼ੀ ਦੀ ਕੀਮਤ ਤੇ ਬਚਾਉਣ ਦਾ ਯਤਨ ਕਰਨਾ ਬੜਾ ਹਾਸੋਹੀਣਾ ਲੱਗ ਰਿਹਾ ਹੈ। ਅੰਗਰੇਜ਼ੀ ਦਾ ਆਪਣਾ ਮਹੱਤਵ ਹੈ, ਦੁਨੀਆਂ ਦੇ ਵਿੱਚ ਹੋਰ ਬੜੀਆਂ ਭਾਸ਼ਾਵਾਂ ਹੈ ਜਿਹੜੀਆਂ ਇੰਟਰਨੈਸ਼ਨਲ ਭਾਸ਼ਾਵਾਂ ਹਨ, ਉਹ ਵੀ ਅੰਗਰੇਜ਼ੀ ਦਾ ਮਹੱਤਵ ਸਮਝਦੀਆਂ ਹਨ। ਦੁਨੀਆਂ ਦੇ ਵਿੱਚ 80% ਲੋਕ ਅੰਗਰੇਜ਼ੀ ਬੋਲ, ਪਰੰਤੂ 80% ਲੋਕ ਦੁਨੀਆਂ ਦੇ ਕੰਮ ਅੰਗਰੇਜ਼ੀ ਵਿੱਚ ਕਰਦੇ ਹਨ। ਕੰਪਿਊਟਰ ਦੇ ਉੱਤੇ ਇੰਟਰਨੈਟ ਜਿਹੜਾ ਉਹ 80% ਅੰਗਰੇਜ਼ੀ ਵਿੱਚ ਵਰਤਿਆ ਜਾਂਦਾ ਜੀ। ਸੋ ਇਹ ਦ੍ਰਿਸ਼ਟੀ ਤੋਂ ਕੋਈ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਵੈਸੇ ਮੈਂ ਇਹ ਮਹਿਸੂਸ ਕਰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਪੰਜਾਬੀ ਵਿੱਚ ਸੀ, ਇਸ ਕਰਕੇ ਪੰਜਾਬੀ ਲੈਂਗੁਏਜ ਜਿਉਂਦੀ ਰਹੀ ਹੈ ਤੇ ਜਿਉਂਦੀ ਰਹੇਗੀ, ਪਰੰਤੂ ਇਸ ਨੂੰ ਬਹੁਤ ਪ੍ਰਫੁੱਲਿਤ ਕਰਨ ਦੀ ਲੋੜ ਹੈਗੀ ਹੈ। ਵੈਸੇ ਤਾਂ ਮੈਂ ਇਸ ਗੱਲ ਨੂੰ ਕਹਿਣ ਨੂੰ ਤਿਆਰ ਹੈਗਾ, ਜੇਕਰ ਕੋਈ ਪੰਜਾਬੀ ਨੂੰ ਦੇਵਨਾਗਰੀ ਚ ਸਿੱਖਣਾ ਚਾਹੁੰਦਾ ਉਹਨੂੰ ਦੇਵਨਾਗਰੀ ਚ ਸਿੱਖਣ ਦਿਓ। ਮਿਸਾਲ ਦੇ ਤੌਰ ਤੇ ਹੁਣ ਸਾਡੀ ਯੂਨੀਵਰਸਿਟੀ ਨੇ ਇੱਕ ਤਿਆਰ ਕੀਤੀ ਹੈਗੀ ਹੈ, ਤੁਸੀਂ ਕੰਪਿਊਟਰ ਤੇ ਵੀ ਪੰਜਾਬੀ ਲਿਖ ਸਕਦੇ ਹੋ ਅੰਗਰੇਜ਼ੀ ਅੱਖਰਾਂ ਦੇ ਵਿੱਚ। ਸਕ੍ਰਿਪਟ ਜਿਹੜੀ ਹੈ ਰੋਮਨ ਹੋਏਗੀ, ਪਰੰਤੂ ਲੈਂਗੁਏਜ ਤੁਹਾਡੀ ਪੰਜਾਬੀ ਹੋਏਗੀ। ਅੰਗਰੇਜ਼ਾਂ ਦੇ ਵੇਲੇ ਜਿਹੜੇ ਪੰਜਾਬੀ ਫੌਜੀ ਸੀ ਉਹ ਇਵੇਂ ਲਿਖਦੇ ਸੀ, ਜੇ ਅਸੀਂ ਕੰਪਿਊਟਰ ਦੀ ਭਾਸ਼ਾ ਬਣਾਉਣੀ ਹੈ ਪੰਜਾਬੀ ਤਾਂ ਰੋਮਨ ਸਕ੍ਰਿਪਟ ਅਪਣਾਉਣ ਦੇ ਵਿੱਚ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਉਹ ਢੰਗ ਦੀ ਵਰਤ ਲੈਣਾ ਚਾਹੀਦਾ ਜੀ। ਤੁਸੀਂ ਦੇਖਿਆ ਹੋਣਾ ਕਿ ਵੱਡੀਆਂ ਕੰਪਨੀਆਂ ਜਿੱਥੇ ਜਾਂਦੀਆਂ ਉਸ ਭਾਸ਼ਾ ਦੇ ਵਿੱਚ ਪ੍ਰਚਾਰ ਕਰਦੀਆਂ, ਉੱਥੇ ਉਸ ਭਾਸ਼ਾ ਦੇ ਵਿੱਚ ਐਡਵਰਟਾਈਜ਼ ਕਰਦੀਆਂ। ਉਹਦੇ ਨਾਲ ਇਹ ਥੋੜਾ ਕਿ ਉਹ ਆਪਣੀ ਅੰਗਰੇਜ਼ੀ ਪੱਟੜੀ ਬੇਮੁੱਖ ਹੋ ਰਹੀਆਂ ਹੁੰਦੀਆਂ। ਵਪਾਰ ਉਹਨਾਂ ਦੇ ਸਾਹਮਣੇ ਸਾਡਾ ਉਦੇਸ਼ ਵਿਕਾਸ ਕਰਨਾ ਹੋਣਾ ਚਾਹੀਦਾ, ਦੁਨੀਆਂ ਦੇ ਵਿੱਚ ਆਪਣਾ ਪ੍ਰਭਾਵ ਵਧਾਉਣਾ ਹੋਣਾ ਚਾਹੀਦਾ, ਉਸ ਵਾਸਤੇ ਜਿਹੜਾ ਢੰਗ ਸਾਨੂੰ ਠੀਕ ਲੱਗੇ ਉਹ ਅਪਣਾ ਲੈਣਾ ਚਾਹੀਦਾ ਹੈ। ਇਸ ਤੇ ਜ਼ਿੱਦ ਨਹੀਂ ਕਰਨੀ ਚਾਹੀਦੀ ਕਿ ਅਸੀਂ ਸਭ ਕੁਝ ਪੰਜਾਬੀ ਚ ਕਰਾਂਗੇ, ਪੰਜਾਬੀ ਵਿੱਚ ਕਰਨ ਨਾਲ ਤੁਸੀਂ ਸੀਮਤ ਹੋ ਜਾਓਗੇ, ਪੰਜਾਬ ਤੋਂ ਮਤਲਬ ਸ਼ੰਭੂ ਤੋਂ ਅੱਗੇ ਜਿਹੜੀ ਹੈ ਤੁਹਾਡੀ ਕੋਈ ਗੱਲ ਨਹੀਂ ਸਮਝੇਗਾ। ਸੋ ਤਿੰਨ ਚੀਜ਼ਾਂ ਹਨ ਜਿਹਨਾਂ ਦੇ ਨਾਲ ਦੁਨੀਆਂ ਵਿੱਚ ਵਿਕਾਸ ਕੀਤਾ ਜਾ ਸਕਦਾ, ਜਿਸ ਬੰਦੇ ਦਾ ਇਹਨਾਂ ਤਿੰਨ ਚੀਜ਼ਾਂ ਦੇ ਨਾਲ ਵਾਹ ਨਹੀਂ ਪੈ ਰਿਹਾ ਉਹ ਵਿਕਾਸ ਨਹੀਂ ਕਰੇਗਾ। ਸਭ ਤੋਂ ਪਹਿਲੀ ਹੈ ਅੰਗਰੇਜ਼ੀ, ਦੂਜੀ ਹੈ ਇੰਟਰਨੈਸ਼ਨਲ ਕਰੰਸੀ ਜਾਂ ਜਿਹਨੂੰ ਡਾਲਰ ਕਹਿ ਲੈਂਦੇ ਹੈਗੇ ਆ, ਬੈਂਕ ਜਿਹੜਾ ਹੈਗਾ, ਤੇ ਤੀਜਾ ਹੈ ਇੰਟਰਨੈਟ, ਜਿਸਦਾ ਕੰਪਿਊਟਰ ਦੇ ਨਾਲ ਵਾਹ ਨਹੀਂ ਪੈਂਦਾ ਹੈ, ਜਾਂ ਜਿਸਦਾ ਬੰਦੇ ਦਾ ਬੈਂਕ ਦੇ ਨਾਲ ਵਾਹ ਨਹੀਂ ਪੈਂਦਾ ਹੈ, ਜਿਸਦਾ ਅੰਗਰੇਜ਼ੀ ਨਾਲ ਵਾਹ ਨਹੀਂ ਪੈਂਦਾ ਹੈ, ਉਹ ਆਧੁਨਿਕ ਨਹੀਂ ਹੋ ਸਕਦਾ, ਮਾਡਰਨ ਨਹੀਂ ਹੋ ਸਕਦਾ, ਉਹਨੂੰ ਮਾਡਰਨ ਨਹੀਂ ਕਿਹਾ ਜਾ ਸਕਦਾ, ਭਾਵੇਂ ਉਹਦੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ। ਬਹੁਤ ਬਹੁਤ ਸ਼ੁਕਰੀਆ ਨਰਿੰਦਰ ਸਿੰਘ ਕਪੂਰ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ ਔਰ ਆਪਣੇ ਇੰਨੇ ਵਧੀਆ ਵਿਚਾਰ ਸਰੋਤਿਆਂ ਦੇ ਨਾਲ ਸਾਂਝੇ ਕਰਨ ਦੇ ਲਈ। ਅਸਲ ਦੇ ਵਿਚ ਜਿਹੜਾ ਵਕਤ ਉਹ ਕਾਫੀ ਅੱਗੇ ਜਾ ਚੁੱਕਿਆ, ਪਰ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਉਹ ਇੰਨੀਆਂ ਖੂਬਸੂਰਤ ਨੇ ਕਿ ਬਿਲਕੁਲ ਸਾਨੂੰ ਵਕਤ ਦਾ ਜਿਹੜਾ ਪਤਾ ਨਹੀਂ ਲੱਗ ਸਕਿਆ ਜੀ। ਔਰ ਅਸੀਂ ਹਾਂਜੀ ਹਾਂਜੀ ਜੇ ਕੋਈ ਮੇਰੇ ਵਿਚਾਰਾਂ ਨਾਲ ਸਹਿਮਤ ਨਾ ਹੋਵੇ, ਮੈਂ ਉਸਦਾ ਇਸ ਗੱਲ ਕਰਕੇ ਸਤਿਕਾਰ ਕਰਾਂਗਾ ਕਿ ਉਹ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ, ਉਸਨੂੰ ਸਹਿਮਤ ਨਾ ਹੋਣ ਦਾ ਪੂਰਾ ਅਧਿਕਾਰ ਹੈ ਜੀ। ਹਾਂਜੀ, ਬਜਾਏ ਇਹਦੇ ਕਿ ਤੁਸੀਂ ਮੇਰੀ ਵਿਰੋਧਤਾ ਕਰਦੇ ਰਹੋ, ਤੁਸੀਂ ਆਪਣੀ ਵਿਰੋਧਤਾ ਕਰੋ ਜੀ। ਖੂਬ ਜੀ, ਇਹਦੇ ਕਿ ਮੇਰੇ ਵਿਚਾਰਾਂ ਦਾ ਵਿਰੋਧ ਕਰੋ, ਤੁਸੀਂ ਆਪਣੇ ਵਿਚਾਰ ਡਿਵੈਲਪ ਕਰੋ ਜੀ। ਥੈਂਕ ਯੂ ਵੈਰੀ ਮਚ ਜੀ, ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ, ਸ਼ੁਕਰੀਆ।